ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਅਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦਿਆਂ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:36 ਹੋ ਚੁੱਕੇ ਨੇ ਅਤੇ ਸ਼ਨੀਵਾਰ ਦੀ ਸ਼ਾਮ 24 ਸਤੰਬਰ ਸਨ 2022 8 ਅੱਸੂ ਨਾਨਕਸ਼ਾਹੀ ਸੰਮਤ 554 ਨੂੰ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਵੱਲੋਂ ਸਵਾਗਤ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਅਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tiwanaradio.com ਦੇ ਜ਼ਰੀਏ ਲਾਈਵ ਸੁਣਦੇ ਹੋ। ਆਪਣੀ ਵੈਬਸਾਈਟ tiwanaradio.com ਤੇ ਤੁਹਾਨੂੰ ਪੰਜਾਬੀ ਦੇ ਵਿੱਚ ਖ਼ਬਰਾਂ ਵੀ ਪੜ੍ਹਨ ਨੂੰ ਮਿਲ ਜਾਂਦੀਆਂ, ਖਾਸ ਕਰ ਭਾਰਤੀ ਸਮੇਂ ਸ਼ਾਮ ਦੇ ਮੁਤਾਬਕ, ਅਤੇ ਉੱਥੇ ਤੁਸੀਂ ਆਈਫੋਨ ਤੇ ਐਂਡਰਾਇਡ ਜਿਹੜੀਆਂ ਆਪਣੀਆਂ ਐਪਸ ਨੇ ਉਹਨਾਂ ਦੇ ਰਾਹੀਂ ਵੀ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਇਹ ਐਪਸ ਆਈਫੋਨ ਤੇ ਐਂਡਰਾਇਡ ਐਪਸ ਨੇ ਜਿਹੜੀਆਂ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਲਾਈਕ ਕਰ ਦਿਓ ਅਤੇ ਯੂਟਿਊਬ ਦਾ ਲਿੰਕ ਅਗਰ ਤੁਸੀਂ ਆਪਣੇ ਵਟਸਐਪ ਨੰਬਰ 'ਤੇ ਮੰਗਵਾਉਣਾ ਤਾਂ ਆਪਣੇ ਵਟਸਐਪ ਨੰਬਰ 'ਤੇ ਤੁਸੀਂ ਜੁੜ ਸਕਦੇ ਹੋ ਗਰੁੱਪ ਦੇ ਵਿੱਚ। ਮੇਰਾ ਸੰਪਰਕ ਨੰਬਰ ਵੀ ਇਹੀ ਹੈ ਅਤੇ ਇਸ ਦੇ ਨਾਲ ਨਾਲ ਆਪਣਾ ਵਟਸਐਪ ਗਰੁੱਪ ਨੰਬਰ ਦੇ ਵਿੱਚ ਤੁਸੀਂ ਬਾਕੀ ਆਪਣੇ ਪ੍ਰੋਗਰਾਮਾਂ ਦੇ ਮੁਤਲਕ ਸੂਚਨਾਵਾਂ ਅਤੇ ਜਾਂ ਖਾਸ ਕਰਕੇ ਰਿਕਾਰਡਡ ਪ੍ਰੋਗਰਾਮ ਜਿਹੜੇ ਲਾਈਵ ਨਹੀਂ ਕਰਦੇ ਜਾਂ ਰੇਡੀਓ ਤੋਂ ਬਿਨਾਂ ਕੋਈ ਡਾਕੂਮੈਂਟਰੀ ਜਾਂ ਕੋਈ ਹੋਰ ਚੀਜ਼ ਬਣਾਈ ਦੀ ਹੈ ਅਤੇ ਉਹ ਵੀ ਉੱਥੇ ਤੁਸੀਂ ਹਾਸਲ ਕਰ ਸਕਦੇ ਹੋ ਉਹ ਲਿੰਕ। ਅਗਰ ਪ੍ਰੋਗਰਾਮ ਦੇ ਵਿੱਚ ਕੋਈ ਛੁੱਟੀ ਵਗੈਰਾ ਦਾ ਪ੍ਰੋਗਰਾਮ ਬਣ ਜਾਂਦਾ ਤਾਂ ਵੀ ਤੁਹਾਨੂੰ ਇਸ ਗਰੁੱਪ ਦੇ ਰਾਹੀਂ ਸੂਚਿਤ ਕਰ ਦਿੱਤਾ ਜਾਂਦਾ। ਜੇ ਇਸ ਪ੍ਰੋਗਰਾਮ ਨੂੰ ਤੁਸੀਂ ਫੋਨ ਲਾਈਨ ਦੇ ਜ਼ਰੀਏ ਸੁਣਨਾ ਅਮਰੀਕਾ ਦੇ ਵਿੱਚ ਤਾਂ ਆਪਣਾ ਕਾਲ ਟੂ ਲਿਸਨ ਨੰਬਰ ਹੈ, ਆਪਣਾ ਕਾਲ ਟੂ ਲਿਸਨ ਨੰਬਰ ਹੈ 6769309060 ਅਤੇ ਆਪਣਾ ਕਾਲ ਟੂ ਲਿਸਨ ਨੰਬਰ ਹੈ 6769309060 ਨੰਗਲ ਪਿੰਡ ਜਿਥੋਂ ਦਾ ਕਰਮੀ ਨੰਗਲ ਸੀ ਆਪਣਾ ਫਰੀਦਕੋਟ ਜਿਲੇ ਦਾ ਜੀ, ਉੱਥੇ ਨੰਬਰਦਾਰ ਦੀ ਡੈਥ ਹੋ ਗਈ ਹੈ ਜੀ, ਕਾਫੀ ਦਿਨ ਹੋ ਗਏ ਤੇ ਉਹਦਾ ਪੋਤਾ ਅਜੇ ਛੋਟਾ ਜੀ, ਉਹਦਾ ਵਾਰਸ ਕੋਈ ਹੈ ਨੀ ਅਜੇ ਬਣਨ ਵਾਲਾ ਨੰਬਰਦਾਰ। ਇੱਕ BA ਤੇ BED ਮੁੰਡੇ ਨੇ ਅਪਲਾਈ ਕੀਤਾ ਤੇ ਜਾਂ ਹੋਰ ਪਿੰਡ ਦਾ ਕਿਹੜੇ ਬੰਦੇ ਨੂੰ ਮਿਲ ਸਕਦਾ, 6-7 ਬੰਦਿਆਂ ਨੇ ਨੰਬਰਦਾਰੀ ਲਈ ਅਪਲਾਈ ਕੀਤਾ ਤੇ ਸਪੀਕਰ ਸਾਹਿਬ ਦੇ ਘਰੇ ਗੇੜੇ ਵੱਜ ਰਹੇ 15 ਦਿਨ ਹੋ ਗਏ, ਉਹ ਕਹਿੰਦਾ ਮੈਨੂੰ ਬਣਾ ਦਿਓ, ਕਹਿੰਦਾ ਮੈਨੂੰ ਬਣਾ ਦਿਓ, ਕੋਈ ਕਹਿੰਦਾ 1.5 ਲੱਖ ਲੈ ਲਓ, ਕੋਈ ਕਹਿੰਦਾ 2 ਲੱਖ ਲੈ ਲਓ, ਤੇ ਇਹ ਕੌਣ ਬਣ ਸਕਦਾ ਵਕੀਲ ਸਾਹਿਬ ਤੋਂ ਰਿਹਾ ਲੈ ਕੇ। ਹਾਂ ਸੁਰਿੰਦਰ ਜੀ ਨੂੰ ਲੈਣੇ ਵਾਲੇ ਜੀ, ਥੈਂਕ ਯੂ, ਮਿਹਰਬਾਨੀ। ਸੋ ਨੰਬਰਦਾਰੀ ਜਿਹੜੀ ਉਹ ਵੀ ਕਮਾਲ ਦੀ ਸ਼ੈ ਹੈ, ਹਨਾ, ਪਤਵੰਤਾ ਰਹਿੰਦਾ ਬੰਦਾ, ਥੋੜੀ ਬੁਕਤ ਹੁੰਦੀ ਹੈ, ਕਈ ਚੰਗੇ ਵੀ ਬੰਦੇ ਹੁੰਦੇ ਨੇ ਨੰਬਰਦਾਰੀ ਚ, ਗਰੀਬ ਗਰੋਬੇ ਦੇ ਕੰਮ ਵੀ ਆ ਜਾਂਦੇ ਨੇ, ਮਦਦ ਵੀ ਕਰ ਦਿੰਦੇ ਨੇ, ਥਾਣੇ ਕਚਹਿਰੀ ਵੀ ਸੁਣੀ ਜਾਂਦੀ ਹੈ, ਪਰ ਗੱਲ ਇਹ ਹੈ ਨਾ ਕਿ ਕਈ ਮਾਮਲਿਆਂ ਚ ਪੈਸੇ ਦੇ ਜ਼ੋਰ ਨਾਲ ਇਹਦੇ ਚ ਨੰਬਰਦਾਰੀ ਕਾਨੂੰਨ ਨੂੰ ਲੈ ਕੇ ਕਈ ਮੱਦਾਂ ਤਬਦੀਲ ਵੀ ਹੁੰਦੀਆਂ ਹੈਗੀਆਂ ਨੇ ਕਿ ਮਸਲਾ ਚੱਲਿਆ ਕਿ ਪਰਿਵਾਰ ਦੇ ਵਿੱਚ ਵਾਰਸ ਕਿੱਦਾਂ ਅਪੁਆਇੰਟ ਹੋਵੇ, ਨੰਬਰਦਾਰਾਂ ਦੀ ਐਜੀਟੇਸ਼ਨ ਵੀ ਇਸ ਮੁਤਲਕ ਸਮੇਂ ਸਮੇਂ ਚੱਲਦੀਆਂ ਆਈਆਂ ਨੇ। ਤੇ ਸੁਰਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ, ਕੀ ਹਾਲ ਚਾਲ ਹੈ? ਬਿਲਕੁਲ ਦਰੁਸਤ ਆ, ਪਰ ਬੂੰਦਾ ਬੰਦ ਹੀ ਨੀ ਹਟ ਰਹੀ। ਹਾਂ, ਮੌਸਮ ਤਾਂ ਬਾਈ ਜੀ ਬਹੁਤ ਮਾੜਾ ਚੱਲ ਰਿਹਾ, ਤੇ ਆਪਾਂ ਜਿੰਮੀ ਕਾਟਰ ਹੋਰਾਂ ਦਾ ਵੀ ਆਪਣੇ ਦਾ ਮੈਸੇਜ ਆਇਆ ਸੀ ਬਾਈ ਦੇ ਜਿੰਮੀ ਦਾ, ਕਹਿੰਦਾ ਕੱਲ ਸ਼ਾਮ ਦੀ ਤਸੱਲੀ ਕਰਾਈ ਪਈ ਆ ਤਬਾਹੀ ਵਾਲੀ। ਤੁਸੀਂ ਵੇਖੋ ਕਿ ਲੈਂਟਰ ਵੀ ਸਿਮਣ ਲੱਗ ਪਏ ਨੇ ਕਈ ਥਾਵਾਂ ਤੋਂ, ਤਾਂ ਸਲਾਬ ਆਉਣ ਲੱਗ ਪਈ ਆ, ਹਨਾ, ਕਿਉਂਕਿ ਰਸਮਾਂ ਵੀ ਪੈਂਦਾ 45 ਚੱਲਦੇ ਤੇ ਇਹਦੇ ਨਾਲ ਕੋਈ ਨੀ, ਜਿੰਨਾ ਮੀਂਹ ਪੈਂਦਾ ਉਹ ਰੱਸੀ ਜਾਂਦਾ, ਲੈਂਟਰ ਵੀ ਸਿਮਣ ਲੱਗ ਪਿਆ ਲੋਕਾਂ ਦੇ, ਤੇ ਉਹ ਜਿਹੜੀ ਗਿਚਲ ਗਿਚਲ ਹੈ ਇਹ ਜਿਹੜੀ ਗਿਚਲ ਗਿਚਲ ਕਹਿੰਦੇ ਹੁੰਦੇ ਆ, ਤੇ ਇਹ ਵੀ ਕਾਫੀ ਨੁਕਸਾਨਦਾਇਕ ਹੈ ਫਸਲਾਂ ਦੇ ਵਾਸਤੇ। ਉਹ ਜਿਵੇਂ ਮਾਰਾ ਨੇ ਸ਼ਾਇਦ ਪੰਜਾਬ ਭਾਵੇਂ ਚੜ੍ਹਦਾ ਤੇ ਲਹਿੰਦਾ, ਕਿਸਮਤ ਬਾਈ ਜੀ ਬਰਾਬਰ ਹੀ ਹੈ, ਜਿਵੇਂ ਆਪਣੇ ਇਸ਼ਫਾਕ ਜੀ ਆਏ ਸੀ ਇੱਕ ਦਿਨ ਗੁਜਰਾਤ ਤੋਂ, ਸਰੋਤੇ ਨੇ ਆਪਣੇ ਅਧਿਆਪਕ ਨੇ, ਕਹਿੰਦੇ ਵੀ ਤੁਹਾਡੀ ਤੇ ਸਾਡੀ ਕਿਸਮਤ ਇੱਕੋ ਜਿਹੀ ਹੈ। ਹੁਣ ਕੱਲ ਪਰਸੋਂ ਦੀ ਆਪਣੀ ਰਿਪੋਰਟ ਸੀ ਖੇਤੀਬਾੜੀ ਮਾਹਰਾਂ ਦੀ ਕਿ ਜਿਵੇਂ ਪਾਕਿਸਤਾਨ ਚ ਹੜ੍ਹਾਂ ਨਾਲ 40% ਬਾਸਮਤੀ ਬਰਬਾਦ ਹੋ ਗਈ ਹੈ, ਇਹਦਾ ਫਾਇਦਾ ਪੰਜਾਬ ਦੇ ਬਾਸਮਤੀ ਉਤਪਾਦਕਾਂ ਨੂੰ ਹੋਵੇਗਾ, 6500 ਕਰੋੜ ਰੁਪਏ ਦਾ ਐਕਸਟਰਾ ਫਾਇਦਾ ਹੋਏਗਾ ਜੇ ਪਾਕਿਸਤਾਨ ਦੀ ਇੰਨਾ ਫਸਲ ਬਰਬਾਦ ਹੋਈ ਹੈ, ਕਿਉਂਕਿ ਉਹਨਾਂ ਦੀ ਕੁਆਲਿਟੀ ਬਿਹਤਰ ਹੈ। ਪਰ ਹੁਣ ਲੱਗਦਾ ਕਿ 6500 ਕਰੋੜ ਚੋਂ 10,000 ਜਾਂ 1000-2000 ਕਰੋੜ ਤਾਂ ਮਤਲਬ ਖਤਮ ਹੀ ਹੋ ਗਿਆ, ਨੁਕਸਾਨ ਹੈ ਆ,
ਕੱਲ ਤੱਕ ਇਹ ਮੌਸਮ ਇਸ ਤਰ੍ਹਾਂ ਰਹਿਣ ਦੀ ਸੰਭਾਵਨਾ ਆ ਜੀ ਸੁਰਿੰਦਰ। ਪਰਮਿੰਦਰ ਕੱਲ ਸ਼ਾਮ ਦਾ 7:30 ਦਾ ਆਰੰਭ ਹੋਇਆ, ਰੁਕਿਆ ਹੀ ਨੀ। 7:30 ਜਦੋਂ ਆਪਾਂ ਕੱਲ ਪ੍ਰੋਗਰਾਮ ਸਟਾਰਟ ਕੀਤਾ ਉਦੋਂ ਦਾ ਚੱਲਿਆ, ਨਾ ਰਾਤ ਪੂਰੀ ਰੁਕਿਆ ਤੇ ਨਾ ਅੱਜ ਪੂਰਾ ਦਿਨ ਰੁਕਿਆ ਤੇ ਨਾ ਅੱਜ ਤੱਕ ਰੁਕਣ ਦੀ ਉਮੀਦ ਆ। ਮਤਲਬ ਪੂਰਾ ਦਿਨ ਆਹੀ ਕੋ ਚੱਲੀ ਗਿਆ। ਮੁੱਖ ਦੀ ਗੱਲ ਇਹ ਆ ਕਿ ਇੱਕ ਥੋੜਾ ਜਿਹਾ ਵਿਚਾਰ ਰਹਿ ਗਿਆ ਕਿ ਹਵਾ ਨਹੀਂ ਚੱਲੀ। ਜਿਹੜੇ ਝੋਨੇ ਪਛੇਤੇ ਆ ਉਹ ਤਾਂ ਗਏ ਬਾਅਦ ਚ, ਅਜੇ ਤੱਕ ਖੜੇ ਆ, ਪਰ ਪਾਣੀ ਬਹੁਤ ਉਹਨਾਂ ਚ ਖੜਾ ਹੋ ਗਿਆ। ਜਿਹੜੇ ਅਗੇਤੇ ਸੀ ਉਹ ਝੋਨੇ ਗਿਰ ਗਿਆ ਕਿਉਂਕਿ ਉੱਪਰ ਸਿਰ ਜ਼ਿਆਦਾ ਭਾਰਾ ਹੋ ਚੁੱਕਿਆ ਸੀ, ਮੁੰਜਰ ਨੀਚੇ ਆ ਚੁੱਕੀ ਸੀ, ਪੱਕ ਚੁੱਕੀ ਸੀ, ਉਹ ਗਿਰ ਗਏ, ਉਹ ਸਾਰੇ ਪਾਣੀ ਚ ਡੁੱਬ ਚੁੱਕੇ ਆ ਤੇ ਉਹ ਖੇਤਾਂ ਦਾ ਪਾਣੀ ਨੀ ਨਿਕਲਣਾ ਇਸ ਟਾਈਮ ਦੇ ਉੱਤੇ। ਔਰ ਦੇਖੋ ਦੂਜੀ ਗੱਲ ਆ ਕਿ ਇਸ ਟਾਈਮ ਕਿਸੇ ਨੇ ਇੱਕ ਖੇਤ ਚ ਦੂਜੇ ਖੇਤ ਚ ਪਾਣੀ ਵੀ ਨੀ ਦੇਣਾ, ਇਹ ਵੀ ਸਮੱਸਿਆ ਆਉਣੀ ਆ। ਬਿਲਕੁਲ, ਨਿਕਾਸੀ ਨਾਲੇ ਕਿਉਂਕਿ ਜਿਹੜੀ ਸੇਮ ਹੈ ਜਾਂ ਨਿਕਾਸੀ ਸਿਸਟਮ ਹੈ ਤੇ ਮਤਲਬ ਜਿਹੜੀਆਂ ਖੰਡਕਾਂ ਸੀ ਉਹ ਸਾਰਾ ਮਤਲਬ ਕਿਸਾਨਾਂ ਦੀ ਵੀ ਆਪਾਂ ਉਹਦੇ ਜਾ ਰਹੇ ਸੀ, ਮੇਰਾ ਖਿਆਲ ਬਈ ਸੰਧੂਰਾਂ ਦੇ ਪਿੰਡ ਉੱਥੇ ਕਿਤੇ ਰੁਕੇ ਸੀ ਆਪਾਂ ਇੱਕ ਮੋਟਰ ਤੇ, ਵੈਸੇ ਹੀ ਤਫਰੀ ਕਰਨ ਉੱਥੇ ਵੇਖਿਆ ਸੀ ਕਿ ਕਿੰਨਾ ਕਿੰਨਾ 10-10 15-15 ਫੁੱਟ ਉਹ ਜਿਹੜੀ ਖੰਡਕ ਵਾਲਾ ਥਾਂ ਸੀ ਉਹ ਜੱਟਾਂ ਨੇ ਵਾਹ ਕੇ ਝੋਨਾ ਲਾਇਆ ਹੋਇਆ ਸੀ। ਨਹੀਂ ਤਾਂ ਉਹ ਜਿਹੜਾ ਫਾਲਤੂ ਪਾਣੀ ਹੈ ਕਈ ਵਾਰੀ ਉਹ ਜਿਹੜੇ ਸੜਕ ਦੇ ਲਾਗਲੇ ਟੋਏ ਹੁੰਦੇ ਆ ਉੱਥੇ ਪਾ ਦਿੰਦੇ ਆ, ਹੁਣ ਸੜਕ ਦੀ ਤਾਂ ਬਰਮ ਤੱਕ ਖੇਤ ਹੋ ਗਏ ਹੈ ਨਾ। ਅੱਗੇ ਉਹ ਖੰਡਕ ਇਸ ਲਈ ਕੰਮ ਆ ਜਾਂਦੇ ਸੀ, ਉਹਦੇ ਚ ਵਾਟਰ ਰੀਚਾਰਜ ਦਾ ਉਹ ਕੁਦਰਤੀ ਜਿਹੜਾ ਬਣਿਆ ਹੁੰਦਾ ਸੀ ਸਿਸਟਮ ਕਿ ਖੇਤ ਦਾ ਵਾਧੂ ਪਾਣੀ ਸੜਕ ਦਾ ਵਾਧੂ ਪਾਣੀ ਉਹਨਾਂ ਟੋਇਆਂ ਚ ਜਾਂਦਾ ਸੀਗਾ ਤੇ ਉਹ ਟੋਇਆਂ ਦਾ ਪਾਣੀ ਥੱਲੇ ਜੀਰ ਜਾਂਦਾ ਸੀ ਕਿਉਂਕਿ ਉੱਥੇ ਕਿਹੜਾ ਕੱਦੂ ਨਾਲ ਜੱਕ ਬਣਿਆ ਹੋਇਆ ਤੇ ਕਿਸਾਨ ਨੇ ਆਪਣੇ ਲਾਲਚ ਦੇ ਵਿੱਚ ਉਹ ਬਰਮਾ ਤੱਕ ਕਬਜ਼ਾ ਕਰ ਲਿਆ ਤੇ ਉਹ ਪਾਣੀ ਜੀਰਨ ਦਾ ਜਿਹੜਾ ਸਿਸਟਮ ਉਹ ਸਾਰਾ ਰੋਕ ਲਿਆ। ਸੜਕ ਦਾ ਪਾਣੀ ਸੜਕ ਤੇ ਖੜਾ ਰਹਿੰਦਾ ਜਾਂ ਖੇਤ ਚ ਆਉਂਦਾ ਤੇ ਉਹ ਜਿਹੜਾ ਖੇਤ ਦਾ ਪਾਣੀ ਹੈ ਬਿਲਕੁਲ ਟੱਕਰ ਹੈ, ਉਹਨੂੰ ਨਿਕਾਸ ਦਾ ਕੋਈ ਰਾਹ ਨਹੀਂ। ਉਹ ਬਹੁਤ ਵਧੀਆ ਵਾਟਰ ਰਿਸੋਰਸ ਦਾ ਬਹੁਤ ਵਧੀਆ ਚਾਰਜ ਸੀਗਾ ਉਹ ਕਿ ਖੇਤ ਅਤੇ ਸੜਕ ਦੇ ਦਰਮਿਆਨ ਜਿਹੜੇ ਟੋਏ ਮਿੱਟੀ ਪੱਟਣ ਲਈ ਸੀ ਉਹਦੇ ਚ ਬੰਦਾ ਪਸ਼ੂ ਆਦਿ ਵੀ ਚਾਰ ਲੈਂਦਾ ਸੀ, ਉਹਦੇ ਚ ਜਿਹੜੇ ਜਲਚਰ ਜੀਵ ਹੈ ਉਹ ਵੀ ਹੁੰਦੇ ਸੀ, ਇੱਕ ਵਾਤਾਵਰਣ ਦਾ ਸਮਤੋਲ ਬਣਿਆ ਰਹਿੰਦਾ ਸੀ। ਪਰ ਉਹ ਜੱਟ ਦੇ ਲਾਲਚ ਨੇ, ਕਿਸਾਨ ਦੇ ਲਾਲਚ ਨੇ ਉਸ ਸਿਸਟਮ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਜੀ। ਪਰਮਿੰਦਰ ਕੁਛ ਤਾਂ ਸਰਕਾਰ ਦੀ ਕਰੋਪੀ ਤੇ ਕੁਛ ਕੁਦਰਤ ਦੀ ਕਰੋਪੀ ਤੇ ਮਰਿਆ ਵਿਚਾਰਾ ਕਿਸਾਨ ਫੇਰ। ਹਾਂ, ਕੁਛ ਕਈ ਸਾਰੇ ਮਾਮਲਿਆਂ ਚ ਕਿਸਾਨ ਦੀ ਵੀ ਆਪਣੀ ਬੈਜੀ ਕਤਾਹੀ ਹੈ। ਹੁਣ ਜਿਵੇਂ ਇਹ ਮਸਲਾ ਆਇਆ ਉਹਦੇ ਚ, ਹੁਣ ਜਿੰਨਾ ਕੇ ਪਾਣੀ ਹੈ ਜੇ ਕਿਸਾਨ ਉਹਦਾ ਵਾਟਰ ਲੈਵਲ ਏਦਾਂ ਦਾ ਬਣਾਇਆ ਹੋਵੇ ਕਿਰਾਹੇ ਦਾ ਤੇ ਇੰਨਾ ਕੁ ਪਾਣੀ ਟੋਇਆਂ ਟੋਇਆਂ ਚ ਜੀਰ ਸਕਦਾ ਰਸਮਾਂ ਪਾਣੀ, ਮਤਲਬ ਪਾਣੀ ਕੱਢਣ ਦਾ ਨਿਕਾਸ ਕਿਸਾਨਾਂ ਨੂੰ ਕਰਨਾ ਹੋਏਗਾ। ਪਰ ਕਿਸਾਨ ਅਗਲਾ ਕਹਿੰਦਾ ਕਿ ਜਦੋਂ ਬਿਜਲੀ ਫੂਕ ਕੇ ਜਾਂ ਡੀਜ਼ਲ ਫੂਕ ਕੇ ਇੱਕ ਖੰਡਕ ਚ ਨਾ ਪੈ ਜੇ, ਮੋਹਰੀ ਨਾ ਪੈ ਜੇ, ਹਨਾ। ਸੋ ਉਹ ਜਿਹੜਾ ਚੀਜ਼ ਸੀ ਨਾ ਬਹੁਤ ਵਧੀਆ ਸੀ, ਉਹ ਕੁਦਰਤੀ ਮਤਲਬ ਵਾਟਰ ਬੋਡੀਜ਼ ਬਣ ਜਾਂਦੀਆਂ ਸੀ ਸਰ ਸੜਕ ਦੇ ਆਲੇ ਦੁਆਲੇ। ਘੱਟੋ ਘੱਟ ਜਿਹੜੇ ਸੜਕਾਂ ਦੇ ਲਾਗਲੇ ਕਿਸਾਨ ਸੀ ਉਹਨਾਂ ਦਾ ਤਾਂ ਵਿਚਾਰ ਰਹਿੰਦਾ ਹੀ ਸੀ, ਫਿਰ ਸੇਮ ਦੇ ਨਾਲ ਬਾਈ ਜੀ ਉਹਨਾਂ ਤੇ ਕਬਜ਼ੇ ਹੋ ਗਏ, ਹੈਨਾ। ਸੋ ਵਾਟਰ ਰਿਸੋਰਸ ਦਾ ਜਾਂ ਜਿਹੜਾ ਨਿਕਾਸ ਦਾ ਸੀ ਕਾਰਨ ਛੱਡਿਆ ਹੀ ਨੀ ਕੋਈ ਜੀ ਸੁਰਿੰਦਰ। ਨਹੀਂ ਮੈਂ ਉਹਦੇ ਨਾਲ ਸਹਿਮਤ ਹਾਂ, ਪਰ ਪਰਮਿੰਦਰ ਗੱਲ ਇਹ ਆ ਕਿ ਜਿਹੜਾ ਸੜਕਾਂ ਦੇ ਇਰਦ ਗਿਰਦ ਆਪਾਂ ਗੱਲ ਕਰਦੇ ਹਾਂ ਦੇਖੋ ਉਹ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਦੇ ਆ, ਜਿਹੜੀਆਂ ਲਿੰਕ ਰੋਡਾਂ ਨੇ ਉਹਨਾਂ ਦੇ ਥੋੜੀ ਖਤਾਨ ਨੇ, ਉਹਨਾਂ ਦੇ ਕਿੱਥੇ ਖਤਾਨ ਨੇ। ਨਹੀਂ ਲਿੰਕ ਰੋਡਾਂ ਦੇ ਵੀ ਬਾਈ ਜੀ ਰਸਤਾ ਤਾਂ ਹੁੰਦਾ ਹੀ ਹੈ, ਕਿਸੇ ਦਾ ਪੰਜ ਕਰਮ ਦਾ ਕਿਸੇ ਦਾ ਉਹ ਹੈ, ਪਰ ਕਬਜ਼ੇ ਤਾਂ ਸਾਰੇ ਹੀ ਕਰੇ ਵੀ ਨੇ, ਤੁਸੀਂ ਮੈਨੂੰ ਦੱਸ ਦਿਓ ਕਿਤੇ ਹੀ ਹੋਊਗਾ ਨਹੀਂ। ਅਦਰਵਾਈਜ਼ ਜੇ ਚੌੜੇ ਪਹੇ ਛੱਡੇ ਹੋਣ, ਕਿੱਡੇ ਕਿੱਡੇ ਚੌੜੇ ਪਹੇ ਹੁੰਦੇ ਸੀਗੇ, ਨਜਾਇਜ਼ ਕਬਜ਼ੇ ਤਾਂ ਰਾਹਾਂ ਤੇ ਹੋਏ ਵੀ ਨੇ, ਹੈਰੋਂ ਸਿਰੇ ਤੱਕ ਲਾ ਦਿੰਦਾ ਕਿਸਾਨ ਹਰ ਸੜਕ ਦੇ ਨਾਲ। ਅੱਗੇ ਜਿਹੜੀ ਮਿੱਟੀ ਪਾਉਂਦੇ ਹੁੰਦੇ ਸੀ ਸੁਰਿੰਦਰ ਜੀ, ਬਾਹਰੋਂ ਨਹੀਂ ਸੀ ਪਾਈ ਵੀ, ਕਿਸੇ ਵੀ ਲਿੰਕ ਰੋਡ ਤੇ ਮਿੱਟੀ ਬਾਹਰੋਂ ਨਹੀਂ ਸੀ ਪੈਂਦੀ, ਉਹ ਟੋਇਆਂ ਚੋਂ ਮਿੱਟੀ ਪੱਟ ਕੇ ਸੜਕ ਤੇ ਪੈਂਦੀ ਸੀ ਹਰ ਸਾਲ। ਦੇਖੋ ਉਹ ਜਿਹੜੀ ਪੈਂਦੀ ਹੈ ਨਾ ਉਹ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਪੈਂਦੀ ਹੈ, ਜਿਹੜੀਆਂ ਲਿੰਕ ਰੋਡਾਂ ਨੇ ਪਿੰਡਾਂ ਨੂੰ ਜਾਂਦੀਆਂ ਨੇ, ਫਿਰ ਜਿਹੜੀਆਂ ਪਿੰਡਾਂ ਨੂੰ ਲੱਗਦੀਆਂ ਨੇ ਉਹਨਾਂ ਦਾ ਕੀ ਆ। ਦੇਖੋ ਉੱਥੇ ਖੇਤਾਂ ਚੋਂ ਮਿੱਟੀ ਸਾਈਡ ਤੇ ਲੱਗਦੀ ਆ ਉਹ ਕਿੰਨੀ ਆ, ਦੇਖੋ ਉਹਦੇ ਚ 12 ਫੁੱਟ ਸੜਕ ਬਣੀ ਹੈ ਜਾਂ 18 ਬਣੀ ਹੈ। ਹੁਣ ਜਿੱਥੇ 18 ਬਣੀ ਉੱਥੇ ਤੇ ਮਾੜਾ ਮੋਟਾ ਹੈਗਾ ਕਿ ਚਲੋ ਜਗ੍ਹਾ ਅਕਵਾਇਰ ਹੋਈ ਹੋਈ ਆ, ਦੂਸਰੀ ਜਗ੍ਹਾ ਕੀ ਹੈ ਕਿ 15 ਫੁੱਟ ਉਹ ਰਸਤਾ ਤੇ 15 ਚ 12 ਫੁੱਟ ਬਣੀ ਹੋਈ ਸੜਕ ਆ ਤੇ 3 ਫੁੱਟ ਆ ਜਿਹੜੀ ਦੋਨੋਂ ਬੰਨੇ 1.5-1.5 ਫੁੱਟ ਬਚਦੀ ਆ।
मतलब जे जट छड भी देगा तो अगला कहना वातावरण आले फिर उत्थे रुख ला देंगे ते जट भी रुखां दा वैरी है ना लालच ते किसान नूं भी होया मनफी नहीं किया जा सकता इस गल नूं जी मैं ओहदे नाल सहमत हां पर गल इह आ कि फ्री च कौन छड्डेगा मुकदी गलती है जे इक छड्डू बाकी कित्थों छड्डण हां जिहड़ियां स्टेट हाईवे जां नैशनल हाईवे ने उहनां सारियां ते साइडां दे उत्ते जिहड़ी आ ओह वी 25-25 30-30 फुट जगह पई आ ओह जिहड़ी आ ओह च पानी पर ओह किन्ना कु पानी जीत लूगी क्योंकि जिहड़ा बाकी दा पानी इन्ना ज्यादा हो गया कि जिहड़ा उत्ते पानी ओह च समा नहीं सकदा दूजी गल बरसात जिहड़ी कल शाम दी हो रही आ ਇਹ ਹੁਣ 24 ਘੰਟੇ ਦੀ ਆ ਇਸ ਤੋਂ ਪਹਿਲੀ ਜਿਹੜੀ ਹੋ ਗਈ ਉਹ ਵੱਖਰੀ ਆ ਬਰਸਾਤ ਇੰਨੀ ਹੋ ਗਈ ਕਿ ਉਹ ਜਿਹੜੇ ਖਤਾਨ ਸੀ ਉਹ ਪਹਿਲਾਂ ਹੀ ਭਰ ਚੁੱਕੇ ਨੇ ਆਲਰੇਡੀ ਜਦੋਂ ਉਹ ਭਰ ਚੁੱਕੇ ਨੇ ਤਾਂ ਪਾਣੀ ਹੋਰ ਕਿੰਨਾ ਕੁ ਜੀਰ ਜਾਣਗੇ ਲੱਗਦਾ ਮਤਲਬ ਨਿਕਾਸ ਦਾ ਸਾਧਨ ਤਾਂ ਹੈਗਾ ਨਾ ਇਹ ਤਾਂ ਨੀ ਕਿਹਾ ਜਾ ਸਕਦਾ ਕਿ ਮਤਲਬ ਦੇਖੋ ਜਿਹੜੀ ਫ੍ਰੀ ਛੱਡਣ ਦੀ ਅੱਗੇ ਕਿਸਾਨ ਦੀ ਜਿਹੜੀ ਫਿਤਰਤ ਸੀ ਜਿਹੜਾ ਛੁੜੰਬਾ ਛੱਡਦੇ ਸੀ ਬੋਧੀ ਛੱਡਦੇ ਸੀ ਅੱਧਾ ਕੈਰਾ ਛੱਡ ਦਿੰਦੇ ਸੀ ਹੁਣ ਕਿਸਾਨ ਵੀ ਕਮਰਸ਼ੀਅਲ ਹੋ ਗਿਆ ਨਾ ਪੱਖ ਦੋਨੇ ਨੇ ਤੇ ਉਹ ਫਿਰ ਇੰਨਾ ਕੁ ਤਾਂ ਜੇ ਵਾਟਰ ਬੋਡੀ ਜਾਂ ਇਹ ਚੀਜ਼ਾਂ ਨਹੀਂ ਕਰਾਂਗੇ ਤਾਂ ਨੁਕਸਾਨ ਤਾਂ ਹੋਏਗਾ ਨਾ ਫਿਰ ਜੇ ਅਸੀਂ ਕਿਤੇ ਨਾ ਕਿਤੇ ਆਪਸ਼ਨ ਰਿਸਕ ਫੈਕਟਰ ਜੇ ਬੀਮਾ ਵੀ ਕਰਾਉਂਦੇ ਹਾਂ ਤਾਂ ਕੁਛ ਨਾ ਕੁਛ ਪੇ ਤਾਂ ਕਰਦੇ ਹੀ ਆ ਨਾ ਇੰਨਾ ਕੁ ਤਾਂ ਰਿਸਕ ਫੈਕਟਰ ਰੱਖਣਾ ਹੋਏਗਾ ਨਾ ਉਹ ਗੱਲ ਉਹੀ ਹੈ ਨਾ ਕਿ ਬਾਣੀਆਂ ਵਧੇ ਤਾਂ ਹੱਟੀ ਪਾਵੇ ਜੱਟ ਵਧੇ ਤਾਂ ਰਾਹ ਦੱਬੇ ਹੈਨਾ ਬਾਣੀਆਂ ਵਧੇ ਹੱਟੀ ਦੱਬੇ ਤੇ ਜੱਟ ਵਧੇ ਤਾਂ ਰਾਹ ਦੱਬੇ ਛੱਡਦੇ ਤਾਂ ਕੋਈ ਨੀ ਰਾਹ ਮੰਨਣਾ ਪਏਗਾ ਅਸੀਂ ਵੀ ਇਸੇ ਭਾਈਚਾਰੇ ਚੋਂ ਆਪਾਂ ਕਿਹੜਾ ਦੂਰ ਹੋਂ ਹਾਂ ਠੀਕ ਆ ਕਿਤੇ ਮੰਨਿਆ ਸੜਕਾਂ ਤੰਗ ਛੱਡੀਆਂ ਵੇ ਨੇ ਪਰ 90% ਸੜਕਾਂ ਦੀ ਜਗ੍ਹਾ ਦੱਬੀ ਹੋਈ ਹੈ ਕਿਸਾਨਾਂ ਨੇ ਆਮ ਲੋਕਾਂ ਨੇ ਜੀ ਨਹੀਂ ਚਲੋ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਮੁੱਖ ਦੀ ਗੱਲ ਇਹ ਹੈ ਕਿ ਅੱਜ ਜਿਹੜੀ ਪ੍ਰਾਈਵੇਟ ਖਰੀਦ ਪੰਜਾਬ ਚ ਚੱਲਦੀ ਸੀ ਅੱਜ ਕਿਸੇ ਵੀ ਮੰਡੀ ਚ ਪ੍ਰਾਈਵੇਟ ਖਰੀਦ ਨਹੀਂ ਹੋਈ ਕਿਉਂਕਿ ਜਿਹੜੀਆਂ ਟਰਾਲੀਆਂ ਗਈਆਂ ਉਹ ਵੀ ਟਰਾਲੀਆਂ ਰਾਜ ਘਿਰ ਗਈਆਂ ਕੁਛ ਏਰੀਆ ਅਜਿਹਾ ਸੀਗਾ ਦੁਆਬੇ ਤੇ ਮਾਝੇ ਦਾ ਜਿੱਥੇ ਅੱਜ ਸਵੇਰੇ 7 ਵਜੇ ਮੀਂਹ ਸ਼ੁਰੂ ਹੋਇਆ ਉਹ ਜਿਹੜੀਆਂ ਟਰਾਲੀਆਂ ਅਰਲੀ ਮਾਰਨਿੰਗ ਚੱਲ ਪਈਆਂ ਕਿ ਅਸੀਂ ਮੰਡੀ ਪਹੁੰਚ ਜਾਵੇ ਉਹ ਰਾਹ ਚ ਘਿਰ ਗਈਆਂ ਤੇ ਜਿਹੜੀ ਪਹਿਲਾਂ ਹੀ ਕਿਉਂਕਿ ਸ਼ੈੱਡ ਤਾਂ ਬਹੁਤ ਘੱਟ ਮੰਡੀਆਂ ਚ ਸ਼ੈੱਡ ਤਾਂ ਹੈ ਹੀ ਨੀ ਸ਼ੈੱਡ ਥੱਲੇ ਨਾ ਕਦੀ ਝੋਨਾ ਤੇ ਕਣਕ ਪੂਰੀ ਆ ਸਕਦੀ ਆ ਓਪਨ ਚ ਢੇਰੀ ਕਰਨੀ ਪੈਂਦੀ ਆ ਤੇ ਉਹ ਜਿਹੜੀ ਓਪਨ ਚ ਜਾਣੀ ਸੀ ਪਈ ਸੀ ਉਹ ਵੀ ਝੋਨਾ ਗਿੱਲਾ ਹੋ ਗਿਆ ਜਿਹੜਾ ਬੋਰੀਆਂ ਦੀਆਂ ਕੀ ਕਹਿੰਦੇ ਹੁੰਦੇ ਟਾਂਕਾਂ ਲੱਗੀਆਂ ਹੋਈਆਂ ਸੀ ਉਹ ਵੀ ਗਿੱਲੀਆਂ ਹੋ ਗਈਆਂ ਤੇ ਜਿਹੜੀਆਂ ਟਰਾਲੀਆਂ ਭਰੀਆਂ ਜਾ ਰਹੀਆਂ ਸੀ ਉਹ ਵੀ ਸਾਰੀਆਂ ਗਿੱਲੀਆਂ ਹੋ ਗਈਆਂ ਯਾਨੀ ਕਿ ਕੁੱਲ ਮਿਲਾ ਕੇ ਤੇ ਅੱਜ ਪੰਜਾਬ ਦੇ ਕਿਸੇ ਵੀ ਕੋਨੇ ਚੋਂ ਪ੍ਰਾਈਵੇਟ ਤੌਰ ਤੇ ਵੀ ਕੋਈ ਵੀ ਖਰੀਦ ਜਿਹੜੀ ਇੱਕ ਦਾਣਾ ਵੀ ਜਿਹੜਾ ਉਹ ਨਹੀਂ ਹੋਇਆ ਹਾਂ ਉਹਦੇ ਚ ਦੇਖੋ ਕਿਸਾਨ ਦੀ ਮਜਬੂਰੀ ਹੈ ਉਹਦੇ ਚ ਫਿਰ ਪ੍ਰਾਈਵੇਟ ਸੈਕਟਰ ਵਾਲਾ ਵੀ ਅਗਲਾ ਕਹਿੰਦਾ ਭਾਈ 2-400 ਥੱਲੇ ਕਰ ਲੈ ਜਿਵੇਂ ਜਿਵੇਂ ਸਥਿਤੀ ਬਣੂਗੀ ਕੋਈ ਤਰੀਕ 24 ਹੈ 6-7 ਦਿਨ ਸਰਕਾਰੀ ਖਰੀਦ ਨੂੰ ਤਾਂ ਅਗਲਾ ਕਹਿੰਦਾ ਯਾਰ 20-50 ਘੱਟ ਕਰਕੇ ਲਓ ਪਰੇ ਕਿਸਾਨ ਸਾਂਭੂਗਾ ਵੀ ਕਿੱਥੇ ਕਿਉਂਕਿ ਮੌਸਮ ਤਾਂ ਚਲੋ ਕੱਲ੍ਹ ਤੱਕ ਤਾਂ ਉਮੀਦ ਹੈ ਤੇ ਵੈਦਰ ਫੋਰਕਾਸਟ ਜਿਹੜਾ ਆ ਰਿਹਾ ਖੈਰ ਤੇ ਉਧਰ ਪਰ ਐਂ ਵੀ ਸਰਕਾਰ ਜੀ ਨੇ ਖਰੀਦਣਾ ਉਹ ਤਾਂ ਬਾਈ ਗੁੱਤੋਂ ਗੁੱਤੀ ਹੋਈ ਪਈ ਹੈ ਪ੍ਰੋਹਤ ਸਾਹਿਬ ਨਾਲ ਪਹਿਲਾਂ ਪ੍ਰੋਹਤ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ ਪਰ ਇਹ ਵੀ ਕਹਿੰਦੇ ਅਸੀਂ ਅਸਲੀ ਕ੍ਰਾਂਤੀਕਾਰੀ ਹਾਂ ਸੋ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਜਿਹੜਾ ਤਣਾਤਣੀ ਵੱਧ ਗਈ ਹੈ 27 ਸਤੰਬਰ ਦੇ ਸੈਸ਼ਨ ਨੂੰ ਲੈ ਕੇ ਗਵਰਨਰ ਕਹਿੰਦਾ ਵੇਰਵੇ ਦਿਓ ਇਹ ਕਹਿੰਦੇ ਵੇਰਵੇ ਕਾਹਦੇ ਦੇਈਏ ਐਂ ਕਿਵੇਂ ਦੱਸ ਦਾਂਗੇ ਵੇਰਵੇ ਜੀ ਮਤਲਬ ਬੀਜੇਪੀ ਬਨਾਮ ਆਮ ਆਦਮੀ ਪਾਰਟੀ ਮੁੱਦਾ ਉਭਰ ਰਿਹਾ ਹੈ ਨਾ ਉਭਾਰਿਆ ਜਾ ਰਿਹਾ ਗੱਲ ਕੁਛ ਵੀ ਨਹੀਂ ਪਾਣੀ ਚ ਪੂਰੀ ਮਧਾਣੀ ਚੱਲ ਰਹੀ ਹੈ ਜੀ ਹਾਂ ਪਾਣੀ ਚ ਮਧਾਣੀ ਦੇਖੋ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ 27 ਦਾ ਸੈਸ਼ਨ ਦੁਬਾਰਾ ਭੇਜਿਆ ਤੇ ਉਹਨਾਂ ਨੇ ਆਰਟੀਕਲ 167 ਤੇ 168 ਦਾ ਵੇਰਵਾ ਦੇ ਕੇ ਭੇਜਤਾ ਕਿ ਮੈਨੂੰ ਦੱਸ ਦੋ ਬਿਜ਼ਨਸ ਕੀ ਆ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਆ ਚਰਚਾ ਹੋਣੀ ਵਿਧਾਨ ਸਭਾ ਚ ਉਹਦੇ ਲਈ ਜਦੋਂ ਮੰਗਿਆ ਤੇ ਭਗਵੰਤ ਮਾਨ ਨੇ ਫਿਰ ਲਾਲਾ ਲਾਲਾ ਕਰਤੀ ਮੀਡੀਆ ਚ ਕਰ ਦਿੱਤੀ ਅਖੀਰ ਫਿਰ ਉਹਨਾਂ ਨੇ ਇੱਕ ਲੈਟਰ ਲਿਖਤੀ ਮੁੱਖ ਮੰਤਰੀ ਨੂੰ ਸਿੱਧੀ ਗਵਰਨਰ ਨੇ ਕਹਿੰਦਾ ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਨਾਰਾਜ਼ ਹੋ ਤੇ ਆਹ ਪੜ੍ਹੋ 167 ਤੇ ਆਰਟੀਕਲ 168 ਸੰਵਿਧਾਨ ਦੇ ਆਰਟੀਕਲ 2 ਪੜ੍ਹ ਲਓ ਤੇ ਮੈਨੂੰ ਲੱਗਦਾ ਤੁਹਾਡੇ ਜਿਹੜੇ ਕਾਨੂੰਨੀ ਸਲਾਹਕਾਰ ਆ ਉਹ ਤੁਹਾਨੂੰ ਗਲਤ ਮਿਸਗਾਈਡ ਕਰ ਰਹੇ ਆ ਸੁਰਿੰਦਰ ਜੀ ਪਤਾ ਉਹਨਾਂ ਨੂੰ ਸਾਰਾ ਪਰ ਗੱਲ ਇਹ ਹੈ ਨਾ ਕਿ ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ ਇੱਕ ਪਾਸੇ ਬ੍ਰਾਹਮਣ ਬੁੱਧੀ ਤੇ ਦੂਸਰੇ ਪਾਸੇ ਜੱਟ ਬੁੱਧੀ ਹੁਣ ਜੱਟ ਕਹਿੰਦਾ ਮੈਂ ਨਾ ਮੰਨੂ ਹੁਣ ਜਿਹੜੇ ਸੰਵਿਧਾਨਕ ਧਾਰਾ ਉਸ ਮੁਤਾਬਕ ਨਹੀਂ ਹੋ ਸਕਦਾ ਹੁਣ ਚੀਮਾ ਸਾਹਿਬ ਆ ਵਕੀਲ ਨੇ ਬਾਕੀ ਦੂਜੇ ਪੜ੍ਹੇ ਲਿਖੇ ਸੱਜਣ ਨੇ ਜੇ ਨਹੀਂ ਵੀ ਇਹ ਗੂਗਲ ਮਾਰੋ ਪਤਾ ਲੱਗ ਜਾਂਦਾ ਕਿ ਨਹੀਂ ਹੋ ਸਕਦਾ
ਪਰ ਗੱਲ ਇਹ ਨਾ ਭੋਲੇ ਭਾਲੇ ਲੋਕਾਂ ਨੂੰ ਡਰਾਮਾ ਤੇ ਕਰਕੇ ਬਾਈ ਜੀ ਦਿਖਾਉਣਾ ਨਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਦੁਨੀਆਂ ਭਰ ਤੋਂ ਵੱਧ ਜਾਤੀ ਨਾ ਜਿਹੜਾ ਜ਼ੁਲਮ ਹੈ ਬੀਜੇਪੀ ਦਾ ਸਾਡੇ ਤੇ ਹੀ ਹੋ ਰਿਹਾ ਹੈ ਨਾ। ਉਹ ਚੀਜ਼ਾਂ ਸ਼ੋਅ ਕਰਨੀਆਂ ਵੀ ਨੇ ਨਾ, ਤੇ ਅਗਲੇ ਨੇ ਵੀ ਥੋੜਾ ਜਿਹਾ ਜ਼ੁਲਮ ਕਰਨਾ ਇਹਨਾਂ ਤੇ ਤਾਂ ਜੋ ਲੱਗੇ ਕਿ ਭਾਈ ਵਿਰੋਧੀ ਪਾਰਟੀ ਇਹੀ ਹੈ, ਕਾਂਗਰਸ ਦਾ, ਖੱਬੇ ਪੱਖੀਆਂ ਦਾ, ਅਕਾਲੀਆਂ ਦਾ, ਕਿਤੇ ਤਿੰਨ ਧਿਰਾਂ ਚ ਜ਼ਿਕਰ ਹੀ ਨੀ ਨਾ। ਆਮ ਆਦਮੀ ਪਾਰਟੀ ਜਾਂ ਬੀਜੇਪੀ ਦੋਨਾਂ ਦੀ ਲੜਾਈ ਹੋ ਰਹੀ ਹੈ, ਲੋਕਾਂ ਨੂੰ ਸ਼ੋਅ ਕੀਤਾ ਜਾ ਰਿਹਾ। ਅੱਜ ਤਾਂ ਸ਼ਾਮ ਆਉਂਦੇ ਆਉਂਦੇ ਸਰਕਾਰ ਨੇ ਇੱਕ ਚਿੱਠੀ ਲਿਖ ਦਿੱਤੀ ਗਵਰਨਰ ਨੂੰ, ਕਹਿੰਦੇ ਜੀ ਅਸੀਂ ਪਰਾਲੀ, ਬਿਜਲੀ ਤੇ GST ਤਿੰਨਾਂ ਦੇ ਮੁੱਦਿਆਂ ਤੇ ਗੱਲਬਾਤ ਕਰਨੀ ਹੈ, ਵਿਧਾਨ ਸਭਾ ਦਾ ਸੈਸ਼ਨ ਤਾਂ ਸੱਦਿਆ, ਬਹੁਮਤ ਦਾ ਨੀ ਲਿਖਿਆ ਉਹਦੇ ਚ। ਕਹਿੰਦੇ ਨਾਲ ਇੱਕ ਗੋਲਮੋਲ ਲਿਖ ਦਿੱਤਾ, ਕਹਿੰਦੇ ਬਾਕੀ ਜੇ ਕੋਈ ਵਿਧਾਇਕ ਕੋਈ ਮੁੱਦਾ ਲਿਆਉਣਗੇ ਤੇ ਉਹਦੇ ਤੇ ਵੀ ਚਰਚਾ ਹੋ ਜੂਗੀ। ਹੁਣ ਉਹਨਾਂ ਕੀ ਕਰਨਾ, ਉਹਨਾਂ ਨੇ ਨਾਲ ਦੀ ਨਾਲ ਫੇਰ ਇੱਕ ਲੈਟਰ ਹੋਰ ਲਿਖ ਦੇਣੀ ਹੈ, ਉਹਨਾਂ ਕਹਿ ਦੇਣਾ ਵੀ ਜਿਹੜਾ ਹੋਰ ਮੁੱਦਾ ਆਉਣਾ ਉਹਦੇ ਬਾਰੇ ਵੀ ਕਲੀਅਰ ਕਰੋ, ਕਿਉਂਕਿ ਆਰਟੀਕਲ 167 168 ਕਹਿੰਦਾ ਕਿ ਜਿਹੜੇ ਜਿਹੜੇ ਮੁੱਦੇ ਸੈਸ਼ਨ ਚ ਚੱਕੇ ਜਾਣੇ ਨੇ, ਜਿਹੜਾ ਕਿਉਂਕਿ ਸਪੈਸ਼ਲ ਸੈਸ਼ਨ ਆ, ਸਪੈਸ਼ਲ ਸੈਸ਼ਨ ਚ ਚੱਕੇ ਜਾਣੇ ਉਹ ਆਰਟੀਕਲ 167 ਤੇ 168 ਦੇ ਤਹਿਤ ਤੁਹਾਨੂੰ ਗਵਰਨਰ ਨੂੰ ਪਹਿਲਾਂ ਦੱਸਣੇ ਪੈਣਗੇ ਤੇ ਉਸ ਤੋਂ ਬਾਹਰ ਜਾ ਕੇ ਕਿਸੇ ਵੀ ਮੁੱਦੇ ਤੇ ਚਰਚਾ ਨਹੀਂ ਹੋ ਸਕਦੀ। ਤੇ ਉੱਥੇ ਚੀਮਾ ਸਾਹਿਬ ਕਹਿੰਦੇ ਨਹੀਂ ਜੀ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਦੱਸ ਦਿੱਤਾ, ਅਸੀਂ ਕਿਹਾ ਜੀ ਅਸੀਂ ਆਹ ਤਿੰਨ ਮੁੱਦਿਆਂ ਤੇ ਕਰਨੀ ਆ, ਤੇ ਨਾਲ ਹੀ ਕਹਿੰਦੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਜੇ ਕੋਈ ਵਿਧਾਇਕ ਕੋਈ ਹੋਰ ਮੁੱਦਾ ਵੀ ਲਿਆਉਣਗੇ ਤੇ ਅਸੀਂ ਉਹਤੇ ਵੀ ਚਰਚਾ ਕਰ ਲਾਂਗੇ। ਦੇਖੋ ਆ ਮਤਲਬ ਗੱਲ ਇਹ ਆ ਕਿ ਉਸੇ ਤੇ ਦੁਬਾਰਾ ਆਉਣਾ। ਤੇ ਉਧਰ ਪੁਰੋਹਿਤ ਸਾਹਿਬ ਆ, ਪੁਰੋਹਿਤ ਸਾਹਿਬ ਕਹਿੰਦੇ ਮੈਂ ਅੱਗੇ ਦੋ ਸਟੇਟਾਂ ਸਿੱਧੀਆਂ ਕਰਕੇ ਆਇਆ ਤੇ ਤੀਸਰੀ ਮੈਨੂੰ ਸਿੱਧੀ ਕਰਨ ਦੀ ਜਿੰਮੇਵਾਰੀ ਲਈ ਜਾਂਦਾ ਮੈਂ ਨੀ, ਤੇ ਕਹਿੰਦੇ ਜਿੱਦਣ ਮੇਰੇ 5 ਸਾਲ ਦੀ ਟਰਮ ਪੂਰੀ ਹੋਈ ਤੇ ਦੂਜੀ ਟਰਮ ਮੈਂ ਫੇਰ ਲੈ ਲੈਣੀ ਆ। ਮਤਲਬ ਪੁਰੋਹਿਤ ਨੇ ਪਰਸ਼ੂਰਾਮ ਜੀ ਵਾਲਾ ਜਿਹੜਾ ਪਰਸਾ ਚੱਕ ਲਿਆ ਗੰਡਾ ਸਾਹਿਬ। ਦੇਖੋ ਕੀ ਦੱਸੋਗੇ ਉੱਥੇ, ਸਪੋਜ ਕਰੋ ਇਹਨਾਂ ਨੂੰ ਸੈਸ਼ਨ ਕਰ ਲੈਣ ਦਿਓ, ਸੈਸ਼ਨ ਚ ਇਹੀ ਦੱਸਣਗੇ ਹਾਂ ਲੁੱਟਸ ਓਪਰੇਸ਼ਨ ਹੋਇਆ। ਯਾਰ ਲੁੱਟਸ ਓਪਰੇਸ਼ਨ ਦੇ ਫੈਕਟ ਕੀ ਨੇ, ਆਡੀਓ ਲੀਕ ਕਰੋ, ਜਨਤਾ ਇੱਕ ਮਿੰਟ ਚ ਦੱਸ ਸਕਦੀ ਕਿ ਭਾਈ ਕਿੰਨੇ ਕੁ ਪਾਣੀ ਚਾਹੇ। ਜੇ ਤੁਹਾਡੇ ਕੋਲ ਬੀਜੇਪੀ ਨੂੰ ਬਦਨਾਮ ਹੀ ਕਰਨਾ ਨਾ, ਸੈਜਨ ਚ ਬੈਠ ਕੇ ਕਿਹੜਾ ਜ਼ਿਆਦਾ ਸਪੀਕਰ ਉੱਚੀ ਚੱਲਦਾ ਵੀ ਬਾਹਰ ਨਹੀਂ ਚੱਲਦਾ। ਤੁਹਾਡੀ ਫੈਨ ਫੋਲੋਇੰਗ ਮਾਨਸਾ ਬਥੇਰੀ ਆ, ਬੀਜੇਪੀ ਦੇ ਪੇਜਾਂ ਦੀ ਬਥੇਰੀ ਆ, ਤੇ ਤੁਹਾਨੂੰ ਮੀਡੀਆ ਨੂੰ ਬਥੇਰਾ ਪੈਸਾ ਦਿੱਤਾ ਹੋਇਆ, ਸਾਰੇ ਸਾਰੇ ਪੇਜ ਤੁਹਾਡੇ ਛਾਪ ਦੇਣਗੇ, ਹੈਆ ਤਾਂ ਨਸੀਹਤ ਸਨ ਸਾਰਾ ਲਿਖ ਦੇਣਗੇ। ਤੁਸੀਂ ਤੇ ਜਾਂਚ ਕਰਾਉਣ ਲਈ ਵਿਧਾਇਕਾਂ ਦੇ ਨੰਬਰ ਵੀ ਨਹੀਂ ਦਿੱਤੇ ਜਿਨ੍ਹਾਂ ਨੂੰ ਲੁੱਟਸ ਵਾਲਿਆਂ ਨੇ ਕਾਲ ਕੀਤੀ ਹੈ। ਜੇ ਲੁੱਟਸ ਓਪਰੇਸ਼ਨ ਚ ਸਚਾਈ ਹੁੰਦੀ ਉਹਨਾਂ ਨੂੰ ਰੰਗੇ ਹੱਥੀ ਫੜਦੇ, ਉਹਨਾਂ ਨੂੰ ਥੋੜਾ ਜਿਹਾ ਹੋਰ ਅੱਗੇ ਲਿਆਉਂਦੇ ਕਿ ਆ ਜੋ ਗੱਲ ਕਰਦੇ ਆ ਬੈਠ ਕੇ, ਦੱਸੋ ਪੈਸਿਆਂ ਦਾ ਲਿਆਓ ਬੈਗ ਭਰ ਕੇ, ਨਾਲੇ 1300 ਕਰੋੜ ਰੁਪਈਏ ਜ਼ਬਤ ਕਰਦੇ ਤੇ ਨਾਲੇ ਉਹ ਬੰਦੇ ਚੱਕਦੇ। ਪਰ ਜਦੋਂ ਹੈ ਹੀ ਕੁਛ ਨੀ, ਕਣਕ ਖੇਤ ਕੁੜੀ ਪੇਟ ਆ ਜਵਾਈ ਮੰਡੇ ਖਾ, ਪਰ ਸੰਡੇ ਮੰਡੇ ਹੀ ਚੱਲ ਰਿਹਾ। ਬਸ ਇਸ ਰੌਲੇ ਚ ਗੱਲ ਹੈ ਕਿ ਭਗਵੰਤ ਮਾਨ ਦੀ ਜਰਮਨ ਫੇਰੀ, BMW, ਬਾਕੀ ਸਾਰੇ ਮਸਲੇ, ਉਹ ਸਰਾਰੀ ਵਾਲਾ ਮਾਮਲਾ, ਹੋਰ ਜਿੰਨੇ ਮਸਲੇ ਮਸਾਇਲ ਸੀਗੇ ਸਭ ਭੁੱਲ ਗਏ, ਲੋਕਾਂ ਨੂੰ ਧਿਆਨ ਹੀ ਡਿਵਰਟ ਕਰਨਾ ਨਾ, ਉਹ ਹੋ ਹੀ ਜਾ ਰਿਹਾ। ਉਹ ਸਰਾਰੀ ਦਾ ਮਸਲਾ ਕਿੱਥੇ ਗਿਆ, ਬਾਕੀ ਜਿਹੜੇ ਮਸਲੇ ਨੇ ਉਹ ਕਿੱਥੇ ਗਏ, ਕੁਛ ਵੀ ਨਹੀਂ ਹੈ। ਆ 2180 ਕਰੋੜ ਰੁਪਏ ਦਾ ਤਾਜ਼ਾ ਤੁਹਾਡੇ ਤੇ ਪਰਚਾ ਹੋਇਆ, ਬਰੰਟ ਨਿਕਲੇ ਨੇ, ਪਰ ਸਮਝਣਾ ਨਹੀਂ ਨਾ ਲੋਕਾਂ ਨੇ, ਸਮਝਾਓਗੇ ਕਿਹਨੂੰ। ਇਸ ਰਸਤੇ ਵਿੱਚ ਇਹ ਬਾਈ ਜੀ ਇਹ ਚੀਜ਼ਾਂ ਆਉਂਦੀਆਂ ਰਾਸ ਹੈ ਨਾ, ਤੇ ਇਸ ਕਰਕੇ ਇਹ ਹੁਣ ਦੇਖੋ ਵਿਧਾਨ ਸਭਾ ਚ ਮੈਨੂੰ ਦੱਸ ਦਿਓ ਕਿ ਉਥੋਂ ਦਾ ਸਪੀਕਰ ਤੇ ਬੋਲਿਆ ਕਿ ਹਾਂ ਸਾਡਾ ਲੁੱਟਸ ਓਪਰੇਸ਼ਨ ਚ ਸਾਡੇ ਨਾਲ ਧੱਕਾ ਹੋ ਰਿਹਾ। ਉਥੋਂ ਲਾਈਵ ਕਰ ਲੋਗੇ, ਵੱਧ ਤੋਂ ਵੱਧ ਲਾਈਵ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਲਾਈਵ ਕਰ ਦਿਓ, ਕਿਉਂਕਿ ਸਵਾਲ ਤਾਂ ਤੁਸੀਂ ਕ੍ਰੋਸ ਕੁਐਸਚਨ ਤਾਂ ਹੋਣ ਨਹੀਂ ਦੇਣਾ। ਇੱਕ ਵੀ ਪੱਤਰਕਾਰ ਨੇ ਜਿਹੜੇ ਸਾਹਮਣੇ ਆਉਂਦੇ ਆ ਇਹਨਾਂ ਦੇ, ਉਹਨਾਂ ਨੇ ਪੁੱਛਿਆ ਤੱਕ ਨਹੀਂ ਹੈ। ਮੇਰਾ ਤਾਂ ਮਨਸ਼ਾ ਸੀ ਕਿ ਚਲੋ ਰੌਣੀ ਮੇਲੇ ਤੇ ਚੀਮਾ ਸਾਹਿਬ ਆਉਣਗੇ, ਪਰ ਉਹ ਵੀ ਪਰਾਂ ਦੀ ਪਰਾਂ ਖਿਸਕ ਗਏ। ਤੇ ਵੀ ਭਾਈ ਜੇ ਤੁਹਾਡੇ ਕੋਲ ਟੇਪਾਂ ਨੇ ਉਹ ਟੇਪਾਂ ਰਿਲੀਜ਼ ਕਰ ਦਿਓ। ਆਪੇ ਲੋਕ ਜਿਨ੍ਹਾਂ ਨੇ ਤੁਹਾਨੂੰ ਰੰਕ ਤੋਂ ਰਾਜੇ ਬਣਾਇਆ, ਜਿਨ੍ਹਾਂ ਨੇ ਤੁਹਾਨੂੰ ਪੰਜਾਬ ਦੀ ਵਾਗਡੋਰ ਸਾਪੀ ਸੌਂਪੀ ਹੈ, ਉਹ ਇੱਕ ਮਿੰਟ ਚ ਬੀਜੇਪੀ ਦੇ ਪੋਤੜੇ ਫਰੋਲ ਦੇਣਗੇ, ਜੇ ਉਹਦੇ ਚ ਕੋਈ ਵਰਤੀ ਪਰ ਸਚਾਈ ਹੋਊਗੀ ਕਿ ਵਾਕਿਆ ਹੀ ਇਹਨਾਂ ਦੇ ਨਾਲ ਧੱਕਾ ਹੋਇਆ। ਜਨਤਾ ਸਭ ਤੋਂ ਵੱਡੀ ਜੱਜ ਹੈ, ਉੱਥੇ ਮਤਾ ਲਿਆ ਕੇ ਕੀ ਹੋ ਜਾਣਾ ਸੁਰਿੰਦਰ ਬਾਈ ਜੀ, ਕੀ ਮਤਾ ਲਿਆ ਕੇ ਬੀਜੇਪੀ ਵਾਲਿਆਂ ਨੂੰ ਇਹ ਬੱਗੇ ਵਾਂਗੂ ਚੱਕ ਲਿਆਉਣਗੇ ਜਾਂ ਕੋਈ ਹੋਰ ਕਰਾਮਾਤ ਕਰ ਦੇਣਗੇ ਮਤਾ ਲਿਆ ਕੇ। ਪਰ ਗੱਲ ਇਹ ਹੈ ਨਾ ਕਿ ਟਾਈਮ ਵੇਸਟ ਕਰਨਾ, ਮੀਡੀਆ ਚ ਕਵਰੇਜ ਕਰਨੀ ਹੈ ਤੇ ਨੈਸ਼ਨਲ ਪੱਧਰ ਤੇ ਇਹ ਚੀਜ਼ ਦੀ ਧੁੰਮ ਪਾਉਣੀ ਹੈ ਕਿ ਅਸੀਂ ਆਹ ਕੀਤਾ, ਅਸੀਂ ਆਹ ਕੀਤਾ। ਸੋ ਉਹ ਚੀਜ਼ਾਂ ਉਹ ਦਿਖਾਉਣ ਦੇ ਵਾਸਤੇ ਇਹ ਸਾਰਾ ਲੱਲਾ ਭੱਬਾ ਹੋ ਰਿਹਾ, ਇਸ ਤੋਂ ਵੱਧ ਹੋਰ ਕੁਛ ਨਜ਼ਰ ਨਹੀਂ ਆਉਂਦਾ ਜੀ ਸੁਰਿੰਦਰ। ਮੈਨੂੰ ਨਾ ਜੀ, ਅਸੀਂ ਨਾ
ਉਹ ਟੋਕਰਾ ਲਾਇਆ ਛੱਟੀਆਂ ਵਾਲਾ ਤੇ ਉਹਦੇ ਥੱਲੇ ਡੰਡਾ ਦਿੱਤਾ, ਡੰਡੇ ਨੂੰ ਇੱਕ ਰੱਸੀ ਬੰਨੀ, ਦੂਰ ਰੱਸੀ ਲੈ ਕੇ ਬਹਿ ਗਏ ਤੇ ਨੀਚੇ ਇੱਕ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਰੱਖਦੇ ਵੀ ਕਾਂ ਆਊਗਾ, ਕਾਂ ਨੂੰ ਨਾ ਅਸੀਂ ਡੰਡਾ ਖਿੱਚਣਾ, ਕਾਂ ਥੱਲੇ ਆਜੂ, ਇਹਨੂੰ ਫੜਾਂਗੇ, ਇਹਨੂੰ ਬੰਨ ਦਿਆਂਗੇ ਤੇ ਹੋਰ ਕਾਂ ਆਉਣਗੇ ਬਾਅਦ ਚ, ਕੁੱਟਾਂਗੇ ਇਹਨਾਂ ਨੂੰ, ਸਾਰੇ ਤੰਗ ਬੜੇ ਕਰਦੇ ਆ, ਸਾਰੇ ਕੁੱਟਣੇ ਆ। ਹਰ ਪੰਜਾਬੀ ਨੇ ਕਾਵਾਂ ਲਈ ਟੋਕਰਾ ਲਾਇਆ। ਆ ਪਿਛਲੇ ਦਿਨ ਹੀ ਨਾ ਮੈਂ ਬਥੇਰੀਆਂ ਮੁਰਗੇ ਦੀਆਂ ਬੋਟੀਆਂ ਪਾਈਆਂ, ਕਿਉਂਕਿ ਇੱਕ ਚਿੱਟਾ ਕਾਂ ਰਹਿੰਦਾ ਆਪਣੇ, ਕਾਂ ਆ ਪਤਾ ਨੀ ਕੌਣ ਹੀ ਆ, ਮੈਂ ਬੜੇ ਜਾਲ ਜੂਲ ਟੋਕਰੇ ਵਾਲਾ ਲਾ ਕੇ ਵੇਖਿਆ, ਪਰ ਉਹ ਛਾਤਰ ਐਡੇ ਨੇ ਸਮਝ ਜਾਂਦੇ ਨੇ, ਉੱਥੋਂ ਬੋਟੀ ਚੱਕਣ ਵੀ ਨੀ ਆਉਂਦੇ ਟੋਕਰੇ ਥੱਲੇ। ਮੈਨੂੰ ਆਇਆ ਸੀ ਵੀ ਫੜ ਕੇ ਇਹਦੀ ਚੰਗੀ ਤਰ੍ਹਾਂ ਵੀਡੀਓ ਬਣਾਵਾਂ। ਸੋ ਚਿੱਟੇ ਪੰਖਾਂ ਵਾਲਾ ਕਾਂ ਭਾਈ ਸਾਡੇ ਤੇ ਵੀ ਕਿਰਪਾ, ਸਾਡੇ ਘਰੇ ਵੀ ਕਾਂ ਚਿੱਟੇ ਹੁੰਦੇ ਨੇ, ਪਰ ਠੀਕ ਨੀ ਆਉਂਦਾ ਟੋਕਰੇ ਚ ਕਾਂ। ਅਸੀਂ ਤਾਂ ਨਿੱਕੇ ਹੁੰਦੇ ਸੀ ਤੇ ਉਹ ਜਦੋਂ ਕਾਂ ਨੇ ਅੱਜ ਨੇੜੇ ਨੂੰ ਤੁਰਿਆ ਆਉਣਾ ਹੌਲੀ ਹੌਲੀ, ਅਸੀਂ ਰੌਲਾ ਪਾ ਦੇਣਾ, ਆ ਗਿਆ ਖਿੱਚਦੇ ਉਹ ਰੱਸੀ ਖਿੱਚਦੇ, ਤੇ ਰੱਸੀ ਅਸੀਂ ਪਹਿਲਾਂ ਖਿੱਚਦੇ ਨੀ, ਟੋਕਰਾ ਡਿੱਗ ਜਾਣਾ, ਕਾਂ ਉੱਡ ਜਾਣਾ। ਹੁਣ ਗੱਲ ਤੇ ਆ ਵੀ ਜਿਹੜੇ ਕੰਮ ਅਸੀਂ ਨਾ 8-9 ਸਾਲ ਦੀ ਉਮਰ ਚ ਹੁੰਦੇ ਕਰਦੇ ਰਹੇ ਆ, ਉਹ ਭਗਵੰਤ ਮਾਨ ਹੋਣੀ ਹੁਣ 50 ਸਾਲ ਦੀ ਉਮਰ ਚ ਕਰਨ ਡੇ ਹੋਏ ਆ। ਹੈ ਵੀ ਭਲੇ ਮਾਨਸੋ, ਤੁਸੀਂ ਘੱਟੋ ਘੱਟ ਇੰਨਾ ਤਾਂ ਸਮਝ ਜਾਓ ਕਿ ਤੁਸੀਂ ਕਿਹੜੇ ਰਾਹ ਚੱਲੇ ਹੋ ਤੇ ਕਰਨਾ ਕੀ ਆ। ਤੁਹਾਨੂੰ ਇੰਨੀ ਵੀ ਸਮਝ ਨੀ, ਤੁਸੀਂ ਲਾਲਾ ਲਾਲਾ ਲਾਤੀ ਆ, ਕੀ ਲਾਲਾ ਲਾਲਾ ਲਾਉਣ ਦੇ ਨਾਲ ਕੰਮ ਹੋ ਜੀ। ਹੁਣ ਦੇਖੋ ਤੁਸੀਂ GST ਤੇ ਕਾਹਦੀ ਚਰਚਾ ਕਰਨੀ ਹੈ ਤਾਂ ਦੱਸ ਦੋ, ਕੀ ਤੁਹਾਡਾ GST ਦਾ ਰਿਫੰਡ ਜਿਹੜਾ ਉਹ ਤੁਹਾਨੂੰ ਮਿਲਿਆ ਨੀ ਗੌਰਮੈਂਟ ਆਫ ਇੰਡੀਆ ਤੋਂ, ਕਾਹਦੀ ਚਰਚਾ ਕਰਨੀ ਹੈ। ਜਿਹੜਾ ਤੁਹਾਡਾ GST ਦਾ ਰਿਫੰਡ ਸੀ ਅਗਲੇ ਨੇ ਤੈਨੂੰ ਦੇ ਦਿੱਤਾ, ਪਰਾਲੀ ਦੇ ਮੁੱਦੇ ਤੇ ਤੁਸੀਂ ਕੀ ਕਹਿਣਾ ਵੀ ਕਿ ਉਹ ਤਾਂ ਤੁਸੀਂ ਰਾਘਵ ਚੱਡੇ ਨਾਲ ਗੱਲ ਕਰੋ, ਅਰਵਿੰਦ ਕੇਜਰੀਵਾਲ ਨਾਲ ਕਰੋ, ਜਿਹੜੇ ਕਹਿੰਦੇ ਸੀ ਪੰਜਾਬ ਤੋਂ ਪਰਾਲੀ ਦਾ ਧੂੰਆਂ ਆਉਂਦਾ ਤੇ ਦਿੱਲੀ ਸਾਰੀ ਜਿਹੜੀ ਆ ਉਹ ਕੇਜਰੀਵਾਲ ਦੀ ਖਾਂਸੀ ਨੀ ਬੰਦ ਹੁੰਦੀ ਉਹਦੇ ਨਾਲ, ਕਹਿੰਦਾ ਤਾਂ ਕਰਕੇ ਖਾਂਸੀ ਤਾਂ ਮੈਨੂੰ ਹੋਈ ਜਾਂਦੀ, ਮੈਨੂੰ ਕਿਹੜਾ ਧੂੰਆਂ ਆਉਂਦਾ। ਮੈਂ ਉਹੀ ਦੱਸਿਆ ਨਾ ਵੀ ਉਹ ਦੋ ਮੁੱਦੇ ਤੁਹਾਡੇ ਉਹ ਮੇਨ ਸੀਗੇ, ਫਿਰ ਉਹਨਾਂ ਦੋਨਾਂ ਮੁੱਦਿਆਂ ਤੇ ਚਰਚਾ ਕਾਹਦੀ ਕਰਨੀ ਆ। ਹੁਣ ਗੱਲ ਤੇ ਹੈ ਨਾ ਆਨੀ ਬਹਾਨੀ ਆ ਕੇ ਕਹਿਣਾ ਕਿ ਅਸੀਂ 92 ਜਿਹੜੇ ਆ ਅਸੀਂ ਬਹੁਮਤ ਸਾਬਤ ਕਰ ਰਹੇ ਹਾਂ, ਉਹ ਭਲੇ ਮਾਨਸੋ ਤੁਹਾਨੂੰ ਗਵਰਨਰ ਨੇ ਸਿੱਧਾ ਕਹਿ ਦਿੱਤਾ ਕਿ ਆਰਟੀਕਲ 167 ਪੜ ਲਓ, ਦੋਨਾਂ ਦੇ ਵਿੱਚ ਲਿਖਿਆ ਹੋਇਆ ਤੇ ਜੇ ਨੋ ਕੌਨ ਦੂਸਰਾ ਕੀ ਕਹਿੰਦਾ ਨੋ ਮੋਸ਼ਨ ਕੌਨਫੀਡੈਂਸ ਲਿਆਉਣਾ ਤੇ ਉਹ ਦੂਸਰਾ ਕੀ ਕਹਿੰਦੇ ਹੁੰਦੇ ਆ ਉਹ ਆਪੋਜੀਸ਼ਨ ਲੈ ਕੇ ਆਊਗੀ, ਜੇ ਕੌਨਫੀਡੈਂਸ ਮੋਸ਼ਨ ਲਿਆਉਣਾ ਤੇ ਉਹ ਤੁਸੀਂ ਲੈ ਕੇ ਆਉਣਾ। ਹੁਣ ਗੱਲ ਤੇ ਆ ਨਾ ਹੁਣ ਤੁਸੀਂ ਆਪਣੇ ਆਪ ਹੀ ਉਹ ਤੁਸੀਂ ਲਿਆਉਣਾ ਕਿਹਦੇ ਕਹਿਣ ਤੇ, ਗਵਰਨਰ ਦੇ ਕਹਿਣ ਤੇ, ਉਹ ਕਦੋਂ ਲਿਆਉਣਾ ਜਦੋਂ ਤੁਸੀਂ ਵਿਧਾਨ ਸਭਾ ਚ ਪਹਿਲੀ ਵਾਰੀ ਬਹੁਮਤ ਸਾਬਤ ਕਰਨਾ, ਉਦੋਂ ਗਵਰਨਰ ਦੇ ਕਹਿਣ ਤੇ ਕਰਨਾ ਤੁਸੀਂ, ਤੁਹਾਡੇ ਕੋਲ ਤਾਂ ਸੱਤਾਧਾਰੀ ਤੇਰੇ ਕੋਲੇ ਤਾਂ ਪਾਵਰ ਹੀ ਨੀ ਕਿ ਤੁਸੀਂ ਕਹੋ ਕਿ ਅਸੀਂ ਬਹੁਮਤ ਸਾਬਤ ਕਰਨਾ। ਉਹ ਕਹਿੰਦੇ ਅਸੀਂ ਤੁਹਾਨੂੰ ਕਦੋਂ ਕਿਹਾ ਤੁਸੀਂ ਘੱਟ ਗਿਣਤੀ ਚ, ਤੁਹਾਨੂੰ ਜਦੋਂ ਕੋਈ ਘੱਟ ਗਿਣਤੀ ਚ ਕਹਿ ਹੀ ਨਹੀਂ ਰਿਹਾ, ਆਪੋਜੀਸ਼ਨ ਕੋਲ ਇੰਨਾ ਬਹੁਮਤ ਨੀ ਕਿ ਉਹ ਤੁਹਾਨੂੰ ਕਹਿਣ ਕਿ ਆਪਣਾ ਬਹੁਮਤ ਸਾਬਤ ਕਰੋ, ਤੇ ਫਿਰ ਕਿਹੜੀ ਕਿਹੜੀ ਧਾਰਾ ਚ ਤੁਸੀਂ ਫਿਰਦੇ ਹੋ, ਤੁਸੀਂ ਕਾਨੂੰਨ ਕਿਹੜਾ ਮੰਨਦੇ ਹੋ। ਇੱਕ ਬੰਨੇ ਕਹਿੰਦੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ, ਫਿਰ ਦੂਜੇ ਬੰਨੇ ਜਦੋਂ ਗੱਲ ਨੀ ਆਉਂਦੀ ਤੇ ਫਿਰ ਗੱਲ ਬਦਲ ਨੀ ਆਉਂਦੀ, ਫਿਰ ਅਮਨ ਅਰੋੜੇ ਵਰਗਾ ਕਹਿੰਦਾ ਜੀ ਕਾਨੂੰਨ ਚ ਕਿੱਥੇ ਕਹਿੰਦਾ ਸੰਵਿਧਾਨ ਚ ਲਿਖਿਆ ਕਿ ਅਸੀਂ ਬਹੁਮਤ ਨੀ ਸਾਬਤ ਕਰ ਸਕਦੇ, ਵੀ ਬਹੁਮਤ ਕਿੰਨੀ ਵਾਰੀ ਸਾਬਤ ਕਰਨਾ, ਆਈ ਵਾਰ ਸਹੁਰਿਆਂ ਦੇ ਘਰੇ ਜਾ ਕੇ ਕਹੋਗੇ ਮੈਨੂੰ ਆਨੰਦ ਇੱਕ ਵਾਰੀ ਫੇਰ ਦੇ ਦੋ, ਹੈਂ ਸਾਡੀ ਵਿਗੜ ਗਈ ਸੀਗੀ ਇੱਕ ਵਾਰੀ ਮੈਂ ਫੇਰ ਸਾਬਤ ਕਰਨਾ ਵੀ ਮੈਂ ਤੁਹਾਡਾ ਜਵਾਈ ਆ, ਫਿਰ ਦੇ ਕਿੱਥੇ ਹੋ, ਲੈਣ ਕੀ ਚੱਲੇ ਹੋ। ਬਿਜਲੀ ਦਾ ਮੁੱਦਾ, GST ਦਾ ਮੁੱਦਾ, ਬਿਜਲੀ ਦੇ ਮੁੱਦੇ ਤੇ ਕੀ ਆ ਵੀ ਦੱਸੋ। ਹੁਣ ਗੱਲ ਤੇ ਆ ਕੋਈ ਮਾੜੀ ਮੋਟੀ ਸਮਝਦਾਰੀ ਦੀ ਗੱਲ ਕਰੋ, ਮੈਨੂੰ ਲੱਗਦਾ ਕਿ ਗਵਰਨਰ ਨੇ ਅੱਜ ਵੀ ਜਿਹੜਾ ਇਹਨਾਂ ਨੇ ਭੇਜਿਆ ਕੱਲ ਨੂੰ ਸਵੇਰ ਨੂੰ ਉਹ ਫਰਲਾ ਉਹਨਾਂ ਫੇਰ ਵਾਪਸ ਕਰ ਦੇਣਾ, ਉਹਨਾਂ ਕਹਿਣਾ ਪਹਿਲਾਂ ਤੈਅ ਕਰਕੇ ਭੇਜੋ ਕਿਹੜੇ ਕਿਹੜੇ ਮੁੱਦੇ ਤਿੰਨ ਹੋਣਗੇ, ਉਹ ਮੁੱਦੇ ਤੈਅ ਕਰਕੇ ਭੇਜੋ, ਉਹਨਾਂ ਤਿੰਨਾਂ ਮੁੱਦਿਆਂ ਲਈ ਮੈਂ ਇਜਾਜ਼ਤ ਦੇ ਦੇਣਾ, ਗੱਲ ਖਤਮ, ਇਹਦੇ ਇਲਾਵਾ ਚੌਥੇ ਲਈ ਮਿਲਣੀ ਨੀ, ਇਹਨਾਂ ਦੀ ਫੇਰ ਆਉਣੀ ਆ, ਅਖੀਰ ਇਹਨਾਂ ਨੇ ਚੁੱਪ ਕਰਕੇ ਬੈਠ ਜਾਣਗੇ। ਪਰ ਕੱਲ ਨੂੰ ਤਾਂ ਭਗਵੰਤ ਮਾਨ ਗੁਜਰਾਤ ਵਾਲਾ ਚੱਲਿਆ ਜਹਾਜ਼ ਉਡਾ ਕੇ, ਕੱਲ ਨੂੰ ਫੇਰ, ਕੱਲ ਨੂੰ ਮੈਨੂੰ ਲੱਗਦਾ ਫੇਰ ਕੋਈ 5-7 ਲੱਖ ਦੀ 10 ਲੱਖ ਦੀ ਮਰਜ਼ੀ ਠੋਕ ਕੇ ਆਊਗਾ ਪੰਜਾਬ ਸਰਕਾਰ ਦੀ, ਫੇਰ ਕਿਉਂਕਿ ਹੈਲੀਕਾਪਟਰ ਚ ਨਾਲ ਕੇਜਰੀਵਾਲ ਚੜੂਗਾ ਤੇ ਕੱਲ ਗੁਜਰਾਤ ਦਾ ਦੌਰਾ ਵਾ ਤੇ ਦੌਰਾ ਕਰਕੇ ਆਊਗਾ ਤੇ ਮੰਜੀ ਠੋਕ ਕੇ ਆਊਗਾ ਪੰਜਾਬ ਦੀ, ਹੋਰ ਕੱਖ ਨੀ ਕਰਨਾ। ਪਰ ਭਗਤ ਮਨ ਦੇ ਥੋੜੀ ਹੈ, ਆਪਣੇ ਬੜੇ ਪੁਰਾਣੇ ਸਰੋਤੇ ਨੇ, ਦੁਬਈ ਰਹਿੰਦੇ ਆ, ਹੁਣ ਤਾਂ ਸ਼ਾਇਦ ਭਗਵੰਤ ਮਾਨ ਨੇ ਇੱਥੇ ਜੌਬਾਂ ਬਹੁਤ ਦਿੱਤੀਆਂ, ਸ਼ਾਇਦ ਦੁਬਈ ਛੱਡ ਕੇ ਇੰਡੀਆ ਆ ਗਏ ਹੁਣ। ਬਹਾਦਰ ਸਿੰਘ ਦਿਓਲ, ਸਵੇਰੇ ਮੈਂ ਪੋਸਟ ਪਾਤੀ ਤੇ ਮੈਂ ਕਿਹਾ ਵੀ 2180 ਕਰੋੜ ਜੁਰਮਾਨਾ ਹੋਇਆ,
यार अगले ने तो झाड़ू की भी लाज नहीं रखी, झाड़ू ना फिरन करके जुर्माना होया गंदगी बदन करके। बहादुर सिंह देओल कहंदे कहंदे करी जो नैगेटिव प्रचार, लोग कहंदे सब जानते हैं सच की है। लो जी मतलब 2180 करोड़ जुर्माना होया, सारे खबरां लगियां ने, संत सीचेवाल साहब मन चुके ने कि भाई अफसरां दी गलती करके जुर्माना होया। हुण अफसर दसो कि जस्टिन ट्रूडो ने हटाउणे ने? जे अफसर तुहाडे हुंदिआं गलत काम करदे ने ते फिर जनाब तुहानू कादे वास्ते रखिआ? आ जिहड़ा चौपर लई कदे चंडीगढ़ कदे गुजरात घूमदे फिरदे हो ते इह टैक्सपेयर दे बहादुर सिंह जी तुहाडे बच्चिआं दा पैसा है जिहदे ते एडा एडा ताम झाम चलदा करोड़ां रुपया, 1.5 करोड़ रुपये की जिहड़ी सहुं चुकी है वह तुहाडा पैसा हो, वह भगवंत मान दे पापा जी का जी। सो ऑफ हो गया सी ये जिहड़ा वर्तारा ना, हुण देखो पुराने स्रोते ने इन्नी देर तो सुनते ने यह भी पता कि इत्थे बादलों की भी इदों वध खड़कैंती हुंदी आई है, कांग्रेस की भी हुंदी आई है, सब की हुंदी आई है। मेरे ख्याल 8-10 साल तो सुनते होने, मतलब फेसबुक फ्रेंड भी ने, सब कुछ भी ने, मतलब वो शरदापणे का जाला इथों तक चढ़िया होया। यार 2180 करोड़ रुपया जुर्माना होया वह देना पैना है। आ जिहड़ा उत्थों वर्ल्ड बैंक का लोन लिया ना 150 मिलियन ऐसे च निकल जाना जनाब बहादुर सिंह जी, ते तुहाडे बच्चिआं नूं नौकरी नौकरी मिलनी कोई नहीं। इस करके समझो तुसीं तां यार पुराने बंदे हो, तुसीं तां ना इह आखो नैगेटिव प्रचार, किहड़ा नैगेटिव प्रचार हो गया मैनूं इहदे तां। हुण आप तुसीं पॉजिटिव प्रचार करदे हो, आप इहनां दा कोई फैन पेज है उत्थे इहनां ने पोस्ट पाई हुई है भगवंत मान दे फैन पेज ते, कहिंदे भगवंत मान दी फोटो ला के ना पार्लीमेंट वाली ऐन विक्टरी दे हत्थ खड़े करे वे ने, कहिंदे जिहड़े भैण भरा मनदे हो कि मैं कल कोई शराब नहीं पीती वह बंदे इस पोस्ट नूं वध तों वध शेयर करो। लो जी जिहड़े मेरे वीर भैण भरा मनदे हो कि मैं कल कोई शराब नहीं पीती वह मेरी इस पोस्ट नूं वध तों वध शेयर करो। लो आया सच्चाई कि मीडिया जाके दस दे वी टिकट क्यों दुबारा लैनी पई, एक टिकट कैंसल करी लखां रुपया उस टिकट का, दो तीन महीने निकल आओ क्योंकि आर टी आई तो देंदे नहीं, महीने के अंदर अंदर देनी होंगी है, आर टी आई वाले मंगते फिरते उन्होंने शशकेर देंगे ने। अहमद अंसारी हो रही ने नाल सपोर्टर भी ने आम आदमी पार्टी के, हो उन्होंने आर टी आई नहीं दे रहे। सो इस सेंस दे विच ड्रामा करते हो यार तुसी, पर गल ये देओल साहब तुहाडे वर्गे साहब बहादुर लोग जदों इदा इन्हां सियासतदानां दे पिछलग बनते हैं तो सिस्टम नहीं सुधरता। असी की झल्लिया, तुसी तां साडा रैकर्ड सुणदे आयो यार, तुसी तां घट्टो घट्ट इह चीज़ां नाम महसूस करो कि असी नैगेटिव प्रचार कर रहे हैं, होर असी पॉजिटिव प्रचार करके इन्हां दीआं ऐडां लै लईए जां इन्हां दे कोई ओएसडी लग जाइए, साडी जमीर अलाउ नहीं करदी, साडी जमीर सरकार दी ऐड भी नहीं लैंदी, लवांगे भी नहीं, ठीक है, नाले उह लैण दा राइट भी बनदा, फिर भी सरकारी ऐड नहीं लवांगे। ते तुसी कहिंदे हो असी नैगेटिव प्रचार करदे हां, ये भगत बना छड्डो, पंजाब इदा नहीं सुधर लगे, कदे बादलों के छत्र चट्टो, कदे अकालियां चट्टो, कदे कैप्टन के चट्टो, कदे कामरेडा के चट्टो, ये साडे लोग छत्र चटते आया लीडर के, ता ही छत्र खाते हैं, ता ही घर जिंदरे मार के हवेलियां प्रदेशों के उत्थे झख मारदे आ लोग साडे, जे इत्थे साडे ये नकर्मे लोग बैठे ने, नखिद लोग बैठे ने। छड्या करो बहादुर सिंह देओल जी भगती, बाकी करनी है करी जाओ, तुसी अपना काम करदे हो तुसी अपना करी जाओ, तुसी करो प्रचार, झंडा लैके निकल जाओ, छड्ड दिओ, कर दिओ त्याग घर बार दा, है ना। खैर इस सस दे विच सुरेंद्र वीर कहानी निकलू की हुण 27 तक दा तां इह रप्पड़ रोज दा गलीगा पक्का ही है, मेरा तां ख्याल है इसे ते चल जाओ पूरा सीजन महीना दो महीना, ਜਦੋਂ 27 ਦੀ ਵੀ ਇਜਾਜ਼ਤ ਨਹੀਂ ਦੇਣਗੇ ਉਹਦੇ ਬਾਅਦ ਫੇਰ ਇੱਕ ਹੋਰ, ਹੁਣ ਦੇਖੋ ਹੋ ਸਕਦਾ ਕਿ ਕੱਲ ਸਵੇਰੇ ਇਹਨਾਂ ਨੂੰ ਚਿੱਠੀ ਇੱਕ ਹੋਰ ਆ ਜਾਵੇ ਕਿਉਂਕਿ ਜਿਹੜੀ ਇਹਨਾਂ ਭੇਜੀ ਉਹਦਾ ਜਵਾਬ ਤਾਂ ਆਊਗਾ, ਜਿਹੜੀ ਕੱਲ ਸਵੇਰੇ ਆਊਗੀ ਉਹਦੇ ਤੇ ਕੀ ਹੁੰਦਾ ਉਹ ਬਾਅਦ ਚ ਦੇਖਿਆ ਜਾਊਗਾ, ਫੇਰ ਇਹ ਜਵਾਬ ਦੇਣਗੇ ਅੰਤ ਤੇ ਅਗਲੇ ਦਿਨ ਉਹ ਕਹਿ ਦੇਣਗੇ ਨਹੀਂ ਜੀ ਇਹ ਤੇ ਨਹੀਂ ਹੋ ਸਕਦਾ, ਇਹ ਫੇਰ ਕੈਬਨਿਟ ਦੀ ਮੀਟਿੰਗ ਸੱਦਣਗੇ, ਫੇਰ ਮਾਰਚ ਕਰਨਗੇ ਇੱਕ ਗਵਰਨਰ ਉਸ ਸਾਲ ਨੂੰ, ਫੇਰ ਨਵੀਂ ਡੇਟ ਦਾ ਰੱਖ ਦੇਣਗੇ, ਇਸ ਸਿਲਸਿਲੇ ਚ ਚੱਲੀ ਜਾਊਗਾ ਕੰਮ, ਪਬਲਿਸਿਟੀ ਹੋ ਹੀ ਜਾਊਗੀ, ਹੋਰ ਤਾਂ ਕੋਈ ਕੰਮ ਨੀ। ਹੁਣ ਗੱਲ ਤੇ ਇਹ ਆ ਕਿ ਤੁਹਾਡੇ ਕੋਲ ਏਜੰਡਾ ਕੀ ਆ, ਕਾਹਦੇ ਤੇ ਸਪੈਸ਼ਲ ਸੈਸ਼ਨ, ਹੁਣ ਕਹਿ ਤੇ ਬੈਠੇ ਕਿ ਅਸੀਂ ਸਪੈਸ਼ਲ ਸੈਸ਼ਨ ਸੱਦਣਾ, ਸਪੈਸ਼ਲ ਚ ਕਰਨਾ ਕੀ ਆ, ਹੁਣ ਪਿੱਛੇ ਮੁੜਨ ਲਈ ਤਿਆਰ ਨੀ, ਹੁਣ ਪਿੱਛੇ ਮੁੜਦੇ ਆ ਤਾਂ ਵੀ ਔਖਾ, ਹੁਣ ਉਹ ਕੀ ਕਹਿੰਦੇ ਹੁੰਦੇ ਆ ਕਿਰਲੀ ਹੈ ਨਾ, ਕਿਰਲੀ ਕੋਡ ਕਰ ਲਈ, ਹਾਂ
चलो पंद्रह भी दिन वधिया धम टम लगी जाना अखबार वेले खबर लाई जाने बाकी है कि साडे वर्गियां तो खड़कैंती करानी है कराई जाणगे तो अच्छा काम करो आपे तुहाडी अप्रीशिएशन होगी ते इस दौरान हां हां प्लीज कंटिन्यू। एक मैं लैनी सी खबर एक ना मैं तो पोस्ट भी पाती आ भी कोई गवर्नर ना कही जांदा किते एमएलए दे घर वाली डीसी ना कही जांदी आ ते किते एमएलए डीसीपी ना कही जांदा समझ कोई नहीं आउंदी। हुण एमएलए दे घर वाली 25 जने जा लैके जा बड़ी मेले च ते डीसी दी मां भैण इक करती डीसी नूं कहिंदी भी तैनूं नहीं सी पता भी असीं आउणा साडे लई वीवीआईपी कुर्सियां रख ते अखीर एमएलए साहब भी खड़े देखी गए ते सेहत मंत्री भी खड़े देखी गए जेडे एमएलए दे घर वाली खेह कर रही सी डिप्टी कमिश्नर भी लेडी सी जिहदी कर रही सी ओह बेचारी चुप करके मेला छड्ड के चली गई ते उधरों सतेंद्र सरताज आया सी पुलिस वाले डांग फेरती ते लोग लाला लाला करके भज गए टिकट वाले बाहर रह गए सीगे ते बाकी दे अंदर सीगे ते रहिंदी खुंदी कसर जेड़े भगूड़िया पैसे दिते सी भगूड़े आले भगूड़े बंद करके भज गए ते लोग डांगा खान दे घर नूं भज आए ते काम लिपट गया। एमएलए तो आपदे घर वाली ही नहीं रुकी नहीं रोक लिंदा नहीं देखो चलो क्लीयर कर दियो गुरदित सिंह सेखों दे वाइफ है बेअंत कौर मनभागा है नहीं चाहिए देखो तुसी आम लोग हो आम बंदे हो जे सीट नहीं मिली ते हुण डीसी भी की करे डीसी ने कोई अपने न्याणे तां बिठाए नहीं है तां तुहाडे ही वर्कर ने ओह किहनूं उठावे जिहनूं हटावे उही गल पैंदा ज्यादा तुसीं अपने केडर नूं कहो कि इह हर स्टेज ते ही कुछ हुंदा भाई जी घुसड़ घुसड़ के मतलब बहिंदे आ मैनूं तां इत्थों तक पता एक वारी असीं ऑल इंडिया रेडियो दा प्रोग्राम कवर करदे सी किते कोई अकालियां दा समागम सी की सी मैनूं याद नहीं बादल साहब चीफ मिनिस्टर सी उदों अरदास हो रही सी जदों मध दी जदों अरदास हुंदी आ एक वारी सारे धरती नूं नमस्कार करदे ना मत्था टेकदे खड़े होके बाद दे विच अरदास तों बाद मत्था टेक के फिर दोहरा पढ़िया जांदा जदों सारे झोके मत्था टेक रहे सी ते एक चेयरमैन बनिया सी पटियाले नाल ही संबंधित है ना ते ओ चेयरमैन साहब जदों सारे तैं झुके हो क्योंकि सारे दी अखां ओह हुण साडे वर्गे पत्रकार उदों भी टेढ़ी अख नाल वेखदे आ कि की हुलझुल हुंदी आ ओह चेयरमैन साहब नहीं सी बने उदों ਉਹ ਪਿੱਛੋਂ ਫਟਾਫਟ ਨਾ 10-12 ਬੰਦਿਆਂ ਨੂੰ ਲੰਘ ਕੇ ਵਿੱਚੋਂ ਦਗੜ ਦਗੜ ਕਰਦੇ ਬਾਦਲ ਸਾਹਿਬ ਦੇ ਕੋਲ ਆ ਕੇ ਖੜ ਗਏ ਉਹ ਸਿਕਿਉਰਿਟੀ ਵਾਲੇ ਵੀ ਦੇਖਣ ਵੀ ਇਹ ਕੀ ਹੋ ਗਿਆ ਪਰ ਪਤਾ ਸੀ ਚਲੋ ਬੰਦਾ ਆਪਣਾ ਉਹ ਮੈਂ ਸੀ ਨਾਲ ਹਿੰਦੁਸਤਾਨ ਟਾਈਮਸ ਵਾਲਾ ਗੁਰਪ੍ਰੀਤ ਪਰ ਸਾਡਾ ਹਾਸਾ ਨਿਕਲ ਗਿਆ ਜ਼ੋਰ ਜ਼ੋਰ ਦੀ ਵੀ ਯਾਰ ਸਿਰਫ ਇਹ ਕਿ ਬਾਦਲ ਸਾਹਿਬ ਕੋਲ ਥੋੜੀ ਜਿਹੀ ਸਪੇਸ ਬਣੀ ਹੈ ਜਦੋਂ ਲੋਕ ਝੁਕੇ ਨੇ ਉਹ ਬੰਦਾ ਉਸ ਝੁਕਣ ਦੇ ਦੌਰਾਨ ਆਪਣਾ ਸੀਟ ਸੈੱਟ ਕਰ ਗਿਆ ਇਹ ਔਕਾਤ ਹੈ ਇਹਨਾਂ ਸਿਆਸਤਦਾਨਾਂ ਦੀ ਹੁਣ ਉੱਥੇ ਹੁਣ ਡੀਸੀ ਨੇ ਕੋਈ ਆਪਣੇ ਮਾਸੀ ਦੇ ਮੁੰਡੇ ਤਾਂ ਬਿਠਾਏ ਨਹੀਂ ਹੁਣ ਲਾਣਾ ਤਾਂ ਤੁਹਾਡਾ ਝਾੜੂ ਵਾਲਿਆਂ ਦਾ ਹੀ ਹੈ ਕਿਉਂ ਤੋਏ ਤੋਏ ਕਰਾਉਂਦੇ ਹੋ ਯਾਰ ਪਹਿਲਾਂ ਅਵਨੀਤ ਸਿੱਧੂ ਦਾ ਤਬਾਦਲਾ ਕਰਾਇਆ ਸੋ ਸਿੱਖੋ ਸਾਹਿਬ ਲੋਕਾਂ ਨਾਲ ਜੁੜੇ ਹੋ ਇਹਨਾਂ ਚੀਜ਼ਾਂ ਨੂੰ ਲਾਂਭੇ ਕਰਨਾ ਹੋਏਗਾ ਰਾਜ ਸੱਤਾ ਆਉਂਦੀ ਹੈ ਕਿਉਂਕਿ ਜਦੋਂ ਮੋਹਾਲੀ 'ਚ ਸਹੁੰ ਚੁੱਕੀ ਸੀ ਬਾਦਲ ਪਰਿਵਾਰ ਨੇ ਆਪਾਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਯਾਰ ਨਿਆਣੇ ਨਹੀਂ ਆਉਣੇ ਚਾਹੀਦੇ ਲੀਡਰਾਂ ਦੇ ਤੁਹਾਡਾ ਸਰਕਾਰ ਦਾ ਫੰਕਸ਼ਨ ਹੈ ਤੁਸੀਂ ਗੌਰਮੈਂਟ ਦਾ ਫੰਕਸ਼ਨ ਹੈ ਤੁਸੀਂ ਉੱਥੇ ਨਿਆਣਿਆਂ ਨੂੰ ਆਪਣੇ ਕਿਉਂ ਬਿਠਾਉਂਦੇ ਹੋ ਜੀ ਸੁਖਵੀਰ ਦੇ ਨਿਆਣੇ ਜਾਂ ਕੈਪਟਨ ਦੇ ਨਿਆਣੇ ਕੀ ਮਤਲਬ ਇਹਨਾਂ ਨਿਆਣਿਆਂ ਨੂੰ ਵੀਵੀਆਈਪੀ ਟ੍ਰੀਟਮੈਂਟ ਹੁਣ ਭਗਵੰਤ ਦੇ ਵੀ ਆਏ ਸੀ ਆਪਾਂ ਉਦੋਂ ਵੀ ਆਲੋਚਨਾ ਕਰ ਰਹੇ ਹਾਂ 2007 'ਚ ਜਦੋਂ ਸਹੁੰ ਚੁੱਕੀ ਅਸੀਂ ਉੱਥੇ ਸੀ ਵਤਨੋ ਦੂਰ ਤੇ ਮੇਰੀ ਰਿਕਾਰਡਿੰਗ ਕਢਵਾ ਲਿਓ ਕਿ ਇਹਨਾਂ ਪੋਲੀਟੀਕਲ ਲੀਡਰਾਂ ਦੇ ਨਿਆਣੇ ਉਸ ਸਹੁੰ ਚੁੱਕ ਸਮਾਗਮਾਂ ਦੀਆਂ ਸਟੇਜਾਂ ਤੇ ਨਹੀਂ ਹੋਣੇ ਚਾਹੀਦੇ ਸਿਰਫ ਜਿਹੜਾ ਸੰਵਿਧਾਨਕ ਤੌਰ ਤੇ ਚੁਣਿਆ ਹੋਇਆ ਬੰਦਾ ਉਹੀ ਉੱਥੇ ਜਾਵੇ ਉਹਨਾਂ ਦੀ ਵਾਈਫ ਉਹਨਾਂ ਦੀ ਭੈਣ ਉਹਨਾਂ ਦੇ ਨਿਆਣੇ ਨਿੱਕੇ ਤੇ ਉਹ ਅਫਸਰ ਉਹਨਾਂ ਦੀਆਂ ਨਲੀਆਂ ਪੂੰਝਦੇ ਫਿਰਦੇ ਆ ਕੀ ਮਤਲਬ ਇਹਨਾਂ ਨੂੰ ਇੰਨਾ ਮਤਲਬ ਧੂਏ ਚੜਾਉਣ ਦਾ ਫਿਰ ਇਹੀ ਕੁਛ ਹੋਏਗਾ ਮੁਕੰਦਰ ਜੀ ਸਵਾਗਤ ਹੈ ਤੁਹਾਡਾ ਵੈਲਕਮ ਮੁਕੰਦਰ ਜੀ ਗੱਲ ਕਰੋ ਤੁਸੀਂ ਆਨਰ ਹੋ ਹਾਂਜੀ ਸਤਿ ਸ੍ਰੀ ਅਕਾਲ ਟਵਾਣਾ ਜੀ ਸਤਿ ਸ੍ਰੀ ਅਕਾਲ ਹੈਲੋ ਹਾਂਜੀ ਹਾਂਜੀ ਗੱਲ ਕਰੋ ਤੁਸੀਂ ਆਨਰ ਹੋ ਗੱਲ ਕੱਟ ਗਈ ਮਾਫੀ ਚਾਹੁੰਦੇ ਹਾਂ ਤੇ ਦੇਖੋ ਇਹ ਵੀਵੀਆਈਪੀ ਕਲਚਰ ਹੈ ਨਾ ਇਹ ਰੋਕਣਾ ਪਏਗਾ ਹੁਣ ਹਰ ਇੱਕ ਦੇ ਇੰਨੇ ਇੰਨੇ ਨਿਆਣੇ ਨੇ ਹਰ ਕੋਈ ਕਹਿੰਦਾ ਮੈਂ ਸਟੇਜ ਤੇ ਬੈਠਾ ਉਸ ਸਟੇਜ ਤੋਂ ਵਿੱਚ ਉਹ ਆਪਣਾ ਮੂਹਰੇ ਭਵਿੱਖ ਦਾ ਨੇਤਾ ਕੱਢਣ ਲੱਗ ਪੈਂਦੇ ਆ ਇਹ ਵੀਵੀਆਈਪੀ ਕਲਚਰ ਸਟੇਜ ਕਲਚਰ ਇਹ ਜਿਹੜਾ ਭਾਈ ਭਤੀਜਾਵਾਦ ਸੱਜਣਾ ਹੋਵੇਗਾ ਹੁਣ ਡੀਸੀ ਵਿਚਾਰਾ ਕਿਹਨੂੰ ਕਿਹਨੂੰ ਬਿਠਾਈ ਜਾਵੇ ਇੱਥੇ ਜਦੋਂ ਆ ਇੰਡੋ ਪਾਕ ਗੇਮ ਸੀ ਜਾਂ ਉਦੋਂ ਜਿਹੜੀਆਂ ਪਟਿਆਲੇ 'ਚ ਬਾਦਲਾਂ ਵਾਲੇ ਗੇਮ ਸੀ ਉਦੋਂ ਇੱਕ ਡੀਐਸਪੀ ਦੀ ਤੇ ਅਕਾਲੀ ਨੇਤਾ ਦੀ ਕਿਵੇਂ ਸੁਨਮੁਖੀ ਹੋਈ ਸੀ ਉਹ ਸਟੇਜ ਛੱਡ ਕੇ ਭੱਜ ਗਿਆ ਸੀਗਾ ਹੈ ਨਾ ਡੀਐਸਪੀ ਸਿੰਘ ਦਾ ਮਸਲਾ ਜਦੋਂ ਹੋਇਆ ਸੀ ਜੀ ਸੁਰਿੰਦਰ
ਪਰਮਿੰਦਰ ਗੱਲ ਤਾਂ ਉਹੀ ਆ ਨਾ, ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਆ, ਉਹ ਆਮ ਆਦਮੀ ਨੀ, ਉਹ ਖਾਸ ਤੋਂ ਵੀ ਮਹਾਂ ਖਾਸ ਹੋ ਗਏ। ਸਮੱਸਿਆ ਇੱਥੇ ਖੜੀ ਹੋ ਗਈ, ਯਾਨੀ ਕਿ ਜਿੱਥੇ ਡੀਸੀ ਤੇ ਡੀਸੀਪੀ ਤੇ ਐਸਐਸਪੀ ਜਿਹੜੇ ਆ ਉਹ ਸੇਫ ਨਹੀਂ ਗੇ, ਤੇ ਫਿਰ ਥੱਲੇ ਵਾਲੇ ਤਬਕੇ ਦੀ ਕੀ ਹਾਲਤ ਆ? ਉਹ ਤਾਂ ਮੈਂ ਤੁਹਾਨੂੰ ਕੱਲ ਪ੍ਰੋਗਰਾਮ ਚ ਗਿਣ ਦਿੱਤੀ ਸੀ, ਉਹ ਕਿੱਦਾਂ ਐਮਐਲਏਆਂ ਦੇ ਤੇ ਹਲਕਾ ਇੰਚਾਰਜਾਂ ਦੇ ਘਰ ਦੇ ਬਾਹਰ ਸਵੇਰ ਨੂੰ ਲਾਈਨ ਲਾ ਕੇ ਖੜੇ ਹੁੰਦੇ ਆ ਕਿ ਪਤਾ ਨੀ ਸਾਹਿਬ ਦਾ ਕੀ ਹੁਕਮ ਹੋਵੇ। ਬਿਲਕੁਲ ਸੁਰਿੰਦਰ ਜੀ, ਇੱਕ ਸੈਕਿੰਡ ਹੋਲਡ ਰੱਖਾਂਗਾ। ਅਸ਼ਫਾਕ ਅਹਿਮਦ ਸਾਹਿਬ ਗੁਜਰਾਤ ਪਾਕਿਸਤਾਨ ਤੋਂ। ਹੈਲੋ, ਹਾਂ ਜਨਾਬ, ਕੀ ਹਾਲ ਚਾਲ ਹੈ? ਅਸ਼ਫਾਕ ਜੀ ਗੱਲ ਕਰੋ, ਤੁਸੀਂ ਆਨ ਏਅਰ ਹੋ, ਗੱਲ ਕਰੋ ਭਾਈ ਜਾਨ, ਸਵਾਗਤ ਹੈ ਤੁਹਾਡਾ। ਸੋਰੀ, ਕਾਲ ਕੱਟ ਗਈ, ਇਹਨਾਂ ਦੀ ਵੀ ਮਾਫੀ ਚਾਹੁੰਦੇ। ਕਾਲ ਅੱਜ ਲੱਗਦਾ ਕਾਲਾਂ ਵੀ ਪਰਸੇ ਜਿਗੀਆਂ, ਮੀਂਹ ਦੇ ਚ ਸਲਾਬੀਆਂ ਗਈਆਂ ਲੱਗਦਾ ਨੈਟਵਰਕ ਵੀ। ਹਾਂਜੀ ਅਸ਼ਫਾਕ ਜੀ ਗੱਲ ਕਰੋ, ਤੁਸੀਂ ਆਨ ਏਅਰ ਹੋ। ਕਾਲ ਜੀ ਤੁਹਾਨੂੰ ਸਾਹਿਬ ਸਤਿ ਸ੍ਰੀ ਅਕਾਲ ਜਨਾਬ, ਸਤਿ ਸ੍ਰੀ ਅਕਾਲ, ਸਲਾਮ ਜੀ। ਦੋ ਤਿੰਨ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਜੀ। ਬਈ ਜਿਸ ਵਕਤ ਸਿੱਖ ਯਾਤਰੀ ਸਰਦਾਰ ਉਧਰੋਂ ਆਉਂਦੇ ਨੇ ਪਾਕਿਸਤਾਨ, ਇੱਥੇ ਪੰਜਾਬੀਆਂ ਨੂੰ ਮਿਲਦੇ ਨੇ ਤੇ ਉਹ ਪੰਜਾਬੀ ਜਿਹੜੇ ਨੇ ਸਾਡੇ ਮੁਲਕ ਦੇ ਉਹ ਬੜੇ ਖੁਸ਼ ਹੁੰਦੇ ਨੇ, ਤੇ ਇਹ ਸੁਣਨ ਵਿਚ ਆਇਆ ਕਿ ਇਧਰੋਂ ਕੋਈ ਪੰਜਾਬੀ ਉਧਰ ਜਾਂਦਾ ਹੈ ਤੇ ਉਹ ਪੰਜਾਬੀ ਜਿਹੜੇ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ। ਲੇਕਿਨ ਬਦਕਿਸਮਤੀ ਇਹ ਸਰਕਾਰਾਂ ਦੀ, ਇਹਨਾਂ ਦੀਆਂ ਨੀਤਾਂ ਦੀ, ਕਿ ਇਹ ਦੋਨਾਂ ਨੂੰ ਮਿਲਣਾ ਜੁਲਣਾ ਇਹਨਾਂ ਨੂੰ ਪਸੰਦ ਹੀ ਨਹੀਂ ਲੋਕਾਂ ਦਾ। ਅਗਰ ਆਵਾਮ ਨਾ ਚਾਹੁੰਦੀ ਹੁੰਦੀ ਤੇ ਇਸ ਤਰ੍ਹਾਂ ਖੁਸ਼ ਨਾ ਹੁੰਦੇ। ਦੂਸਰਾ ਇਹ ਵੇ ਕਿ ਰਾਹਦਾਰੀ ਦੇ ਜ਼ਰੀਏ ਕਰਤਾਰ ਸਾਹਿਬ ਵਿਚ ਜਿਹੜੇ ਸਿੱਖ ਭਾਈ ਆਉਂਦੇ ਨੇ, ਸਾਡੇ ਇਥੋਂ ਪੰਜਾਬੀ ਬੜਾ ਫਖਰ ਮਹਿਸੂਸ ਕਰਦੇ ਨੇ ਉਹਨਾਂ ਨਾਲ ਸੈਲਫੀਆਂ ਬਣਾਉਣ ਦੇ, ਤੇ ਉਹ ਆਪਣੀਆਂ ਪੋਸਟਾਂ ਲਾਉਂਦੇ ਨੇ। ਲਿਹਾਜ਼ਾ ਇਹ ਸੋਚਣਾ ਚਾਹੀਦਾ ਸਰਕਾਰਾਂ ਨੇ ਕਿ ਆਵਾਮ ਜਦ ਚਾਹੁੰਦੀ ਹੈ ਇੱਕ ਦੂਸਰੇ ਨਾਲ ਪਿਆਰ ਮੁਹੱਬਤ, ਤੇ ਕਿਉਂ ਇਹ ਦੁਸ਼ਮਣੀਆਂ ਪਾਲਦੇ ਨੇ? ਦੇਖੋ ਜੰਗ ਦਾ ਖਰਚਾ ਜਿਹੜਾ ਬਰੂਦ ਹੈ ਸਰਗੋਧ ਦੇ ਵਿਚ, ਟਵਾਣਾ ਫੈਮਿਲੀ ਬੜੀ ਮਸ਼ਹੂਰ ਹੈ, ਬਲਕਿ ਉਹ ਮਾਵਰਾ ਬਣੇ ਆ ਵੀ ਫਲਾਣਿਆ ਤੂੰ ਕਿਹੜਾ ਟਵਾਣਾ ਹੈ, ਤੇ ਇਹ ਟਵਾਣੇ ਉਧਰ ਵੀ ਟਵਾਣੇ ਛਾਏ ਨੇ ਤੇ ਇਧਰ ਵੀ ਟਵਾਣੇ ਛਾਏ ਨੇ। ਤੁਹਾਡੀ ਆਵਾਜ਼ ਹੁਣ ਨਹੀਂ ਆਉਂਦੀ ਪਈ? ਹਾਂਜੀ ਹਾਂਜੀ ਹਾਂਜੀ, ਮੈਂ ਸੁਣ ਰਿਹਾ, ਮੈਂ ਸੁਣ ਰਿਹਾ ਅਸ਼ਫਾਕ ਜੀ ਗੱਲ ਤੁਹਾਡੀ। ਹਾਂ, ਉਹ ਜਿਹੜੇ ਸਾਬਕਾ ਚੀਫ ਮਿਨਿਸਟਰ ਸੀ ਸਿਕੰਦਰ ਹਯਾਤ ਖਾਨ ਟਵਾਣਾ ਹੋਰਾਂ ਦੀਆਂ ਫੈਮਿਲੀਜ਼, ਉਹ ਸੀ ਉਧਰ ਜੀ। ਉਹ ਸਰਗੋਧੇ ਦੀ ਟਵਾਣਾ ਫੈਮਿਲੀ ਬੜੀ ਮਸ਼ਹੂਰ ਫੈਮਿਲੀ ਹੈ, ਤੇ ਉਹ ਮੈਂ ਇਹ ਅਰਜ ਕਰਨਾ ਚਾਹੁੰਦਾ ਸੀ ਵੀ ਆਵਾਮ ਜਦ ਚਾਹੁੰਦੀ ਹੈ ਉਧਰਲੇ ਵੀ ਖੁਸ਼ ਹੁੰਦੇ ਨੇ, ਇਧਰਲੇ ਵੀ ਖੁਸ਼ ਹੁੰਦੇ ਨੇ, ਤੇ ਇਹ ਸਰਕਾਰਾਂ ਨੇ ਪਤਾ ਨੀ ਕਿਉਂ ਇਹ ਵਿਚ ਅਡਲ ਬਣਾਈ ਹੈ। ਪਿਛਲਿਆਂ ਦਿਨਾਂ ਵਿਚ ਤੁਸੀਂ ਕਹਿ ਰਿਹਾ ਸੀ ਕਿ ਉਹ ਆਪਣਾ ਦੇਖੋ ਨਾ ਇਧਰ ਉਹ ਹੜ੍ਹ ਆਇਆ, ਤਕਰੀਬਨ 3 ਕਰੋੜ ਬੰਦਾ ਜਿਹੜਾ ਉਹ ਬੇਕਾਰ ਹੋ ਗਿਆ, ਮੁਤਾਸਰ ਹੋ ਗਿਆ। ਪਿਆਜ਼ ਜਿਹੜਾ ਉਹ 500 ਰੁਪਏ ਕਿਲੋ ਇੱਥੇ ਮਿਲਦਾ ਰਿਹਾ, ਟਮਾਟਰ ਜਿਹੜਾ ਉਹ 400 ਰੁਪਏ ਕਿਲੋ ਮਿਲਦਾ ਰਿਹਾ। ਲੇਕਿਨ ਇਹ ਦਰਮਿਆਨ ਵਿਚ ਵਾਹਗਾ ਬਾਰਡਰ ਤੇ ਸਿਰਫ ਇੱਕ ਗੇਟ ਜਿਹੜਾ ਕ੍ਰਾਸ ਕਰਨਾ ਹੈ, ਬਿਲਕੁਲ 15-20 ਰੁਪਏ ਨੂੰ ਰੋਲ ਰਿਹਾ ਟਮਾਟਰ, ਲੇਕਿਨ ਉਹ ਨਹੀਂ ਪਹੁੰਚ ਸਕੀ। ਆਵਾਮ ਮਰੇ, ਭੁੱਖੇ ਮਰੇ, ਨੰਗੀ ਰਵੇ, ਹੜ੍ਹ ਦੇ ਕਾਬੂ ਆਵੇ, ਇਹਨਾਂ ਆਪਣੀਆਂ ਆਪਣੀਆਂ। ਸਾਡੇ ਕੋਲ ਕੋਈ ਵੀ ਲੀਡਰ ਨਾ ਇੰਡੀਆ ਵਿਚ ਨਾ ਪਾਕਿਸਤਾਨ ਵਿਚ ਦਰਦੇ ਦਿਲ ਰੱਖਣ ਵਾਲਾ ਜਾਂ ਆਵਾਮੀ ਲੀਡਰ ਆਇਆ ਹੀ ਨਹੀਂ ਅੱਜ ਤੱਕ। ਯੂਰਪ ਛੋਟੇ ਛੋਟੇ ਮੁਲਕ ਨੇ, ਨਾ ਉੱਥੇ ਕੋਈ ਇਤਨੇ ਮੌਸਮ ਨੇ, ਨਾ ਉੱਥੇ ਕੋਈ ਇਤਨੀਆਂ ਜ਼ਮੀਨਾਂ ਨੇ, ਲੇਕਿਨ ਉਹਨਾਂ ਨੇ ਇੱਕ ਦੂਜੇ ਦੇ ਨਾਲ ਆਪਣਾ ਪਿਆਰ ਮੁਹੱਬਤ ਰੱਖੇ ਹੈ, ਨਾ ਉਹ ਸਾਰਾ ਪੈਸਾ ਜਿਹੜਾ ਉਹ ਅਸਲੇ ਤੇ ਫੌਜਾਂ ਤੇ ਲਾਇਆ। ਅੱਜ ਉਹ ਦੁਨੀਆਂ ਲੀਡ ਕਰ ਰਹੇ ਨੇ, ਮੌਜ ਕਰ ਰਹੇ ਨੇ। ਅਸਾਂ ਇੱਥੇ ਹੀ ਅਸੀਂ ਅਗਲੇ ਜਹਾਨ ਦੀਆਂ ਜਨਤਾ ਲੋੜਨੇ ਆ, ਤੇ ਇੱਥੇ ਅਸੀਂ ਦੋਜ਼ਖ ਬਣਾਏ ਆ ਆਪਣੇ ਮੁਲਕਾਂ ਨੂੰ। ਸਹੀ ਗੱਲ ਹੈ ਜਨਾਬ, ਬਹੁਤ ਮਿਹਰਬਾਨੀ। ਥੈਂਕ ਯੂ ਅਸ਼ਫਾਕ, ਬਹੁਤ ਸ਼ੁਕਰੀਆ। ਮਿਹਰਬਾਨੀ ਜਨਾਬ, ਮਿਹਰਬਾਨੀ। ਸੋ ਬਿਲਕੁਲ ਦੇਖੋ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਹੁਣ ਜਿਸ ਤਰ੍ਹਾਂ ਇਹਨਾਂ ਨੇ ਅਸ਼ਫਾਕ ਜੀ ਹੋਰਾਂ ਨੇ ਆਖਿਆ ਕਿ ਕੋਈ ਗੱਲ ਹੈ ਨਾ ਕਿ ਵਾਘੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਹੀ ਗੀਤਾ ਦੇ ਨਾਲ ਕੁਰਾਨ ਦੀ, ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ, ਗੱਲ ਸਾਰੀ ਨਫੇ ਨੁਕਸਾਨ ਦੀ ਹੈ। ਸੋ ਉਧਰ ਇਧਰਲੀਆਂ ਸਰਕਾਰਾਂ ਹਿੰਦੂ ਮੁਸਲਿਮ ਸਿੱਖ ਦੀ ਰਾਜਨੀਤੀ ਕਰਕੇ ਵੋਟ ਬੈਂਕ ਬਟੋਰਦੀਆਂ ਨੇ,
विश्व दे विच हुण तां हिंदू खतरे च हो गए, सिर्फ पाकिस्तान च ही खतरे नहीं, विश्व भर दे विच हिंदू खतरे च हो गए, क्योंकि तां ही हिंदू एकजुट होणगे, तां ही बीजेपी नूं वोट पैगी, क्योंकि उहदे च जिहड़ा मसला है ना, वह मसला इसे करके वह कैश होएगा। तो यह जिहड़ा जंग ते अरबां रुपया असीं ला रहे हां, वह रफेल खरीद रहे हां ते साडे वाले मिराज खरीद रहे हां, लोड़ सानू ब्रैड दी है, खरीद असीं बरूद रहे हां। जिन्नी देर तुहाडे ते साडे वेहड़िआं च भुख नंग है, दिल ते हथ रख के दसो तुहाडी ते साडी कादी जंग है। हुण 500 रुपए जे उत्थे टमाटर प्याज का रेट हो गया, इधर 20 रुपए नूं 10 रुपए नूं रोल रहा, वह जे 20 की बजाय 100 नूं भी जां 50 नूं भी विक जे, इधरले किसान नूं फायदा ते उधरले नूं 150 नूं मिल जाणा, वक्ती लोड़ पूरी हो जाएगी। इदां उधर किन्नीआं चीज़ां वाधू ने गिरी सहारे, किन्नीआं चीज़ां पाकिस्तान दीआं बेहतर ने। आ जिहड़ियां जुत्तियां सी 12-12 हज़ार दीआं हो गईआं, जिहड़ी 2000 दी आउंदी सी, ड्राई फ्रूट किन्ने दे हो गए ने। पर गल इह है ना कि जिहड़ा हुक्मरान बैठा जिसने विच लड़ा के अपना कम सौरना, वह सानू टिकण नहीं दे रहा, वह हिंदू मुस्लिम के वक्ती झगड़े कराउंदा ते अपनी दुकान चलाउंदा। अंग्रेज अजिहा बीज बेच गया सी, असीं उदों सिर फिरे आ, वह रफेल बेच ही जांदे ने ते वह मिराज बेच ही जांदे ने, ते साडे वाले जिहड़ा हैगा बेवकूफी ते बेवकूफी कर रहे ने। जे गल कोई जोड़न की करतारपुर कोरीडोर की करता तो सिद्धू कहिंदे जफ्फी पा के आ गया कि मोदी साहब नहीं सी गए इमरान खान कोल, अटल बिहारी वाजपेई नहीं सी गए। सो साडी नफरत तों बगाने नफा कमाउंदे, असीं अपने पुत मराउने दोवें पासी। स्वागत तुहाडा मुकद्दर जी। सत श्री अकाल टवाला जी। सत श्री अकाल जनाब। हां जी टवाला जी, बारिश की गल करते सुरेंद्र जी भी कहते हवा ना, असल परसों की बारिश हो रही है साडे कोल, पर हवा नहीं सी चली आ ना, हुण 15-20 मिनट पहलो बहुत तेज हवा चल पी जी, इहदा सब तो वध नुकसान है हवा ने करना जी, जिहड़ा झोना डिगेगी। बिलकुल है जी, पर नहीं सी ओना, पर फिर भी जी हवा है ना खराब करूगी। चलो परमात्मा की मर्जी है, किसान का तो कहते भी अन्न जरा खुली हथ थले हों, किस्मत भी किसान की परमात्मा के हथ की होंगी है जी। दूजी गल जी तुसी गल करते पे सी आम आदमी पार्टी वाली, जां जिहड़े तुसी पोस्ट का जिक्र करते पे सी, इहदे वाला जी पता नहीं की चक्कर है, जिहड़े पढ़े लिखे लोग ने आपां भी ना सब दी गल कीती सी, ये मान लो ये सही रोल निभाउण अपना, चाहे वोटां पार्टियां असीं मनने भी आ, पर जिथे गलत है उथे गलत नूं गलत कह दिंदा, ये सरकारां बिलकुल तीर वांगू सिधियां चलण, पर पता नहीं की चक्कर है भी ये उथे अपना रोल छड जांदे ने आ के भी एक सिर्फ भगती च लग जाना भी हाँ जी जो कुछ होगा वो सही ही होगा, ते उथे ही साडा नुकसान हुंदा। हुण मान साहब दीआं भी पहलियां वीडियो ते हुण दीआं वीडियो जो कुछ कहंदे सी जां हुण करदे पए ने, अज ना अपना प्रोफेसर जगरूप सिंह ने लगातार वोटां तो लैके, मैं कई इन्हां दे देखे इंटरव्यू भी ये लगातार आम आदमी की प्रशंसा करदे सी, पर अज ना वह भी यह गल कह गए, कहंदे भी इन्हां नूं जिहड़ा ये इजलास के चक्कर च जब 92 इन्हां दे एमएलए सी भी जिहड़े इस चक्कर च लगे हुए ने भी ये बिलकुल गलत है, इन्हां दा कोई थले ढांचा नहीं हैगा भी ये बिलकुल खिलर जाणगे, लोकां दे मुद्दे छड गए ने भी जिहड़े हिसाब नाल चल रहे पए ने, भी ओही गल जिहड़ी आपां कहिंदे सां उन्हां ने भी इही गल कही, मान साहब जिहड़े चुटकले सुणा के सोचदे ने भी लोकां नूं भी ज्यादा टाइम कुछ कर लांगे, भी इह बाला टाइम नहीं चलना, लोकां नूं फिर इरीटेट होण लग जांदे ने लोक किते ना किते, पर पता नहीं क्यों नहीं है लोग जिम्मेवारी निभानी चाहते भी उत्थे जिथे आलोचना करनी बनती है उत्थे करते नहीं है, यही साडी बदकिस्मती है टवाला जी। मेहरबानी मेहरबानी मुकद्दर जी, थैंक यू। सुरेंद्र जी, इस मसले का हल तो फिर लगता है कि हुण महीना 20 दिन वधिया लल्ला खेडणगे, इह करो कि इस मसले ते कंप्लीट, फिर अगली गलबात छोईए ते बाकी सियासत दे दौर दे विच की कुछ हुंदा। एक कॉल होर ले लां मैं तुहानू लैण तों पहलां। स्वागत जी तुहाडा, सति श्री अकाल। 53 नंबर, 53 नंबर जी, हैलो। हां खैर जी सुरेंद्र जी, तुसीं आ जाओ भाई जान जी। सुरेंद्र परमिंदर देखो हुण एक गल तां मुकदी आ, जिस गल चो निकलना ही कख नहीं, मधाणी भी तोड़ोंगे ते काढ़नी भी तोड़ोंगे ते लाइट भी फूकोंगे, तीन काम होणगे ते समा भी जाया करोंगे, हुण जे तो पानी चो कदी कुछ निकलिया फिर तो कढ लो। तुसी कहिंदे कि असी वक्रे किस्म की सियासत करन आए आ, असी बदलाव करन आए आ, केड़ा बदलाव आ? ਹੁਣ ਜੇ ਐਮਐਲਏ ਦੇ ਘਰ ਵਾਲੀ 25 ਜਣਿਆਂ ਨੂੰ ਨਾਲ ਲੈ ਆਵੇ ਤੇ ਕਵੇ 25 ਨੂੰ VVIP ਚੇਅਰ ਦਿਓ ਤੇ ਡੀਸੀ ਕਿੱਥੋਂ ਦੇ ਦੂ? ਡੀਸੀ ਨੇ ਚੇਅਰ ਕੋਲੋਂ ਬਣਾਉਣੀ ਹੈ? ਮੈਨੂੰ ਨਾ SGPC ਦੇ ਕਾਲਜਾਂ 'ਚ ਨਾ ਪ੍ਰਿੰਸੀਪਲਾਂ ਦਾ ਯਾਦ ਆ ਗਿਆ, ਪ੍ਰਿੰਸੀਪਲ ਮੈਨੂੰ ਮਿਲ ਗਿਆ, ਮੈਂ ਕਿਹਾ ਹਾਲਤ ਕੀ ਆ?
ਕਹਿੰਦਾ ਵੀਰ ਜਦੋਂ ਕੋਈ ਨਾ ਫੰਕਸ਼ਨ ਹੁੰਦਾ ਅਸੀਂ ਨਾ 25-30 ਸਰੋਪੇ ਤੇ 25-30 ਸ਼ੀਲਡਾ ਫਾਲਤੂ ਮੰਗਾਉਣੇ ਆ ਜੀ ਤੋਂ ਮੰਗਾਉਣੇ ਓਹਦੇ ਨਾਲ ਕੀਤਾ ਹੁੰਦਾ ਜਿੰਨੀਆਂ ਲੱਗ ਗਈਆਂ ਠੀਕ ਆ ਬਾਕੀ ਤੇਰੀਆਂ ਵਾਪਸ ਕਰ ਦਿਆਂਗੇ ਪੰਜਾਬੀ ਕਹਿੰਦੇ ਹੁੰਦੇ ਨਾ ਕਿ ਵਧਾਕੜ ਆ ਜਾਂਦੇ ਨੇ ਫਿਰ ਜਥੇਦਾਰ ਬਹੁਤ ਰੁੱਸਦੇ ਆ ਕਿ ਮੇਰੇ ਵਰਮਾਲਾ ਨੀ ਪਾਈ ਮਤਲਬ ਕਈ ਵਾਰੀ ਤਾਂ ਗੌਨ ਪਿੱਛੇ ਲੜ ਪੈਂਦਾ ਕਿ ਯਾਰ ਜਿਹੜੀਆਂ ਡਿਗਰੀਆਂ ਵੰਡਣੀਆਂ ਨੇ ਗੌਨ ਇੱਕ ਅੱਧੇ ਬੰਦੇ ਲਈ ਹੁੰਦਾ ਕਈ ਜਥੇਦਾਰ ਕਹਿਣਗੇ ਸਾਨੂੰ ਤਾਂ ਕਾਲਾ ਜਿਹਾ ਝੱਗਾ ਪਵਾਇਆ ਕੌਲ ਲੈ ਲਈ ਇਹ ਵੀ ਹੋਇਆ ਸੀਗਾ ਪ੍ਰਧਾਨ ਨੂੰ ਪਵਾਤਾ ਕਾਲਾ ਝੱਗਾ ਐਸ ਸੀ ਪੀ ਸੀ ਦੇ ਕਿਸੇ ਚ ਬਾਕੀ ਰੁੱਸ ਗਏ ਸੀ ਹਾਂ ਸਪੇਨ ਤੋਂ ਦਵਿੰਦਰ ਬਾਰਸੀਲੋਨਾ ਜੀ ਆਪਣਾ ਦਵਿੰਦਰ ਵੀਰ ਸਵਾਗਤ ਹੈ ਤੁਸੀਂ ਆਉਣੇ ਹੋ ਸਤਿ ਸ੍ਰੀ ਅਕਾਲ ਜੀ ਜੀ ਗੱਲ ਕਰੋ ਪਲੀਜ਼ ਮੇਰਾ ਤੇ ਇੱਕ ਇਹ ਸਵਾਲ ਸੀ ਕਹਿੰਦਾ ਜੀ ਸਿਰਾ ਦੀ ਲੋੜ ਪੈ ਗਈ ਜੀ ਹੁਣ ਹੈਲੋ ਸਿਰ ਦੇ ਦੋ ਭਾਈ ਜੀ ਨੇ ਦੇਣੇ ਆ ਸਿਰ ਤਾਂ ਵਰਤਣ ਦੀ ਲੋੜ ਹੈ ਸਿਰ ਦੇਣ ਦੀ ਲੋੜ ਨਹੀਂ ਆ ਉਹ ਸਿਰ ਦੇਣ ਵਾਲੇ ਵੀ ਫਿਰਦੇ ਆ ਕਾਫੀ ਉਹ ਵੀ ਗਰਮ ਹੋਏ ਨੇ ਜੀ ਉਹ ਬਹੁਤ ਮੈਂ ਤਾਂ ਗੱਲ ਮਕਸਦ ਇਹ ਸੀ ਜੀ ਇੱਥੇ ਬਹੁਤ ਰੌਲਾ ਪਿਆ ਹੈ ਜੀ ਤੇ ਧੜਾ ਤੜ ਮਤਲਬ ਕਿ ਸੋਸ਼ਲ ਮੀਡੀਆ ਤੇ ਵੀ ਤੇ ਲੋਕ ਪਰਸਨਲ ਤੌਰ ਤੇ ਬੜੀਆਂ ਗੱਲਾਂ ਕਰ ਰਹੀਆਂ ਨੇ ਵੀ ਜਿਵੇਂ ਹੁਣ ਅੰਮ੍ਰਿਤਪਾਲ ਮੈਨੂੰ ਲੱਗਦਾ ਵੀ ਹੁਣ ਜੇ ਸਿੱਧੇ ਸ਼ਬਦਾਂ ਚ ਕਹਿਣਾ ਹੁਣ ਅੰਮ੍ਰਿਤਪਾਲ ਕਿਸਾਨੀ ਮੋਰਚੇ ਤੇ ਕਿੱਥੇ ਸੀ ਜਦੋਂ ਦੀਪ ਸਿੱਧੂ ਨੇ ਝੰਡਾ ਚੜਾਇਆ ਸੀ ਮੁੜ ਕੇ ਉਹਦੀਆਂ ਲੱਤਾਂ ਨੇ ਭਾਰ ਵੀ ਨਹੀਂ ਚੁੱਕਿਆ ਠੀਕ ਹੈ ਨਾ ਜੀ ਤੇ ਦੂਸਰਾ ਇਹ ਵੀ ਭਗਵੰਤ ਮਾਨ ਨੂੰ ਸਾਈਡ ਲਾਈਨ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਵਾਲੇ ਜੀ ਕੋਈ ਨੀ ਗੱਲ ਕਰ ਲੈਣੇ ਥੈਂਕ ਯੂ ਓਕੇ ਜੀ ਮਿਹਰਬਾਨੀ 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 ਕਰੋਗੇ ਕੀ ਉਧਰ ਕਹਿੰਦੇ ਆ ਕੌਮ ਸਾਡੇ ਸਿਰ ਤੇ ਖੜੀ ਆ ਕਹਿੰਦੇ ਜਿਹੜਾ ਬੰਦਾ ਡਰਦਾ ਨਾ ਉਹਦੇ ਚ ਕਹਿੰਦੇ ਉਹ ਮੁਰਦਾ ਸਰੀਰ ਨੇ ਤੇ ਅੰਮ੍ਰਿਤਪਾਲ ਸਿੰਘ ਹੋਰੀ ਅੱਜ ਕੱਲ ਵਾਹਵਾ ਜੋਸ਼ ਚ ਨੇ ਜੀ ਕੰਮ ਦੇਖੋ ਚਲੋ ਭਾਈ ਜਿਹਨੇ ਜਾਣਾ ਜਾਓ ਕੌਮ ਲਈ ਲੜਨਾ ਲੜੋ ਅਸੀਂ ਤਾਂ ਆਪਣਾ ਕੰਮ ਕਰਨਾ ਸਮਝਾਉਣ ਵਾਲਾ ਨਾ ਹੁਣ ਦੇਖੋ ਰਣਜੀਤ ਕੁੱਕੀ ਹੋਰੀ ਉਹ ਬਥੇਰਾ ਸਮਝਾਉਂਦੇ ਨੇ ਕਿ ਬੜੇ ਬਾਰਸ ਤੋਏ ਫਿਰਦੇ ਨੇ ਸੋ ਕੀਤਾ ਕੀ ਜਾਵੇ ਚਲੋ ਲਾ ਲਓ ਚੌ ਜੀ ਨੇ ਲਾਉਣਾ ਕੋਈ ਨੀ ਤੇ ਗੱਲ ਇਹ ਹੈ ਨਾ ਖਾਲਿਸਤਾਨ ਬਣਾਉਣ ਦੇ ਚੱਕਰ ਸੀ ਖਾਲਿਸਤਾਨ ਦਾ ਬਣਨਾ ਕੋਈ ਨੀ ਪਰ ਹਿੰਦੁਸਤਾਨ ਜ਼ਰੂਰ ਬਣਾ ਜਾਣਾ ਤੁਸੀਂ 53 ਨੰਬਰ ਸਤਿ ਸ੍ਰੀ ਅਕਾਲ ਜੀ ਪਾਕਿਸਤਾਨ ਤੋਂ ਕਾਰ ਲੱਗੀ ਸੀਗੀ ਤੇ ਆਪਣੇ ਇੰਨਾ ਵਧੀਆ ਦੇਖੋ ਜੀ ਆਪਣਾ ਬਿਜ਼ਨਸ ਚੱਲਦਾ ਸੀਗਾ ਪਾਕਿਸਤਾਨ ਨਾਲ ਮਨਮੋਹਨ ਸਿੰਘ ਦੀ ਸਰਕਾਰ ਜੀ ਹੁਣ ਜਿਹੜਾ ਆਪਣੇ ਮੰਨ ਲਓ ਟਮਾਟਰ ਰੋਤਾ ਜੀ ਉਧਰ ਕਿੰਨਾ ਮਹਿੰਗਾ ਵੇਲਾ ਜੀ ਨਾਲੇ ਆਪਣੇ ਲੋਕਾਂ ਨੂੰ ਕੰਮ ਮਿਲਦਾ ਸੀਗਾ ਬਹੁਤ ਵਧੀਆ ਕੰਮ ਚੱਲਦਾ ਜੀ ਜਿਹੜੇ ਸਰਕਾਰਾਂ ਦੇ ਉਹ ਪਤਾ ਨੀ ਕੀ ਚੱਕਰ ਆ ਜੀ ਉਹ ਸਾਰਾ ਕੁਛ ਹੀ ਬੰਦ ਕਰਕੇ ਰੱਖਤਾ ਬਿਲਕੁਲ ਬਿਲਕੁਲ ਥੈਂਕ ਯੂ ਗੱਲ ਉਹੀ ਹੈ ਨਾ ਬਾਈ ਜੀ ਦੇਖੋ ਯੂਰਪ ਹੈ ਕੈਨੇਡਾ ਅਮਰੀਕਾ ਹੋਰ ਕਿੰਨੇ ਮੁਲਕ ਨੇ ਗੁਆਂਢੀਆਂ ਨਾਲ ਵਪਾਰ ਹੈ ਤੇ ਇਸ ਕਰਕੇ ਉਹ ਜਿਹੜਾ ਵਪਾਰ ਤਜਾਰਤ ਜਿੰਨੀ ਦੇਰ ਇਹ ਆ ਗਦਾਵਰ ਰੂਟ ਬਣ ਗਿਆ ਰੌਲਾ ਹੀ ਇਹ ਹੈ ਕਿ ਜਿੰਨੀ ਦੇਰ ਪੰਜਾਬ ਦੇ ਵਿੱਚ ਕਾਰਪੋਰੇਟ ਖੇਤੀ ਸ਼ੁਰੂ ਨਹੀਂ ਹੁੰਦੀ ਇਹ ਜੰਗ ਨਹੀਂ ਰੁਕਣੀ ਜਦੋਂ ਸਾਰਾ ਕੁਛ ਬਿਲ ਉਹਦੇ ਵਾਂਗੂ ਬਿਲ ਗੇਟਸ ਵਾਂਗੂ ਪੰਜਾਬ ਦਾ ਇੰਡੀਆ ਦਾ ਸਭ ਤੋਂ ਵੱਡਾ ਕੰਟਰੈਕਟ ਫਾਰਮਰ ਕਿਸਾਨ ਅੰਡਾਨੀ ਬਾਨੀ ਬਣ ਗਏ ਨਾ ਜੰਗ ਬੰਦ ਹੋ ਜਾਣੀ ਆ ਸਾਰਾ ਇੱਥੋਂ ਦਾ ਜਿਹੜਾ ਫੂਡ ਹੈ ਜਿਹੜਾ ਅਨਾਜ ਹੈ ਜਿਹੜਾ ਫਰੂਟ ਹੈ ਜਿਹੜੀਆਂ ਸਬਜ਼ੀਆਂ ਨੇ ਉਹ ਜਦੋਂ ਜਾਣ ਲੱਗ ਜਾਣਾ ਯੂਰਪ ਤੱਕ ਅਮਰੀਕਾ ਤੱਕ ਤੇ ਫਿਰ ਇੱਥੇ ਆਰਾਮ ਨਾਲ ਸਾਰਾ ਬਿਜ਼ਨਸ ਚੱਲਣਾ ਉਨੀ ਦੇਰ ਕੋਈ ਜੰਗ ਜੁੰਗ ਬੰਦ ਨਹੀਂ ਹੋਣ ਲੱਗੀ ਹੈਨਾ ਸੋ ਇਸ ਕਰਕੇ ਇਹ ਵਪਾਰੀ ਨੇ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਇਹ ਵਪਾਰੀ ਨੇ ਸੁਰਿੰਦਰ ਵੀਰ ਜੀ ਸੁਰਿੰਦਰ ਜੀ ਸੋ ਪਰਮਿੰਦਰ ਗੱਲ ਮੁੱਕਦੀ ਇਹ ਆ ਕਿ ਦੇਖੋ ਚਲੋ ਕਿਸੇ ਨੇ ਲਾਸ਼ਾਂ ਤੇ ਕਰਨੀ ਆ ਤੇ ਕਿਸੇ ਨੇ ਲਾਸ਼ਾਂ ਵਿਛਾਉਣੀਆਂ ਤੇ ਕਿਸੇ ਨੇ ਚੰਗਿਆਂ ਭਲਿਆਂ ਨੂੰ ਲਾਸ਼ਾਂ ਬਣਾ ਕੇ ਤੁਰ ਜਾਣਾ ਹੈਗੇ ਸਾਰੇ ਵਪਾਰੀ ਨੇ ਸਿਰਫ ਵਪਾਰੀ ਦਾ ਵਪਾਰ ਕਰਨ ਦਾ ਢੰਗ ਅਲੱਗ ਬਾਕੀ ਫਰਕ ਬਹੁਤਾ ਜ਼ਿਆਦਾ ਨਹੀਂ ਹੈ ਸਿਰਫ ਢੰਗ ਹੀ ਬਦਲਿਆ ਬਾਕੀ ਸਾਰੇ ਹੈਗੇ ਖੂਨ ਨਿਚੋੜਨ ਵਾਲੇ ਹੀ ਆ ਨਿਚੋੜਨ ਦਾ ਕਿਸੇ ਨੇ ਪਿਆਰ ਨਾ ਕਿਸੇ ਨੇ ਗਲਵੱਕੜੀ ਚ ਲੈ ਕੇ ਨਿਚੋੜ ਜਾਣਾ ਕਿਸੇ ਨੇ ਥੋੜਾ ਬਹੁਤਾ ਤੜਫਾ ਕੇ ਨਿਚੋੜ ਜਾਣਾ ਤੇ ਕਿਸੇ ਨੇ ਕੀ ਕਹਿੰਦੇ ਹੁੰਦੇ ਆ ਵੀ ਸਿੱਧਾ ਗਾਟਾ ਲਾ ਕੇ ਨਿਚੋੜ ਜਾਣਾ ਤੇ ਨਿਚੋੜਨਾ ਖੂਨ ਹੀ ਆ ਸੋ ਇਸ ਕਰਕੇ ਆ ਜਿਹੜਾ ਹੁਣ ਡਮ ਡਮਾ ਚੱਲਿਆ ਹੋਇਆ ਇਹ ਪਰਮਿੰਦਰ ਮੈਨੂੰ ਲੱਗਦਾ 27 ਨੂੰ ਅਜੇ ਨਿਬੜਦਾ ਨਹੀਂ ਲੱਗਦਾ ਬਾਕੀ ਦੇਖੋ ਕੱਲ ਨੂੰ ਬਹੁਤ ਹੀ ਪਿਕਚਰ ਕਲੀਅਰ ਹੋਏਗੀ ਕਿ 27 ਨੂੰ ਇਹਦਾ ਐਂਡ ਹੁੰਦਾ ਕਿਆ ਲਾਲਾ ਲਾਲਾ ਹੁੰਦੀ ਜਾਂ 27 ਤੋਂ ਵੀ ਅੱਗੇ ਵੱਧਦਾ ਉਹ ਸਾਰਾ ਕੋਈ ਪਿਕਚਰ ਜਿਹੜੀ ਆ ਉਹ ਕਲੀਅਰ ਹੋ ਜੂਗੀ ਫਿਰ ਉਹਦੇ ਬਾਅਦ ਉਹ ਮੈਨੂੰ ਗੱਲ ਯਾਦ ਆ ਗਈ
ਇੱਕ ਗੱਲ ਬੜੀ ਸੋਹਣੀ ਸੁਣਾਉਂਦੇ ਹੁੰਦੇ ਆ ਕਿ ਕਹਿੰਦੇ ਵੀ ਉਹ ਕਿਸੇ ਨਾ ਬਾਣੀਏ ਦੀ ਦੁਕਾਨ ਸੀ ਮੂੰਗਫਲੀ ਰਿਓੜੀਆਂ ਦੀ, ਉਹਦੇ ਚੋਰੀ ਹੋ ਗਈ ਤੇ ਤੁਰੇ ਜਾਣ ਬੰਦੇ, ਜਿਹੜਾ ਜਾਇਆ ਕਰੇ ਜਾਂਦਾ ਉਹਦੇ ਕੋਲ ਬਹਿ ਜਾ ਕਰੇ, ਇੱਕ ਮੁੱਠ ਮੂੰਗਫਲੀਆਂ ਦੀ ਇੱਕ ਰਿਓੜੀਆਂ ਦੀ ਭਰ ਰਹੇ, ਨਾਲੇ ਕਵੇ ਸੇਠ ਜੀ ਕਿੰਨਾ ਕੁ ਨੁਕਸਾਨ ਹੋਇਆ, ਕਿੱਧਰ ਦੀ ਆਏ, ਉਹ ਵਿਚਾਰਾ ਰੋਜ ਦੱਸਿਆ ਕਰੇ, ਉਹ ਪੁੱਛ ਕੇ ਚੱਲ ਜਾ ਕਰਨ, ਚੱਲੀ ਗਏ। ਇੱਕ ਦਿਨ ਜਿਹੜਾ MLA ਸੀਗਾ ਉਹਨੂੰ ਵੀ ਕਿਸੇ ਨੇ ਕਿਹਾ, ਕਹਿੰਦਾ ਸੇਠ ਜੀ ਦੇ ਚੋਰੀ ਹੋ ਗਈ, ਮਹੀਨਾ ਕੁ ਹੋ ਗਿਆ ਸੀ ਉਦੋਂ ਚੋਰੀ ਹੋਈ ਨੂੰ। ਸੇਠ ਜੀ ਗਿਆ ਜਾਂਦਾ ਬੈਠਾ, ਉਹਨੇ ਵੀ ਮੂੰਗਫਲੀਆਂ ਦੀ ਮੁੱਠ ਭਰ ਲਈ ਖਾਣ ਲੱਗ ਗਿਆ, ਨਾਲੇ ਕਹਿੰਦਾ ਸੇਠ ਜੀ ਮੈਨੂੰ ਤਾਂ ਪਤਾ ਹੀ ਲੇਟ ਲੱਗਿਆ, ਤੇ ਦੱਸੋ ਚੋਰ ਫੜੇ ਗਏ ਕਿ ਨਹੀਂ ਫੜੇ ਗਏ, ਜਾਂ ਪੁਲਿਸ ਵਾਲਿਆਂ ਨੂੰ ਕਹਾਂ ਕੀ ਕਹਿਣਾ, ਤੇ ਕਿੰਨਾ ਕੁ ਨੁਕਸਾਨ ਹੋਇਆ। ਸੇਠ ਵਿਚਾਰਾ ਅੱਕਿਆ ਪਿਆ ਸੀ, ਮਹੀਨਾ ਹੋ ਗਿਆ ਸੀ, ਫ੍ਰੀ ਚ ਲੋਕ ਮੂੰਗਫਲੀਆਂ ਰਿਓੜੀਆਂ ਖਾਂਦੇ ਨੂੰ, ਇੱਕ ਪਹਿਲਾਂ ਚੋਰ ਚੋਰੀ ਕਰਕੇ ਲੈ ਗਏ, ਉਤੋਂ ਫ੍ਰੀ ਦੀ ਮਾਤੜ ਜਿਹੜੀ ਧਾੜ ਪਈ ਹੋਈ ਸੀ ਉਹ ਵੱਖਰੀ ਸੀਗੀ, ਨਾ ਕਿਸੇ ਨੂੰ ਕਹਿਣ ਜੋਗਾ ਵੀ ਤੁਸੀਂ ਆਓ ਨਾ ਆਓ। ਕਹਿੰਦਾ ਜੀ ਏਦਾਂ ਵਾ, ਕਹਿੰਦਾ ਜਦੋਂ ਆਹ ਪੁੱਛਣ ਵਾਲੇ ਨਾ ਆਉਣਾ ਬੰਦ ਕਰਨਗੇ, ਕਹਿੰਦਾ ਉਹਦੇ ਬਾਅਦ ਹਿਸਾਬ ਲਾਵਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ। ਬਿਲਕੁਲ, ਇਸ ਕਰਕੇ ਪੰਜਾਬ ਦਾ ਤਾਂ ਬਾਈ ਜੀ ਨੁਕਸਾਨ ਹੋ ਹੀ ਜਾ ਰਿਹਾ। ਔਜਲਾ ਸਾਹਿਬ ਸਵਾਗਤ ਹੈ, ਸਿਕੰਦਰ ਜੀ। ਸਤਿ ਸ੍ਰੀ ਅਕਾਲ ਟਵਾਣਾ ਬਾਈ ਜੀ ਤੇ ਟਕਾਰੋ ਸਰੋਤਿਆਂ ਨੂੰ। ਮੈਨੂੰ ਲੱਗਦੀ ਆ, ਪਹਿਲਾਂ ਤਾਂ ਮੈਂ ਤੁਹਾਨੂੰ ਪੰਜਾਬ ਦੀ ਗੱਲ ਕਰ ਲਈ, ਮੈਂ ਕਿਹਾ MLA ਦੇ ਜਾਂ ਉਹਨਾਂ ਦੇ ਟੱਪਰਾਂ ਚ ਦੌੜ ਲੱਗੀ, ਉਹ ਕਹਿੰਦੀ ਉਹ ਫਲਾਣੇ ਦੀ ਖਬਰ ਲੱਗੀ ਅਖਬਾਰ ਚ, ਆਪਣੀ ਅਜੇ ਤੱਕ ਨੀ ਲੱਗੀ। ਇਹਨਾਂ ਦਾ ਇਹ ਵੀ ਚੱਕਰ ਚੱਲਿਆ ਹੋਣਾ ਨਾ, ਉਹਦੀ ਲੱਗ ਗਈ, ਤੂੰ ਸੁੱਤਾ ਹੀ ਪਿਆ ਜਾਂ ਹੁਣ ਦੇਖੋ ਆ, ਦੇਖੋ ਸਾਹਿਬ ਕਿੰਨੇ ਸਾਊ ਬੰਦੇ ਹੁੰਦੇ ਸੀ ਜੀ। ਤੇ ਚਲੋ ਰਾਜ ਰੌਲੇ ਚ ਰੰਡੀ ਰੌਲੇ ਚ ਤੁਹਾਨੂੰ ਇੱਕ ਵਧੀਆ ਖਬਰ ਸੁਣਾ ਦਿੰਦਾ ਜੀ। ਅਮੈਰਿਕਾ ਕੈਨੇਡਾ ਦੇ ਇਤਿਹਾਸ ਦੇ ਵਿਚ ਇਕ ਵਧੀਆ ਗੱਲ ਹੋ ਰਹੀ ਹੈ ਕਿ ਇੰਡੀਆਨਾ ਦੇ ਫੋਰਵੇਨ ਸ਼ਹਿਰ ਦੇ ਵਿਚ ਦੋ ਗੁਰੂ ਘਰ ਦੀ ਉਹਨਾਂ ਨੇ ਇਕੱਠੇ ਹੋ ਕੇ ਪਹਿਲਾਂ ਇੱਕ ਤੋਂ ਦੋ ਬਣੇ ਜੀ, ਉਹਨਾਂ ਨੇ ਦੁਬਾਰਾ ਰਿਲਾਈਜ਼ ਕਰਿਆ ਇਸ ਗੱਲ ਨੂੰ, ਹੁਣ ਦੋ ਤੋਂ ਇੱਕ ਬਣ ਰਿਹਾ ਜੀ। ਅੱਛਾ, ਮਤਲਬ ਇਕੱਠੇ ਹੋ ਗਏ? ਹਾਂਜੀ ਇਕੱਠੇ ਹੋ ਗਏ ਜੀ। ਹਾਂਜੀ, ਮੈਂ ਵੀ ਉੱਥੇ ਨੀ ਜਾ ਰਿਹਾ ਵੈਸੇ, ਆਪਣੇ ਅੱਛੀ ਗੱਲ ਹੈ, ਮੇਰੇ ਖਿਆਲ ਪਹਿਲੀ ਖਬਰ ਹੋਊਗੀ ਏਦਾਂ ਗੁਰੂ ਘਰ ਇਕੱਠੇ ਹੋਣ ਦੀ। ਮੈਂ ਤਦੇ ਦੇਣ ਲੱਗਿਆ ਜੀ ਤੁਹਾਨੂੰ, ਪਹਿਲਾਂ ਮੀਡੀਆ ਆਪਣਾ ਜਿਹਦੇ ਨਾਲ ਗੱਲ ਕਰਨ ਲੱਗਿਆ ਤੇ ਮੇਰੀ ਡਿਊਟੀ ਲੱਗੀ ਸੀ, ਮੈਂ ਕਿਹਾ ਵੀ ਉਦਣ ਹੀ ਦੱਸਾਂਗੇ ਤੁਹਾਨੂੰ। ਅੱਛਾ, ਦੂਜਾ ਜਿਹੜਾ ਗੁਰੂ ਘਰ ਹੈ ਜਿਹੜਾ ਖਾਲੀ ਹੋਏਗਾ ਉੱਥੇ ਫਿਰ ਕੀ ਕੀਤਾ ਜਾਏਗਾ? ਇੱਥੇ ਥੋੜੀ ਜਿਹੀ ਸੁਰਤ ਆਉਣ ਲੱਗੀ ਹੋਈ ਹੈ ਮੇਰੇ ਹਿਸਾਬ ਨਾਲ ਜੀ। ਹਾਂਜੀ ਆਏ ਤਾਂ ਜੀ ਆਏ, ਹੁਣ ਫਿਰ ਜੇ ਤੁਸੀਂ ਹੱਸਦੇ ਪਿਛਲੇ ਸਾਈਡ ਜਿਹੜੇ ਗਏ ਸੀ ਉੱਥੇ ਇੱਕ ਤੋਂ ਦੋ ਬਣੇ, ਹੁਣ ਦੋ ਤੋਂ ਤਿੰਨ ਬਣ ਕੇ ਮੈਂ ਉੱਥੇ ਵੀ ਜਾ ਕੇ ਆਇਆ ਜੀ, ਉਹ ਵੀ ਆਪਾਂ ਨੂੰ ਜਾਣਦੇ ਆ। ਨਹੀਂ ਚਲੋ ਅੱਛੀ ਗੱਲ ਹੈ, ਮਤਲਬ ਜੇ ਇਕੱਠੇ ਹੁੰਦੇ ਆ ਇਹ ਵੀ ਇਤਿਹਾਸ ਹੈ, ਸੋ ਮੁਬਾਰਕਾਂ ਕਿਹੋ ਸਾਡੇ ਵੱਲੋਂ ਸਾਰੀ ਟੀਮ। ਬਹੁਤ ਵਧੀਆ ਗੱਲ ਆ ਜੀ। ਹਾਂਜੀ ਬਹੁਤ ਵਧੀਆ ਗੱਲ ਆ, ਦੇਖੋ ਪੈਸਾ ਬਚਦਾ। ਟਵਾਣਾ ਸਾਹਿਬ ਮੈਂ ਤਾਂ ਕਈ ਵਾਰੀ ਕਿਹਾ ਵੀ ਆ ਇੱਥੇ ਵੀ ਅਸੀਂ ਸੋਚਦੇ ਹਾਂ ਵੀ ਸਾਡੇ ਪੰਜਾਬ ਦੇ ਚਿੱਟਾ ਸਿਰ ਇੰਨਾ ਕਰਜ਼ਾ ਕਿਸਾਨਾਂ ਸਿਰ ਜਾਂ ਮਜ਼ਦੂਰਾਂ ਸਿਰ ਵੀ, ਇੱਕ ਟੂਰਨਾਮੈਂਟ ਦੇ ਉੱਪਰ ਤਿੰਨ ਤੋਂ ਚਾਰ ਲੱਖ ਡਾਲਰ ਲੱਗ ਜਾਂਦਾ ਜੀ ਇੱਕ ਦਿਨ ਦੇ ਵਿੱਚ ਇੱਕ ਟੂਰਨਾਮੈਂਟ ਤੇ। ਤੇ ਆਲਮੋਸਟ ਸ਼ਿਕਾਗੋ ਚ ਤਿੰਨ ਟੂਰਨਾਮੈਂਟ, ਨਿਊਯਾਰਕ ਤਿੰਨ ਟੂਰਨਾਮੈਂਟ, ਆ ਛੋਟੇ ਛੋਟੇ ਸ਼ਹਿਰਾਂ ਨੂੰ ਲਾ ਕੇ ਜਾਣੀ ਸਾਡੇ ਏਰੀਏ ਦੇ ਵਿੱਚ 15 ਟੂਰਨਾਮੈਂਟ ਹੋ ਗਏ। ਜੇ ਇੱਕ ਸਾਲ ਟੂਰਨਾਮੈਂਟ ਨਾ ਕਰਾਈਏ, ਦੋ ਦੋ ਲੱਖਾਂ ਵਾਲੇ ਕਰਦੇ ਨੇ ਖੁਦਕਸ਼ੀ, ਅਸੀਂ ਇਹਨਾਂ ਨੂੰ ਸਾਂਭ ਲਈਏ ਜੀ, ਪਰ ਅਸੀਂ ਉਹ ਕੰਮ ਕਰਨਾ ਨੀ ਨਾ। ਅਸੀਂ ਤਾਂ ਦੇਖਣਾ ਵੀ ਕਮੈਂਟੇਟਰ ਸਿਕੰਦਰ ਸਿੰਘ ਔਜਲਾ ਪਿੰਡ ਕਲਾਹਾ 100 ਰੁਪਈਆ। ਹਾਂਜੀ ਸਹੀ ਗੱਲ ਆ, ਥੈਂਕ ਯੂ, ਉਹ ਕੰਮ ਕਰਨਾ। ਮੁਬਾਰਕ ਜੀ, ਬਹੁਤ ਚੰਗੀ ਗੱਲ ਹੈ। ਸੁਰਿੰਦਰ ਬਾਈ ਜੀ ਅਮੈਰੀਕਾ ਦੇ ਵਿੱਚ, ਸੁਰਿੰਦਰ ਜੀ ਜਾ ਰਹੇ ਹੁਣ ਉਸ ਫੰਕਸ਼ਨ ਤੇ ਕਿ ਪਹਿਲਾਂ ਇੱਕ ਤੋਂ ਦੋ ਗੁਰੂ ਘਰ ਬਣੇ ਸੀ, ਹੁਣ ਦੋਵਾਂ ਤੋਂ ਮੁੜ ਕੇ ਇੱਕ ਗੁਰੂ ਘਰ ਬਣ ਗਿਆ, ਜਾਣੀ ਗੁਰੂ ਘਰ ਇਕੱਠੇ ਹੋ ਗਏ ਨੇ। ਬਹੁਤ ਚੰਗੀ ਗੱਲ ਹੈ ਜੇ ਕਮੇਟੀ ਬਣਾਉਣ ਨੂੰ ਲੈ ਕੇ ਨਾਂ ਲੜਨ। ਉਧਰ ਤੁਸੀਂ ਵੇਖੋ ਇੱਕ ਸ਼ੰਕਰਾਚਾਰੀਆ ਨਿਸਲਾਨੰਦ ਸਰਸਵਤੀ ਮਹਾਰਾਜ ਨੇ, ਇਹਨਾਂ ਨੇ ਦੋ ਤਿੰਨ ਵਾਰੀ ਇਹਨਾਂ ਦਾ ਬਿਆਨ ਆ ਰਿਹਾ ਤੇ ਇਹਨਾਂ ਨੇ ਬਿਆਨ ਦਿੱਤਾ, ਇਹ ਹੁਣ ਆਏ ਨੇ ਚੰਡੀਗੜ੍ਹ ਵੱਲ ਨੂੰ ਆਏ ਨੇ ਤੇ ਇਹਨਾਂ ਨੇ ਬਿਆਨ ਦਿੱਤਾ, ਕਹਿੰਦੇ ਵੀ ਜੇ ਇੰਡੀਆ ਹਿੰਦੂ ਰਾਸ਼ਟਰ ਬਣ ਜੇ, ਪਹਿਲਾਂ ਇਹਨਾਂ ਦਾ UP ਚ ਵੀ ਬਿਆਨ ਆਇਆ ਸੀ, ਮੈਂ ਉਦੋਂ ਸ਼ੇਅਰ ਨਹੀਂ ਸੀ ਕੀਤਾ, ਅੱਜ ਇਹ ਚੰਡੀਗੜ੍ਹ ਸੈਕਟਰ 21 ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ, ਕਹਿੰਦੇ ਜੇ ਇੰਡੀਆ ਇਸ ਵਕਤ ਹਿੰਦੂ ਰਾਸ਼ਟਰ ਬਣ ਜਾਏ ਤਾਂ ਦੁਨੀਆਂ ਦੇ 15 ਦੇਸ਼ ਇਕਦਮ ਹਿੰਦੂ ਰਾਸ਼ਟਰ ਬਣ ਜਾਣਗੇ। ਉਨ੍ਹਾਂ ਆਖਿਆ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਪਣੀ ਦ੍ਰਿੜ ਇੱਛਾ ਸ਼ਕਤੀ ਪ੍ਰਗਟ ਕਰਨੀ ਚਾਹੀਦੀ ਹੈ ਤੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਦੇ ਵਿੱਚ ਹਿਚਕਚਾਉਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੇ ਹਿੰਦੂ ਰਾਸ਼ਟਰ ਐਲਾਨਾਂ ਦੇ ਨਾਲ ਹੀ 15 ਦੇਸ਼ ਇਕਦਮ ਹਿੰਦੂ ਰਾਸ਼ਟਰ ਬਣ ਜਾਣਗੇ। ਸਾਨੂੰ ਕਹਿੰਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਸਾਰਿਆਂ ਦੇ ਪੂਰਵਜ ਹਿੰਦੂ ਸੀਗੇ।
ਸ਼ੰਕਰਾਚਾਰੀ ਨੇ ਕਿਹਾ ਕਿ ਸੰਘ ਅਤੇ ਰਾਜਨੀਤੀ ਸੰਗਠਨ ਖੁੱਲ੍ਹ ਕੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਦੇ, ਪਰ ਜਦੋਂ ਹੁਣ ਕਹਿੰਦੇ ਸਾਡੇ ਵਰਗੇ ਹਿੰਦੂ ਸੰਗਠਨ ਸ਼ੰਕਰਾਚਾਰੀ ਹਿੰਦੂ ਲਹਿਰ ਪੈਦਾ ਕਰਨਗੇ, ਫਿਰ ਰਾਜਨੀਤਿਕ ਲੋਕ ਰੋਟੀਆਂ ਸੇਕਣ ਦੇ ਲਈ ਨਕਲ ਕਰਦੇ ਹੋਏ ਹਿੰਦੂ ਰਾਸ਼ਟਰ ਦੀ ਗੱਲ ਕਰਨਗੇ। ਕਹਿੰਦੇ ਸਾਡੀ ਗੱਲ ਨੂੰ ਪ੍ਰਧਾਨ ਮੰਤਰੀ ਵੀ ਸੁਣਦੇ ਨੇ। ਸੋ ਇਸ ਕਰਕੇ ਕਹਿੰਦੇ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਨਾਲ ਕਈ ਘੰਟੇ ਬੈਠ ਕੇ ਗੱਲਬਾਤ ਕੀਤੀ ਸੀ, ਇਹਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਸੀ, ਤੇ ਪ੍ਰੋਟੋਕੋਲ ਤੇ ਹੋਰ ਮਜਬੂਰੀਆਂ ਦੇ ਚਲਦੇ ਹੁਣ ਉਹਨਾਂ ਨਾਲ ਮੁਲਾਕਾਤ ਕਰਨਾ ਸੰਭਵ ਨਹੀਂ ਹੋ ਪਾ ਰਿਹਾ, ਲੇਕਿਨ ਉਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲਾਂ ਮੰਨਦੇ ਰਹੇ ਨੇ। ਪਰ ਹੁਣ ਪ੍ਰੋਟੋਕੋਲ ਹੈ, ਇਸ ਤੋਂ ਪਹਿਲਾਂ ਅਸ਼ੋਕ ਸਿੰਘਲ, ਮੁਰਲੀ ਮਨੋਹਰ ਜੋਸ਼ੀ ਤੇ ਕਈ ਲੋਕ ਸਾਡੇ ਨਾਲ ਕਹਿੰਦੇ ਬੈਠ ਕੇ ਚਰਚਾ ਕਰਦੇ ਸੀ। ਯਾਨੀ ਇਹ ਜਿਹੜੇ ਸਾਧ ਹੈ ਸ਼ੰਕਰਾਚਾਰੀਆ, ਨਿਸ਼ਕਲਾ ਚੰਦ ਸਰਸਵਤੀ, ਇਹਨੇ ਪਹਿਲਾਂ ਇੰਡੀਆ ਦੇ ਕਈ ਹਿੱਸਿਆਂ ਚ ਬਿਆਨ ਦਿੱਤਾ ਕਿ ਅਗਰ ਭਾਰਤ ਹਿੰਦੂ ਰਾਸ਼ਟਰ ਆਪਣੇ ਆਪ ਨੂੰ ਲਾਣ ਦੇਵੇ, ਵਿਸ਼ਵ ਦੇ 15 ਦੇਸ਼ ਕਹਿੰਦੇ ਹਿੰਦੂ ਮੁਲਕ ਹਿੰਦੂ ਰਾਸ਼ਟਰ ਬਣ ਜਾਣਗੇ, ਸਿਰਫ ਉਹ ਸਾਡੇ ਵੱਲ ਵੇਖਦੇ ਨੇ ਬੈਠ ਕੇ। ਪਰ ਗੱਲ ਇਹ ਹੈ ਸੁਰਿੰਦਰ ਵੀਰ, ਇੱਕ ਮੈਂ ਅੱਜ ਸੋਚ ਹੀ ਰਿਹਾ ਸੀ, ਤੁਹਾਡੀ ਵੀ ਰਾਏ ਲੈ ਲਾਂ। ਸਿੱਖ ਕਹਿੰਦੇ ਸਾਰੀ ਦੁਨੀਆਂ ਸਿੱਖ ਹੋ ਜੇ ਤੇ ਫਿਰ ਲੜਨੋਂ ਹਟ ਜਾਣਗੇ, ਇੱਕ ਦੂਸਰੇ ਦੇ ਜੂੰਡੇ ਪੱਟਣੋਂ ਹਟ ਜਾਣਗੇ। ਜੇ ਹਿੰਦੂ ਸਾਰੇ ਇੱਕ ਹੋ ਜਾਣ ਕੀ ਫਿਰ ਹਿੰਦੂਆਂ ਦੇ ਵਿੱਚ ਬਹੁਤ ਕ੍ਰਾਂਤੀ ਆ ਜਾਏਗੀ? ਜੇ ਮੁਸਲਿਮ ਪੂਰੀ ਦੁਨੀਆਂ ਚ ਇੱਕ ਹੋ ਜਾਣ ਫਿਰ ਮੁਸਲਮਾਨ ਲੜਨੋਂ ਹਟ ਜਾਣਗੇ? ਯਾਰ ਪਾਕਿਸਤਾਨ ਦੀ ਮਿਸਾਲ ਸਾਡੇ ਸਾਹਮਣੇ ਆ, ਮੰਦਰਾਂ ਮਸਜਿਦਾਂ ਗੁਰਦੁਆਰੇ ਦੀਆਂ ਲੜਾਈਆਂ ਸਾਡੇ ਸਾਹਮਣੇ ਨੇ। ਦੂਸਰਾ ਉਹਦੇ ਚ ਇਹ ਹੈ ਕਿ ਹੋਏਗਾ ਕੀ ਉਸ ਦੇ ਨਾਲ? ਸਪੋਜ਼ ਕਰੋ ਕਿ ਸਾਰੀ ਦੁਨੀਆਂ ਸਿੱਖ ਹੋ ਜਾਏ, ਪਰ ਹਰਿਮੰਦਰ ਸਾਹਿਬ ਤਾਂ ਫਿਰ ਇੱਕੇ ਹੈ, ਫਿਰ ਕਿੰਨਵੇਂ ਦਿਨ ਮੱਥਾ ਟੇਕਣ ਦੀ ਵਾਰੀ ਆਇਆ ਕਰੇਗੀ ਸਿੱਖਾਂ ਦੀ? ਜਦੋਂ ਸੰਗਤ ਜਾਂ ਭੀੜ ਕਹਿ ਲਓ ਵੱਧ ਜਾਂਦੀ ਹੈ, ਵੇਟਿੰਗ ਤਾਂ ਆਲਰੇਡੀ ਇੰਨੀ ਹੈ। ਸਗੋਂ ਪਰਿਵਾਰ, ਜੇ ਤੁਹਾਡਾ ਕੋਈ ਵੀ ਪਰਿਵਾਰ ਹੈ, ਹੁਣ ਇੱਕ ਪਰਿਵਾਰ ਚਾਹੇ ਸਾਡੇ 50 ਜੀ ਹੋ ਜਾਣ, ਕੀ ਫਰਕ ਪੈ ਜਾਏਗਾ ਉਹਦੇ ਨਾਲ? ਜੇ ਸਾਰੀ ਦੁਨੀਆਂ ਹਿੰਦੂ ਬਣ ਜਾਏ ਤੇ ਫਿਰ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ, ਭਾਵੇਂ ਉਹ ਗਿਆ ਜੀ ਹੈ, ਭਾਵੇਂ ਉਹ ਹਰਿਦੁਆਰ ਹੈ, ਹੁਣ ਵੈਸ਼ਨੋ ਦੇਵੀ ਹੈ, 50,000 ਬੰਦੇ ਤੋਂ ਵੱਧ ਬੰਦਾ ਨਹੀਂ ਜਾ ਸਕਦਾ, ਬੈਨ ਕੀਤਾ। ਸੋ ਮੰਨ ਲੈ ਕੇ ਪੂਰੀ ਦੁਨੀਆਂ ਹਿੰਦੂ ਹੋ ਜਾਏ, ਫਿਰ ਮੈਨੂੰ ਤਾਂ ਲੱਗਦਾ ਸਾਰੀ ਜ਼ਿੰਦਗੀ 'ਚ ਕਈਆਂ ਨੂੰ ਤਾਂ ਉੱਥੇ ਜਾਣ ਦਾ ਮੌਕਾ ਨਹੀਂ ਮਿਲਣਾ। ਇੱਦਾਂ ਹੀ ਮੱਕਾ ਆ, ਜੇ ਹੁਣ ਸਾਰੀ ਦੁਨੀਆਂ ਮਤਲਬ ਬਣ ਜਾਵੇ ਮੁਸਲਮਾਨ ਤੇ ਫਿਰ ਮੱਕਾ ਤਾਂ ਉਹੀ ਰਹਿਣਾ, ਤੇ ਫਿਰ ਮੱਕੇ 'ਚ ਹੱਜ ਕਰਨ 'ਤੇ ਤਾਂ ਕਈ ਸਦੀਆਂ ਬਾਅਦ ਜੰਮਣਾ ਪਊਗਾ। ਇਸੇ ਤਰ੍ਹਾਂ ਜੇ ਸਿੱਖ ਕਹਿੰਦੇ ਜੀ 96 ਕਰੋੜ, 96 ਕਰੋੜ ਤਾਂ ਕੁਛ ਵੀ ਗੱਲ ਨਹੀਂ, ਹੁਣ ਤਾਂ ਆਬਾਦੀ ਵਧਾਉਣੀ ਪੈਣੀ ਹੈ ਤੁਹਾਨੂੰ। 96 ਕਰੋੜ ਕਹਿੰਦੇ ਜਦੋਂ ਖਾਲਸਾ ਹੋ ਗਿਆ ਤਾਂ ਦੁਨੀਆਂ 'ਤੇ ਰਾਜ ਹੋਏਗਾ, ਹੁਣ ਤਾਂ 96 ਕਰੋੜ ਤੋਂ ਵੱਧ ਇੰਡੀਆ ਦੀ ਆਬਾਦੀ ਵੱਧ ਚੁੱਕੀ। ਜੇ ਸਾਰੇ ਦੁਨੀਆਂ ਦੇ ਲੋਕ ਸਿੱਖ ਹੋ ਜਾਣ ਤੇ ਫਿਰ ਦਰਬਾਰ ਸਾਹਿਬ 'ਚ ਆਉਣਾ ਤਾਂ ਮੈਨੂੰ ਤਾਂ ਨਹੀਂ ਲੱਗਦਾ ਇਸ ਸਦੀ 'ਚ ਵਾਰੀ ਆਜੂ, ਕਿਉਂਕਿ 16 ਸਾਲ ਤਾਂ ਆਲਰੇਡੀ ਵੇਟਿੰਗ ਹੈ ਉੱਥੇ ਪਾਠ ਖਿਲਾਉਣ ਦੀ। ਬਾਦਲਾਂ ਦਾ ਤਾਂ ਖੁੱਲ੍ਹ ਜਾਂਦਾ ਭਾਵੇਂ ਰੋਜ਼ ਖੁੱਲ੍ਹਿਆ ਰਹੇ, ਪਰ ਆਮ ਸਿੱਖ ਦੀ ਤਾਂ ਵਾਰੀ ਆਉਣੀ ਨਹੀਂ ਉੱਥੇ ਪ੍ਰਕਾਸ਼ ਕਰਾਉਣ ਦੀ। ਇਹ ਕਿਉਂ ਐਂ ਕਰਦੇ ਨੇ ਕਿ ਸਾਰੀ ਦੁਨੀਆਂ ਇੱਕ ਹੋ ਜਾਏ? ਇਹਦੇ 'ਤੇ ਥੋੜ੍ਹਾ ਜਿਹਾ ਟਾਈਮ ਦਿਓ। ਅਤੇ ਨਾਲ ਖਬਰ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਤੋਂ ਸ਼ਾਇਦ ਪੱਕੇ ਜਥੇਦਾਰ ਨਾ ਬਣਨ, ਚਰਚਾਵਾਂ ਨੇ ਕਿ ਉਹਨਾਂ ਤੋਂ ਇਹ ਅਹੁਦਾ ਖਾਲੀ ਕਰਾਇਆ ਜਾ ਸਕਦਾ ਹੈ। ਕਿੰਨੀ ਕੁ ਸੱਚਾਈ ਹੈ ਇਹਨਾਂ ਖਬਰਾਂ 'ਚ, ਇਹ ਲੈ ਲਿਓ ਪਲੀਜ਼ ਦੋਵੇਂ ਮੁੱਦੇ ਜੀ। ਹਾਂ ਦੇਖੋ, ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਲ ਆ, ਪਹਿਲਾਂ ਉਹੀ ਲੈ ਲਾਂ। ਪਿਛਲੇ ਦਿਨਾਂ 'ਚ ਸਟੇਟਮੈਂਟਾਂ ਤਾਂ ਬੜੀਆਂ ਸਖ਼ਤ ਦਿੱਤੀਆਂ ਨੇ, ਨਾਲ ਦੀ ਨਾਲ ਉਹਨਾਂ SGPC ਨੂੰ ਵੀ ਤਾੜਨਾ ਕੀਤੀ ਆ ਕਿ ਜਥੇਦਾਰ ਨੂੰ ਕਦੋਂ ਤੇ ਕਿਵੇਂ ਅਪੁਆਇੰਟ ਕਰਨਾ ਤੇ ਕਿੰਨੇ ਕਾਰਜਕਾਲ ਦੇ ਲਈ ਕਰਨਾ, ਉਹ ਸਾਰਾ ਸਮਾਂ ਤੈਅ ਕਰੋ, ਉਹਦੇ ਲਈ ਬਕਾਇਦਾ ਇੱਕ ਕੀ ਕਹਿੰਦੇ ਹੁੰਦੇ ਪ੍ਰੋਟੋਕੋਲ ਬਣਾਓ। ਉਹਨਾਂ ਨੇ ਕਹਿ ਤਾ, ਕਹਿੰਦੇ ਕਿ ਕੋਈ ਨਾ ਕੋਈ ਤਾਂ ਸਿਸਟਮ ਹੋਣਾ ਚਾਹੀਦਾ ਨਾ, ਇਹ ਥੋੜੀ ਤੁਸੀਂ ਜਦੋਂ ਮਰਜ਼ੀ ਤਾਰ ਦਿਓ, ਜਦੋਂ ਮਰਜ਼ੀ ਘਰ ਨੂੰ ਤੋਰ ਦਿਓ, ਇਹ ਕੀ ਸਿਸਟਮ ਆ? ਖੈਰ ਉਹ ਲੱਗਦਾ ਕਿ, ਕਿਉਂਕਿ ਦੇਖੋ ਹੁਣ ਗੱਲ ਇਹ ਆ, ਦੋ ਤਖ਼ਤ ਤਾਂ ਪੰਜਾਬ ਤੋਂ ਆਲਰੇਡੀ ਬਾਹਰ ਨੇ, ਉਹਨਾਂ ਦਾ ਕੰਟਰੋਲ ਤਾਂ SGPC ਕੋਲ ਹੈ ਹੀ ਨੀ। 3 ਤਖ਼ਤ ਇੱਥੇ ਸੀ, ਤਿੰਨਾਂ ਚੋਂ ਵੀ ਇੱਕ ਨੂੰ ਮਾਨਤਾ ਬਹੁਤ ਲੰਬੇ ਸਮੇਂ ਬਾਅਦ ਆ ਕੇ ਮਿਲੀ ਆ। ਉਸ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਨਾਲ ਦੀ ਨਾਲ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਲਾਇਆ। ਯਾਨੀ ਕਿ ਹੁਣ ਜੇ ਕਹਿ ਦੋ ਸਾਡੇ ਕੋਲ ਤਖ਼ਤ 3 ਨੇ, ਜਥੇਦਾਰ 2 ਨੇ, ਹੁਣ ਇਹ ਵੀ ਸਮੱਸਿਆ। ਤੇ ਹੁਣ ਪਤਾ ਨੀ, ਬਾਕੀ ਹੋ ਸਕਦਾ ਕਿ ਬਹੁਤਾ ਲੰਬਾ ਸਮਾਂ ਕਿਸੇ ਨੂੰ ਬੰਦਾ ਪਾਉਂਦਾ ਕਿ ਨਹੀਂ ਪਾਉਂਦਾ, ਬਾਕੀ ਇੰਨਾ ਕੁ ਸਮਾਂ ਕੱਢ ਗਏ, 2018 ਚ ਆਏ ਸੀਗੇ, 22 ਆ ਗਿਆ, ਤੇ ਜਿੰਨਾ ਕੁ ਸਮਾਂ ਕੱਢ ਕੇ ਬਥੇਰਾ ਵਾ। ਇਹ ਤੋਂ ਲੰਬਾ ਸਮਾਂ ਵੀ ਹੁੰਦਾ ਕੀ ਹੈ ਨਾ? ਹੁਣ ਦੇਖੋ ਅੰਮ੍ਰਿਤਪਾਲ ਸਿੰਘ ਆਏ ਨੇ, ਲੋਕਾਂ ਨੂੰ ਐਂ ਲੱਗਿਆ ਉਹਨਾਂ ਦੀ ਗੱਲਬਾਤ, ਕਿਉਂਕਿ ਬੋਲਦੇ ਕਾਫੀ ਸੰਜੀਦਗੀ ਨਾਲ ਨੇ, ਗੱਲਾਂ ਕਾਫੀ ਕਰਦੇ ਆ, ਪ੍ਰਭਾਵ ਚ ਆਉਂਦੇ ਆ ਲੋਕੀ। ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ, ਹੁਣ ਦੀਪ ਸਿੱਧੂ ਆਇਆ ਸੀ, ਕਿਉਂਕਿ ਸਾਡੇ ਇਹ ਫਿਤਰਤ ਹੈ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ,
ਜਦੋਂ ਕੋਈ ਵੀ ਵਿਅਕਤੀ ਕੋਈ ਵੀ ਚੈਨਲ ਕੋਈ ਵੀ ਅਖਬਾਰ ਨਵਾਂ ਆਉਂਦਾ ਤੇ ਪੰਜਾਬੀ ਉਹਦੇ ਵੱਲ ਇਕਦਮ ਅਟਰੈਕਟ ਹੁੰਦੇ ਆ। ਉਹਦੀਆਂ ਬਹੁਤ ਸਾਰੀਆਂ ਬੁਰਾਈਆਂ, ਉਹ ਕੌਣ ਹੈ ਕੀ ਹੈ ਉਹ ਪਤਾ ਨਹੀਂ ਲੱਗਦੀਆਂ। ਇਸੇ ਕਰਕੇ ਨੇਤਾ ਲੋਕ ਵੀ ਨਵਾਂ ਹਲਕਾ ਭਾਲਦੇ ਨੇ ਕਿ ਯਾਰ ਇੱਥੇ ਤਾਂ ਮੈਨੂੰ ਸਾਰੇ ਜਾਣਦੇ ਨੇ। ਇਸੇ ਕਰਕੇ ਬਹੁਤ ਸਾਰੇ ਪੱਤਰਕਾਰ ਆਪਣੇ ਬਾਰੇ ਨਹੀਂ ਦੱਸਦੇ ਕਿ ਉਹ ਕੌਣ ਹੈ ਕੀ ਹੈ, ਕਿਉਂਕਿ ਜਦੋਂ ਪਿਛੋਕੜ ਖਿਲਣ ਲੱਗਦਾ ਨਾ ਤੇ ਫਿਰ ਕਈਆਂ ਦੀ ਲੀਰਾਂ ਦੀ ਖਿੱਦੋ ਖਿਲਰਦੀ ਹੈ। ਉਹ ਆਪਣੇ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਦੋਂ ਬੈਕਗਰਾਊਂਡ ਬੰਦੇ ਦੀ ਹਿਸਟਰੀ ਚੱਕਣ ਲੱਗਦਾ ਨਾ ਤੇ ਫਿਰ ਪਤਾ ਲੱਗ ਜਾਂਦਾ। ਇਸੇ ਕਰਕੇ ਕਪੂਰ ਸਾਹਿਬ ਨੇ ਕਿਹਾ ਸੀ ਨਰਿੰਦਰ ਸਿੰਘ ਨੇ ਕਿ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਹੋ ਉਹਨੂੰ ਨਿੱਜੀ ਤੌਰ 'ਤੇ ਨਾ ਮਿਲੋ। ਜੇ ਕਿਤੇ ਨਿੱਜੀ ਤੌਰ 'ਤੇ ਮਿਲਣ ਲਏ ਨਾ, ਹੋ ਸਕਦਾ ਕਿ ਤੁਹਾਡਾ ਭਰਮ ਟੁੱਟ ਜਾਵੇ, ਉਸ ਵਿਅਕਤੀ ਨੂੰ ਤੁਸੀਂ ਪਸੰਦ ਕਰਨ ਹਟ ਜਾਓ। ਜਦੋਂ ਤੁਸੀਂ ਜਾਣਨ ਲੱਗ ਜਾਂਦੇ ਉਹਨੂੰ ਫਿਰ ਕਈ ਪਤਾ, ਖਾਸ ਕਰਕੇ ਜਦੋਂ ਆਫ ਦੀ ਰਿਕਾਰਡ ਮਿਲਦੇ ਹੋ ਪਤਾ ਲੱਗ ਜਾਂਦਾ ਨਾ ਯਾਰ ਇਹ ਇਹ 'ਚ ਤਾਂ ਹੈ ਕੁਛ ਨਹੀਂ, ਕੈਮਰੇ 'ਤੇ ਜਾਂ ਦੂਰ ਬਹੁਤ ਸੋਹਣੀਆਂ ਗੱਲਾਂ ਕਰਦਾ। ਸੋ ਇਸ ਕਰਕੇ ਜਿਹੜੀ ਨਵੀਂ ਨਵੀਂ ਚੀਜ਼ ਆਉਂਦੀ ਹੈ ਨਾ ਪੰਜਾਬੀ, ਉਹਨੂੰ ਤਾਂ ਚਾਹ ਕੇ ਪੈਂਦੇ ਆ। ਹੋ ਸਕਦਾ ਕਿ ਹੁਣ ਥੋੜ੍ਹਾ ਚਿਹਰਾ ਬਦਲ ਕੇ ਵੀ ਵੇਖ ਲੈਣਾ ਚਾਹੀਦਾ, ਜਿਵੇਂ ਕਈ ਵਾਰੀ ਦਵਾਈ ਨਹੀਂ ਡਾਕਟਰ ਹੀ ਬਦਲ ਕੇ ਵੇਖ ਲੈਣਾ ਚਾਹੀਦਾ ਜੀ। ਮੇਰੇ ਖਿਆਲ ਹੈ ਕਿ ਇਸ ਇਹ ਤਜਰਬਾ ਕਰੂਗਾ, ਕਿਉਂਕਿ ਪਿਛਲੇ ਸਮੇਂ ਜੋ ਪ੍ਰੈਸ਼ਰ ਬਣ ਰਿਹਾ, ਜੋ ਹਾਲਾਤ ਚੱਲਦੇ ਨੇ, ਜੋ ਕਾਰਜਕਾਰੀ ਜਥੇਦਾਰ ਸਾਹਿਬ ਨੇ ਜੋ ਬਿਆਨਾਤ ਦਿੱਤੇ ਨੇ, ਉਹਦੇ ਵਿੱਚ ਅੰਦਰੋਂ ਅੰਦਰੀ ਕਈ ਗੱਲਾਂ ਅਕਾਲੀ ਦਲ ਨੂੰ ਚੁਭਦੀਆਂ ਵੀ ਨੇ, ਪਿੰਚ ਕਰਦੀਆਂ ਨੇ। ਤੇ ਕੋਈ ਹੋਰ ਚਿਹਰਾ ਜਿਹੜਾ ਹੈਗਾ ਫਿਰ ਉਹ ਨਵਾਂ ਨਵਾਂ ਆਉਂਦਾ ਤੇ ਫਿਰ ਤੇ ਲੋਕਾਂ ਨੂੰ ਇਕਦਮ ਕੋਈ ਆਸ ਬੱਝਦੀ ਹੈ, ਕੋਈ ਥੋੜਾ ਜਿਹਾ ਗਰਮ ਖਿਆਲੀ ਚਿਹਰਾ ਜਾਂ ਕੋਈ ਹੋਰ ਜਿਹੜਾ ਕਾਊਂਟਰ ਕਰ ਸਕੇ, ਕਿਉਂਕਿ ਸਮੱਸਿਆਵਾਂ ਅਕਾਲੀ ਦਲ ਨੂੰ ਕਈ ਨੇ। ਹਰਿਆਣੇ ਦੀ SGPC, ਦੋ ਸੰਵਿਧਾਨ ਤੇ ਅੰਦਰੋਂ RSS, BJP ਦਾ ਦਬਾਅ ਲਗਾਤਾਰ ਬਣਨਾ। ਸੋ ਗੱਲ ਹੋ ਸਕਦੀ ਹੈ ਕਿ ਜਥੇਦਾਰ ਸਾਹਿਬ ਕਾਰਜਕਾਰੀ ਤੋਂ ਪੱਕੇ ਹੋਣ ਹੀ ਨਾ ਜੀ। ਦੂਸਰਾ ਮਸਲਾ, ਉਹ 15 ਮੁਲਕ ਕਹਿੰਦੇ ਹਿੰਦੂ ਰਾਸ਼ਟਰ ਬਣਨ ਨੂੰ ਤਿਆਰ ਨੇ, ਸਿਰਫ ਇੰਡੀਆ ਦੇ ਐਲਾਨਣ ਦੀ ਦੇਰ ਹੈ। ਉਹ ਸ਼ੰਕਰਾਚਾਰੀਆ ਦਾ ਵੀ ਲੈ ਲਓ ਨਾਲ ਭਾਈ ਜੀ, ਸਾਰਿਆਂ ਨੂੰ ਮੈਂ ਲੈਣਾ। ਪਹਿਲਾਂ ਤੇ ਇੱਧਰ ਆ ਜਾਵਾਂ, ਦੇਖੋ ਅਕਾਲੀ ਦਲ ਕੋਲੇ RSS BJP ਦਾ ਦਬਾਅ ਦੀ ਗੱਲ ਨਹੀਂ ਹੈ। ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਿਆ ਗਿਆ ਤਾਂ ਫਿਰ ਪੱਕੇ ਤੌਰ ਤੇ ਕਿਸੇ ਨੂੰ ਜਥੇਦਾਰ ਲਾਇਆ ਜਾਊਗਾ, ਪੱਕੇ ਤੌਰ ਤੇ ਲਾਇਆ ਜਾਊਗਾ ਜਿਹੜਾ ਜੇਲ੍ਹ 'ਚ ਬੈਠਾ, ਤੇ ਐਕਟਿੰਗ ਕਿਸੇ ਨੂੰ ਹੋਰ ਜ਼ਿੰਮੇਵਾਰੀ ਸੌਂਪੀ ਜਾਏਗੀ। ਉਹ ਪਹਿਲਾਂ ਵੀ ਗੱਲ 2-3 ਵਾਰ ਚੱਲੀ ਸੀ, ਹੁਣ ਤਾਂ ਅਗਲਿਆਂ ਨੇ ਚੋਣ ਲੜਾ ਦਿੱਤੀ ਆ, ਤੇ ਹੁਣ ਪੱਕੇ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਉਹਨਾਂ ਨੇ ਬਣਾਉਣਾ ਹੀ ਬਣਾਉਣਾ, ਕਿਉਂਕਿ ਜਿਹੜਾ ਵੋਟ ਬੈਂਕ ਖੁੱਸਿਆ ਹੋਇਆ ਉਹ ਦੁਬਾਰਾ ਲਿਆਉਣ ਦੇ ਲਈ ਇਸ ਰਾਹ ਤੇ ਤੁਰਨਾ ਪੈਣਾ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇੱਕ ਦੇ ਬਾਅਦ ਇੱਕ ਸਾਨੂੰ ਜਿਹੜਾ ਉਹ ਸਾਰੇ ਬੰਨਿਆਂ ਤੋਂ ਘੇਰਿਆ ਜਾ ਰਿਹਾ। ਅਕਾਲੀ ਦਲ ਨੇ ਆਪਣੀ ਸ਼ਾਖ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਇੱਥੇ ਦੋ ਗੱਲਾਂ ਕੀਤੀਆਂ, ਦੇਖੋ ਗੱਲ ਇਹ ਆ ਕਿ ਆਪਾਂ ਤਾਂ ਬਹੁਤ ਕੁਛ ਦੇਖਿਆ ਇੱਥੇ, ਆਪਾਂ 1984 ਤੱਕ ਛੱਡ ਦਿਓ, 84 ਤੋਂ ਬਾਅਦ ਕੀ ਹੋਇਆ, ਪ੍ਰੋਫੈਸਰ ਦਰਸ਼ਨ ਸਿੰਘ ਆਏ, ਲੋਕਾਂ ਦੀ ਕਿੰਨੀ ਤਮੰਨਾ ਸੀ ਉਹਨਾਂ ਦੇ ਮਗਰ, ਮਤਲਬ ਉਹਨਾਂ ਦਾ ਜਿੱਥੇ ਦੀਵਾਨ ਲੱਗਦਾ ਸੀਗਾ, ਮਤਲਬ ਉਹ ਉੱਥੇ ਲੋਕ ਜੇ ਤੜਕੇ ਹੁੰਦਾ ਸੀ ਵੀ 4 ਵਜੇ ਉਹਨਾਂ ਨੇ ਕੀਰਤਨ ਕਰਨਾ ਤੇ ਲੋਕਾਂ ਦੀਆਂ ਰਾਤ 2 ਵਜੇ ਉੱਥੇ ਲੈਣਾ ਲੱਗ ਜਾਂਦੀਆਂ ਸੀ। ਆਪਾਂ ਉਹ ਸਾਰਾ ਕੁਛ ਦੇਖਿਆ ਨਾ। ਸੋ ਇਸ ਕਰਕੇ ਪਰਮਿੰਦਰ ਜਿਹੜਾ ਵੀ ਆਉਂਦਾ, ਭਾਈ ਜਸਵੀਰ ਸਿੰਘ ਰੋਡੇ ਸੀ ਜੇਲ੍ਹ ਤੋਂ ਰਿਹਾ ਹੋ ਕੇ ਆਇਆ, ਲੋਕ ਕਿੱਦਾਂ ਮਗਰ ਚੱਲੇ, ਪਹਿਲਾਂ ਬਾਬਾ ਜਗਿੰਦਰ ਸਿੰਘ ਦੇ ਮਗਰ ਕਿੱਦਾਂ ਚੱਲੇ, ਸਿਮਰਜੀਤ ਸਿੰਘ ਮਾਨ ਆਇਆ ਉਹਦੇ ਮਗਰ ਕਿੱਦਾਂ ਚੱਲੇ, ਇੱਥੇ ਗੱਲ ਨੀ ਰੁਕੀ, ਭਾਈ ਰਣਜੀਤ ਸਿੰਘ ਆਇਆ ਉਹਦੇ ਮਗਰ ਕਿੱਦਾਂ ਚੱਲੇ, ਰੁਕੇ ਕਿਤੇ। ਤੁਸੀਂ ਗੱਲ ਦੀਪ ਸਿੱਧੂ ਦੀ ਕੀਤੀ ਹੈ, ਦੇਖੋ ਦੀਪ ਸਿੱਧੂ ਅਜੇ ਥੋੜਾ ਜਿਹਾ ਫਾਸਟ ਚੱਲਦਾ ਸੀ, ਜਿਹੜਾ ਅੰਮ੍ਰਿਤਪਾਲ ਸਿੰਘ ਖਾਲਸਾ ਨਾ ਉਹਦੀ ਗੱਲ ਕਰਨ ਦਾ ਲਹਿਜਾ ਏਦਾਂ ਕਿ ਜਿੱਦਾਂ ਉਹਦੀ ਨਾ ਕਿਸੇ ਨੇ ਸਕੂਲਿੰਗ ਕੀਤੀ ਹੁੰਦੀ ਹੈ ਬਿਠਾ ਕੇ। ਹਾਂ ਨਹੀਂ ਬੜਾ ਉਹਦੇ ਚ ਉਹ ਮਤਲਬ ਕਈ ਇੰਟਰਵਿਊ ਹੁੰਦੀ, ਮੈਂ ਸਟੱਡੀ ਕੀਤਾ ਤੇ ਉਹ ਤਿਲਕਦਾ ਨਹੀਂ ਹੈ, ਉਲਝਦਾ ਨਹੀਂ ਹੈ। ਦੀਪ ਸਿੱਧੂ ਤਾਂ ਬਹੁਤ ਜਲਦੀ ਉਲਝਦਾ ਸੀ ਨਾ, ਦੀਪ ਸਿੱਧੂ ਮਤਲਬ ਦੀਪ ਸਿੱਧੂ ਉਲਝਦਾ ਸੀ ਤੇ ਦੁਬਾਰਾ ਉਹ ਪਹਿਲੀ ਨੂੰ ਸੁਲਝਾਉਣ ਲਈ ਦੂਸਰੀ ਚ ਹੋਰ ਜਿਆਦਾ ਉਲਝ ਜਾਂਦਾ ਸੀ। ਇਹਦੇ ਚ ਇਹ ਆ ਕਿ ਬੜੇ ਠੰਮੇ ਨਾਲ ਗੱਲ ਕਰਦਾ, ਹਰ ਗੱਲ ਦਾ ਬੜੇ ਲੌਜਿਕ ਤਰੀਕੇ ਦੇ ਨਾਲ ਉਹ ਜਵਾਬ ਜਿਹੜਾ ਉਹ ਦੇ ਰਿਹਾ, ਇਹ ਮੰਨਣਾ ਪਏਗਾ ਤੇ ਉਹਦੀ ਸਕੂਲਿੰਗ ਹੋਈ ਹੋਈ ਆ। ਰਹਿ ਗਈ ਗੱਲ, ਸਭ ਤੋਂ ਪਹਿਲਾਂ ਅਮਰੀਕਾ ਵਾਲਿਆਂ ਨੂੰ ਵਧਾਈ ਦੇ ਦਿਆਂ ਵੀ ਮੈਨੂੰ ਖੁਸ਼ੀ ਆ ਕਿ 2 ਗੁਰਦੁਆਰਾ ਸਾਹਿਬ ਤੋਂ 1 ਹੋ ਗਿਆ। ਵੈਸੇ ਮੈਨੂੰ ਹਜ਼ਮ ਜੀ ਨਹੀਂ ਹੁੰਦੀ ਵੀ ਸਿੱਖ ਇਕੱਠੇ ਹੋ ਗਏ, ਇੱਕ ਥੋੜੀ ਜਿਹੀ ਹਜ਼ਮ ਜੀ ਨਹੀਂ ਹੁੰਦੀ ਆ। ਏਦਾਂ ਨਹੀਂ, ਨੈਗੇਟਿਵ ਪੋਜ਼ਿਟਿਵ ਚੀਜ਼ਾਂ ਸਾਰਿਆਂ 'ਚ ਹੁੰਦੀਆਂ ਨਾ। ਇੱਥੇ ਤੁਸੀਂ ਵੇਖੋ, ਡਾਕਟਰ ਗਾਂਧੀ ਸਾਹਿਬ ਨੇ ਕੋਸ਼ਿਸ਼ ਕਰੀ, ਕਿੰਨੇ ਲੋਕਾਂ ਨੇ ਆਪਣੇ ਜਿਹੜੇ ਨੇ ਸ਼ਮਸ਼ਾਨ ਘਾਟ ਧਰਮਸ਼ਾਲਾਵਾਂ ਇਕੱਠੀਆਂ ਕਰ ਲਈਆਂ। ਕੋਸ਼ਿਸ਼ ਨਹੀਂ ਹੁੰਦੀ,
कि एक दो बारी मेरे ख्याल इंडिया च भी शायद होया, मेरे ध्यान च नहीं, शायद वापरी है कितने कितने गुरु घर कट्ठे हुए ने। बहुत अच्छा स्टैप है, जे बाहर आले ने कर लिया ना तो घर आले तो कर लेंगे इस पासे नूं, चंगी गल है। नहीं तो ऐ भी अपना अपना फिर भाई अगला कहिंदा आ चीज खाली है ते खोलो इत्थे, फिर गुरु घर शुरुआत कर दो, कोई इन्हू खोलो लफ्ज तो तकलीफ होनी। सो मैं थोड़ा जा स्पोंसर का जिक्र कर दिया, तो हम चलो ब्रेक लिया, एक खबर सी सुरेंद्र भाई जी वो लै लियो, भुलना जावा मैं। ते अपने गोलू संधु जी आए सी, वो कहिंदे अपना जिहड़ा एक बजुर्ग नंबरदार की मौत हुई है, तो उहदा वारस है जिहड़ा पोतरा छोटा है नाबालिग है, ਉਹਦੀ ਜਗ੍ਹਾ ਕਈ ਲੋਕਾਂ ਨੇ ਅਪਲਾਈ ਕੀਤਾ। ਸੋ ਇਹ ਨੰਬਰਦਾਰੀ ਨੂੰ ਲੈ ਕੇ ਪੈਸਿਆਂ ਤੱਕ ਰੇਟ ਹੋ ਗਿਆ ਕਿ ਮੈਂ ਇੰਨੇ ਦਿਨਾਂ ਫਰੀਦਕੋਟ ਦੇ ਕਿਸੇ ਪਿੰਡ ਦਾ ਮਸਲਾ ਹੈ। ਕੀ ਬਜ਼ੁਰਗ ਨੰਬਰਦਾਰ ਦੀ ਮੌਤ ਤੋਂ ਬਾਅਦ ਨੰਬਰਦਾਰੀ ਉਹਦੇ ਨਾਬਾਲਗ ਨੂੰ ਤਾਂ ਨਹੀਂ ਮਿਲ ਸਕਦੀ? ਕੀ ਉਸ ਕੇਸ ਕੀ ਹੋ ਸਕਦਾ, ਥੋੜਾ ਤੁਸੀਂ ਜੇ ਦੱਸ ਦਿਓ ਉਸ ਬਾਰੇ। ਤੇ ਦੂਸਰਾ, ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲਿਆਂ ਨੇ, ਜਿਨ੍ਹਾਂ ਨੂੰ ਆਨਰ ਪੇਟਰਾਂ ਦੀ ਜ਼ਰੂਰਤ ਹੈ, ਰੀਫਰ ਦੇ ਲੋੜ ਨੇ ਇਹਨਾਂ ਕੋਲ, ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਤੇ ਲਰੀਡੋ ਟੈਕਸਸ ਤੋਂ ਜੌਨਸਟੋਨ ਪੈਨਸਿਲਵੇਨੀਆ ਦੇ। ਤੇ ਇਸ ਦੌਰਾਨ ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰਦੇ ਹੋ, ਤੁਹਾਡਾ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਹੈ। ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ, ਤੇ 33-54 ਡਿਗਰੀ ਤਾਪਮਾਨ ਲੋਡ ਦਾ ਹੁੰਦਾ, ਫਰੋਜ਼ਨ ਲੋਡ ਬਹੁਤ ਘੱਟ ਨੇ, ਇਸ ਕਰਕੇ ਡੀਜ਼ਲ ਦੀ ਖਪਤ ਘੱਟਦੀ ਹੈ ਰੀਫਰ ਦੀ। ਤੇ ਕਿਰਾਏ ਭਾੜੇ ਅੱਛੇ ਨੇ, ਤੇ 10% ਕਮਿਸ਼ਨ ਹੈ, ਤੇ ਰੀਫਰ ਲੈਂਡਸ ਵੀ ਕੰਪਨੀ ਇਮਦਾਦ ਕਰਦੀ ਹੈ ਮਾਇਕ ਤੌਰ ਤੇ। ਪ੍ਰਗਟ ਸਿੰਘ ਬੈਦਵਾਨ MD ਨੇ, ਆਫਿਸ ਨੰਬਰ 484-320-6700, 484-320-6700, ਤੇ ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰ 302-563-0080, 302-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ। ਤੇ ਇਸ ਦੇ ਨਾਲ ਨਾਲ ਵੈਬਸਾਈਟ ਹੈ goldenkeyaccess.com, ਤੇ ਈਮੇਲ ਹੈ goldenkeyaccess@gmail.com। ਲਰੀਡੋ ਟੈਕਸਸ ਤੋਂ ਜੌਨਸਟੋਨ ਪੈਨਸਿਲਵੇਨੀਆ, ਲਰੀਡੋ ਟੈਕਸਸ ਤੋਂ ਅਲਵੇਨੀਆ ਮਿਸ਼ੀਗਨ ਦੇ ਕੰਪਨੀ ਦੇ, ਇਹਨਾਂ ਕੋਲ ਡਾਇਰੈਕਟ ਲੋਡ ਨੇ ਰੀਫਰ ਦੇ। ਵਾਪਸੀ ਦੇ ਵੀ ਤੁਹਾਨੂੰ ਲੋਡ ਮਿਲ ਜਾਂਦਾ, ਵਾਪਸੀ ਤੇ ਲੋਡ ਇਹਨਾਂ ਦੇ ਨਹੀਂ, ਉਹ ਬ੍ਰੋਕਰ ਦੇ ਲੋਡ ਨੇ, ਉਹਦੇ ਚ ਕਈ ਵਾਰੀ ਕਨਫਰਮੇਸ਼ਨ ਨਹੀਂ ਹੁੰਦੀ। ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ, ਡੈਲਸ ਟੈਕਸਸ ਦੇ ਵਿੱਚ ਰੀਅਲ ਇਸਟੇਟ ਕਰਦੇ ਨੇ ਕਾਫੀ ਸਾਲਾਂ ਤੋਂ, ਇੱਥੋਂ ਦੇ ਕੰਫਰਟੇਬਲ ਜ਼ੋਨ ਚ 3-5 ਲੱਖ ਡਾਲਰ ਦਾ ਵਧੀਆ ਘਰ ਦਵਾ ਦਿੰਦੇ ਆ, ਲੋਨ ਕਰਾ ਦਿੰਦੇ ਆ। ਤੇ ਜਿਹੜੇ ਵੀਰ ਕ੍ਰਾਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਦੇ ਵਿੱਚ ਨੇ, ਉਹਨਾਂ ਦੇ ਵਾਸਤੇ ਇਸ ਇਲਾਕੇ 'ਚ ਘਰ ਲੈਣਾ ਕਾਫੀ ਲਾਹੇਵੰਦ ਹੋ ਸਕਦਾ। ਤੇ ਕਿਉਂਕਿ ਇੱਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਤੁਹਾਡੇ ਬੱਚਿਆਂ ਦੀ ਵਿੱਦਿਆ ਪੜ੍ਹਾਈ ਦੇ ਵਾਸਤੇ ਬਿਹਤਰ ਪ੍ਰਬੰਧ ਹੋ ਸਕਦੇ ਨੇ। ਤੇ ਕੋਈ ਵੀ ਘਰੇਲੂ ਜਾਂ ਕਮਰਸ਼ੀਅਲ ਜਾਇਦਾਦ ਖਰੀਦਣੀ ਵੇਚਣੀ ਹੈ ਤਾਂ ਸੰਪਰਕ ਕਰੋ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ, ਨੰਬਰ 972-3637-3300, 972-363-3700 ਸੈੱਲ ਫੋਨ ਹੈ ਡਾਕਟਰ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ। 53 ਨੰਬਰ ਸਵਾਗਤ ਜੀ, ਗੱਲ ਕਰੋ। ਹਾਂਜੀ, ਚੂਚਕ ਤੋਂ, ਕਿਵੇਂ ਮੌਸਮ ਦਾ ਕੀ ਹਾਲ ਚਾਲ ਆ ਬਾਈ ਜੀ, ਖੇਤ ਖਲਿਆਣ ਦਾ? ਸਰ ਬਹੁਤ ਬਾਰਿਸ਼ ਹੋ ਗਈ ਹੈ ਜੀ, ਅੱਜ ਲਗਾਤਾਰ 2-2.5 ਘੰਟੇ ਪਈ ਆ। ਹਵਾ ਵਗੈਰਾ ਤਾਂ ਨਹੀਂ ਚੱਲੀ? ਹਾਂਜੀ, ਬਹੁਤ ਨਾਲ ਬਹੁਤ ਸੀਗੀ ਜੀ। ਡਿੱਗਿਆ ਤਾਂ ਨਹੀਂ ਝੋਨਾ ਜੀ? ਮੇਰੇ ਖਿਲਾਫ਼ ਡਿੱਗਿਆ ਜਿਆਦਾ, ਵੈਸੇ ਤਾਂ ਬਚਤ ਰਹੀ ਹੈ ਜੀ ਜਿਆਦਾਤਰ, ਜਿਹੜਾ ਥੋੜਾ ਜਿਹਾ ਜਿਹੜਾ ਬਿਮਾਰੀ ਦੀ ਮਾਰ ਥੱਲਿਆ ਸੀ, ਤਿੰਨ ਦਿਨਾਂ ਦਾ ਜਾਂ ਥੋੜਾ ਜਿਆਦਾ ਪੱਕਿਆ, ਉਹ ਡਿੱਗਿਆ ਜੀ। ਵੈਸੇ ਤਾਂ ਬਚਤ ਰਹੀ ਹੈ ਜੀ, ਤੇ ਬਾਰਿਸ਼ ਹੋਣ ਦੀ ਬਹੁਤ ਹੋਈ ਹੈ ਜੀ। ਹਾਂਜੀ, ਅਜੇ ਵੀ ਮੌਸਮ ਦਾ ਪੂਰਾ ਬਦਲ ਬਣੇ ਆ ਜੀ। ਸਰ ਮੈਂ ਗੱਲ ਕਰਨੀ ਚਾਹੁੰਦਾ ਸੀ, ਜਿਵੇਂ ਅੱਜ ਧਾਮੀ ਜੀ ਦਾ ਬਿਆਨ ਆਇਆ ਵੀ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹਰਿਆਣੇ ਕਮੇਟੀ ਦੇ ਪੱਖ ਚ, ਇਹ 84 ਦਾ ਜਿਹੜਾ ਹੋਇਆ ਸੀਗਾ ਹਰਿਮੰਦਰ ਸਾਹਿਬ, ਉਸ ਤੋਂ ਵੀ ਉਹਦੇ ਤੋਂ ਵੱਧ ਕੀ ਨਾ ਲੈਂਦੇ ਵੀ ਉਦੋਂ ਵੱਡਾ ਹਮਲਾ ਕੀਤਾ ਸਿੱਖਾਂ ਦੇ ਉੱਤੇ। ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਜੀ, ਚਲੋ ਕਰਲੋ ਮੱਛੀ ਹੋ ਰਹੇ ਆ ਸਾਰੇ, ਹੈ ਤਾਂ ਰਾਜ ਦੇ ਜੇਲ੍ਹ ਖਾਂ ਪਿੱਛੇ ਹੀ ਆ, ਤੇ ਸਿੱਖਾਂ ਵੈਸੇ ਤਾਂ ਕੋਈ ਸਿੱਖ ਜ਼ਿਆਦਾ ਨਾ ਸਾਥ ਦੇ ਰਹੇ ਨਾ ਤਵੱਜੋ ਦੇ ਰਹੇ ਉਹਨਾਂ ਦੀਆਂ ਗੱਲਾਂ ਨੂੰ, ਵੀ ਕਿਉਂਕਿ ਸ਼੍ਰੋਮਣੀ ਕਮੇਟੀ ਭਾਵੇਂ ਹਰਿਆਣਾ ਦੇ ਉੱਥੇ ਉਹਨਾਂ ਕੋਲ ਹੋਵੇ ਜੀ, ਜਾਦੂਗਰ ਉਹਨਾਂ ਕੋਲ ਤੇ ਭਾਵੇਂ ਇਹਨਾਂ ਕੋਲ ਹੋਵੇ, ਹੈ ਤਾਂ ਇਹਨਾਂ ਨੇ ਖਾਣਾ ਹੀ ਆ ਜੀ, ਕਿਉਂਕਿ ਨਾ ਇਹਨਾਂ ਨੇ ਕੋਈ ਸਕੂਲ ਆਈ ਟੀ ਕਰਨ, ਨਾ ਕੋਈ ਹਸਪਤਾਲ, ਨਾ ਕੋਈ ਕਾਲਜ, ਠੀਕ ਹੈ ਨਾ, ਕੋਈ ਪੈਸਾ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਸਹੀ ਲਾਇਆ ਸੀਗਾ। ਤੇ ਦੂਜੀ ਇਹ ਗੱਲ ਕਰਨੀ ਚਾਹੁੰਦਾ ਸੀ ਮੈਂ, ਜਿਹੜਾ ਸਾਡਾ TDS ਨੇ ਧਰਨਾ ਲਾਇਆ ਸੀਗਾ, ਤੁਹਾਨੂੰ ਪਤਾ ਉਹ ਪਿੱਛੇ ਵੇਰਕਾ ਪਲਾਂਟ ਦੇ,
पैसे बकाया दवांगे बकाया पाता सीगा पिछले तीन महीनों वेरका ने। अच्छा हां जी तीन महीने का बकाया 35 रुपये किलो फैट के हिसाब नाल सोसाइटियां ने पाता सीगा जी बलवीर परिवार ने अमेरिका चाह कई सारे कारोबार ने वाशिंगटन आर्लिंगटन फ्यूल स्टॉप 1801 पायनर ईस्ट हाईवे एग्जिट 208 इस लोकेशन से फ्री कॉफी ईमेल फैक्स करने की सुविधा ट्रक पार्किंग फ्री है नाल ट्रकां दा समान समरी खरीद सकते हो। दूजी लोकेशन कैलिफोर्निया चा लॉस्टेल ट्रैवल सेंटर 1414 अलोमा स्ट्रीट लॉस्टेल एग्जिट 278 ते इस लोकेशन ते चाह शावर लांडी ते ओवरनाइट ट्रक पार्किंग फ्री है नाल लिकर नाल तुसी ट्रकां दा समान समरी खरीद सकते हो। दूजी लोकेशन है इन्हां दी कैलिफोर्निया चा लॉस्टेल ट्रैवल सेंटर 1414 अलोमा स्ट्रीट लॉस्टेल एग्जिट 278 ते इस लोकेशन से चाह शावर लांडी ओवरनाइट ट्रक पार्किंग फ्री है नाल लिकर शॉप है फ्री नहीं है सादत योग करो। बलवीर सिंह समानपुर होर दा फ्यूल कंपनियों का कारोबार है इन्हां दी डेल्टा फ्यूल कंपनी ते मोबाइल एक्शन मैराथन फ्यूल कंपनियों तो गैस स्टेशन वाले सज्जन फ्यूल फ्रेंचाइज ब्रांडड ते अनब्रांडड डीजल खरीद सकते हैं। कोई डील बनानी है बलवीर सिंह समानपुर होर दे भरा सारजाप सिंह का नंबर नोट कर लो 425-232-8413 4252328413 नंबर है हरजाप सिंह होर दा। इसे दौरान सानू सपोर्ट किया है वाशिंगटन फ्रेट सर्विस ने सैटल इलाके के लोगों लोड चाहते हो लंबे रूटा तो उकताए हो दिने दिने ट्रक चलाओ शाम घर आओ तो सांझ बनाओ वाशिंगटन फ्रेट सर्विस वाले नाल जो तुहाडी सहूलत वास्ते डिस्पैच पंजाबी अंग्रेजी देंदे ने। ड्राइविंग की जॉब चाहिए है तो प्रति घंटे के हिसाब नाल अच्छे वेजस अदा करते हैं सो ड्राइविंग की जॉब से सैटल के लोड वास्ते हमेशा याद रखो वाशिंगटन फिट सर्विस तो। जगदेव सिंह संधु का नंबर 253-266-6924 253-266-6924 गैरी धालीवाल का नंबर 206-354-4060 206-354-4060 नंबर है गैरी धालीवाल का सैटल के लोड और ड्राइविंग की जॉब के वास्ते याद रखो वाशिंगटन फिट सर्विस। इसे तरह सानू सपोर्ट किया बई सुखी घुमण होरां ने बेकर्स फील्ड इलाके च विचर रहे ते मारो ट्रक ट्रालिया नूं ब्रेक यूनियन ब्लेस ट्रक शॉप ते इंडियन रेस्टोरेंट ते 2201 साउथ यूनियन एवन्यू बेकर्स फील्ड कैलिफोर्निया जिप कोड 93307 रोडवेज ट्रांसपोर्ट वाले सुखी घुमण होरां दा कारोबार है जिन्हां दा नंबर 6661-304-7500 ते जय घुमण होरां दा नंबर 6618-88-88-58 जी सुरेंद्र जी ਇਹ ਜਥੇਦਾਰ ਸਾਹਿਬ ਵਾਲਾ ਮਸਲਾ ਲੈ ਲਿਓ। ਦੂਸਰਾ ਜਿਹੜਾ ਫਲੋਰ ਦੇ ਲਾਗੇ ਪਿੰਡ ਭਾਰ ਸਿੰਘਪੁਰਾ ਸੀਗਾ ਇਹ ਮੇਰੇ ਖਿਆਲ ਇਹ ਨਿੱਜਰ ਹੋਰਾਂ ਦਾ ਪਿੰਡ ਹੈ ਜਿਨ੍ਹਾਂ ਦੇ ਖਿਲਾਫ 10 ਲੱਖ ਦਾ ਜਿਹੜਾ ਇਨਾਮ ਰੱਖ ਦਿੱਤਾ ਉਹਨਾਂ ਦੇ ਸਿਰ ਤੇ ਕੈਨੇਡਾ ਆਧਾਰਿਤ ਕੁਝ ਲੋਕ ਨੇ ਉਸ ਮਾਮਲੇ ਚ ਇਨਵੋਲਵ ਕੀਤੇ ਗਏ ਨੇ। ਇਸ ਸਬੰਧੀ ਉਸ ਖਬਰ ਤੇ ਚਲੋ ਮੈਂ ਬਾਅਦ ਚ ਜ਼ਿਕਰ ਕਰ ਦੇਣਾ ਪਹਿਲਾਂ ਤੁਸੀਂ ਇਹ ਜਥੇਦਾਰ ਸਾਹਿਬ ਵਾਲਾ ਤੇ ਹਿੰਦੂ ਰੈਸਟ ਵਾਲਾ ਨਿਬੇੜ ਲਿਓ ਪਲੀਜ਼ ਕੰਟੀਨਿਊ ਸੁਰਿੰਦਰ ਜੀ। ਦੇਖੋ ਜਥੇਦਾਰ ਵਾਲਾ ਤਾਂ ਬੜਾ ਸਪਸ਼ਟ ਜਿਹਾ ਤੇ ਮੈਨੂੰ ਅਜੇ ਪਹਿਲਾਂ ਤਾਂ ਜਿਹੜੀਆਂ ਗਰਮ ਗਰਮ ਸਟੇਟਮੈਂਟਾਂ ਸੀ ਮੈਨੂੰ ਤਾਂ ਲੱਗਦਾ ਸੀ ਵੀ ਸ਼ਾਇਦ ਸਹਿਮਤੀ ਨਾਲ ਦਿੱਤੀਆਂ ਗਈਆਂ ਪਰ ਜੇ ਗੱਲ ਨਿਕਲ ਕੇ ਆ ਰਹੀ ਆ ਤਾਂ ਠੀਕ ਆ ਪੱਕੇ ਤੌਰ ਤੇ ਕਿਸੇ ਨੂੰ ਜਥੇਦਾਰ ਲਾ ਦੇਣ ਪਰ ਜ਼ਿਆਦਾ ਸੰਭਾਵਨਾ ਜਿਹੜੀ ਆ ਬਲਵੰਤ ਸਿੰਘ ਰਾਜੋਆਣਾ ਦੀ ਆ ਕਿ ਉਹਨੂੰ ਲਾਉਣਗੇ ਉਹਨਾਂ ਨੂੰ ਲਾ ਕੇ ਐਕਟਿੰਗ ਮਾਹੌਲ ਗਰਮ ਹੈ ਨਾ ਕਿਉਂਕਿ ਗਰਮ ਬੰਦਾ ਚਾਹੀਦਾ ਜਿਵੇਂ ਅੰਮ੍ਰਿਤਪਾਲ ਸਿੰਘ ਜਾਂ ਹੋਰ ਨੇ ਜੇ ਉਹਨਾਂ ਨੂੰ ਜਥੇਦਾਰ ਬਣਾਇਆ ਜਾਂਦਾ ਤੇ ਅਕਾਲੀ ਦਲ ਨੂੰ ਫਿਰ ਉਹ ਜਿਹੜੀਆਂ ਗਰਮ ਹਵਾਵਾਂ ਚੱਲ ਰਹੀਆਂ ਨੇ ਦੂਜੀਆਂ ਤਰ੍ਹਾਂ ਦੀਆਂ ਉਹਨਾਂ ਨੂੰ ਕਾਊਂਟਰ ਕਰਨ ਦਾ ਮੌਕਾ ਮਿਲੇਗਾ ਜਿਵੇਂ ਉਹ ਜੇਲ ਚ ਨੇ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਰਣਜੀਤ ਸਿੰਘ ਦੇ ਮੁਤਲਕ ਵੀ ਹੋਇਆ ਸੀ ਕਿਵੇਂ ਰਹੇਗਾ ਫਿਰ ਉਹਨਾਂ ਦਾ ਇਹ ਸਿਲਸਿਲਾ ਜਾਂ ਆਪਣਾ ਹਵਾਰਾ ਹੋਰੇ ਵੀ ਸਾਰੇ ਜੇਲ ਚ ਵੀ ਬਣਾਏ ਸੀਗੇ ਏਦਾਂ ਕਿ ਦੇਖੋ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਉਹ ਜਿਹੜੀ ਸੀ ਉਹ ਪਬਲਿਸਿਟੀ ਓਨੀ ਨਹੀਂ ਹੋ ਸਕੀ ਥੋੜਾ ਸਮਾਂ ਹੋਈ ਲੇਕਿਨ ਬਾਅਦ ਚ ਨਹੀਂ ਹੋਈ ਕਿਉਂਕਿ ਛੋਟੀ ਧਿਰ ਦਾ ਸੀ ਸੱਤਾਧਾਰੀ ਦਾ ਨਹੀਂ ਸੀ ਉਹ ਇੱਥੇ ਹੁਣ ਇੱਥੇ ਬਣੇਗਾ ਤਾਂ ਉਹ SGPC ਵੱਲੋਂ ਬਣੇਗਾ ਤਾਂ ਇੱਕ ਮੈਸੇਜ ਤਾਂ ਇਹ BJP ਤੇ ਕੇਂਦਰੀ ਹਾਈ ਕਮਾਂਡ BJP ਨੂੰ ਦੇਣ ਚ ਕਾਮਯਾਬ ਹੋ ਜਾਣਗੇ ਕਿ ਦੇਖੋ ਸਾਡਾ ਤਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਠੀਕ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਉਹਦੀ ਮਾਫ਼ ਕਰਨੀ ਪਏਗੀ
ਤੇ ਅਕਾਲੀ ਦਲ ਕਹੂਗਾ ਸਾਡੀ ਤੇ ਵੱਡੀ ਜਿੱਤ ਆ, ਕਿਉਂਕਿ ਫਿਰ ਬੀਜੇਪੀ ਵੀ ਉਹਦਾ ਕੇਸ ਜਿਹੜਾ ਰਾਸ਼ਟਰਪਤੀ ਕੋਲ ਪਿਆ ਫਾਂਸੀ ਵਾਲਾ, ਉਸ ਕੇਸ ਨੂੰ ਉਹ ਉਮਰ ਕੈਦ ਦੇ ਵਿਚ ਜਿਹੜਾ ਉਹ ਬਦਲ ਦੇਵੇਗੀ, ਉਹਦੀ ਮਜਬੂਰੀ ਹੋ ਜੂਗੀ, ਕਿਉਂਕਿ ਜਦੋਂ ਅਕਾਲੀ ਤਖ਼ਤ ਸਾਹਿਬ ਜਥੇਦਾਰ ਤੇ ਐਕਸ਼ਨ ਹੋ ਗਿਆ ਤੇ ਭਾਈ ਫਿਰ ਕੌਮ ਤਾਂ ਫਿਰ ਬਦਨਾਮੀ ਹੋਏਗੀ ਸੱਤਾਧਾਰੀ ਸਰਕਾਰ ਦੀ, ਹੈਨਾ, ਕੌਮ ਨਾਲ ਧੱਕਾ ਤੇ ਹੋਏਗਾ ਹੀ ਫਿਰ। ਇਸ ਤੋਂ ਵਧੀਆ ਆਪਸ਼ਨ ਵੀ ਕੋਈ ਨਹੀਂ ਹੈ ਵੈਸੇ, ਚਲੋ ਗੱਲ ਤੁਸੀਂ ਛੋਈ ਹੈ, ਮੈਂ ਵੀ ਉਸ ਪਾਸੇ ਜਾਣਾ ਚਾਹੁੰਦਾ ਸੀਗਾ। ਇਸ ਤੋਂ ਬਿਨਾਂ ਵੀ ਕਿਸੇ ਦਾ ਗੁਣਾ ਪੈ ਸਕਦਾ। ਵੈਸੇ ਸਭ ਤੋਂ ਬੈਸਟ ਆਪਸ਼ਨ ਐਸ ਪੀ ਪੀ ਸੀ ਵਾਸਤੇ, ਅਕਾਲੀਆਂ ਵਾਸਤੇ ਹੀ ਬਣਦੀ ਹੈ, ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਰਾਜੋਆਣਾ ਹੋਰਾਂ ਨੂੰ ਹਾਈਲਾਈਟ ਕੀਤਾ ਜਾਣ ਲੱਗਿਆ ਪਟਿਆਲਾ ਜੇਲ੍ਹ ਚ, ਕਿਉਂਕਿ ਸਟਾਰਟਿੰਗ ਚ ਉਹਨਾਂ ਦੇ ਬਾਰੇ ਕੋਈ ਬਹੁਤਾ ਨਹੀਂ ਸੀ ਜਾਣਦੇ, ਜਦੋਂ ਜੇਲ੍ਹ ਚ ਆ ਕੇ ਅਕਾਲੀ ਦਲ ਦੀ ਤਰਫੋਂ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ ਗਿਆ, ਫਿਰ ਉਦੋਂ ਤੋਂ ਬਾਅਦ ਉਹ ਹਾਈਲਾਈਟ ਹੁੰਦੇ, ਫਿਰ ਪਿੱਛੇ ਜੇ ਇਲੈਕਸ਼ਨ ਦੇ ਦੌਰਾਨ ਉਹਨਾਂ ਦੇ ਬਿਆਨ, ਕਈ ਚੀਜ਼ਾਂ ਵੱਲੋਂ ਸਟੈਪ ਦਰ ਸਟੈਪ ਆਉਂਦੀਆਂ ਗਈਆਂ, ਤੇ ਇਸ ਤੋਂ ਬਿਨਾਂ ਵੀ ਕੋਈ ਆਪਸ਼ਨ ਹੋ ਸਕਦਾ ਅਕਾਲੀ ਦਲ ਕੋਲ, ਜਾਂ ਇਸ ਦੇ ਨਾਲ ਅਕਾਲੀ ਦਲ ਦੀ ਸ਼ਾਖ ਆਮ ਲੋਕਾਂ ਚ ਕੀ ਜਾਏਗੀ, ਕਿਉਂਕਿ ਦੂਸਰੇ ਪਾਸੇ ਭਾਵੇਂ ਅੰਮ੍ਰਿਤਪਾਲ ਹੈ ਜਾਂ ਹੋਰ ਨੇ ਦਾਦੂ ਵਾਲਾ ਜਾਂ ਹੋਰ ਕਮੇਟੀਆਂ ਨੇ, ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਸਭ ਤੋਂ ਬੈਸਟ ਆਪਸ਼ਨ ਬਾਦਲ ਅਕਾਲੀ ਦਲ ਕੋਲ ਇਹੀ ਬਚਦੀ ਹੈ, ਮੇਰੇ ਖਿਆਲ ਕਲੀਅਰ ਹੀ ਹੈ ਦਾਤ ਆ ਫਿਰ ਇਹ। ਜੀ ਪਰਮਿੰਦਰ, ਦੇਖੋ ਇਹਦੇ ਚ ਕੀ ਆ, ਦਾਤ ਇਸ ਤਰ੍ਹਾਂ ਕਲੀਅਰ ਆ, ਇੱਕ ਬੰਨੇ ਭਾਈ ਰਣਜੀਤ ਸਿੰਘ ਚੱਲ ਰਿਹਾ, ਉਹਨਾਂ ਨੇ ਵੀ ਅੱਜ ਮੋਹਾਲੀ ਦੇ ਵਿੱਚ ਮਾਰਚ ਕੱਢਿਆ, ਜਿਹੜਾ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ, ਉਹਨਾਂ ਦੀ ਜਿਹੜੀ ਸਿੱਧਾ ਕਿਹੜਾ ਪਤਾ ਨੀ ਕਿਹੜਾ ਉਹਨਾਂ ਨੇ ਦਲ ਬਣਾਇਆ ਹੋਇਆ ਆਪਣਾ, ਉਹਦੇ ਵੱਲੋਂ ਉਹਨਾਂ ਨੇ ਮਾਰਚ ਕੱਢਿਆ ਅੱਜ। ਹੁਣ ਕੁਦਰਤੀ ਆ ਉਹਨਾਂ ਨੂੰ ਕਾਊਂਟਰ ਕਰਨਾ, ਦੂਜੇ ਬੰਨੇ ਅੰਮ੍ਰਿਤਪਾਲ ਸਿੰਘ ਖਾਲਸਾ ਆ ਗਏ, ਤੀਜੇ ਬੰਨੇ ਦਾਦੂਵਾਲ ਹੁਣੀ ਆ ਗਏ ਹਰਿਆਣਾ ਕਮੇਟੀ ਵਾਲੇ, ਉਹ ਫਿਰ ਸਾਰਿਆਂ ਨੂੰ ਕਾਊਂਟਰ ਕਰਨਾ, ਤੇ ਉਹਦੇ ਲਈ ਇੱਕੋ ਇੱਕ ਇਹਨਾਂ ਕੋਲ ਆਪਸ਼ਨ ਵੱਜਦੀ ਆ। ਬਲਵੰਤ ਸਿੰਘ ਰਾਜੋਵਾਲਾ ਚਲੋ ਪਹਿਲਾਂ ਤਾਂ ਨਹੀਂ ਸੀ, ਪਰ 2012 ਤੋਂ ਤਾਂ ਉਹ ਅਕਾਲੀ ਦਲ ਨਾਲ ਸਿੱਧੇ ਤੌਰ ਤੇ ਖੜਿਆ, ਅਕਾਲੀ ਦਲ ਨਾਲ ਕੀ ਉਹ ਤੇ ਬੀਜੇਪੀ ਨਾਲ ਵੀ ਖੜਿਆ ਵਾ, ਕਿਉਂਕਿ ਬੀਜੇਪੀ ਦੀ ਜਿਹੜੀ 2019 ਦੀ ਚੋਣ ਬਕਾਇਦਾ ਸਟੇਟਮੈਂਟ ਆ ਬਲਵੰਤ ਸਿੰਘ ਰਾਜੋਵਾਲਾ ਦੀ ਕਿ ਪੰਜਾਬ ਚ ਅਕਾਲੀ ਦਲ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਜਿਤਾਓ। ਈਵਨ ਕਿ ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਆ, ਉਹਨਾਂ ਦੀ ਸਟੇਟਮੈਂਟ ਮੈਂ 2012 ਚ ਦੇਖ ਲਈ ਸੀ, ਉਹ ਉਦੋਂ ਉਹਨਾਂ ਨੇ ਕਹਿਤਾ ਸੀ ਈਵਨ ਕਿ ਉਹ ਬੋਲੇ ਵੀ ਜਾ ਕੇ ਜਿਹੜੀ ਮੋਗੇ ਇਹਨਾਂ ਨੇ ਕਾਨਫਰੰਸ ਵੱਡੀ ਕਰਦੇ ਹੁੰਦੇ ਆ ਦਸੰਬਰ ਦੇ ਵਿੱਚ, ਜਿਹਦੇ ਵਿੱਚ ਇਹ ਚੋਣਾਂ ਤੋਂ ਪਹਿਲਾਂ ਹਮੇਸ਼ਾ ਕਰਦੇ ਆ, ਉਹਦੇ ਚ ਵੀ ਉਹਨਾਂ ਨੇ ਬੀਜੇਪੀ ਦਾ ਨਾਮ ਨਹੀਂ ਸੀ ਲਿਆ, ਉਹਨਾਂ ਕਿਹਾ ਇੱਕ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਚ ਜਿਤਾਓ। ਉਹ ਕਿਤੇ ਨਾ ਕਿਤੇ ਫੇਰ ਵੀ ਬੈਲੈਂਸ ਜਿਹੜਾ ਉਹ ਰੱਖ ਜਾਂਦੇ ਸੀ, ਪਰ ਬਲਵੰਤ ਸਿੰਘ ਰਾਜੋਵਾਲਾ ਨੇ ਸਿੱਧਾ ਕਿਹਾ ਸੀ, ਇਸ ਕਰਕੇ ਅਕਾਲੀ ਦਲ ਕੋਲੇ ਇਸ ਵਕਤ ਕੈਂਡੀਡੇਟ ਵੀ ਇਹੀ ਬਚਦਾ। ਦੂਜੀ ਗੱਲ, ਅਕਾਲੀ ਦਲ ਤੋਂ ਬਾਹਰ ਨਹੀਂ ਗਿਆ ਪਿਛਲੇ 10 ਸਾਲਾਂ ਤੋਂ, ਇਹ ਮੰਨਣਾ ਪਏਗਾ। ਇਸ ਕਰਕੇ ਇਹਨਾਂ ਕੋਲ ਇਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਜਿਹੜਾ ਨਿਯੁਕਤੀ ਜਿਹੜੀ ਕਰਨਗੇ, ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਸੇ ਕਰਨਗੇ ਤੇ ਬਲਵੰਤ ਸਿੰਘ ਰਾਜੋਵਾਲਾ ਦੀ ਕਰਨਗੇ, ਐਕਟਿੰਗ ਜਥੇਦਾਰ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੇਣਗੇ। ਇਹਨਾਂ ਨੂੰ ਇਹ ਆ ਕਿ ਜਿਹੜਾ ਸਿੱਖ ਵੋਟ ਇਹਨਾਂ ਤੋਂ ਖੁੱਸਿਆ ਹੋਇਆ, ਇਹਨਾਂ ਨੂੰ ਆ ਕਿ ਜਿਹੜੀਆਂ 3-4 ਧਿਰਾਂ ਇਕੱਠੀਆਂ ਹੋ ਗਈਆਂ ਤੁਰ ਪਈਆਂ ਨੇ, ਇਹ ਕਿਤੇ ਸਾਡੇ ਤੋਂ ਸਿੱਖ ਵੋਟ ਬੈਂਕ ਖਿੱਚ ਕੇ ਨਾ ਲੈ ਜਾਣ, ਕਿਉਂਕਿ ਜਿਹੜਾ ਕੁਝ ਸੰਗਰੂਰ ਚ ਹੋਇਆ ਉਹ ਤੋਂ ਅਕਾਲੀ ਦਲ ਖਫਾ, ਅਕਾਲੀ ਦਲ ਨੰਬਰ 5 ਤੇ ਰਿਹਾ, ਉਹ ਤੋਂ ਵੀ ਉਹ ਖਫਾ ਨੇ ਕਿ ਅਸੀਂ ਦੁਬਾਰਾ ਸਿੱਖਾਂ ਚ ਪੈਰ ਕਿੱਦਾਂ ਲਾਉਣੇ ਆ। ਪਰ ਉਹ ਜੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਸੇ ਕਰਨਗੇ ਤੇ ਉਹਦੀ ਜਗ੍ਹਾ ਉਹਨਾਂ ਕੋਲ ਇਹੀ ਇੱਕ ਆਪਸ਼ਨ ਬਚਦੀ ਆ। ਦੂਸਰੀ ਗੱਲ, ਤੁਸੀਂ ਇੱਕ ਆਪਣਾ ਕਿਹਾ ਨੰਬਰਦਾਰ ਦਾ, ਨੰਬਰਦਾਰ ਬਣਾ ਲਈਏ ਪਹਿਲਾਂ ਆਪਾਂ, ਫੇਰ ਚੱਲਦੇ ਹੋਰ ਬੰਨੇ। ਪਰਮਿੰਦਰ ਉਹਦੇ ਚ ਕੀ ਆ ਕਿ ਦੇਖੋ, ਜ਼ਰੂਰੀ ਨਹੀਂ ਹੁੰਦਾ ਕਿ ਦਾਦੇ ਦੀ ਡੈਥ ਹੋਵੇ ਜਾਂ ਪਿਓ ਦੀ ਹੋਵੇ ਤੇ ਪੁੱਤ ਨੂੰ ਉੱਥੇ ਨੰਬਰਦਾਰ ਬਣਾ ਦਿੱਤਾ ਜਾਵੇ, ਇਹ ਜ਼ਰੂਰੀ ਨਹੀਂ ਹੁੰਦਾ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਕੇਸ ਇਹ ਲੱਗਦਾ ਸੀ ਨੈਬ ਤਹਿਸੀਲਦਾਰ ਦੇ, ਫੇਰ ਉਸ ਤੋਂ ਬਾਅਦ ਐਸ ਡੀ ਐਮ ਕੋਲ ਆਉਣਾ, ਫੇਰ ਡੀ ਸੀ ਕੋਲ ਆਉਣਾ, ਡੀ ਸੀ ਤੇ ਆ ਕੇ ਡੀ ਸੀ ਜੀ ਨੂੰ ਫਾਈਨਲ ਕਰ ਦਿੰਦਾ ਸੀ, ਉਹਨੂੰ ਸਨਦ ਜਾਰੀ ਹੋ ਜਾਂਦੀ ਸੀ, ਸਨਦ ਦੇ ਹਿਸਾਬ ਨਾਲ ਉਹਦਾ ਆਈ ਕਾਰਡ ਬਣਦਾ ਸੀ, ਸਨਦ ਹੁੰਦੀ ਹੈ ਇੱਕ ਛੋਟਾ ਜਿਹਾ ਟੋਕਨ ਹੁੰਦਾ, ਉਹਨੂੰ ਸਨਦ ਬੋਲਿਆ ਜਾਂਦਾ, ਉਹ ਜਾਰੀ ਹੋ ਜਾਂਦੀ ਸੀ। ਉਸ ਤੋਂ ਬਾਅਦ ਜੇ ਦੂਜੀ ਧਿਰ ਚਾਹੁੰਦੀ ਤਾਂ ਸਟੇਟ ਜਿਹੜਾ ਕਮਿਸ਼ਨਰ ਆ ਉਹਦੇ ਕੋਲ ਜਾ ਸਕਦੀ ਆ, ਪਰ ਮੋਸਟਲੀ ਜਿਹੜੇ ਕੇਸ ਨੇ ਉਹ ਡੀ ਸੀ ਬੱਚਾ ਨਾਬਾਲਗ ਵੀ ਹੈ ਨਾ, ਫਿਰ ਉਹਦੇ ਚ ਤਾਂ ਰਹੇਗਾ ਨੀ ਉਸ ਪਰਿਵਾਰ ਚ ਤਾਂ। ਨਹੀਂ ਨਹੀਂ, ਮੈਂ ਉਹਦੇ ਤੇ ਨੀ ਨਾ ਆਉਣਾ, ਮੈਂ ਅਜੇ ਉਧਰੇ ਤਾਂ ਆਉਣਾ, ਅਜੇ ਦੱਸਣ ਲੱਗਾ। ਦੇਖੋ ਕੀ ਆ, ਇਹ ਕੋਈ ਸਮਾਂ ਹੁੰਦਾ ਸੀ, ਮੈਂ ਸ਼ੁਰੂ ਚ ਕਿਹਾ ਕਿ ਜ਼ਰੂਰੀ ਨੀ ਉਹਦੇ ਪਰਿਵਾਰ ਕੋਲ ਰਹੇ। ਉਦੋਂ ਕੀ ਹੁੰਦਾ ਸੀ ਕਿ ਐਜੂਕੇਸ਼ਨ ਦੇਖਦੇ ਸੀ, ਸਭ ਤੋਂ ਵੱਧ ਐਜੂਕੇਸ਼ਨ ਕਿਹਦੀ ਆ, ਉਹਨੂੰ ਬਣਾਉਣਾ ਨੰਬਰ 1। ਨੰਬਰ 2, ਪਿੰਡ ਦੇ ਜਿੰਨੇ ਬਾਲਗ ਵੋਟਰ ਨੇ, ਜਾਨੀ ਕਿ ਜਿਨ੍ਹਾਂ ਦੀ ਵੋਟ ਬਣੀ ਹੋਈ ਆ,
ਉਹਦੇ ਚ ਉਹਨਾਂ ਦਾ ਬਕਾਇਦਾ ਇੱਕ ਐਪਲੀਕੇਸ਼ਨ ਲਿਖੀ ਜਾਣੀ, ਉਹਨਾਂ ਦੇ ਸਾਈਨ ਹੋਣੇ, ਬਕਾਇਦਾ ਨਾਮ ਉਹ ਸਾਰਾ ਮਾਰ ਕਰਕੇ ਦੇਣਾ ਕਿ ਇੰਨੇ ਵੋਟਰ ਜਿਹੜੇ ਨੇ ਪਿੰਡ ਦੇ ਉਹ ਇਹਦੀ ਸਪੋਰਟ ਤੇ ਨੇ, ਉਹ ਚ ਵੱਧ ਸਪੋਰਟ ਦੇਖੀ ਜਾਣੀ। ਪਰ ਹੁਣ ਨਾ ਐਜੂਕੇਸ਼ਨ ਦੇਖੀ ਜਾਂਦੀ ਆ ਨਾ ਸਪੋਰਟ ਦੇਖੀ ਜਾਂਦੀ ਆ। ਹੁਣ ਉਹ ਜੇ ਸਲਕੇ ਨਾਲ ਸੰਬੰਧਤ ਆ, ਜੇ ਸਪੀਕਰ ਦੇ ਲੋਕ ਘਰੇ ਗੇੜੇ ਕੱਢਦੇ ਆ, ਫਿਰ ਸਪੀਕਰ ਜਿਹੜੇ ਵੀ ਤਵੇ ਤੇ ਸੂਈ ਧਰ ਦੂਗਾ ਉਹੀ ਤਵਾ ਵੱਜੂਗਾ, ਦੂਸਰਾ ਤਵਾ ਨਹੀਂ ਵੱਜਣਾ। ਪਹਿਲਾਂ ਨਾਇਬ ਤਹਿਸੀਲਦਾਰ ਕੋ ਵੀ, ਤਹਿਸੀਲਦਾਰ ਕੋ ਤਵਾ ਵੱਜਣਾ, ਫਿਰ SDM ਦੇ ਵੀ ਉਹੀ ਵੱਜਣਾ, ਫਿਰ DC ਕੋ ਆ ਕੇ ਵੀ ਉਹੀ, ਫਿਰ DC ਨੇ ਉੱਥੇ ਸਨਦ ਜਾਰੀ ਕਰ ਦੇਣੀ ਆ, ਉਹਨੇ ਬਣ ਜਾਣਾ ਨੰਬਰਦਾਰ। ਉਹਦੇ ਬਾਅਦ ਦੂਸਰੀਆਂ ਧਿਰਾਂ ਜਿਹੜੀਆਂ ਜੇ ਉਹ ਅਪੀਲ ਕਰਨਾ ਚਾਹੁਣਗੀਆਂ ਤਾਂ ਉਹ ਸਟੇਟ ਕਮਿਸ਼ਨਰ ਤੇ ਚਲ ਜਾਣਗੀਆਂ, ਉੱਥੇ ਜਾ ਕੇ ਵੀ ਫਿਰ ਜਿੱਧਰ ਨੂੰ ਸਪੀਕਰ ਸਾਹਿਬ ਚੁੱਕ ਜਾਣਗੇ ਉਹ ਉਸੇ ਨੂੰ ਸਾਰਾ ਕੁਝ ਜਿਹੜਾ ਅਲਾਟ ਹੋ ਜਾਊਗਾ। ਯਾਨੀ ਕਿ ਕੁੱਲ ਮਿਲਾ ਕੇ ਹੁਣ ਨੰਬਰਦਾਰੀ ਦੀ ਪੋਸਟ ਜਿਹੜੀ ਉਹ ਪੋਲੀਟੀਕਲ ਪੋਸਟ ਹੋ ਗਈ। ਜੇ ਕੋਈ ਬੰਦਾ ਕਵੇ ਸਿਆਸੀ ਪਹੁੰਚ ਤੋਂ ਬਗੈਰ ਮੈਂ ਇਹ ਪੋਸਟ ਲੈ ਲਵਾਂ, ਉਹਨੂੰ ਨਹੀਂ ਮਿਲਦੀ। ਸੋ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਬੇਕਰ ਸਪੀਡ ਇਲਾਕੇ ਚ ਵਿਜ਼ਰ ਰਹੇ ਤੇ ਮਾਰੋ ਟਰੈਕਟਰ ਵਾਲਿਆਂ ਨੂੰ ਬ੍ਰੇਕ, ਯੂਨੀਅਨ ਵੇਸਟ ਵਰਕਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਦੇਸੀ ਘਿਓ ਦੇ ਪਰੌਂਠੇ, ਦਹੀਂ ਨਾਲ ਸ਼ਕੋਸ਼ ਖਾਓ। ਟਰੱਕ ਤੋਂ ਆਓ, ਡੀਜ਼ਲ ਪਾਓ, ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵੇਸਟ ਵਰਕਸ਼ਾਪ ਤੇ ਇੰਡੀਅਨ ਰੈਸਟੋਰੈਂਟ। ਅਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਕਾਰੋਬਾਰ, ਜਿਨ੍ਹਾਂ ਦਾ ਨੰਬਰ 6061304-7500। ਜੈ ਘੁੰਮਣ ਹੋਰਾਂ ਦਾ ਨੰਬਰ 6061885888-5858 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਸੁਰਿੰਦਰ ਜੀ, ਦਾਰੂ ਦਾ ਮਸਲਾ ਵਾਹਵਾ ਵਧਿਆ ਹੋਇਆ ਉਧਰ ਛੱਤੀਸਗੜ੍ਹ ਚ, ਦਾਰੂ ਵੀ ਸਰਕਾਰੀ ਮਿਲਦੀ ਹੈ ਤੇ ਨਸ਼ਾ ਵੀ ਵਧੀਆ ਕਰਦੀ ਹੈ, ਰੇਟ ਰੂਟ ਵੀ ਠੀਕ ਹੈ। ਛੱਤੀਸਗੜ੍ਹ ਦੇ ਜਸਪੁਰ ਨਗਰ ਦੇ ਸ਼ਰਾਬੀ ਅਧਿਆਪਕ ਤੋਂ ਪਰੇਸ਼ਾਨ ਹੋ ਕੇ ਬੱਚਿਆਂ ਦੇ ਮਾਪਿਆਂ ਨੇ ਆਖਿਰ ਸਕੂਲ ਦੇ ਗੇਟ ਨੂੰ ਤਾਲਾ ਲਾ ਦਿੱਤਾ। ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਇੱਕ ਅਧਿਆਪਕ ਨੂੰ ਹਟਾ ਕੇ ਉਹਦੀ ਥਾਂ ਮਹਿਲਾ ਬੀਬੀ ਤੈਨਾਤ ਕਰ ਦਿੱਤੀ, ਪਰ ਮਾਪੇ ਅਜੇ ਵੀ ਸਕੂਲ ਭੇਜਣ ਲਈ ਤਿਆਰ ਨਹੀਂ। ਤੇ ਕਿਉਂਕਿ ਹੁਣ ਸਕੂਲ ਤੋਂ 2 ਕਿਲੋਮੀਟਰ ਦੂਰ ਉੱਥੇ ਹਾਥੀ ਬੱਚਿਆਂ ਤੇ ਖਤਰਾ ਕਰ ਜਿਹੜਾ ਖਤਰਾ ਖੜਾ ਕਰਦੇ ਨੇ, ਕਿਉਂਕਿ ਹਾਥੀ ਵੀ ਬਹੁਤ ਨੇ, ਸ਼ਰਾਬੀ ਅਧਿਆਪਕ ਦਾ ਹਟਾ ਦਿੱਤਾ ਤੇ ਹੁਣ ਹਾਥੀਆਂ ਤੋਂ ਕੌਣ ਹਟਾਏਗਾ। ਇਹ ਮਾਮਲਾ ਜਿਹੜਾ ਹੈ ਕਿ ਮਸਲੇ ਤੇ ਮਸਲੇ ਖੜੇ ਹੀ ਹੋਈ ਜਾਂਦੇ ਨੇ ਇੰਡੀਅਨ ਲੋਕਾਂ ਦੇ, ਹੁਣ ਹਾਥੀ ਨੂੰ ਕੀ ਕਰਨਾ, ਸ਼ਰਾਬੀ ਤਾਂ ਹਟਾ ਦਿੱਤਾ ਅਧਿਆਪਕ। ਖੈਰ, ਸਾਨੂੰ ਸਪੋਰਟ ਕੀਤਾ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨਰ ਈਸਟ ਹਾਈਵੇ, ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚ ਲੋਸਟੇਲ ਟਰੈਵਲ ਸੈਂਟਰ, 14814 ਅਲੋਮਾ ਸਟਰੀਟ, ਲੋਸਟੇਲ, ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਕਾਫੀ, ਸ਼ਾਵਰ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ ਤੇ ਈਮੇਲ ਫੈਕਸ ਕਰਨ ਦੀ ਵੀ ਸੁਵਿਧਾ ਹੈਗੀ ਹੈ। ਇਸ ਦੌਰਾਨ ਉੱਥੇ ਤੁਸੀਂ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚ ਹੈ, ਲੋਸਟੇਲ ਟਰੈਵਲ ਸੈਂਟਰ, 14814 ਅਲੋਮਾ ਸਟਰੀਟ, ਲੋਸਟੇਲ, ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਡਿਕੋਰ ਸ਼ੋਪ ਹੈ, ਫ੍ਰੀ ਨਹੀਂ ਹੈ। ਸਾਦ ਉਪਯੋਗ ਕਰੋ, ਬਲਵੀਰ ਸਿੰਘ ਸਮਾਨਪੁਰ ਹੋਣ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਹਨਾਂ ਦੀ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਆ ਤਾਂ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 4252-232-13, 4252-232-8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਮੀਂਹ ਕਣੀ ਦਾ ਮੌਸਮ ਹੈ, ਖਾਸ ਕਰਕੇ ਦਾਰੂ ਆਦਿ ਲੋਕ ਵਾਹਵਾ ਪੀਂਦੇ ਨੇ, ਇਹਨਾਂ ਦਿਨੀ ਸੇਲ ਬਹੁਤ ਹੋ ਰਹੀ ਹੈ, ਦਾਰੂ ਮੁਰਗਿਆਂ ਦੇ ਰੇਟ ਵੱਧ ਗਏ ਨੇ, 22 ਨੰਬਰ ਦੇ ਤਾਂ ਪੂਰੀਆਂ ਰੌਣਕਾਂ ਨੇ। ਇਸ ਸਿਲਸਿਲੇ ਵਿੱਚ ਟ੍ਰੈਫਿਕ ਦੀਆਂ ਸਮੱਸਿਆਵਾਂ ਵੀ ਕਈ ਆ ਰਹੀਆਂ ਨੇ। ਚਮਕੌਰ ਸਾਹਿਬ ਦੇ ਲਾਗੇ ਪਿੰਡ ਧੌਲਰਾਂ ਵੈਸੇ ਆਪਣੇ ਭਾਸੋਂ ਕੋਲ ਵੀ ਹੈ ਸੁਰਿੰਦਰ ਜੀ, ਧੌਲਰ ਕਿਲੇ ਹੁੰਦੇ ਨੇ, ਮਹਿਲ ਦੇ ਇੱਕ ਦੂਜਾ ਰੂਪ ਹੁੰਦੇ ਆ, ਧੌਲਰ ਰਾਜਿਆਂ ਮਹਾਰਾਜਿਆਂ ਦੇ ਧੌਲਰ ਹੁੰਦੇ ਸੀ। ਸੋ ਇਹ ਧੌਲਰਾਂ ਦੇ ਨੇੜੇ ਪਿੰਡ ਧੌਲਰਾਂ ਚਮਕੌਰ ਸਾਹਿਬ ਦੇ ਨੇੜੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ, ਇੱਕ ਔਰਤ ਦੀ ਮੌਤ ਹੋ ਗਈ ਅਤੇ 4-5 ਲੋਕ ਜ਼ਖਮੀ ਨੇ, ਕਾਰਾਂ ਬੁਰੀ ਤਰ੍ਹਾਂ ਟੁੱਟ ਗਈਆਂ ਨੇ। ਤੇ ਇਸ ਸਬੰਧੀ ਇਹ ਜਿਹੜੇ ਦੱਸਿਆ ਗਿਆ ਕਿ ਪਿੰਡ ਸ਼ਤਾਬਗੜ੍ਹ ਦੇ ਵਾਸੀ ਐਬੂਲੈਂਸ ਰਾਹੀਂ ਆਪਣੇ ਬਿਮਾਰ ਮਰੀਜ਼ ਗੁਰਦੇਵ ਸਿੰਘ ਨੂੰ ਰੋਪੜ ਲੈ ਕੇ ਜਾ ਰਹੇ ਸੀ ਤੇ ਬਾਕੀ ਉਨ੍ਹਾਂ ਦਾ ਪਰਿਵਾਰ ਅਲਟੋ ਗੱਡੀ 'ਚ ਸਵਾਰ ਸੀ। ਜਦੋਂ ਪਿੰਡ ਕਤਲੌਰ ਦੇ ਲਾਗੇ ਪੁੱਜੇ ਤਾਂ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਇਸ ਮਰੀਜ਼ ਦੇ ਪਰਿਵਾਰ ਵਾਲੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਮਰੀਜ਼ ਗੁਰਦੇਵ ਸਿੰਘ ਦੇ ਨਾਲ ਜਾ ਰਹੀ ਕਾਰ ਸਵਾਰ ਨਰਿੰਦਰ ਕੌਰ, ਪਤਨੀ ਗੁਰਦੇਵ ਸਿੰਘ, 50 ਸਾਲ ਦੀ ਮੌਤ ਹੋ ਗਈ ਤੇ ਕਾਰ 'ਚ ਸਵਾਰ 80 ਸਾਲ
ਸਾਲਾ ਗੁਰਚਰਨ ਸਿੰਘ, ਜਸਵਿੰਦਰ ਸਿੰਘ ਜੋ ਕਾਰ ਦਾ ਡਰਾਈਵਰ ਸੀ, ਇਹ ਸਾਰੇ ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਚਮਕੌਰ ਸਾਹਿਬ ਇਲਾਜ ਦੇ ਵਾਸਤੇ ਭੇਜਿਆ ਗਿਆ। ਸੋ ਕਈ ਵਾਰੀ ਸਮੱਸਿਆ ਏਦਾਂ ਆਉਂਦੀ ਹੈ, ਦੇਖੋ ਹੁਣ ਐਂਬੂਲੈਂਸ ਜਾ ਰਹੀ ਹੈ ਤੇ ਪਰਿਵਾਰ ਕਈ ਵਾਰੀ ਹੌਸ ਪੌਸ ਚ ਆ ਜਾਂਦਾ, ਤੇ ਇਸ ਕਰਕੇ ਦੇਖੋ ਜਦੋਂ ਦੁੱਖ ਸੰਕਟ ਪੈਂਦਾ ਨਾ, ਘਬਰਾਉਣਾ ਨਹੀਂ ਚਾਹੀਦਾ। ਲਾਪਰਵਾਹੀ ਕਈ ਵਾਰੀ ਕਾਲ ਦਾ ਨਾ ਕਾਰਨ ਬਣਦੀ ਹੈ। ਠੀਕ ਹੈ ਐਂਬੂਲੈਂਸ ਜਾ ਰਹੀ ਹੈ ਤੇ ਉਸ ਚੱਕਰ ਚ ਕਈ ਵਾਰੀ ਉਹ ਕੁਦਰਤੀ ਹੈ, ਐਂਬੂਲੈਂਸ ਦੀ ਸਪੀਡ ਜ਼ਿਆਦਾ ਹੁੰਦੀ ਹੈ ਤੇ ਪਰਿਵਾਰ ਨੂੰ ਵੀ ਕਈ ਵਾਰੀ ਕਾਹਲੀ ਹੁੰਦੀ ਹੈ। ਸੋ ਇਸ ਕਰਕੇ ਕਾਹਲੀ ਕਾਲ ਦਾ ਦੂਜਾ ਨਾਂ ਹੈ। ਸੋ ਸਹਿਜ ਅਵਸਥਾ ਦੇ ਵਿੱਚ ਚੱਲਿਆ ਕਰੋ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲਿਆਂ 'ਚ ਸੜਕੀ ਹਾਦਸੇ ਜਿਹੜੇ ਨੇ ਉਹ ਕਾਹਲੀ ਦਾ ਕਾਰਨ ਨੇ। ਇਹ ਖੁਦਕੁਸ਼ੀਆਂ ਨੇ, ਇਹ ਕਤਲ ਨੇ, ਇਹ ਮੌਤਾਂ ਨਹੀਂ ਹੈ, ਪਰ ਅਸੀਂ ਇਹਨੂੰ ਰੱਬ ਦੇ ਖਾਤੇ 'ਚ ਪਾ ਕੇ ਬਰੀ ਹੋ ਜਾਂਦੇ ਹਾਂ। ਲੰਮੇ ਰੂਟਾਂ ਤੋਂ ਉਕਤਾਏ ਹੋ ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਅਤੇ ਸਾਂਝ ਬਣਾਓ ਵਾਸ਼ਿੰਗਟਨ ਫੇਟ ਸਰਵਿਸ ਨਾਲ। ਸਿਆਟਲ ਇਲਾਕੇ 'ਚ ਲੋਕਲ ਲੋਡ ਡਰਾਈਵਿੰਗ ਦੀ ਜੌਬ ਤੇ ਪੰਜਾਬੀ 'ਚ ਡਿਸਪੈਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ 253-266-6924, 253-266-6924। ਗੈਰੀ ਧਾਲੀਵਾਲ ਦਾ ਨੰਬਰ 206-354-4060, 206-354-4060 ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ, ਤੇ ਗੈਰੀ ਧਾਲੀਵਾਲ ਦਾ ਨੰਬਰ 206-354-4060, 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ। ਤੇ ਸੁਰਿੰਦਰਵੀਰ, ਲੋਕੀ ਗੁੱਸੇ 'ਚ ਐਨੇ ਨੇ, ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਗੀਤਾ ਜਿੱਥੋਂ ਦੀ ਬੜੀ ਮਸ਼ਹੂਰ ਸੀ, 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਇਸ 12ਵੀਂ ਜਮਾਤ ਦੇ ਵਿਦਿਆਰਥੀ ਨੇ 3 ਗੋਲੀਆਂ ਮਾਰੀਆਂ ਨੇ। ਜਦੋਂ ਉਹ ਚੌਥੀ ਗੋਲੀ ਉਸ ਤਮਾਚੇ 'ਚ ਲੋਡ ਕਰ ਰਿਹਾ ਸੀ ਤਾਂ ਕੁਛ ਟੀਚਰ ਤੇ ਵਿਦਿਆਰਥੀ ਆ ਗਏ ਤੇ ਉਸ ਦੌਰਾਨ ਉਹ ਜਿਹੜਾ ਦੋਸ਼ੀ ਭੱਜ ਗਿਆ। ਪ੍ਰਿੰਸੀਪਲ ਦੀ ਹਾਲਤ ਗੰਭੀਰ ਹੈ, ਲਖਨਊ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਸ ਦੌਰਾਨ ਪ੍ਰਿੰਸੀਪਲ ਨੇ ਉਸ ਨੂੰ ਕਿਸੇ ਗੱਲੋਂ ਡਾਂਟਿਆ ਸੀ। ਇਹ ਵਿਦਿਆਰਥੀ ਇਸੇ ਗੱਲ ਤੋਂ ਨਾਰਾਜ਼ ਸੀ। ਇਹ ਮਤਲਬ ਇਹਦੀ ਵੀਡੀਓ ਵਾਇਰਲ ਹੋਈ ਹੈ, ਕਿਵੇਂ ਪਿੱਛੇ ਪੈਂਟ ਦੇ ਇਹ ਕੱਟਾ ਫਸਾ ਰਿਹਾ, ਕਿਉਂਕਿ ਕੱਟੇ 'ਚ ਪਿਸਟਲ ਇੱਕੋ ਗੋਲੀ ਇੱਕੋ ਹੀ ਪੈਂਦੀ ਹੈ। ਸੋ ਜਿਸ ਦੌਰਾਨ ਥਾਣਾ ਸਦਰਪੁਰ ਦਾ ਆਦਰਸ਼ ਰਾਮ ਸਵਰੂਪ ਇੰਟਰ ਕਾਲਜ ਦੀ ਇਹ ਘਟਨਾ ਹੈ ਤੇ ਜਿਸ ਦੀ CCTV ਫੁਟੇਜ ਸਾਹਮਣੇ ਆਈ ਹੈ ਕਿ ਸ਼ਨੀਵਾਰ ਅੱਜ ਸਵੇਰੇ 8:30 ਪ੍ਰਿੰਸੀਪਲ ਰਾਮ ਸਵਰੂਪ ਵਰਮਾ ਆਪਣੇ ਕਮਰੇ 'ਚ ਬੈਠਾ ਸੀ ਤੇ ਵੀਡੀਓ ਦੇ ਵਿੱਚ ਦੇਖ ਰਿਹਾ ਕਿ ਜਿਹੜਾ ਸਟੂਡੈਂਟ ਸੀ ਗੁਰਵਿੰਦਰ ਸਿੰਘ ਸਕੂਲ ਪਹੁੰਚਿਆ, ਇਹ ਗੁਰਸਿੱਖ ਨਹੀਂ ਹੈ, ਵਾਲ ਕੱਟੇ ਹੋਏ ਨੇ, ਉਦਾਂ ਦਾ ਨਾਂ ਇਹਦਾ ਗੁਰਵਿੰਦਰ ਸਿੰਘ ਹੈ, ਸ਼ਾਇਦ ਕੋਈ ਪੰਜਾਬੀ ਵੀ ਹੋ ਸਕਦਾ ਹੈ, ਕਿਉਂਕਿ ਗੁਰਵਿੰਦਰ ਨਾਂ ਜਿਹੜਾ ਹੈਗਾ ਹਿੰਦੂ ਭਾਈਚਾਰੇ 'ਚ ਸਿੰਘ ਵਾਲਿਆਂ 'ਚ ਘੱਟ ਹੈ। ਤੇ ਇਹ ਗੁਰਵਿੰਦਰ ਸਿੰਘ ਸਕੂਲ ਪਹੁੰਚਿਆ ਤੇ ਸਿੱਧਾ ਕਲਾਸ ਗਿਆ ਤੇ ਉੱਥੇ ਬੈਗ ਰੱਖਿਆ ਤੇ ਤਮਾਚਾ ਜਿਹੜਾ ਪਿੱਛੋਂ ਕੱਢਦਾ ਤੇ ਪਾਣੀ ਦੀ ਬੋਤਲ 'ਚੋਂ ਪਾਣੀ ਪੀਂਦਾ, ਫਿਰ ਪ੍ਰਿੰਸੀਪਲ ਦੇ ਕਮਰੇ 'ਚ ਜਾਂਦਾ ਤੇ ਪ੍ਰਿੰਸੀਪਲ ਨੂੰ ਨਮਸਤੇ ਕਰਦਾ, ਇਸ ਤੋਂ ਬਾਅਦ ਗੋਲੀ ਮਾਰ ਦਿੰਦਾ ਤੇ ਗੋਲੀ ਪ੍ਰਿੰਸੀਪਲ ਨੂੰ ਛੂਹ ਕੇ ਨਿਕਲ ਜਾਂਦੀ ਹੈ ਤੇ ਫਿਰ ਪ੍ਰਿੰਸੀਪਲ ਗਰਾਊਂਡ 'ਚ ਭੱਜਦਾ। ਇਸ ਤੋਂ ਬਾਅਦ ਦੌੜ ਕੇ ਫਿਰ ਉਹ ਮੈਦਾਨ 'ਚ ਵੀ 2 ਗੋਲੀਆਂ ਮਾਰਦਾ ਤੇ ਪ੍ਰਿੰਸੀਪਲ ਨੇ ਹਿੰਮਤ ਦਿਖਾਉਂਦੇ ਹੋਏ ਤੇ ਫਿਰ ਆਖਰ ਉਸ ਨੂੰ ਫੜ ਵੀ ਲਿਆ, ਦੋਨਾਂ ਦੀ ਹੱਥੋਂ ਪਾਈ ਹੋ ਗਈ, ਸਟਾਫ ਮੌਕੇ ਤੇ ਆ ਗਿਆ ਤੇ ਇਸ ਦੌਰਾਨ ਉਹ ਚੌਥੀ ਗੋਲੀ ਲੋਡ ਕਰ ਰਿਹਾ ਸੀ ਪਰ ਇਸ ਦੌਰਾਨ ਉਹ ਫਿਰ ਭੱਜਣ 'ਚ ਸਫਲ ਹੋ ਗਿਆ। ਸੋ ਕਿਸ ਤਰ੍ਹਾਂ ਦੀ ਜਿਹੜੀ ਇਸ ਮਾਮਲੇ 'ਚ ਸਥਿਤੀ ਬਣੀ ਹੋਈ ਹੈ, ਸਮਝੋ ਬਾਹਰ ਹੈ ਕਹਾਣੀ ਕੀ ਹੋਈ ਜਾਂਦਾ ਹੈ ਸਿਸਟਮ ਦੇ ਵਿੱਚ। ਇੱਕ ਕਾਲ ਲੈ ਲਈ ਆਪਾਂ। ਸਵਾਗਤ ਤੁਹਾਡਾ ਜਰਮਨੀ ਤੋਂ, ਭੈਣ ਨਵਰੀਤ ਕੌਰ, ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਤੇ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ। ਸੁਰਿੰਦਰਵੀਰ ਜੀ ਨੂੰ ਸਤਿ ਸ੍ਰੀ ਅਕਾਲ। ਮੈਂ ਕਹਿੰਦੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਉਹਨਾਂ ਨੂੰ ਫ੍ਰੀ ਕਰੰਸੀ ਤਾਂ ਪੁੱਛ ਕੇ ਸਾਨੂੰ ਦੱਸਿਓ ਕਿ ਕਿੱਥੇ ਚੱਲਦਾ ਹੈ ਗੁਰਬਾਣੀ ਪ੍ਰੋਗਰਾਮ। ਜਦੋਂ ਧਾਮੀ ਸਾਹਿਬ ਕਹਿੰਦੇ 2 ਹਫ਼ਤਿਆਂ 'ਚ ਹੋ ਜੂਗੇ ਜੇ ਜਥੇਦਾਰ ਹੁਕਮ ਦੇ ਕੇ, ਤੇ ਹਲੇ ਤੱਕ ਉਸ ਪਰ ਵਚਨਬੰਦ ਨਹੀਂ ਹੈਗੇ, ਤੇ ਸਾਡੇ ਵਰਗਿਆਂ ਦਾ ਕੀ ਹੋਊਗਾ ਹਾਲ? ਬਿਲਕੁਲ ਪੁੱਛ ਲੈਂਦੇ ਹਾਂ। ਥੈਂਕ ਯੂ ਪ੍ਰਣਾਨੀ, ਮਿਹਰਬਾਨੀ ਜੀ। ਸੁਰਿੰਦਰ, ਇਹ ਮਸਲਾ ਆਇਆ ਜਦੋਂ PTC ਦਾ ਮਸਲਾ ਉੱਠਿਆ ਸੀ, ਹੁਣ PTC ਦਾ ਮਸਲਾ ਵੀ ਲੋਕਾਂ ਨੂੰ ਭੁੱਲ ਗਿਆ, ਤੇ ਉਹ PTC ਵਾਲੀ ਕੀ ਨਾਂ ਸੀ, ਬੀਬੀ ਨੈਨਸੀ ਘੁੰਮਣ, ਤੇ ਉਹ ਵੀ ਮਸਲਾ ਠੰਡਾ ਜਿਹਾ ਹੋ ਗਿਆ, ਯਾਦ ਹੀ ਨਹੀਂ ਕਿਸੇ ਨੂੰ, ਹਨਾ, ਕਿ ਨੈਨਸੀ ਘੁੰਮਣ ਦਾ ਵੀ ਮਸਲਾ ਸੀ, PTC ਤੇ ਗੁਰਬਾਣੀ ਦਾ ਮਸਲਾ ਵੀ ਉੱਠਿਆ, ਤੇ ਮੁੜ ਕੇ ਡੈਮੇਜ ਕੰਟਰੋਲ ਕਰਦੇ ਆ, ਕਹਿੰਦੇ 2 ਦਿਨਾਂ 'ਚ ਗੁਰਬਾਣੀ ਫ੍ਰੀ ਹੋ ਜਾਏਗੀ, ਤੇ ਉਹ ਵੀ ਸਿਲਸਿਲਾ ਨਹੀਂ ਹੋ ਸਕਿਆ। ਭੈਣ ਨਵਰੀਤ ਹੋਰਾਂ ਨੇ ਯਾਦ ਕਰਾਇਆ ਜਰਮਨੀ ਤੋਂ, ਤੇ ਇਹ ਵੀ ਨਾਲ ਲੈ ਲਓ, ਨਾਲ ਉਹ ਹਿੰਦੂ ਰਾਸ਼ਟਰ ਵਾਲੀ ਕੰਮ ਰਹਿ ਗਈ BJP ਦਾ, ਜਿਹੜਾ ਜਿਹੜੇ ਸ਼ੰਕਰਾਚਾਰੀਆ ਸੀਗਾ, ਕਹਿੰਦੇ 15 ਦੇਸ਼ ਹਿੰਦੂ ਰਾਸ਼ਟਰ ਬਣਨ ਨੂੰ ਤਿਆਰ ਨੇ, ਸਿਰਫ ਉਹ ਭਾਰਤ ਵੱਲ ਵੇਖ ਰਹੇ ਨੇ ਕਿ ਭਾਰਤ ਕਦੋਂ ਹਿੰਦੂ ਰਾਸ਼ਟਰ ਦਾ ਐਲਾਨ ਕਰ ਦੇਵੇ। ਇਹ ਜਿਹੜਾ ਸ਼ੰਕਰਾਚਾਰੀ ਆ, ਇਹ ਚੰਡੀਗੜ੍ਹ ਆ ਕੇ ਐਲਾਨ ਕਰਦਾ ਜੀ। ਸੁਰਿੰਦਰ, 2 ਮਸਲੇ ਧਾਰਮਿਕ ਨੇ ਲੈ ਲਿਓ, ਇੱਕ 2 ਹੋਰ ਖਬਰਾਂ, ਫਿਰ ਅੱਗੇ ਲਵਾਂਗੇ, ਕਹਾਣੀ ਵੀ ਸੁਣਾਉਣੀ ਕੋਈ ਨਾ ਕੋਈ ਜੀ। ਸੁਰਿੰਦਰ ਜੀ,
अच्छा जी, करना शुरू हूं। देखो पहला तो आज ये हिंदू राष्ट्र वाल हूं, हिंदू राष्ट्र याद आ गया। हिंदू राष्ट्र हैगा केड़े किन्ने कितों के तक सीगा वो भी तो दस दिन, उस किनिया स्टेटा सी सिंध, सिंध तो सिंधु, सिंधु तो हिंदू, तो गांव भी कुछ हैगा सी। हुण तुसी कहने हिंदू राष्ट्र, फिर कहने साडे पुरखे हिंदू सी। जेड़े पुरखे हिंदू सी तो जेड़िया ने यह धर्म जेड़ा तब्दील होने तो बचाया वह कौन सीगे वह भी तो दस दें, लड़े कौन। दूसरी गल पुरखे कौन सी उन्हूं छड़ लो, जेड़ा नवा धर्म होंद च आया जिन्हें सारा कुछ बचाया, जिन्हें मुगलां नाल लड़ाइयां लड़ियां ते जिन्हां ने अपना सारा कुछ वारिया वह कौन सीगे। दूसरी गल आचारिया जी नूं एक गल समझा दें कि जदों तुसी दुध ना दुध नूं जाग ला दो, दही बन जाए तो दोबारा उहदा दुध नहीं बनता। छत्ती पदार्थ बनते हैं दही तो, उन्होंने जो मुड़ के दुध बनाओ तो फिर थोड़ी दुध बनता, यह उस कारण करते हैं। हाँ वह दोबारा नहीं बनना दुध, भुल जाओ। इस करके ये जिहड़ी जाग ला गए ना गुरु गोबिंद सिंह जी, वह जिहड़ा धर्म बन गया, मत सोचो कि उन्हें तुसी हिंदू बना लोगे, केड़े हिसाब नाल तुसी हिंदू बना लोगे। गल उही है ना, बाबा भोले शाह ने भी कहा कि मैं बात करूं तब की, ना बात कहूं तब की, ना बात कहूं जब की, मैं बात कहूं अब की, अगर ना होते गोबिंद सिंह तो सुन्नत होती सब की। ये भी एक कारण है। दूसरा आज ये कहिंदे तलवार दे जोर नाल बनाया, जिहड़े इलाकों च औरंगजेब दा राज ही नहीं सीगा उत्थे किन्ने लोग सूफीजम दे प्रभाव च आके हिंदू तो मुस्लिम कन्वर्ट होए। इस सिलसिले च तुसी वेखो कि वो लोग प्यार दे नाल जां इन्हां वल्लों दुरकारे होए, जिवें सिखां चों बहुत सारे लोग दुरकारे होए ने, चौथा पौड़ा फलान धमका उन्हां नूं वड़न नहीं दिंदे, जानवरां वर्गा सलूक करदे ने मनुवाद दे अधीन जां सिखी दे अधीन, कुछ लोग मनुवादियों दे धक्के चढ़ के वह लोग फिर डेरेदारां वल गए, वह क्रिश्चियन बन रहे ने। जदों तुसीं उन्हां नूं गाल ही नहीं लाया, उन्हां नूं मंदर च आउण दी आग्या नहीं। आर एस एस च किन्ने दलित जिहड़े ने इन्हां ने लाए हुए ने, ते ओ बाई जी जानगे नहीं ते होर की करनगे। देश दा राष्ट्रपति नहीं जा सकदा देश दे किन्ने मंदरां च, रामनाथ कोविंद जां खास करके मौरिया डिप्टी सीएम। सो ओ जदों तुसी उन्हां नूं नकार रहे हो ते अगले जानगे क्यों ना। सो गल इह है ना कि ये साध दूजे दिन आके अग लाउंदे आ, हटदे ये लोग नहीं है, गलतियां अपनियां ये दूर नहीं करदे पर लांबू लाउंदे आ जिहड़ा लगी जा रहा। साडे वालियां नूं मसला होर ठीक आउंदा जे हुण चंडीगढ़ आके उस शंकराचार्या इह गल कहिंदा है तां कुदरती है, ते फिर सिख तां रिएक्शन करनगे ही करनगे ना जी। सुरेंद्र देखो सिख रिएक्शन करन ना करना के जिथों तक मर्जी भज लैण, जो कुछ मर्जी कर लैण, सिख बीजेपी च भी चले जाण, जे कह देण भी सिख जिहड़े उह सारे हिंदू बन जाणगे ते भुल जाण, आइडेंटिटी किसे ने नहीं गवाउणी, ते सदा लई किसे दा राज ना रहा ना रहना। इत्थे तां औरंगजेब दा नहीं रहा, अहमद शाह अब्दाली दा नहीं रहा, इत्थे तां सिकंदर आया सी जिहड़ा कहिंदा मैं पूरी दुनिया जित लैणी, उहदा नहीं रहा, उह खाली हत्थ गया। इह तां शुकर करो कि 3x6 फुट दी थां किहनूं नसीब हुंदी आ, उह भी पक्की नहीं है, उह भी पता नहीं किहड़ी जगह ते जा के नसीब होणी आ। बंदा पैदा किते हुंदा ते घूमदा घुमाउंदा पता नहीं किन्नियां को थावां तों घूम के जाके उहनूं केड़ी केड़ी जगह ते नसीब हुंदी आ, ते उस तों पहलां उह हजारां व्यक्तियां नूं कि लखां नूं पहलां कईआं नूं उह नसीब होई हुंदी आ, ते बाद दे विच किसे दी 20 किलो बचदी आ ते किसे दी 5 किलो वी नहीं बचदी आ, ते कईआं नूं उह नसीब ही नहीं हुंदी, इह वी गल आ। और रोड ते जांदे किसे दा एक्सीडेंट हो जावे, कोई एक गड्डी थले आ जाए रातों रात ओहदे उपर दी 20-30 गड्डियां लंघ जाण, उस चों लभदा कुछ भी बचिया कुछ कि नहीं बचिया, की सड़े उड़ जांदे आ, लभदा ही कख नहीं है। इस करके परमिंदर बेफजूल गल्लां ने, ये लोग धर्म दा अड़ेंगा लैके जाण बुझ के जिहड़ा उह एवें छिंजड़ी छेड़दे आ, अल्ले पल्ले इन्हां लोकां दे कख नहीं, ना हैगा ना निकलना। जी इक कॉल आ रही सुरेंद्र जी। हां जी
ਆ ਪੀਟੀਸੀ ਵਾਲਾ ਮਸਲਾ ਰਹਿ ਗਿਆ ਉਹਦੇ ਤੇ ਕੰਪਲੀਟ ਕਰ ਦਿਓ। ਸਵਾਗਤ ਜੀ ਤੁਹਾਡਾ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸੰਧੂ ਸਾਹਿਬ ਗੱਲ ਕਰੋ। ਓਕੇ ਮੈਂ ਕਰ ਲੈਣਾ ਸੁਰਿੰਦਰ ਜੀ ਤੋਂ ਕਲੀਅਰ ਕਰ ਲੈਣਾ। ਥੈਂਕ ਯੂ ਮਿਹਰਬਾਨੀ ਸੁਰਿੰਦਰ ਜੀ। ਝੀਂਡਾ ਸਾਹਿਬ ਨੂੰ ਲਾਣੇਦਾਰੀ ਦੇਤੀ ਇੱਥੇ ਦਾਦੂਵਾਲ ਨੂੰ ਰਿਪਲੇਸ ਕਰਕੇ ਥੋੜਾ ਜਿਹਾ ਜਿਹੜਾ ਉਸ ਇਸ਼ੂ ਤੇ ਵੀ ਨਾਲ ਲੈ ਲਓ ਐਸ ਜੀ ਪੀ ਸੀ ਦੇ। ਤੇ ਇੱਕ ਜਿਹੜੀ ਅਗਲੀ ਖਬਰ ਆਪਾਂ ਲਾਸਟ 'ਚ ਕਰਨੀ ਹੈ ਉਹ ਵੀ ਕੰਪਲੀਟ ਕਰ ਲਿਓ, ਵੀ ਇਸੇ ਸਰਕਮਸਟਾਂਸ ਨਾਲ ਜੁੜਦੀ ਹੈ। ਤੇ ਫਲੋਰ ਦੇ ਲਾਗੇ ਜਲੰਧਰ ਦਾ ਪਿੰਡ ਹੈ ਭਾਰ ਸਿੰਘਪੁਰਾ, ਉੱਥੇ ਮੰਦਰ ਦੇ ਇੱਕ ਪੁਜਾਰੀ ਦੀ ਹੱਤਿਆ ਹੋਈ ਸੀ। ਮੰਦਰ ਦੇ ਪੁਜਾਰੀ ਸਮੇਤ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ 'ਚ ਐਨ ਆਈ ਏ ਨੇ ਸਪਲੀਮੈਂਟਰੀ ਚਲਾਣ ਅੱਜ ਦਾਖਲ ਕਰ ਦਿੱਤਾ। ਇਸ ਸਬੰਧੀ ਯੂਪੀ ਦੇ ਮੇਰਠ ਤੋਂ ਗਗਨਦੀਪ ਸਿੰਘ ਗੱਗੂ ਨੂੰ ਮੁੱਖ ਦੋਸ਼ੀ ਬਣਾਇਆ ਗਿਆ। ਸੋ ਐਨ ਆਈ ਏ ਨੇ ਜਿਹੜਾ ਸਪਲੀਮੈਂਟਰੀ ਚਾਰਜਸ਼ੀਟ ਕੀਤੀ ਹੈ ਇਹਦੇ ਵਿਚ ਅਰਸ਼ਦੀਪ ਸਿੰਘ ਉਰਫ ਅਰਸ਼ ਉਰਫ ਪ੍ਰਭ ਇਹ ਕੈਨੇਡਾ ਦੇ ਵਿਚ ਹੈ ਤੇ ਹਰਦੀਪ ਸਿੰਘ ਨਿੱਜਰ ਜਿਹੜਾ ਖਾਲਿਸਤਾਨ ਜਥੇਬੰਦੀਆਂ ਨਾਲ ਜੁੜਿਆ ਹੋਇਆ, ਗੁਰੂ ਘਰ ਪ੍ਰਬੰਧਨ ਨਾਲ ਵੀ ਜੁੜਿਆ ਹੋਇਆ, ਇਹਨਾਂ ਦੇ ਉੱਤੇ ਦੋਸ਼ ਲਾ ਕੇ ਸਾਰਾ ਇਹ ਸ਼ਡਿਅੰਤਰ ਇਹਨਾਂ ਨੇ ਰਚਿਆ ਸੀ। ਇਸ ਦੇ ਵਿਚ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਸੰਗਤਪੁਰਾ ਮਹੱਲਾ ਮੇਰਠ ਦਾ ਮੁੱਖ ਹੱਥ ਹੈ ਇਸ ਕਤਲ ਦੇ ਵਿਚ। ਐਨ ਆਈ ਏ ਨੇ ਇਸ ਚਲਾਣ ਦੇ ਵਿਚ, ਕਿਉਂਕਿ ਪਹਿਲਾਂ ਹਰਦੀਪ ਸਿੰਘ ਨਿੱਜਰ ਹੋਰਾਂ ਤੇ 10 ਲੱਖ ਦਾ ਸਿਰ ਦਾ ਮੁੱਲ ਵੀ ਰੱਖਿਆ ਗਿਆ ਉਨ੍ਹਾਂ ਦੇ, ਇਹ ਇਸੇ ਪਿੰਡ ਦੇ ਨੇ ਫਲੌਰ ਦੇ ਪਿੰਡ ਭਾਰ ਸਿੰਘਪੁਰਾ ਦੇ ਜਿੱਥੇ ਇਹ ਪੰਡਿਤ ਪੁਜਾਰੀ ਦਾ ਕਤਲ ਹੋਇਆ ਸੀਗਾ। ਐਨ ਆਈ ਏ ਨੇ ਜਿਹੜਾ ਚਲਾਣ ਅੱਜ ਪੇਸ਼ ਕੀਤਾ ਉਸ ਦੇ ਵਿਚ ਜਿਹੜੀ ਇਬਾਰਤ ਲਿਖੀ ਹੈ ਕਿ ਹਿੰਦੂ ਪੁਜਾਰੀ ਨੂੰ ਮਾਰਨ ਦੇ ਲਈ ਕੈਨੇਡਾ ਬੈਠੇ ਅਰਸ਼ਦੀਪ ਸਿੰਘ ਉਰਫ ਅਰਸ਼ ਉਰਫ ਪ੍ਰਭ ਤੇ ਹਰਦੀਪ ਸਿੰਘ ਨਿੱਜਰ ਨੇ ਇਹ ਸਾਜਿਸ਼ ਰਚੀ ਸੀ ਤੇ ਉਸ ਤੋਂ ਬਾਅਦ ਗਗਨਦੀਪ ਸਿੰਘ ਉਰਫ ਗੱਗੂ ਨਾਲ ਸੰਪਰਕ ਕੀਤਾ ਤੇ ਇਨ੍ਹਾਂ ਨੂੰ ਹੱਤਿਆ ਕਰਨ ਦੇ ਵਾਸਤੇ ਹਥਿਆਰ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਗਗਨਦੀਪ ਸਿੰਘ ਗੱਗੂ ਨੂੰ ਦਿੱਤੀ ਗਈ। ਯੂਪੀ ਦਾ ਸੀ ਉਹ, ਮੇਰਠ ਦਾ। ਇਸ ਸਬੰਧੀ ਰਾਸ਼ਟਰੀ ਜਾਂਚ ਏਜੰਸੀ ਨੇ ਗਗਨਦੀਪ ਸਿੰਘ ਉਰਫ ਗੱਗੂ ਨੂੰ ਇਹਦੇ ਖਿਲਾਫ਼ ਧਾਰਾ 120 ਦੇ ਤਹਿਤ ਸ਼ਡਿਅੰਤਰ ਰਚਨ ਤੇ 307 ਦੇ ਇਰਾਦਾ ਕਤਲ ਤੇ ਹਥਿਆਰ ਮੁਹੱਈਆ ਕਰਨ ਦੇ ਆਰਮ ਐਕਟ ਦੇ 25 ਫਲਾਣਿਆਂ ਧਮਕਾਣਿਆਂ ਇਨ੍ਹਾਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ। ਇਸ ਦੌਰਾਨ ਇਹ ਪੰਜਾਬ ਦੇ ਵਿਚ ਹਿੰਦੂ ਸਿੱਖਾਂ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਦੱਸਿਆ ਇਸ ਨੂੰ ਐਨ ਆਈ ਏ ਨੇ ਆਪਣੇ ਚਲਾਣ ਦੇ ਵਿਚ। ਇਹ ਪੂਰਾ ਘਟਨਾਕ੍ਰਮ ਦੀ ਪਲੈਨਿੰਗ ਇਹ ਸੀ ਕਿ ਐਨ ਆਈ ਏ ਨੇ ਇਸੇ ਸਾਲ 4 ਜੁਲਾਈ ਨੂੰ ਪੇਸ਼ ਕੀਤੀ ਗਈ ਪਿਛਲੀ ਚਾਰਜਸ਼ੀਟ ਦੇ ਵਿਚ ਖੁਲਾਸੇ ਕੀਤੇ ਸੀ ਕਿ ਕੈਨੇਡਾ ਬੈਠੇ ਇਹ ਦੋ ਖਾਲਿਸਤਾਨੀ ਸਮਰਥਕ ਅਰਸ਼ਦੀਪ ਸਿੰਘ ਉਰਫ ਪ੍ਰਭ ਤੇ ਹਰਦੀਪ ਸਿੰਘ ਨਿੱਜਰ ਨੇ ਇਹ ਸਾਰਾ ਕੁਝ ਕਰਾਇਆ। ਦੋਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕਮਲਜੀਤ ਸ਼ਰਮਾ, ਪੰਡਤਾਂ ਦਾ ਮੁੰਡਾ ਹੈ, ਡਾਲੇ ਮਹਿਣਾ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ, ਡਾਲੇ ਦਾ, ਇਸੇ ਪਿੰਡ ਦਾ ਅਰਸ਼ਦੀਪ ਹੈ ਜਿਹੜਾ ਕੈਨੇਡਾ ਚ। ਸੋ ਅਰਸ਼ਦੀਪ ਨੇ ਕੈਨੇਡਾ ਤੋਂ ਆਪਣੇ ਇਸ ਪਿੰਡ ਦੇ ਬ੍ਰਾਹਮਣਾਂ ਦੇ ਮੁੰਡੇ ਕਮਲਦੀਪ ਸ਼ਰਮਾ ਨੂੰ ਇੱਕ ਬ੍ਰਾਹਮਣ ਪੁਜਾਰੀ ਦਾ ਕਤਲ ਕਰਨ ਦੇ ਲਈ ਉਕਸਾਇਆ ਤੇ ਦੂਸਰਾ ਇਹਦੇ ਨਾਲ ਰਾਮ ਸਿੰਘ ਪੁੱਤਰ ਰਣਜੀਤ ਸਿੰਘ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ, ਦੋ ਬੰਦੇ ਤਿਆਰ ਕੀਤੇ ਗਏ। ਇਹ ਦੋਨੇ ਬੰਦਿਆਂ ਨੂੰ ਅਸਲਾ ਗਗਨਦੀਪ ਯੂਪੀ ਵਾਲੇ ਨੇ ਲਿਆ ਕੇ ਦਿੱਤਾ ਤੇ ਕਮਲਜੀਤ ਸ਼ਰਮਾ ਤੇ ਦੂਸਰਾ ਰਾਮ ਸਿੰਘ ਪੁੱਤਰ ਰਣਜੀਤ ਸਿੰਘ, ਇਹਨਾਂ ਦੋਨਾਂ ਨੇ ਪਿੰਡ ਭਾਰ ਸਿੰਘਪੁਰਾ ਜਿਹੜਾ ਕਿ ਹਰਦੀਪ ਸਿੰਘ ਨਿੱਜਰ ਖਾਲਿਸਤਾਨੀ ਦਾ ਪਿੰਡ ਆ, ਉੱਥੇ ਸ਼ਿਵ ਮੰਦਰ ਦੇ ਪੁਜਾਰੀ ਨੂੰ ਪੁਜਾਰੀ ਸੀ ਜਿਹੜਾ ਸੰਤ ਗਿਆਨ ਮੁਨੀ ਤੇ ਉੱਤੇ ਕਮਲਦੀਪ ਤੇ ਹੋਰ ਸ਼ਰਧਾਲੂਆਂ ਤੇ ਫਾਇਰਿੰਗ ਕਰਕੇ ਫਰਾਰ ਹੋ ਗਏ। ਉਸ ਸਮੇਂ ਸੰਤ ਕਮਲਦੀਪ ਤੇ ਇੱਕ ਮਹਿਲਾ ਸੇਵਾਦਾਰ ਜ਼ਖਮੀ ਹੋ ਗਏ ਨੇ ਤੇ ਇਸ ਦੌਰਾਨ ਮੰਦਰ ਦੇ ਪੁਜਾਰੀ ਤੇ ਗੋਲੀਆਂ ਚਲਾਈਆਂ ਤਾਂ ਮੰਦਰ ਦੇ ਪੁਜਾਰੀ ਤੇ ਇੱਕ ਸੇਵਾਦਾਰ ਨੂੰ ਬਚਾਉਣ ਦੇ ਲਈ ਇਹ ਜਿਹੜੀ ਸੇਵਾਦਾਰ ਸੀ ਮੰਦਰ ਦੀ ਉਹ ਵੀ ਅੱਗੇ ਆਈ। ਇਸ ਦੌਰਾਨ ਪੁਜਾਰੀ ਅਤੇ ਮਹਿਲਾ ਸੇਵਾਦਾਰ ਸਿਮਰਨ ਦੇ ਤਿੰਨ ਤਿੰਨ ਗੋਲੀਆਂ ਲੱਗੀਆਂ ਸੀ। ਸ਼ੂਟਰਾਂ ਨੇ ਪਹਿਲਾਂ ਮੱਥਾ ਟੇਕਣ ਦੇ ਬਹਾਨੇ ਮੰਦਰ ਦੀ ਰੇਖੀ ਕੀਤੀ। ਇਹ ਪਿੰਡ ਭਾਰ ਸਿੰਘਪੁਰਾ ਦੇ ਵਿਚ ਪੁਜਾਰੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਕਿਉਂਕਿ ਹਰਦੀਪ ਸਿੰਘ ਨਿੱਜਰ ਇਸੇ ਪਿੰਡ ਦਾ ਰਹਿਣ ਵਾਲਾ। ਇਸ ਮਾਮਲੇ ਚ ਮੁੱਖ ਸ਼ੂਟਰ ਕਮਲਜੀਤ ਸ਼ਰਮਾ ਅਰਸ਼ਦੀਪ ਦੇ ਪਿੰਡ ਦਾ ਹੀ ਰਹਿਣ ਵਾਲਾ ਮਹਿਣੇ ਦਾ, ਤੇ ਇਸ ਸਬੰਧੀ ਜਿਹੜਾ ਇਹ ਦੋਨੇ ਹਮਲਾਵਰਾਂ ਦੇ ਸਕੈਚ ਬਣਾਏ ਗਏ ਨੇ ਤੇ ਮੋਗਾ ਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ, ਜਿਨ੍ਹਾਂ ਤੋਂ ਬਾਅਦ ਇਹ ਕੇਸ ਦੀ ਚਾਰਜਸ਼ੀਟ ਅੱਜ ਪੇਸ਼ ਹੋ ਗਈ ਹੈ ਜਿਸ ਦੇ ਵਿਚ ਹਰਦੀਪ ਸਿੰਘ ਨਿੱਜਰ ਉਤੇ 10 ਲੱਖ ਦਾ ਇਨਾਮ ਰੱਖਿਆ ਹੋਇਆ। ਜਾਣੀ ਮਾਰਨ ਵਾਲਾ ਵੀ ਪੰਡਿਤ ਹੈ ਤੇ ਮਰਨ ਵਾਲਾ ਵੀ ਪੰਡਿਤ ਹੈ ਤੇ ਸਾਜਿਸ਼ ਖਾਲਿਸਤਾਨੀਆਂ ਨੇ ਰਚੀ ਹੈ। ਇਹ ਵੀ ਮਤਲਬ ਹਿੰਦੂ ਸਿੱਖ ਜਿਹੜਾ ਐਂਗਲ ਹੈ ਨਾ ਉਸੇ ਚੀਜ਼ ਨੂੰ ਉਭਾਰਦੇ ਆ। ਇਹ ਕੇਸ ਕਰੋ ਬਾਈ ਜੀ ਸਾਰਿਆਂ ਤੇ ਇਹਨਾਂ ਤੇ ਕੰਪਲੀਟ ਐਸ ਜੀ ਪੀ ਸੀ ਦਾ ਪੀ ਟੀ ਸੀ ਚੈਨਲ ਤੇ ਇਹ ਸਾਰੇ ਮਸਲੇ ਮਸਾਲ। ਜੀ ਸੁਰਿੰਦਰ ਜੀ ਕੋਈ ਹੋਰ ਅਪਡੇਟ ਹੋਵੇ ਬਾਬੇ ਉਹ ਵੀ ਕੰਪਲੀਟ ਕਰ ਦਿਓ, ਫਿਰ ਇਸ ਤੋਂ ਬਾਅਦ ਇੱਕ ਲੋਕ ਕਹਾਣੀ ਆਪ ਜੀ ਨੂੰ ਸੁਣਾਵਾਂਗੇ। ਜੀ ਸੁਰਿੰਦਰ ਜੀ, ਸਭ ਤੋਂ ਪਹਿਲੀ ਗੱਲ ਤਾਂ ਦੇਖੋ
ਜਗਦੀਸ਼ ਸਿੰਘ ਝਿੰਡਾ ਤੇ ਦਾਦੂਵਾਲ ਨੇ ਆਪਸ ਚ ਬੈਠਣ ਦੀ ਕੋਸ਼ਿਸ਼ ਤਾਂ ਕੀਤੀ ਸੀਗੀ, ਪਰ ਉਧਰ ਮਸਲਾ ਉਹਨਾਂ ਦਾ ਨਿਪਟਿਆ ਨੀ। ਇਹ ਚ ਕੋਈ ਦੋ ਰਹਿ ਨੀ, ਸਭ ਤੋਂ ਲੰਬੀ ਲੜਾਈ ਜਗਦੀਸ਼ ਸਿੰਘ ਝਿੰਡਾ ਨੇ ਲੜੀ ਆ। ਲੇਕਿਨ ਹੁਣ ਜੇ ਉਹਨੂੰ ਪ੍ਰਧਾਨ ਬਣਾ ਤਾ, ਜ਼ਿੰਮੇਵਾਰੀ ਸੌਂਪ ਦਿੱਤੀ ਆ, ਕਿਉਂਕਿ ਉਹਨੇ ਪਿਛਲੇ ਦਿਨ ਕਹਿ ਦਿੱਤਾ ਸੀ ਕਿ ਮੈਂਬਰ ਸਾਰੇ ਮੇਰੇ ਨਾਲ ਨੇ, ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਇਹਨੇ ਫਰਜ਼ੀ ਸਾਈਨ ਕਰਾਏ ਜੀ। ਪਰ ਉਹ ਹੁਣ ਕਿਉਂਕਿ ਸਰਕਾਰ ਆ, ਸਰਕਾਰ ਜਿਹਨੂੰ ਚਾਹੂਗੀ ਉੱਥੇ ਬਣ ਜੂਗਾ, ਸਰਕਾਰ ਤੋਂ ਬਾਹਰ ਜਾ ਕੇ ਕੀ ਦੀ ਹਿੰਮਤ ਆ, ਕਿਉਂਕਿ ਅਜੇ ਤਾਂ ਉੱਥੇ ਬਕਾਇਦਾ ਉਹਦਾ ਐਕਟ ਤਿਆਰ ਹੋਣਾ, ਅਜੇ ਤਾਂ ਉਹਨਾਂ ਨੇ ਕਮੇਟੀ ਬਣਾਈ ਆ, ਉਹਦਾ ਬਕਾਇਦਾ ਐਕਟ ਤਿਆਰ ਹੋਣਾ, ਉਸ ਐਕਟ ਦੇ ਮੁਤਾਬਕ ਚੋਣਾਂ ਹੋਣੀਆਂ, ਅਜੇ ਤੇ ਮੈਂਬਰ ਨਾਮਜ਼ਦ ਕੀਤੇ ਸੀ, ਜਿਹੜੇ ਨਾਮਜ਼ਦ ਕੀਤੇ ਆ। ਵੈਸੇ ਜੇ ਦੇਖਿਆ ਜਾਵੇ ਲੜਾਈ ਤਾਂ ਝਿੰਡਾ ਤੇ ਨਲਵੀ ਨੇ ਲੜੀ ਹੈ ਨਾ, ਦਾਦੂਵਾਲਾ ਦਾ ਕੋਈ ਲੈਣਾ ਦੇਣਾ ਨੀ ਉਹਦੇ ਚ। ਚਲੋ ਦਾਦੂਵਾਲ ਜਿਹੜਾ ਸਾਲ ਖੰਡ ਰਹਿ ਗਿਆ, ਬੜਾ ਬਹੁਤ ਵੱਡੀ ਗੱਲ ਆ, ਜਿਹੜੀ ਪ੍ਰਧਾਨਗੀ ਕਰ ਲਈ ਇਹੀ ਬੜੀ ਵੱਡੀ ਗੱਲ ਆ, ਤੇ ਪਰ ਉਹ ਬੇਸਿਕਲੀ ਤੇ ਬਣਦੀ ਸੀ, ਕਿਉਂਕਿ ਝਿੰਡਾ ਜਗਦੀਪ ਸਿੰਘ ਝਿੰਡਾ ਤੇ ਰਘੂਜੀਤ ਵਿਰਕ ਦੋਨੋਂ ਵਿਰਕ ਭਾਈਚਾਰੇ ਚੋਂ ਨੇ, ਤੇ ਦੋਨਾਂ ਦੀ ਆਪਸ ਚ ਟਸਲ ਸੀ ਉੱਥੇ, ਤੇ ਅਸਲ ਤਾਂ ਉਥੋਂ ਉਪਜਿਆ ਇਸ ਕਰਕੇ। ਤੇ ਜਗਦੀਪ ਸਿੰਘ ਝਿੰਡਾ ਕਹਿੰਦਾ ਸੀ ਸਾਨੂੰ ਜ਼ਿੰਮੇਵਾਰੀ ਦਿਓ, ਤੁਸੀਂ ਰਘੂਜੀਤ ਸਿੰਘ ਵਿਰਕ ਨੂੰ ਲਿਜਾ ਕੇ ਦੱਸਿਆ ਸੀ ਤੁਸੀਂ ਡਿਟੇਲ ਚ ਕੱਲ, ਹਾਂ ਠੀਕ ਹੈ ਨਾ, ਹਾਲੀਆ ਸਰਕਮਸਟੈਂਸ ਕੀ ਨੇ। ਬਾਕੀ ਦੇਖੋ ਗੱਲ ਇਹ ਆ ਕਿ ਕਮੇਟੀ ਬਣ ਗਈ ਆ, ਹੁਣ ਹਰਿਆਣਾ ਸਰਕਾਰ ਵੀ ਦੇਖਦੀ ਸੀ ਜੇ ਉਹਨਾਂ ਜਗਦੀਪ ਸਿੰਘ ਝਿੰਡਾ ਨੂੰ ਲੈ ਆਂਦਾ ਤੇ ਕਬਜ਼ਾ ਤੋਂ ਉਹਨਾਂ ਲੈ ਲੈਣਾ, ਚੰਗਾ ਹੋਵੇ ਕੱਲ IGPC ਖੁਦ ਛੱਡ ਕੇ ਆ ਜਾਵੇ। ਹਾਂ ਜੇ ਸੁਪਰੀਮ ਕੋਰਟ ਤੋਂ ਕੱਲ ਨੂੰ ਜਿੱਤ ਜਾਂਦੇ ਆ ਤਾਂ ਦੁਬਾਰਾ ਜਾ ਕੇ ਲੈ ਲੈਣ, ਪਰ ਮੈਨੂੰ ਮੇਰੇ ਹਿਸਾਬ ਨਾਲ ਇਹਨਾਂ ਨੂੰ ਭਰਾ ਮਾਰੂ ਜੰਗ ਚ ਨਹੀਂ ਪੈਣਾ ਚਾਹੀਦਾ, ਜੇ ਪੈਣਗੇ ਤੇ ਉਹਦਾ ਨੁਕਸਾਨ ਹੋਏਗਾ, ਅਕਾਲੀ ਦਲ ਵੀ ਬਹੁਤ ਜ਼ਿਆਦਾ ਨੁਕਸਾਨ ਚ ਜਾਏਗਾ, IGPC ਵੀ ਨੁਕਸਾਨ ਚ ਜਾਏਗੀ, ਕਿਉਂਕਿ ਦੂਜੀ ਸਟੇਟ ਆ, ਦੂਜੀ ਸਟੇਟ ਚ ਜਾ ਕੇ ਤੁਸੀਂ ਲੜਾਈ ਨਹੀਂ ਲੜ ਸਕਦੇ। ਦੂਸਰੀ ਗੱਲ, ਤੁਹਾਡਾ ਉੱਥੇ ਬਹੁਤਾ ਆਧਾਰ ਨਹੀਂ ਰਿਹਾ, ਜਿਹੜਾ ਤੁਹਾਡੇ ਨਾਲ ਅਕਾਲੀ ਦਲ ਸੰਬੰਧਿਤ ਸੀ ਉਹ ਤਕਰੀਬਨ ਸਾਰਾ ਖੇਰੂ ਖੇਰੂ ਹਰਿਆਣੇ ਚ ਵੀ ਹੋ ਗਿਆ, ਕਿਉਂਕਿ ਜਿੱਥੇ ਜਿਹੜੀ ਸਟੇਟ ਆ ਉਸ ਸਟੇਟ ਦੀ ਨਾ ਉੱਥੇ ਪੋਲੀਟੀਕਲ ਹਾਲਾਤ ਕੀ ਨੇ ਉਹਦੇ ਮੁਤਾਬਕ ਉੱਥੋਂ ਦੇ ਸਿੱਖ ਜਿਹੜੇ ਉਹ ਵਿਚਰਦੇ ਨੇ, ਉੱਥੋਂ ਦੇ ਸਿੱਖ BJP ਨਾਲ ਵੀ ਖੜੇ ਆ, ਕਾਂਗਰਸ ਨਾਲ ਵੀ ਖੜੇ ਆ, ਨੈਲੋ ਨਾਲ ਵੀ ਖੜੇ ਆ, ਤੇ ਅਕਾਲੀ ਦਲ ਨਾਲ ਵੀ ਖੜੇ ਆ, ਬਾਦਲ ਨਾਲ, ਤੇ ਉਹ ਜਿਹੜੀ ਨਵੀਂ ਕਮੇਟੀ ਬਣੀ ਉਹਦੇ ਨਾਲ ਵੀ ਖੜੇ ਆ, ਫਿਰ ਹੁਣ ਤੁਸੀਂ ਕਹਿ ਦੋਗੇ ਸਾਰੇ ਸਾਡੇ ਨਾਲ ਖੜ, ਤੁਹਾਡੇ ਨਾਲ ਤਾਂ ਸਾਰੇ ਖੜ ਨਹੀਂ ਸਕਦੇ। ਸੋ ਇਸ ਕਰਕੇ ਪਰਮਿੰਦਰ ਦੇਖਣਾ ਪਏਗਾ, ਇਹਨਾਂ ਨੂੰ ਮੇਰੇ ਹਿਸਾਬ ਨਾਲ ਛੱਡ ਦੇਣਾ ਚਾਹੂਗਾ, ਕਿਉਂਕਿ ਅਗਲੇ ਕਬਜ਼ਾ ਲੈਣਗੇ ਜਦੋਂ ਅਗਲਿਆਂ ਕੋਲ ਪਾਵਰ ਆ, ਤੇ ਪਾਵਰ ਚ ਉਹਨਾਂ ਨੇ ਨਾਲ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਦੇ ਫੈਸਲੇ ਦੀ ਕੋਈ ਕੀ ਕਹਿੰਦੇ ਹੁੰਦੇ ਆ ਉਹ ਹੁਕਮ ਦੂਲੀ ਥੋੜੀ ਕਰ ਸਕਦਾ, ਉਹ ਤਾਂ ਮੰਨਣਾ ਪੈਣਾ। ਸੋ ਇਸ ਕਰਕੇ ਅਗਲੇ ਉੱਥੇ ਕੀ ਆ, ਇਹ ਫੋਰਸ ਲਾ ਲੈਣਗੇ, ਟਾਸਕ ਫੋਰਸ ਲਾਉਣਗੇ, ਕਿਹਨੂੰ ਲਾਉਣਗੇ, ਹੁਣ ਇਹ ਪੰਜਾਬ ਚ ਵੀ ਸੱਤਾ ਚ ਨਹੀਂ ਹੈ। ਦੂਸਰੀ ਗੱਲ ਕੀ ਆ, ਉੱਥੇ ਅਗਲੇ ਕਹਿਣਗੇ ਮੈਨੇਜਰ ਨੂੰ ਬੁਲਾਉਣਗੇ, ਉਹਨੂੰ ਕਹਿਣਗੇ ਵੀ ਆਪਣਾ ਟਿੰਡ ਫੋੜੀ ਚੱਕ ਚੱਲ ਪੰਜਾਬ ਨੂੰ, ਅਸੀਂ ਸਾਂਭਣ ਲੱਗੇ, ਚੁੱਪ ਕਰਕੇ ਸਾਂਭ ਲੈਣਗੇ। ਜੇ ਕੋਈ ਮੁਲਾਜ਼ਮ ਉੱਥੇ ਆੜੀ ਫੜੀ ਕਰੂਗਾ, ਅਗਲੇ ਉਹਨੂੰ ਵੀ ਕਹਿਣਗੇ ਚੱਕ ਚਾ ਆਪਦਾ ਸਾਰਾ ਕੁਝ ਤੁਰਦਾ ਬਣਾ, ਇੱਥੋਂ ਕੀ ਕਰਨਗੇ, ਅਖੀਰ ਜਾਣਾ ਪਊਗਾ। ਇਸੇ ਤਰ੍ਹਾਂ ਸਕੂਲਾਂ ਦਾ ਪ੍ਰਬੰਧ ਆ, ਕਾਲਜਾਂ ਦਾ, ਉੱਥੇ ਉਹ ਸਾਰਾ ਕੁਛ ਉਹਨਾਂ ਨੇ ਸਾਂਭ ਲੈਣਾ ਵਾ, ਮੁੱਕਦੀ ਗੱਲ, ਉਹਦੇ ਚ ਬਹੁਤਾ ਕੁਛ ਅੜਚਣ ਨਹੀਂ ਅੜਦੀ। ਰਹਿ ਗਈ ਗੱਲ ਇਸ ਤੋਂ ਅਗਲੀ PTC ਵਾਲੀ, ਦੇਖੋ ਗੱਲ ਬੜੀ ਕਲੀਅਰ ਆ ਕਿ PTC ਦਾ ਬੜਾ ਰੌਲਾ ਪਾਇਆ ਸੀ, ਜਿਹੜੇ ਦਰਬਾਰੀ ਪੱਤਰਕਾਰ ਸੀ ਉਹਨਾਂ ਨੇ ਵੀ ਬੜਾ ਰੌਲਾ ਪਾਇਆ, ਪੋਸਟਾਂ ਪਾਈਆਂ, ਹੋਏ ਨੈਨਸੀ ਇੱਧਰ ਆ ਗਈ, ਨੈਨਸੀ ਉੱਧਰ ਚੱਲ ਗਈ, ਪਤਾ ਨੀ ਨੈਨਸੀ ਕਿੱਥੇ ਸ਼ਹਿ ਲੈ ਕੇ ਬਹਿ ਗਈ, ਚੁੱਪ ਕਰਕੇ ਕੋਈ ਬੋਲਿਆ ਨੀ, ਕੋਈ ਚੱਲਿਆ ਨੀ। ਹਾਂ ਨਰਾਇਣ ਜਿਹੜਾ ਸੀਗਾ ਉਹਨੂੰ ਵਿਚਾਰੇ ਨੂੰ ਜ਼ਰੂਰ ਜੇਲ੍ਹ ਕਟਾਉਣੀ ਪੈ ਗਈ, ਗੱਲ ਤੇ ਆ ਕਿ ਉਹ ਤਾਂ ਹੁਣ ਇੱਕ ਚੈਨਲ ਚਲਾਉਂਦਾ ਸੀ, ਗੱਲ ਇਹ ਸੀ ਜਿਹੜੇ ਇਹ ਸ਼ੋਅ ਆਰਗੇਨਾਈਜ਼ ਕਰਦੇ ਸੀ, ਗੱਲ ਤਾਂ ਸ਼ੋਅ ਵਾਲਿਆਂ ਦੀ ਸੀ ਕਿ ਸ਼ੋਅ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ, ਕੀ ਕੜੀ ਘੋਲੀ, ਕਿਹਨੂੰ ਕਿਹਦੇ ਨਾਲ ਮਿਸਬਿਹੇਵ ਕੀਤਾ, ਕਿਹੜਾ ਉਹਨਾਂ ਸਕੈਂਡਲ ਚਲਾਇਆ ਉਹਦੇ ਨਾਲ ਸੀ। ਦੂਸਰੀ ਗੱਲ, ਜਿਹੜੀ ਲੜਕੀ ਨੇ ਕੰਪਲੇਂਟ ਕੀਤੀ ਆ ਉਹ ਵੀਡੀਓ ਚ ਵੀ ਬੜਾ ਕੁਛ ਕਲੀਅਰ ਆਇਆ ਸੀ ਕਿ ਉਹਨੇ ਜਾਣ ਬੁੱਝ ਕੇ ਆ ਕੇ ਉੱਥੇ ਬੈਠੀ ਤੇ ਉਧਰ ਉਹ ਜਿਹੜੇ ਸਰਚ ਵਾਰੰਟ ਲੈ ਕੇ ਆ ਗਏ ਤੇ ਉਹਨੂੰ ਉੱਥੋਂ ਸਰਚ ਕਰਕੇ ਲੈ ਗਏ। ਇਹ ਬਹੁਤ ਵਾਰੀ ਹੁੰਦਾ, ਇਹ ਬਹੁਤ ਵਾਰੀ ਹੋ ਜਾਂਦਾ ਹੁੰਦਾ। ਇੱਕ ਥਾਣੇ ਦੀ ਵੀ ਇੱਕ ਵਾਰੀ ਆਈ ਸੀਗੀ, ਦੇਖੋ ਪਹਿਲਾਂ ਕੀ ਹੁੰਦਾ ਸੀ, ਜਿਸ ਵੇਲੇ ਪੁਲਿਸ ਅਲੀਗਲ ਰੱਖਦੀ ਸੀ ਉਸ ਵੇਲੇ ਜਦੋਂ ਹਾਈ ਕੋਰਟ ਤੋਂ ਸਰਚ ਵਾਰੰਟ ਲੈ ਕੇ ਆਉਣੇ ਹੁੰਦੇ ਸੀ, ਉਸ ਤੋਂ ਪਹਿਲਾਂ ਹੀ ਉੱਪਰੋਂ ਆਦੇਸ਼ ਆ ਜਾਂਦਾ ਸੀਗਾ ਸਰਕਾਰੀ ਵਕੀਲ ਵੱਲੋਂ, ਇਹਨਾਂ ਨੂੰ ਪਤਾ ਲੱਗ ਜਾਂਦਾ AG ਵੱਲੋਂ ਕਿ ਤੁਹਾਡੇ ਪੁਲਿਸ ਆ ਰਹੇ ਸਰਚ ਵਾਰੰਟ ਲਈ ਆ ਰਿਹਾ, ਬੰਦਾ ਅੱਗੇ ਪਿੱਛੇ ਕਰਦੇ। ਇਹ ਚੱਕ ਕੇ ਹੋਰ ਥਾਣੇ ਚ ਲੈ ਜਾਂਦੇ ਸੀ, ਸਰਚ ਵਾਰੰਟ ਵਾਲਾ ਆਉਂਦਾ ਸੀ ਸਰਚ ਕਰਕੇ ਚੱਲ ਜਾਂਦਾ ਸੀ, ਬੰਦਾ ਨਹੀਂ ਸੀ ਮਿਲਦਾ, ਇਹ ਕੁਛ ਚੱਲਦਾ ਰਿਹਾ। ਲੇਕਿਨ ਜਿਹੜੀ ਹੁਣ ਦੀ ਹਾਲਾਤ ਆ, ਹੁਣ ਹਾਲਾਤ ਬਦਲ ਚੁੱਕੇ ਨੇ, ਹੁਣ ਉਹ ਗੱਲ ਨਹੀਂ ਗੀ, ਹੁਣ ਕੋਰਟਾਂ ਵੀ ਸਟ੍ਰਿਕਟ ਨੇ ਤੇ ਹੁਣ ਉੱਪਰੋਂ ਇਨਫੋਰਮੇਸ਼ਨ ਵੀ ਨਹੀਂ ਮਿਲਦੀ ਹੈ, ਇਹ ਬੜਾ ਕੁਛ ਜਿਹੜਾ ਉਹ ਬਦਲ ਗਿਆ। ਇਸ ਕਰਕੇ ਨੈਨਸੀ ਵਾਲਾ ਜਿਹੜਾ
ਉਹ ਮਸਲਾ ਤਾਂ ਠੰਡੇ ਬਸਤੇ ਚ ਪੈ ਗਿਆ। ਹੁਣ ਕੁਛ ਪੱਤਰਕਾਰਾਂ ਦੀ ਨੈਨਸੀ ਨਾਲ ਲੱਗਦੀ ਵੀ ਸੀ, ਇਸ ਕਰਕੇ ਪੋਸਟਾਂ ਵੱਧ ਪੈਂਦੀਆਂ। ਉਹਦੇ ਚ ਪੀਟੀਸੀ ਵਾਲਾ ਵੀ ਮਸਲਾ ਦੇਖੋ, ਕਹਿੰਦੇ ਸੀ ਇੱਕ ਹਫ਼ਤੇ ਚ ਇਹ ਕਰਾਂਗੇ, ਐਸ ਟੀ ਪੀ ਸੀ ਆਪਣਾ ਚੈਨਲ ਸ਼ੁਰੂ ਕਰੇਗੀ, ਉਹ ਡੈਮੇਜ ਕੰਟਰੋਲ ਕਰਕੇ ਮੁੜ ਕੇ ਆਊਂ ਕਤਾਊਂ, ਹੈਨਾ, ਕਿਉਂਕਿ ਉਹ ਡੀਲ ਏਦਾਂ ਦੀ ਹੈ 24 ਚ ਵੈਸੇ ਖਤਮ ਜਾਂ 23 ਚ ਖਤਮ ਹੋਣੀ ਹੈ, ਕਿਉਂਕਿ ਉਹਦੇ ਚ ਵੱਡਾ ਰੈਵਨਿਊ ਜਨਰੇਟ ਹੁੰਦਾ ਨਾ ਪੀਟੀਸੀ ਨਾਲ ਦਰਬਾਰ ਸਾਹਿਬ ਟੈਲੀਕਾਸਟ ਦਾ। ਸੋ ਉਹ ਵੀ ਕਾਰਨ ਹੈਗੇ ਨੇ, ਪਰ ਉਹ ਵਕਤੀ ਤੌਰ ਤੇ ਸਟੇਟਮੈਂਟਾਂ ਦੇ ਗਏ ਨੇ, ਮੁੜ ਕੇ ਅਗਲਾ ਭੁੱਲ ਭੁਲਾ ਜਾਂਦਾ ਜੀ। ਨਹੀਂ ਉਹ ਇਸੇ ਤਰ੍ਹਾਂ ਹੀ ਹੁੰਦਾ, ਉਹ ਤਾਂ ਪਤਾ ਹੀ ਆ, ਇਹ ਅੱਜ ਕੋਈ ਨਵਾਂ ਥੋੜੀ ਹੋਇਆ, ਇਹ ਪਹਿਲਾਂ ਵੀ ਹੁੰਦਾ ਆਇਆ ਤੇ ਅਗਾਂਹ ਵੀ ਹੁੰਦਾ ਰਹਿਣਾ ਵਾ। ਇਹ ਵਕਤੀ ਸਟੇਟਮੈਂਟਾਂ ਨੇ। ਦੂਸਰੀ ਗੱਲ ਆ, ਜਦੇ ਵਾਰ ਨੇ ਉਦੋਂ ਕਹਿਤਾ ਇੰਨੇ ਦਿਨਾਂ ਚ ਆਹ ਕਰ ਦੋ ਉਹ ਕਰ ਦੋ, ਮੁੜ ਕੇ ਸਭ ਕੁਛ ਠੰਡਾ ਪੈ ਗਿਆ। ਇਹ ਕੱਲਾ ਇਹੀ ਥੋੜੀ ਹੋਇਆ, 324 ਸਰੂਪਾਂ ਵਾਲੇ ਚ ਕਿੰਨੀ ਲਾਲਾ ਲਾਲਾ ਹੋਈ ਸੀਗੀ, ਬਾਅਦ ਚ ਉਹ ਗੱਲ ਵਿਚੋਂ ਹੋਰ ਨਿਕਲੀ ਤੇ ਮਸਲਾ ਠੰਡਾ ਪੈ ਗਿਆ। ਇਸ ਤੋਂ ਪਹਿਲਾਂ ਚੱਲ ਜਦੋਂ 2019 ਦੇ ਵਿਚ ਇੱਕ ਮਸਲਾ ਉੱਠਿਆ ਸੀ, ਸੁਖਬੀਰ ਬਾਦਲ ਨੇ ਇੱਕ ਸਟੇਟਮੈਂਟ ਦੇ ਦਿੱਤੀ ਸੀ ਕਿ ਜਿਹੜੀਆਂ ਜ਼ਰੂਰੀ ਵਸਤਾਂ ਸੀਗੀਆਂ, ਜਿਹੜੀਆਂ ਇਤਿਹਾਸਕ ਦਸਤਾਵੇਜ਼ ਸੀਗੇ, ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਕਹਿੰਦਾ ਭਾਰਤੀ ਫੌਜ ਲੈ ਗਈ, ਉਹ ਵਾਪਸ ਨਹੀਂ ਆਈ। ਤਾਂ ਉਹਦੇ ਬਾਅਦ ਅਗਲਿਆਂ ਨੇ ਨਾਲ ਦੀ ਨਾਲ ਦੱਸਤਾ ਵੀ ਕੀ ਕੁਛ ਵਾਪਸ ਆਇਆ, ਫਰਲਾ ਫੜਾ ਤਾ ਸਾਹਮਣੇ। ਫਿਰ ਅਕਾਲੀ ਦਲ ਨੇ ਐਸ ਜੀ ਪੀ ਸੀ ਨੂੰ ਕਿਹਾ, ਐਸ ਜੀ ਪੀ ਸੀ ਨੇ ਇੱਕ ਕਮੇਟੀ ਬਣਾ ਤੀ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਚ, ਲੇਕਿਨ ਉਹ ਕਮੇਟੀ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਤੇ ਕੀ ਵਾਪਸ ਆਇਆ ਕੀ ਨਹੀਂ ਆਇਆ, ਕੀ ਲੈ ਕੇ ਗਏ, ਕਿਹੜੇ ਜਹਾਜ਼ ਚ ਕਿੰਨੀਆਂ ਬੋਰੀਆਂ ਭਰ ਕੇ ਲੈ ਕੇ ਗਏ, ਉਹ ਚੋ ਕੀ ਵਾਪਸ ਆਇਆ ਕੀ ਨਹੀਂ ਆਇਆ, ਅੱਜ ਤੱਕ ਉਹਦਾ ਕੋਈ ਵੀ ਉਹਦੇ ਤੇ ਨਾ ਮੀਟਿੰਗ ਹੋਈ ਨਾ ਕਿਸੇ ਨੇ ਦੁਬਾਰਾ ਦੱਸਿਆ। ਸੋ ਇਸ ਕਰਕੇ ਇਹ ਤਾਂ ਗੱਲਾਂ ਨੇ, ਗੱਲਾਂ ਖੜਦੀਆਂ ਨੇ ਚਲੀਆਂ ਜਾਂਦੀਆਂ ਨੇ। ਰਹਿ ਗਈ ਗੱਲ ਹੁਣ ਨਿੱਜਰ ਸਾਹਿਬ ਵਾਲੀ, ਦੇਖੋ ਗੱਲ ਇਹ ਆ ਕਿ ਭਾਰ ਸਿੰਘਪੁਰਾ ਜਿਹੜਾ ਪਿੰਡ ਸੀ ਉਹ ਬੜਾ ਮਸ਼ਹੂਰ ਸੀਗਾ, ਖਾਸ ਕਰ ਖਾੜਕੂਆਂ ਦੇ ਲੁਕਣ ਦਾ ਬੜੀ ਵੱਡੀ ਛੁਪਨਗਾਹ ਸੀ ਉਹ ਪਿੰਡ ਦੇ ਵਿੱਚ। ਨਾ ਪਰਮਿੰਦਰ, ਬਹੁਤ ਲੋਕ ਨਾ ਖੇਤਾਂ ਚ ਆਪਣੇ ਘਰ ਬਣਾ ਕੇ ਰਹਿੰਦੇ ਆ ਤੇ ਉਹਦੇ ਚ ਛੁਪਨਗਾਹ ਬੜੀ ਤਕੜੀ ਸੀ। ਭਾਰ ਸਿੰਘਪੁਰਾ ਮਤਲਬ ਮਸ਼ਹੂਰ ਆ, ਫਲੌਰ ਦੇ ਨੇੜੇ ਪਿੰਡ ਜਿਹੜਾ ਨਾ ਉਹ ਬਹੁਤ ਮਸ਼ਹੂਰ ਰਿਹਾ ਉੱਥੇ। ਤੇ ਉਸ ਕਰਕੇ ਇਹ ਆ ਕਿ ਚਲੋ ਹੁਣ ਜੋ ਮਰਜ਼ੀ ਆ, ਉਹਦੇ ਅਗੇਂਸਟ ਚਾਰਜਸ਼ੀਟ ਫਾਇਲ ਹੋਵੇ, ਉਹਦੇ ਇਨਾਮ ਰੱਖਿਆ ਜਾਵੇ, ਉਹਦੇ ਜੋ ਮਰਜ਼ੀ ਕਰੀ ਜਾਣ। ਗਲਤ ਇਹ ਹੈ ਕਿ ਬੰਦਾ ਜਿਸ ਕੰਟਰੀ ਦਾ ਜਾ ਕੇ ਸਿਟੀਜਨ ਬਣ ਕੇ ਬੈਠ ਗਿਆ, ਉਹਨਾਂ ਕੰਟਰੀਆਂ ਤੋਂ ਹਵਾਲਗੀ ਏਡੀ ਸੌਖੀ ਨਹੀਂ ਗੀ। ਹਾਂ, ਜਿਹੜੇ ਬੰਦਿਆਂ ਕੋਲ ਸਿਟੀਜਨਸ਼ਿਪ ਨਹੀਂ ਗੀ ਉਹ ਬੰਦਿਆਂ ਦੀ ਹਵਾਲਗੀ ਹੋ ਸਕਦੀ, ਬਾਕੀ ਕਿਸੇ ਦੀ ਨਹੀਂ ਹੋਣੀ। ਬਾਕੀ ਤਾਂ ਕੇਵਲ ਕਾਗਜ਼ੀ ਕਾਰਵਾਈ ਰਹਿ ਜਾਣੀ, ਇਸ ਤੋਂ ਅੱਗੇ ਨਹੀਂ ਵਧਣਾ। ਹੁਣ ਤੁਸੀਂ ਇੱਥੇ ਜੋ ਮਰਜ਼ੀ ਚਾਰਜਸ਼ੀਟ ਪੇਸ਼ ਕਰੀ ਜੋ ਮਰਜ਼ੀ ਨਾਮ ਰੱਖੀ ਜੋ, ਜਦੋਂ ਬੰਦਾ ਤੁਹਾਨੂੰ ਪਤਾ ਇੰਨੇ ਲੰਬੇ ਸਮੇਂ ਤੋਂ ਵਾਂਟਡ ਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਸ ਬੰਦੇ ਲਈ ਇੱਕੋ ਚਾਹੀਦਾ, ਤੁਸੀਂ ਇੰਟਰਪੋਲ ਤੱਕ ਜਾਓ, ਇੰਟਰਪੋਲ ਨੂੰ ਕਹੋ ਕਿ ਇਹ ਬੰਦਾ ਸਾਨੂੰ ਵਾਂਟਡ ਆ। ਹੁਣ ਤੁਸੀਂ ਗੋਲਡੀ ਬਰਾੜ ਦਾ ਨਾਮ ਰੱਖੀ ਜਾਂਦੇ ਹੋ। ਪ੍ਰੋਬਲਮ ਇਹ ਵੀ ਹੈ ਨਾ ਕਿ ਉਸ ਬੰਦੇ ਦੀ ਕੀ ਵਾਕਈ ਇਨਵੋਲਵਮੈਂਟ ਹੈ। ਮੇਰੇ ਖਿਆਲ ਹਰਦੀਪ ਸਿੰਘ ਨਿੱਜਰ ਹੋਰਾਂ ਵੱਲੋਂ ਆਪਣੇ ਤੌਰ ਤੇ ਕੋਈ ਸਟੇਟਮੈਂਟ ਵੀ ਨਹੀਂ, ਹਾਲਾਂਕਿ ਉਹਦੇ ਪਿੰਡ ਦਾ ਮਸਲਾ ਹੈ, ਅਰਸ਼ਦੀਪ ਜਿਹੜਾ ਮਹਿਣਾ ਪਿੰਡ ਦਾ ਉਹਦੇ ਰਾਹੀਂ ਇਹ ਕਤਲ ਹੋਇਆ, ਤੇ ਉਹ ਮਹਿਣਾ ਪਿੰਡ ਵਾਲਾ ਮਾਰਨ ਵਾਲਾ ਵੀ ਪੰਡਤ ਹੈ ਮੁੰਡਾ, ਕਮਲਦੀਪ ਸ਼ਰਮਾ, ਹੈਨਾ, ਸਮਾਨ ਯੂਪੀ ਤੋਂ ਜਿਹੜਾ ਹੈਗਾ ਗਗਨਦੀਪ ਨੇ ਭੇਜਿਆ। ਪਰ ਆਪਣੇ ਤੌਰ ਤੇ ਹਰਦੀਪ ਸਿੰਘ ਨਿੱਜਰ ਇਹਨੂੰ ਡਿਨਾਈ ਕਰਦੇ ਨੇ ਕਿ ਨਹੀਂ? ਮੈਂ ਕੋਈ ਬਿਆਨ ਉਹਨਾਂ ਦਾ ਸੁਣਿਆ ਨਹੀਂ ਕਦੇ ਕਿ ਨਹੀਂ ਇਹਦਾ ਮੇਰਾ ਇਸ ਕੇਸ ਨਾਲ ਕੋਈ ਵਾਸਤਾ ਨਹੀਂ, ਕਿਉਂਕਿ ਹਿੰਦੂ ਸਿੱਖ ਦਾ ਮਸਲਾ ਇਹ ਤਾਂ ਬਣਦਾ ਕਿਉਂਕਿ ਉਹ ਖਾਲਿਸਤਾਨ ਮੂਵਮੈਂਟ ਨਾਲ ਜੁੜੇ ਹੋਏ ਨੇ ਤੇ ਸਿੱਖ ਨੇ, ਤੇ ਇੱਧਰ ਜਿਹੜਾ ਮਰਨ ਵਾਲਾ ਉਹ ਹਿੰਦੂ ਹੈ, ਹਾਲਾਂਕਿ ਮਾਰਨ ਵਾਲਾ ਵੀ ਹਿੰਦੂ ਹੈ ਕਮਲਦੀਪ ਸ਼ਰਮਾ ਨਾਲ, ਉਹਦੇ ਦੂਸਰਾ ਮੁੰਡਾ ਸਿੱਖ ਹੈ। ਸੋ ਉਹ ਹਿੰਦੂ ਤੇ ਸਿੱਖ ਦਾ ਟ੍ਰੈਂਗਲ ਇੱਥੇ ਬਣਦਾ, ਜਾਂ ਤਾਂ ਕੋਈ ਪਿੰਡ ਦੀ ਜਿੱਦ ਬਹਿਸ ਹੈ ਜਾਂ ਕੋਈ ਹਿੰਦੂ ਸਿੱਖ ਦੀ ਜਿੱਦ ਬਹਿਸ ਹੈ, ਪਰ ਇਹ ਮਸਲਾ ਹਿੰਦੂ ਤੇ ਸਿੱਖ ਦਾ ਉੱਭਰ ਰਿਹਾ ਜਿਹੜਾ ਮੰਦਭਾਗਾ ਸੋਸਾਇਟੀ ਦੇ ਵਾਸਤੇ। ਪਰ ਕੀ ਨਿੱਜਰ ਸਾਹਿਬ ਹੋਰਾਂ ਵੱਲੋਂ ਕਦੇ ਕੋਈ ਸਟੇਟਮੈਂਟ ਸੁਣੀ ਹੈ? ਹਰਦੀਪ ਸਿੰਘ ਨਿੱਜਰ ਕੀ ਕਹਿੰਦੇ ਨੇ ਇਸ ਮਾਮਲੇ ਚ? ਪਰਮਿੰਦਰ, ਕਦੀ ਨੀ ਸੁਣੀ ਆਪਾਂ, ਅੱਜ ਤੱਕ ਤੱਕ ਤੀ ਆਈ ਨੀ। ਹਾਂ ਜੀ, ਇਨਵੋਲਵਮੈਂਟ ਨਹੀਂ ਡਿਨਾਈ ਹੋਣਾ ਚਾਹੀਦਾ ਉਹਨਾਂ ਵੱਲੋਂ ਕਿ ਮੇਰੇ ਤੇ ਸਿਆਸੀ ਇਹ ਕੁਛ ਕੀਤਾ ਜਾ ਰਿਹਾ। ਠੀਕ ਹੈ ਜੇ ਉਹਨਾਂ ਦੀ ਖਾਲਿਸਤਾਨ ਦੀ ਮੂਵਮੈਂਟ ਹੈ ਉਹ ਇੱਕ ਵੱਖਰੀ ਚੀਜ਼ ਹੈ, ਪਰ ਜੇ ਉਹਨਾਂ ਦੇ ਉੱਤੇ ਦੋਸ਼ ਚਾਰਜਸ਼ੀਟ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਡਿਨਾਈ ਤਾਂ ਕਰਨਾ ਚਾਹੀਦਾ ਜਾਂ ਫਿਰ ਐਕਸੈਪਟ ਕਰ ਲੈਣਾ ਚਾਹੀਦਾ, ਕਲੀਅਰ ਹੋ ਜਾਵੇ। ਨਹੀਂ ਪਰਮਿੰਦਰ, ਮੇਰੇ ਹਿਸਾਬ ਨਾਲ ਅੱਜ ਤੱਕ ਨਾ ਜਿਹਦੇ ਲਈ ਇੰਟਰਪੋਲ ਦੇ ਵੀ ਵਾਰੰਟੀ ਇੰਟਰਪੋਲ ਦੇ ਰਾਹੀਂ ਵੀ ਇਸ਼ੂ ਹੋਏ ਕਦੀ ਕਿਸੇ ਨੇ ਡਿਨਾਈ ਕੀਤਾ ਹੀ ਨਹੀਂ। ਅਗਲਾ ਕਹਿੰਦਾ ਮੈਂ ਮੀਡੀਆ ਸਾਹਮਣੇ ਕਿਉਂ ਜਾਵਾਂ, ਜਦੋਂ ਮੈਂ ਆ ਗਿਆ ਛੱਡਤਾ ਗੱਲ ਖਤਮ ਆ, ਮੈਂ ਉੱਥੇ ਜਾਣਾ ਹੀ ਨਹੀਂ। ਅਗਲਾ ਕਾਹਦੇ ਵਾਸਤੇ ਆਊਗਾ, ਕਾਹਦੇ ਵਾਸਤੇ ਆਪਣੀ ਆਈਡੈਂਟੀ ਸ਼ੋਅ ਕਰੂਗਾ ਉੱਥੇ, ਹੋਰ ਵੀ ਦਸਾਂ ਨੂੰ ਪਤਾ ਲੱਗੇ। ਅਗਲਾ ਕਹਿੰਦਾ ਚੁੱਪ ਰਹੋ, ਜੋ ਕੁਛ ਕਰਦੇ ਕਰੀ ਜਾਣ ਦੋ,
ਜਦੋਂ ਮੇਰੀ ਵਾਲਗੀ ਨਹੀਂ ਹੋ ਸਕਦੀ ਮੈਂ ਇਹਦੇ ਤੋਂ ਕੀ ਲੈਣਾ ਅਗਲਾ ਚੁੱਪ ਨਹੀਂ ਪਰ ਉਹਦੇ ਚ ਫਿਰ ਗੱਲ ਇਹ ਹੈ ਨਾ ਉਹ ਹਿੰਦੂ ਭਾਈਚਾਰੇ ਚ ਤਾਂ ਇਹ ਮੈਸੇਜ ਜਾਂਦਾ ਹੀ ਹੈ ਕਿ ਦੇਖੋ ਇਹਦੇ ਚ ਇਹ ਖਾਲਿਸਤਾਨੀ ਇਨਵੋਲਵ ਹੈ ਪ੍ਰੋਬਲਮ ਇਹ ਵੀ ਹੈ ਨਾ ਉਹ ਲੱਕ ਦੇਖੋ ਉਹ ਤਾਂ ਹੋ ਹੀ ਜਾਣਾ ਉਹਦੇ ਜਿਹਦਾ ਜੋ ਮਰਜ਼ੀ ਬਣਾ ਦੇਣ ਪਰਮਿੰਦਰ ਆਪਾਂ ਉਹ ਦੌਰ ਦੇਖੇ ਆ ਉਹ ਦੌਰ ਦੇ ਵਿੱਚ ਜੋ ਮਰਜ਼ੀ ਜਿਹਦੇ ਗੱਲ ਮਰਜ਼ੀ ਮੜ ਦਿੰਦੇ ਸੀ ਬਿਲਕੁਲ ਖੈਰ ਇਹ ਗੱਲਾਂ ਪਰਮਿੰਦਰ ਕਰਨੀਆਂ ਸੌਖੀਆਂ ਨੇ ਮੈਂ ਤੇ ਬੜਾ ਕੁਛ ਦੇਖਿਆ ਹੋਇਆ ਨਾ ਤੁਸੀਂ ਉਹ ਦੌਰ ਛੱਡੋ ਪਿੰਡ ਦਾ ਇੱਕ ਟੁੱਟਾ ਜਿਹਾ ਸਰਪੰਚ ਹੁੰਦਾ ਉਹਦੇ ਕੋਲ ਪਾਵਰ ਆ ਜਾਵੇ ਉਹ ਮੈਂ ਤਾਂ ਉਹ ਹਾਲਾਤਾਂ ਦੇਖੀਆਂ ਪਿੰਡ ਚ ਮੱਝਾਂ ਚੋਰੀ ਹੋ ਜਾਣ ਅਗਲਾ ਜਾ ਕੇ SH ਨੂੰ ਕਹਿਆ ਉਹ ਬੰਦਾ ਜਿਹੜਾ ਨਾ ਉਹਦੇ ਤੇ ਸ਼ੱਕ ਆ ਉਹ ਮੱਝਾਂ ਲੱਗਿਆ ਮੱਝਾਂ ਕਿਸੇ ਦੀਆਂ ਚੋਰੀ ਕੋਈ ਕਰਕੇ ਲੱਗਿਆ ਤੇ ਚੱਕ ਕੇ ਥਾਣੇ ਕਿਸੇ ਨੂੰ ਲਿਜਾ ਕੇ ਬਿਠਾ ਦਿੱਤਾ ਉਹ ਬਾਅਦ ਚ ਗੱਲ ਕਲੀਅਰ ਹੋਈ ਕਹਿੰਦੇ ਜੀ ਸਰਪੰਚ ਕਹਿ ਗਿਆ ਮੁੜ ਕੇ ਸਰਪੰਚ ਤੇ ਜੁੱਤੀਆਂ ਪੈਣ ਲੱਗ ਗਈਆਂ ਸਰਪੰਚ ਚਾਰ ਦਿਨ ਘਰੋਂ ਗਾਇਬ ਇਸ ਕਰਕੇ ਪਰਮਿੰਦਰ ਇੱਕੋ ਚੱਲਦਾ ਕਿ ਤੁਸੀਂ ਜਿਹਦਾ ਜੋ ਮਰਜ਼ੀ ਨਾ ਲੈ ਦੋ ਜੋ ਮਰਜ਼ੀ ਕਰ ਦੋ ਕਰ ਚੱਲਦਾ ਹੁੰਦਾ ਆਪਾਂ ਨੂੰ ਪਤਾ ਕੇਸ ਸੋਲਵ ਕਰਨ ਲਈ ਕੀ ਹੋਇਆ ਗੁਰਨਾਮ ਸਿੰਘ ਬੰਡਾਲਾ ਕੌਣ ਸੀ ਉਹਨੇ ਸਿੱਖ ਸਟੂਡੈਂਟ ਫੈਡਰੇਸ਼ਨ ਆਪਣੀ ਬਣਾਈ ਹੋਈ ਸੀ ਗੁਰਨਾਮ ਸਿੰਘ ਬੰਡਾਲੇ ਨੂੰ ਪਰਮਰਾਜ ਉਮਨਾ ਨੰਗਲ ਜਦੋਂ ਆਪਣੇ ਇਹ ਰੋਪੜ ਸੀ ਇਹਨਾਂ ਨੇ ਇੱਕ ਬੰਦਾ ਇਨਕਾਊਂਟਰ ਕਰਤਾ ਉੱਤੇ ਇਹਨਾਂ ਕਿਹਾ ਜੀ ਉਹ ਗੁਰਨਾਮ ਸਿੰਘ ਬੰਡਾਲਾ ਚਲੋ ਇਹਨਾਂ ਨਾਮ ਵੀ ਲੈ ਲਿਆ ਸਭ ਕੁਛ ਕਰ ਲਿਆ ਤੇ ਕਾਗਜ਼ਾਂ ਚ ਸਭ ਕੁਛ ਖਤਮ ਵੀ ਕਰ ਦਿੱਤਾ ਅਗਲਾ ਬੰਦਾ 15 ਸਾਲਾਂ ਬਾਅਦ ਆ ਕੇ ਪੇਸ਼ ਹੋ ਗਿਆ ਉਹ ਕਹਿੰਦਾ ਮੈਂ ਤਾਂ ਜਿਉਂਦਾ ਅਜੇ ਵੀ ਉਹ ਕੇਸ ਲਟਕਿਆ ਹੋਇਆ ਹਾਈ ਕੋਰਟ ਚ ਉਹ ਕਹਿੰਦੇ ਦੱਸੋ ਉੱਥੇ ਬੰਦਾ ਕਿਹੜਾ ਮਾਰਿਆ ਤੁਸੀਂ ਬੰਦਾ ਤਾਂ ਬੈਠਾ ਉਹ ਬੰਦਾ ਮੁੜ ਕੇ ਜੇ ਸਾਰੇ ਕੇਸਾਂ ਚ ਬਰੀ ਹੋ ਕੇ ਬਾਹਰ ਵੀ ਆ ਗਿਆ ਕਿਉਂਕਿ ਉਹ ਚੁੱਪ ਕਰਕੇ ਬਾਹਰ ਨਿਕਲ ਗਿਆ ਆਰਾਮ ਨਾਲ ਬੈਠਾ ਰਿਹਾ ਜਦੋਂ ਐਨ ਠੰਡ ਠੰਡਾ ਦੌਰ ਜਿਹਾ ਹੋ ਗਿਆ ਉਦੋਂ ਆ ਕੇ ਉਹ ਪੇਸ਼ ਹੋ ਗਿਆ ਉਹ ਕਹਿੰਦਾ ਜੀ ਆਹ ਜਿਹੜਾ ਬੰਦਾ ਇਹਨਾਂ ਇਨਕਾਊਂਟਰ ਕੀਤਾ ਉਹ ਤਾਂ ਬੇਸਿਕਲੀ ਮੈਂ ਆ ਤੇ ਮੈਂ ਤਾਂ ਡਰਦਾ ਭੱਜ ਗਿਆ ਸੀਗਾ ਮੈਨੂੰ ਦੱਸੋ ਮੇਰਾ ਕਸੂਰ ਕੀ ਆ ਤੇ ਜਦੋਂ ਹਾਈ ਕੋਰਟ ਨੇ ਕਿਹਾ ਹੁਣ ਉਦੋਂ ਤੱਕ ਪੁਲਿਸ ਚ ਇੰਨਾ ਦਮ ਵੀ ਨਹੀਂ ਸੀਗਾ ਕਿ ਜਿਹਨੂੰ ਮਰਜ਼ੀ ਚੱਕ ਕੇ ਇਨਕਾਊਂਟਰ ਕਰ ਦੋ ਤੇ ਮਾਂ ਚ ਉਹਦੇ ਜਿਹੜੇ ਕੇਸ ਸੀ ਉਹਨਾਂ ਕੇਸਾਂ ਚ ਉਹਨੂੰ ਜੇਲ੍ਹ ਭੇਜਿਆ ਅਖੀਰ ਉਹ ਸਾਰੇ ਕੇਸਾਂ ਚ ਬਰੀ ਹੋਇਆ ਬਰੀ ਹੋ ਕੇ ਬਾਹਰ ਆ ਗਿਆ ਉਹਦੇ ਚ ਦੇਖੋ ਮੈਂ ਤੁਹਾਡੀ ਗੱਲ ਚ ਵਾਧਾ ਕਰਦਾ ਜਿਹੜਾ ਟ੍ਰੈਂਗਲ ਮੀਡੀਆ ਚ ਆ ਰਿਹਾ ਕਿਉਂਕਿ ਕੁਛ ਜਲੰਧਰੀ ਅਖਬਾਰ ਹੈ ਜਿਹੜੇ ਖੁਦ ਇਸ ਤੋਂ ਪੀੜਿਤ ਨੇ ਉਹ ਇਸ ਕਹਾਣੀ ਨੂੰ ਬਹੁਤ ਤਫਸੀਲ ਚ ਹਾਈਲਾਈਟ ਕਰਦੇ ਨੇ ਤੇ ਉਹ ਕਹਾਣੀ ਕਿਤੇ ਨਾ ਕਿਤੇ ਉਹ ਪ੍ਰੂਵ ਵੀ ਹੁੰਦੀ ਹੈ ਕਿ ਹਾਂ ਇਹ ਚ ਮੀਟਿੰਗ ਹੋਈ ਹੁਣ ਤੁਸੀਂ ਵੇਖੋ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਕੌਂਸਲ ਜਰਨਲ ਨੇ ਪਾਕਿਸਤਾਨ ਦੇ ਕੈਨੇਡਾ ਦੇ ਵਿੱਚ ਜਿਸ ਦਿਨ ਕੈਨੇਡਾ ਦੇ ਵਿੱਚ ਰੈਫਰੈਂਡਮ 2020 ਹੋਇਆ ਉਸ 2020 ਤੇ ਰੈਫਰੈਂਡਮ ਹੋਇਆ ਖਾਲਿਸਤਾਨ ਦਾ ਸਿੱਖਸ ਫਾਰ ਜਸਟਿਸ ਵੱਲੋਂ ਉਸੇ ਦਿਨ 18 ਸਤੰਬਰ ਨੂੰ ਜਿਹੜੇ ਪਾਕਿਸਤਾਨ ਦੇ ਕੌਂਸਲ ਜਰਨਲ ਨੇ ਜਨਵਾਜ ਖਾਨ ਉਹ ਵੈਨਕੂਵਰ ਦੇ ਦੋ ਗੁਰੂ ਘਰਾਂ ਚ ਗਏ ਉਹ ਦੋ ਗੁਰੂ ਘਰ ਵੀ ਜਿੱਥੇ ਖਾਲਿਸਤਾਨੀਆਂ ਦੀ ਪੈਂਟ ਹੈ ਅਸਲ ਦੇ ਵਿੱਚ ਉਹਨਾਂ ਨੇ ਤਾਂ ਦੌਰਾ ਇਹ ਕੀਤਾ ਕਿ ਪਾਕਿਸਤਾਨ ਚ ਜਿਹੜੇ ਹੜ੍ਹ ਆਏ ਸੀ ਉਹਨਾਂ ਵਾਸਤੇ ਕੁਛ ਰਾਹਤ ਹੈ ਜਿਹੜੀ ਉਹ ਰਵੀ ਸਿੰਘ ਖਾਲਸਾ ਜਾਂ ਹੋਰ ਵੀ ਗਏ ਕਿਉਂਕਿ ਕਿਤੇ ਵੀ ਕੋਈ ਹੁੰਦਾ ਤੇ ਈਵਨ ਹੋਰਨਾਂ ਮੁਲਕਾਂ ਚ ਵੀ ਹੁੰਦਾ ਤਾਂ ਫਿਰ ਜਿਹੜੇ ਗੁਰੂ ਘਰਾਂ ਵੱਲੋਂ ਰਾਹਤ ਜਾਂਦੀ ਹੈ ਇਵਨ ਨੇਪਾਲ ਚ ਵੀ ਜਾਂਦੀ ਹੈ ਜਦੋਂ ਨੇਪਾਲ ਚ ਇਹ ਚੀਜ਼ਾਂ ਸੀ ਸਿੱਖ ਡੋਨੇਟ ਕਰਦੇ ਨੇ ਪਰ ਹੁਣ ਪਾਕਿਸਤਾਨ ਚ ਜਦੋਂ ਹੜ੍ਹਾਂ ਵਾਸਤੇ ਇਹ ਗੁਰੂ ਘਰਾਂ ਦੇ ਵਿੱਚੋਂ ਗਿਆ ਈਵਨ ਨਿਊਜ਼ੀਲੈਂਡ ਤੋਂ ਵੀ ਗਿਆ ਹੋਰਨਾਂ ਮੁਲਕਾਂ ਤੋਂ ਵੀ ਗਈ ਹੈ ਰਾਹਤ ਪਾਕਿਸਤਾਨ ਨੂੰ ਪਰ ਇਹ ਜਿਹੜੇ ਗੁਰੂ ਘਰ ਨੇ ਇੱਥੇ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਸਮਰਥਕਾਂ ਦਾ ਇੱਥੇ ਪ੍ਰਬੰਧ ਹੈ ਇਹ ਜਿਹੜੇ ਵੈਨਕੂਵਰ ਦੇ ਦੋ ਗੁਰੂ ਘਰ ਨੇ ਉਹ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਉਸੇ ਦਿਨ ਗਏ ਇਤਫਾਕ ਵੀ ਹੋ ਸਕਦਾ 18 ਸਤੰਬਰ ਪਰ ਇਹ ਮੀਡੀਆ ਚ ਇਹ ਮੈਸੇਜ ਆਉਂਦਾ ਕਿ ਜਿਸ ਦਿਨ ਰੈਫਰੈਂਡਮ ਸੀ ਉਸੇ ਦਿਨ ਪਾਕਿਸਤਾਨ ਦਾ ਕੌਂਸਲ ਜਰਨਲ ਜੋ ਕੈਨੇਡਾ ਦੇ ਵਿੱਚ ਹੈ ਜਾਨਵਾਜ ਖਾਨ ਉਹ ਵੈਨਕੂਵਰ ਦੇ ਦੋ ਗੁਰਦੁਆਰੇ ਜੋ ਖਾਲਿਸਤਾਨੀ ਸਮਰਥਕਾਂ ਦੇ ਪ੍ਰਬੰਧ ਅਧੀਨ ਨੇ ਉਹ ਉਹਨਾਂ ਦੇ ਵਿੱਚ ਪੁੱਜੇ ਨੇ ਕਿਉਂਕਿ ਇਹ ਜਿਹੜੇ ਦੋਨੇ ਗੁਰੂ ਘਰ ਨੇ ਉੱਥੋਂ ਦੇ ਦਸ਼ਮੇਸ਼ ਦਰਬਾਰ ਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਹਰਦੀਪ ਸਿੰਘ ਨਿੱਜਰ ਨੇ ਜਿਨ੍ਹਾਂ ਦੇ 10 ਲੱਖ ਰੁਪਈਆ ਇਨਾਮ ਰੱਖਿਆ ਗਿਆ ਇਸ ਕੇਸ ਦੇ ਵਿੱਚ ਵੀ ਨੇ ਪੰਡਿਤ ਦੇ ਕਤਲ ਦੇ ਵਿੱਚ ਉਹ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਵੀ ਹੈ ਇਹ ਚੀਜ਼ ਹੁਣ ਜਦੋਂ ਆਉਂਦੀ ਹੈ ਕਿ ਉਹ ਸੇਮ ਡੇ ਉੱਥੇ ਜਾਂਦੇ ਨੇ ਉਸ ਗੁਰਦੁਆਰੇ 'ਚ ਜਾਂਦੇ ਨੇ ਉਹ ਪਾਕਿਸਤਾਨ ਦਾ ਰਾਜਦੂਤ ਹੈ ਜੀ ਉਹ ਫਿਰ ਇੰਡੀਆ 'ਚ ਜਦੋਂ ਇਹ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ ਤੇ ਇੰਡੀਅਨ ਮੀਡੀਆ ਹਿੰਦੁਸਤਾਨੀ ਮੀਡੀਆ ਤੜਕੇ ਲਾ ਕੇ ਪੇਸ਼ ਕਰਦਾ ਤੇ ਉੱਥੋਂ ਫਿਰ ਹਿੰਦੂ ਸਮਾਜ ਨੂੰ ਇਹ ਜਾਂਦਾ ਕਿ ਯਾਰ ਇਹ ਲੋਕ ਸਾਡੇ ਪੁਜਾਰੀ ਦਾ ਕਤਲ ਕਰਦੇ ਨੇ ਹੁਣ ਇਹ ਨਹੀਂ ਪਤਾ ਕਿ ਪੁਜਾਰੀ ਦੇ ਕਤਲ ਦੇ ਅਸਲ ਕਾਰਨ ਕੀ ਨੇ ਚਲੋ ਉਹਦੀ ਕੋਈ ਗਲਤੀ ਵੀ ਹੋਵੇ ਪਰ ਕਤਲ ਕਰਨਾ ਤਾਂ ਕਿਸੇ ਨੂੰ ਵੀ ਗਲਤ ਹੈ ਭਾਵੇਂ ਉਹ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਪਰ ਜੇ ਉਹਦੇ ਚ ਇਨਵੋਲਵ ਨਹੀਂ ਉਹਨੂੰ ਡਿਨਾਏ ਕਰਨ ਤੇ ਨਹੀਂ ਤਾਂ ਫਿਰ ਉਹ ਮੈਸੇਜ ਮੀਡੀਆ ਕਿਤੇ ਨਾ ਕਿਤੇ ਉਹ ਪੜੋਲ ਬਣਾ ਕੇ ਪੇਸ਼ ਕਰੇਗਾ ਜੀ ਸੁਰਿੰਦਰ ਜੀ ਪਰ ਮੈਨੂੰ ਤੁਸੀਂ ਜਲਨ
ਤੁਸੀ ਜਲੰਧਰੀ ਅਖਬਾਰਾਂ ਦੀ ਗੱਲ ਕੀਤੀ ਆ, ਪਰਮਿੰਦਰ ਮੈਂ ਉਹ ਦੌਰ ਦੇਖਿਆ ਕਿ ਪੁਲਿਸ ਨਾਲ ਇਹਨਾਂ ਦੀ ਕਿੰਨੀ ਗੰਢ ਧੁੱਪ ਸੀਗੀ ਕਿ ਆਪਾਂ ਇੱਕ ਹਾਲਾਤ ਦੇਖੀ ਆ ਕਿ ਜਿਹੜਾ ਵੀ ਇਹਨਾਂ ਦਾ ਡਿਸਟ੍ਰਿਕਟ ਹੈਡਕੁਆਟਰ ਦੇ ਉੱਪਰ ਇੰਚਾਰਜ ਹੁੰਦਾ ਸੀ ਇਸ ਪੂਰੇ ਅਖਬਾਰ ਸਮੂਹ ਦਾ, ਉਹਦੇ ਕੋਲੇ ਜਿੰਨੀਆਂ ਫੋਟੋਆਂ ਜਿਹੜੇ ਬੰਦੇ ਪੀਓ ਡਿਕਲੇਅਰ ਕੀਤੇ ਹੋਏ ਸੀ ਉਹਨਾਂ ਦੀਆਂ ਪੁਲਿਸ ਕੋਲੇ ਹੁੰਦੀਆਂ ਸੀ, ਓਨੀਆਂ ਇਹਨਾਂ ਕੋਲੇ ਹੁੰਦੀਆਂ ਸੀ। ਮੈਂ ਇੱਕ ਨੂੰ ਪੁੱਛ ਲਿਆ, ਮੈਂ ਉਹਦੇ ਦਫ਼ਤਰ ਜਾ ਵੜਿਆ, ਮੈਂ ਉਹਨੂੰ ਕਿਹਾ ਵੀ ਯਾਰ ਪਹਿਲਾਂ ਤਾਂ ਤੁਹਾਡੇ ਪਰਿਵਾਰ ਦਾ ਝਗੜਾ, ਇੱਕ ਬੰਨੇ ਤੁਸੀਂ ਇਹ ਅਖਬਾਰ ਸਾਂਭੀ ਬੈਠੇ ਹੋ, ਤੁਹਾਡੀ ਨਾ ਉਹ ਦੂਜੀ ਸਾਂਭੀ ਬੈਠੀ। ਕਹਿੰਦਾ ਸਾਡੀ ਆਪਸ ਚ ਬਣਦੀ ਨੀ। ਮੈਂ ਕਿਹਾ ਚਲੋ, ਮੈਂ ਕਿਹਾ ਆਹ ਕੀ ਖਲਾਰਾ ਪਾ ਕੇ ਬੈਠਾ, ਇਹ ਕੀ ਆ? ਕਹਿੰਦਾ ਜੀ ਜਦੋਂ ਵੀ ਕਿਸੇ ਦਾ ਐਨਕਾਊਂਟਰ ਹੋ ਗਿਆ ਅਸੀਂ ਨਾਲ ਦੀ ਨਾਲ ਆਹੀ ਫੋਟੋ ਠੋਕ ਦੇਣੀ ਆ। ਮੈਂ ਕਿਹਾ ਤੁਹਾਨੂੰ ਕੌਣ ਦਿੰਦਾ ਇਹ? ਕਹਿੰਦਾ ਸਾਨੂੰ ਪੁਲਿਸ ਦਿੰਦੀ ਹੈ। ਮੈਂ ਪੁਲਿਸ ਨਾਲ ਤੁਹਾਡੀ ਕਿੱਦਾਂ? ਕਹਿੰਦਾ ਸਾਡੀ ਗੰਢ ਧੁੱਪ, ਸਾਡਾ ਆਪਸੀ ਸਹਿਯੋਗ। ਤੁਸੀਂ ਅੰਦਾਜ਼ਾ ਲਾਓ ਕਿ ਉਹ ਪੁਲਿਸ ਉਹਨਾਂ ਨੂੰ ਆਲਰੇਡੀ ਮਤਲਬ ਐਨਕਾਊਂਟਰ ਕਦੋਂ ਹੋਣਾ ਨਹੀਂ ਹੋਣਾ ਉਹ ਬਾਅਦ ਦੀਆਂ ਗੱਲਾਂ, ਬੰਦੇ ਨੇ ਬਚਣਾ ਨਹੀਂ ਬਚਣਾ, ਜਿਉਂਦੇ ਰਹਿਣਾ ਉਹਦੀ ਗ੍ਰਿਫਤਾਰੀ ਪੈਣੀ ਜੇ ਗ੍ਰਿਫਤਾਰੀ ਵੀ ਪੈਣੀ ਆ। ਉਸ ਅਖਬਾਰ ਸਮੂਹ ਕੋਲੇ ਉਹ ਫੋਟੋਆਂ ਪਹਿਲਾਂ ਪਈਆਂ ਹੁੰਦੀਆਂ ਸੀ। ਸਹੀ ਗੱਲ ਹੈ, ਠੀਕ ਹੈ ਨਾ? ਫਿਰ ਉਹਦੇ ਤੋਂ ਤੁਸੀਂ ਕੀ ਆਸ ਰੱਖਦੇ ਹੋ? ਉਹ ਤੇ ਕੁਛ ਕਰੇਗਾ ਹੀ ਕਰੇਗਾ। ਇਸ ਕਰਕੇ ਉਹਨਾਂ ਨੇ, ਉਹਨਾਂ ਦਾ ਕੰਮ ਹੀ ਇੱਕ ਆ ਨਾ। ਤੁਸੀਂ ਦੇਖੋ ਪੰਜਾਬ ਚ ਹੋਇਆ, ਉਹਨਾਂ ਦੀਆਂ ਅਖਬਾਰਾਂ ਬੰਦ ਕਰ ਦਿਓ, ਕੋਈ ਲਊਗਾ ਨੀ। ਜਿਹੜੇ ਹੌਕਰ ਸੀਗੇ ਉਹਨਾਂ ਨੇ ਅੱਡਿਆਂ ਤੇ ਲੈ ਕੇ ਲਾ ਤਾ ਕਿ ਇੱਥੇ ਇਸ ਸਮੂਹ ਦੀਆਂ ਅਖਬਾਰਾਂ ਨਹੀਂ ਮਿਲਦੀਆਂ, ਲੈ ਕੇ ਲਾਇਆ ਹੋਇਆ ਸੀ ਨਾ। ਪਰ ਉਹਦੇ ਬਾਅਦ ਕੀ ਹੋਇਆ? ਅਗਲੇ ਜਾ ਕੇ ਦਿੱਲੀ ਵੱਡਾ ਕੰਮ ਸੈੱਟ ਕਰ ਲਿਆ, ਕੇਂਦਰ ਸਰਕਾਰ ਤੋਂ ਤੇ ਸਟੇਟ ਤੋਂ ਵੱਡੀਆਂ ਰਕਮਾਂ ਬਟੋਰ ਲਈਆਂ ਤੇ ਆਪਦਾ ਕੰਮ ਚਲਾ ਲਿਆ ਉਹਨਾਂ ਨੇ। ਕਈ ਕਾਮਰੇਡ ਅਖਬਾਰਾਂ ਨੇ ਵੀ ਇਹੀ ਕੁਛ ਕੀਤਾ। ਅਖਬਾਰਾਂ ਭਾਵੇਂ ਨਹੀਂ ਚੱਲੀਆਂ ਪਰ ਰਿਕਾਰਡ ਵਧੇਰਾ ਬਣਾ ਗਏ ਨੇ, ਹਨਾ। ਸੋ ਇਹੀ ਕਹਾਣੀ ਹੈ। ਮਰਿਆ ਪੰਜਾਬ ਬਾਈ ਜੀ, ਹਿੰਦੂ ਸਿੱਖ ਮੁਸਲਮਾਨ ਮਰਿਆ, ਉਹੀ ਖੇਡਾਂ ਫਿਰ ਖੇਡੀਆਂ ਜਾ ਰਹੀਆਂ ਨੇ। ਸੋ ਮੌਲਾ ਮੱਤ ਦੇਵੇ, ਇਹਨਾਂ ਸਾਰਿਆਂ ਨੂੰ ਇਹੀ ਕਹਾਂਗੇ ਜੀ। ਸੁਰਿੰਦਰ ਬਾਈ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸੋਮਵਾਰ ਹੁੰਦੀ ਮੁਲਾਕਾਤ, ਤੇ ਕੱਲ ਕੋਸ਼ਿਸ਼ ਕਰਾਂਗੇ ਵੀਡੀਓ ਬਣਾਉਣ ਦੀ ਕੋਈ, ਠੀਕ ਹੈ? ਸਮਾਂ ਲੱਗਿਆ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਐਡਵੋਕੇਟ ਸੁਰਿੰਦਰ ਸਿੰਘ, ਤੇ ਸਾਨੂੰ ਸਪੋਰਟ ਕੀਤਾ ਹੈ, ਕਹਾਣੀ ਸੁਣਾਉਣਾ ਤੁਹਾਨੂੰ ਗੱਪ, ਤੇ ਸਾਨੂੰ ਸਪੋਰਟ ਕੀਤਾ ਗੋਲਡਨ ਕੇ ਐਕਸਸ LLC ਪੈਨਸਲਵੇਨੀਆ ਵਾਲੇ ਨੇ, ਤੇ ਜਿਨ੍ਹਾਂ ਨੂੰ ਆਨਰ ਪੇਟਰਾਂ ਦੀ ਜ਼ਰੂਰਤ ਹੈ, ਰੀਫਰ ਦੇ ਲੋਡ ਤੁਹਾਨੂੰ ਮੁਹੱਈਆ ਕਰਾਉਂਦੇ Larry.Texas ਤੋਂ ਲਵਿਨੀਆ ਮਿਸ਼ੀਗਨ, Larry.Texas ਤੋਂ ਜੌਨਸਨ ਪੈਨਸਲਵੇਨੀਆ ਦੇ ਡਾਇਰੈਕਟ ਲੋਡ ਨੇ। ਤੁਸੀਂ ਅਗਰ ਇਹਨਾਂ ਨੂੰ ਸਾਈਨ ਅਪ ਕਰ ਦਿਓ, ਤੁਹਾਡੀ ਸਹੂਲਤ ਵਾਸਤੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਹੈ। ਸ਼ਿਪਰ ਟੂ ਸ਼ਿਪਰ ਟ੍ਰਾਂਸਫਰ ਲੋਡ ਨੇ, 33 ਤੋਂ 54 ਡਿਗਰੀ ਲੋਡ ਦਾ ਤਾਪਮਾਨ ਹੁੰਦਾ, ਫਰੋਜ਼ਨ ਲੋਡ ਬਹੁਤ ਕਰਨੇ, ਇਸ ਕਰਕੇ ਡੀਜ਼ਲ ਦੀ ਖਪਤ ਘਟਦੀ ਹੈ ਰੀਫਰ ਦੀ, ਤੇ 10% ਕੰਪਨੀ ਆਪਣਾ ਕਮਿਸ਼ਨ ਲੈਂਦੀ ਹੈ। ਵਧੀਆ ਕਿਰਾਏ ਭਾੜੇ ਨੇ, ਮਾਇਕ ਮਦਦ ਵੀ ਕਰਦੇ ਨੇ ਰੀਫਰ ਖਰੀਦਣ ਚ। ਕਾਲ ਕਰੋ ਪ੍ਰਗਟ ਸਿੰਘ ਵੈਦਵਾਨ MD ਨੇ, ਆਫਿਸ ਨੰਬਰ 484-320-6600, 484-320-6700, ਸੈੱਲ ਫੋਨ 302-500-6300-80, 302-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਵੈਦਵਾਨ ਹੋਰਾਂ ਦਾ। ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ, ਰੀਅਲ ਸਟੇਟ ਕਰਦੇ ਨੇ ਡੈਲਸ ਟੈਕਸਸ ਦੇ ਕੰਫਰਟੇਬਲ ਜ਼ੋਨ ਦੇ ਵਿਚ ਕਾਫ਼ੀ ਸਾਲਾਂ ਤੋਂ, ਤੇ ਇੱਥੇ ਤੁਹਾਨੂੰ 3-5 ਲੱਖ ਡਾਲਰ ਦਾ ਘਰ ਵੀ ਦਵਾ ਦੇਣਗੇ ਤੇ ਲੋਨ ਵੀ ਕਰਾ ਦੇਣਗੇ। ਤੇ ਜਿਹੜੇ ਵੀਰ ਕ੍ਰੋਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਦੇ ਵਿਚ ਨੇ, ਉਹਨਾਂ ਦੇ ਲਈ ਇਲਾਕਾ ਕਾਫ਼ੀ ਸੂਟੇਬਲ ਹੈ ਇਨਵੈਸਟਮੈਂਟ ਦੇ ਪੱਖੋਂ। ਇੱਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਤੁਹਾਡੇ ਬੱਚਿਆਂ ਦੀ ਰਿਹਾਇਸ਼ ਦੇ ਵਾਸਤੇ ਬਿਹਤਰ ਪ੍ਰਬੰਧ ਹੋ ਸਕਦਾ। ਤੇ ਕਾਲ ਕਰਨੀ ਹੈ ਤੁਸੀਂ ਜਸਪ੍ਰੀਤ ਸਿੰਘ ਮਾਵੀ, ਡਾਟ ਸਾਹਿਬ ਹੋਰਾਂ ਦਾ ਨੰਬਰ 972-363-3700, 972-363-3700 ਸੈੱਲ ਫੋਨ ਹੈ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ। ਕਮੈਂਟ ਤੁਹਾਡੇ ਬਹੁਤ ਸਾਰੇ ਆਏ ਨੇ, ਮੈਂ ਉਹ ਵੀ ਪੜ੍ਹਦਾ ਤੇ ਤੁਹਾਨੂੰ ਗੱਪ ਸੁਣਾਉਣਾ ਇੱਕ। ਵੈਸੇ ਪੋਲੀਟੀਕਲ ਪਾਰਟੀਆਂ ਦੇ ਭਗਤ ਦਾ ਕਹਿੰਦੇ ਹੋਣੇ ਆ, ਗੱਪ ਹੀ ਸੁਣਾਉਂਦੇ ਆ ਸੁਰਿੰਦਰ ਤੇ ਪਰਮਿੰਦਰ। ਥੈਂਕ ਯੂ ਅਰਸ਼ਪ੍ਰੀਤ ਜੀ, ਭੈਣ ਸਰਬਜੀਤ ਕੌਰ, ਯੂਟਿਊਬ ਤੇ ਮੁਕੱਦਰ ਸਿੰਘ, ਰਵਿੰਦਰ ਜੋਸ਼ਨ, ਜਿੰਮੀ ਜੀ, ਬਲਰਾਮ ਧਾਲੀਵਾਲ, ਮੁਕੱਦਰ ਜੀ 13 ਲਾਈਕ ਤੁਹਾਡਾ ਤੇ 143 ਲਾਈਕ ਹੈ, ਥੈਂਕ ਯੂ। ਬਲਦੇਵ ਸਿੰਘ ਬਠਿੰਡਾ ਤੋਂ, ਹਰਪਾਲ ਸਿੰਘ ਸੰਧੂ, ਮੁਕੱਦਰ ਜੀ, ਪਰਮਜੀਤ ਸਿੰਘ ਕਾਹਲੋਂ ਸਾਹਿਬ ਆਪਣੇ ਸਬਸਕ੍ਰਾਈਬਰ ਨੇ, ਬਾਈ ਜੀ ਬਲਰਾਜ ਸੰਧੂ ਅੰਕਲ ਸਬਸਕ੍ਰਾਈਬਰ ਨੇ, ਤੇ ਨਿਰਮਲ ਜੀਤ ਭੁੱਲਰ ਸਿੱਧੂ, ਤੇ ਜਿਮੀ ਕਾਰਟਰ, ਥੈਂਕ ਯੂ। ਜਗਤਾਰ ਸਿੰਘ, ਥੈਂਕ ਯੂ ਜੀ। ਬਾਈ ਜੀ ਜਦੋਂ ਜਲੀਲ ਕਰਦੇ ਆ DC ਰੋਊਗੀ ਨੀ ਵਿਚਾਰੀ, ਹੋਰ ਕੀ ਹੋਵੇ। ਪਰਮਜੀਤ ਜੀ ਥੈਂਕ ਯੂ, ਕਰਨ ਸਿੱਧੂ, ਕਰਨ ਸਰਬਰਾੜ ਮੁਕਤਸਰ ਤੋਂ, ਨਿਰਮਲ ਭੁੱਲਰ ਸਾਹਿਬ ਮੰਡੀ ਕਲਾਂ ਤੋਂ, ਬਲਦੇਵ ਸਿੰਘ ਬਰਾੜ, ਸ਼ੈਲੀ ਜੀ ਕੇਵਲ ਬਹਿਰੀਨ ਤੋਂ, ਮਨਦੀਪ ਸਿੰਘ, ਸੁਖਮਿੰਦਰ ਸਿੰਘ,
मान राजस्थान तो जोरा सिंह शैली सिंह कुलदीप सिंह रतनगढ़ मनजीत सिंह सुहिलों लाडी जी बलदेव बराड़ नेरी बहुत चल रही है जी। 16 जिले च येलो अलर्ट है जी, मौला मेहर करे। तवा तवा पुठा रख के वेख लो की होएगा यार, माड़ा हाल है। पक्की खेती वेख के की गर्व करे किसान, वाऊ चखड़ चोलियों घर आवे तो जाना। रिस्क फैक्टर हर बिजनेस है जी, किता की जावे। हरपाल सिंह संधु, मैं दिल्ली च इस टाइम 4-5 दिनों तो काफी बारिश हो रही है, संधु साहब कहने। ते निर्मल जी थैंक यू, रामावा सिद्धू साहब, करनैल सिंह थैंक यू जी, मेहरबानी काफी कहने बारिश हो रही है जी। रघबीर सिंह थैंक यू जी, ते निर्मल पोलर सवेर का मीह सह नहीं लै रहा जी, संभावना अजे भी नहीं लगती। हां 25 तक कल तक है जी, देखो सूरज चमकदा। अगर भैन परविंदर कौर, दलवीर रंधावा, गोविंदगढ़ी, अमरदीप सिंह, बूटा सिंह, जगतार सिंह कहते 5 एकड़ च आलूआं की बिजाई की 21 तरीक न जो मीह ने तबाह कर दते, बड़े गेते भी जिवे जी। ते रली मिली गेम है दोनों पार्टियां दी। राम सिद्धू साहब कहते ने जी, रणजीत सिंह ईसेवाल तो, सुखा गरेवाल, सुखजिंदर सिंह बाटवा लाइक वीर थैंक यू, ते हरपाल संधु, साढ़े पिंड 1 किलोमीटर राह है जी, दोनों पासे 5-5 फुट जगह छड़ी है, जिमीदार ने 1 फुट भी नहीं रहने दिता। हां छड़ते नहीं बै जी, वह वाटर रिचार्ज का बहुत वधिया जरिया, पशु पशु भी चल लैंदे ने वेले समय ते, पर गल ये ना कि नहीं हटते लोग। साढ़े एक खेत सीगा, हुण तो चलो बदल गया, उत्थे 2-2.5 वीघे जमीन, मेरे ख्याल 1.5 वीघे जमीन निकलती सी नहर की, साढ़े डहर वाले खेत, वह चलो क्योंकि उदो वेली छड़ी होंदी सी, उहदे च उन्होंने टालियां भी लाईयां, टालियां तो अगे भी खेत खा ली, तो पापा जी उन्होंने पता लगे, उन्होंने केस कूस लड़िया, केस जित भी गए क्योंकि वह वंड ताया जी उन्होंने नाते सी, तो केस असी लड़ रहे, ताया जी उन्होंने होर घुंडी पा ली कोई पिछली कि मैं तो साइन नहीं करता, तो विरोधियों ने शिकायत करती, जितया जताया केस असी हार गए, पर घटो घट मेरे ख्याल 1.5-2 वीघा थां होगा, तो जिहड़ा नहर दे विच आया होया वेले ही पिया बंजर पिया। चलो सो मेरे कहने का मतलब है कि जिथे टालियां सिरे ते लग गईआं ना, वह तो फिर वाहुणा औखा है, जो टाली या कोई दरख्त नहीं है तो फिर किसान ट्रैक्टर फिर गां गां कब्जा करदा ही करदा है, पर वह कुदरती वाटर बॉडीज बन दियां ने, बहुत चंगा। मैंने उत्थे देखा, मैं उत्थे गोहां बहुत सीगियां उस जगह ते, ते उत्थे कई जलचर जीव भी पैदा हो जाते हैं, वाटर रिचार्ज का वधिया जरिया बन जाते हैं, वह खतान जड़े होंगे ने। हरबंस सिंह नाथपुरा थैंक यू, गुरतेज पावरा थैंक यू जी, सरबराड़ मुक्तसर तो, गुरपाल सिंह, गुरप्रीत चीमा, गुरनेक खहरा, हरजस बाला, जौंडियर कहिंदे लाले कोल जहाज होना, भगवंत मान वाले चौपर ते ढो लैंदे आ, लाले कोल जहाज है ने जी, ते जट्टां दा हैगा ना, जट अपना हर थां लैके जांदे आ भाई जी, जट की जे फ्री च संद ना तोड़े। कहिंदा मामी दे पिंड वाह के आए टैंकी आ, भराई फोड तां विकना ही सी, विकना ही सी मेरे भाई, है ना, राज बराड़ ने गीत गाया सी ना, कहिंदा पुत वर्गा फोड ट्रैक्टर जट ने वेचिया रो रो के, उहदे विरोध च इक गीतकार गायक ने गाना गाया सी, बहुत कमाल दा सी, कहिंदा फोड विकण दे कारण इह वी ने, कहिंदा मामी दे पिंड वाह के आए टैंकी आ, भराई फोड दा विकना ही सी, फिर डेरा कोई नहीं छड्या, मस्या संगरांद कोई नहीं छड़ी, बकरे बुलाउंदे जट गए फोड, ते फोड विकूए आई चौपर विकूगा मान साहब दा, मान साहब दा कहदा पंजाब दा चौपर है जिहड़ा विकूगा ही, इलैक्शन गुजरात दी, व्याह जोगे दे ते राट भोगे दे पाई जांदे, मान साहब पंजाब च करजाई पंजाब नूं होर करजाई कराई जांदे, बाणियां थोड़ी पैसा लाउंदा। ਗੁਰਨੇਕ ਖਹਿਰਾ, ਜਗਤਾਰ ਸਿੰਘ ਸੰਧੂ, ਪਰਮਜੀਤ ਸਿੰਘ, ਮੈਂ ਸੁਣਿਆ ਗਵਰਨਰ ਛੁੱਟੀ ਤੇ ਚਲੇ ਗਏ ਨੇ ਜੀ, ਹਾਂ ਇਸੇ ਕਰਕੇ 15 ਦਿਨ ਪਹਿਲਾਂ ਪ੍ਰਪੋਜ਼ਲ ਭੇਜਣੀ ਚਾਹੀਦੀ ਹੈ। ਤੇ ਹਾਲਾਤ ਇਹ ਨੇ ਕਿ ਛੋਲੇ ਵਾਲਾ ਡਾਇਲੋਗ ਬੋਲਣ ਬਣਾ, ਤੇਰਾ ਕਿਆ ਹੋ ਗਿਆ ਪੰਜਾਬ ਸਿਆਂ, ਦੁਪਿੰਦਰ ਸਿੰਘ ਨੇ, ਅਮਰਜੀਤ ਕਹਿੰਦੇ ਟਵਾਣਾ ਵੀਰ ਜੇ ਰੈਫਰੈਂਡਮ ਦੀ ਸਪੋਰਟ ਨਹੀਂ ਕਰਨੀ ਤਾਂ ਵਿਰੋਧ ਵੀ ਨਾ ਕਰੋ। ਬਾਈ ਜੀ ਅਸੀਂ ਸਪੋਰਟ ਵਿਰੋਧ ਨਹੀਂ ਕਰਦੇ, ਅਸੀਂ ਹਰ ਚੀਜ਼ ਦਾ ਨੈਗੇਟਿਵ ਤੇ ਪੋਜ਼ਿਟਿਵ ਪੱਖ ਪੇਸ਼ ਕਰਦੇ ਹਾਂ, ਸਾਡਾ ਕੰਮ ਕਿਸੇ ਦਾ ਵਿਰੋਧ ਕਰਨਾ ਜਾਂ ਸਪੋਰਟ ਕਰਨਾ ਨਹੀਂ ਹੈ, ਅਸੀਂ ਆਲੋਚਨਾ ਕਰਦੇ ਹਾਂ ਜਰਨਲਿਜ਼ਮ ਦੇ ਮੁਤਾਬਕ ਕੀ ਸਹੀ ਹੈ ਕੀ ਗਲਤ ਹੈ, ਸਪੋਰਟ ਤਾਂ ਅਸੀਂ ਆਪਣੇ ਧਰਮ ਦੀ ਵੀ ਨਹੀਂ ਕਰਦੇ ਬਿਨਾਂ ਮਤਲਬ ਤੋਂ, ਜਿੱਥੇ ਧਰਮ ਸਾਡੇ 'ਚ ਗਲਤ ਹੋ ਰਿਹਾ ਉਹਦੀ ਵੀ ਵਿਰੋਧ ਤਾਂ ਕਰਦੇ ਹਾਂ, ਆਪਣੀ ਜੌਬ ਦੇ ਉੱਤੇ ਆਪਣੇ ਧਰਮ ਨੂੰ ਵੀ ਭਾਰੂ ਨਹੀਂ ਪੈਣ ਦੇਈਦਾ ਅਸੀਂ ਕਿ ਸਾਡੇ ਸਿੱਖ ਧਰਮ ਦੀ ਇਹ ਬੇਇੱਜ਼ਤੀ ਹੈ ਆਪਾਂ ਖਬਰ ਦੱਬ ਲਈਏ, ਨਹੀਂ, ਜੇ ਖਬਰ ਮਾੜੀ ਹੈ ਨਸ਼ਰ ਕਰਨੀ ਚਾਹੀਦੀ ਹੈ, ਉਹਦੇ 'ਚ ਸੁਧਾਰ ਹੁੰਦਾ, ਨਿੱਗਰ ਆਲੋਚਨਾ ਕਹਿੰਦੇ ਇਹਨੂੰ ਜਰਨਲਿਜ਼ਮ ਨੂੰ। ਗੁੱਡ ਡਿਸਕਸ਼ਨ,
ਸੋ ਅਮਰਜੀਤ ਵੀਰ ਸਾਡੇ ਤੋਂ ਸਪੋਰਟ ਦੀ ਉਮੀਦ ਨਾ ਕਰੋ ਪਲੀਜ਼, ਥੈਂਕ ਯੂ, ਤੁਸੀਂ ਸਤਿਕਾਰ ਕਰਦੇ ਹੋ, ਤੁਹਾਡਾ ਵੀ ਸਤਿਕਾਰ ਕਰਦੇ ਹਾਂ, ਪਰ ਰੈਫਰੈਂਡਮ ਕਰਾ ਕੇ ਰਾਜ ਕਿਹਨੇ ਕਰਨਾ ਹੈ? ਸਿਮਰਜੀਤ ਮਾਨ ਹੋਰਾਂ ਨੇ, ਕੈਪਟਨ ਕਿਹਾ ਨੇ, ਬਾਦਲ ਕਿਹਾ ਨੇ, ਦੂਸਰਿਆਂ ਨੇ, ਇਹ ਆਲਰੇਡੀ ਕਰ ਰਹੇ ਨੇ, ਤੇ ਤੁਹਾਡੇ ਸਾਡੇ ਲੋਕਾਂ ਨੂੰ ਭਾਈ ਲਾਲੋਆਂ ਦੇ ਸਿਰਫ ਟੰਬੇ ਪੈਣੇ ਨੇ ਤੇ ਉਹ ਪੈ ਵੀ ਰਹੇ ਨੇ ਉਹਨਾਂ ਦੇ ਵਾਰਸਾਂ ਦੇ, ਭਾਈ ਲਾਲੋਆਂ ਦੇ ਵਾਰਸਾਂ ਦੀ ਹੋਣੀ ਸਾਨੂੰ ਪਤਾ। ਸੋ ਇਸ ਕਰਕੇ ਇਹ ਚੁਫੇਰ ਗੜੀਏ ਨੇ, ਪਹਿਲਾਂ ਬਥੇਰੇ ਵੇਖ ਲਿਆ ਸੀ ਚੀਜ਼ਾਂ, ਹੱਡੀ ਹੰਡਾਈਆਂ ਹੋਈਆਂ ਨੇ, ਸੰਤਾਂ ਜਿੰਨੀ ਮੂਵਮੈਂਟ ਨਾ ਕਦੇ ਖੜੀ ਹੋਣੀ ਆ ਤੇ ਨਾ ਹੋਈ ਹੈ, ਤੇ ਉਹਦੇ ਚ ਸਿੱਖੀ ਨੁਕਸਾਨੀ ਗਈ, ਕਾਂਗਰਸ ਖਤਮ ਹੋਈ, ਸਿੱਖ ਖਤਮ ਹੋਏ, ਤੇ ਫਾਇਦਾ ਬੀਜੇਪੀ ਨੂੰ ਹੋਇਆ। ਸਿਕੰਦਰ ਸਿੰਘ ਔਜਲਾ, 100 ਨੰਬਰ ਦਾ ਨੋਟ ਤੁਹਾਡਾ ਵੀ ਆ ਗਿਆ ਹੈ। ਜਸਵਿੰਦਰ ਜੀ ਥੈਂਕ ਯੂ, ਇੱਦਾਂ ਤੁਸੀਂ ਖਬਰ ਹੀ $100 ਵਰਗੀ ਦਿੱਤੀ ਹੈ। ਤੇ ਦੁਪਿੰਦਰ ਸਿੰਘ ਥੈਂਕ ਯੂ ਜੀ, ਮਿਹਰਬਾਨੀ। ਮੁਕੱਦਰ ਜੀ ਥੈਂਕ ਯੂ, ਸੋਮਨਾਥ ਗੋਗਨਾ, ਦੁਪਿੰਦਰ ਸਿੰਘ, ਸੱਗੀ, ਨਿਰਮਲ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਜੀ, ਹਰਪਾਲ ਸੰਧੂ, ਪਹਿਲਾਂ ਵੀ ਕਹਿੰਦੇ ਪੰਜਾਬ ਚ ਕਿਸੇ ਪਿੰਡ ਚ ਹੋਏ ਆ ਗੁਰਦੁਆਰੇ ਇਕੱਠੇ, ਹਾਂ ਉਹਨਾਂ ਨੇ ਵੀ ਲਿਖਿਆ ਆਪਣੇ, ਰਣਜੀਤ ਸਿੰਘ ਦੋਲੇ ਨੇ ਵੀ ਮਿਊਨਿਕ ਦੇ ਵਿੱਚ ਵੀ ਸ਼ਾਇਦ ਹੋਏ ਆ, ਫੇਸਬੁੱਕ ਤੇ ਲਿਖਿਆ ਉਹਨਾਂ ਨੇ। ਪਰਮਿੰਦਰ ਜੀ ਥੈਂਕ ਯੂ, ਚੀਫ਼ ਜਸਟਿਸ ਦੇ ਮੁੰਡੇ ਨੂੰ ਯੂਪੀ ਗੌਰਮੈਂਟ ਦਾ ਲਾਇਰ ਲਾਉਣਾ ਹੀ ਹੈ ਜੀ, ਹੁਣ ਐਵੇਂ ਥੋੜੀ ਜੱਜ ਬਣਾਏ ਆ। ਜਿਹੜਾ ਧਾਮੀ ਸਾਹਿਬ ਦਾ ਬਿਆਨ ਆਇਆ ਕਿ ਹਰਿਆਣੇ ਦਾ ਫੈਸਲਾ ਸੁਣਾਉਣ ਵਾਲਾ ਜੱਜ ਕਮੇਟੀ ਦਾ RSS ਦਾ ਬੰਦਾ, ਕਹਿੰਦੇ ਮੈਂ ਜਨਤਕ ਵੀ ਕਰਾਂਗਾ। ਤੇ ਕਰਮਜੀਤ ਕਾਲੋ, ਅਮਰਜੀਤ ਬਰਾੜ, ਗੁਰਪਾਲ ਟਿਵਾਣਾ ਜੀ, ਉੱਤਰਾਖੰਡ ਚ BJP ਦੇ ਐਕਸ MLA ਦੇ ਮੁੰਡੇ ਨੇ 19 ਸਾਲ ਦੀ ਲੜਕੀ ਦਾ ਮਰਡਰ ਕੀਤਾ ਕਿਉਂਕਿ ਲੜਕੀ ਨੇ ਉਸਦੇ ਰਿਜੋਰਟ ਚ ਗੈਸਟ ਨੂੰ ਪਰਸਨਲ ਸਰਵਿਸ ਦੇਣ ਤੋਂ ਨਾ ਕਰਤੀ ਸੀ। ਉਹ ਭਾਈ ਉੱਤਰਾਖੰਡ ਚ ਹੁਣ ਅਜੀਤ ਅਡਵਾਲ ਸਾਹਿਬ ਹੋਰਾਂ ਦੇ ਮੁੰਡੇ ਦਾ ਸਿੱਕਾ ਚੱਲਦਾ, ਉੱਥੇ ਸਿਆਸਤ ਚ ਨੇ ਤੇ ਸੱਤਾਧਾਰੀਆਂ ਦਾ ਹੀ ਬਾਈ ਜੀ ਸਾਰਾ ਕੁਛ ਹੋਣਾ, ਵੀਰ ਕੀਤਾ ਕੀ ਜਾਵੇ। ਕੈਮ ਯੋਂਗ ਥੈਂਕ ਯੂ ਲੋ। ਤੇ ਫੇਸਬੁੱਕ ਤੇ ਕੁਛ ਕਮੈਂਟ ਆਏ ਨੇ, ਮੈਂ ਉਹ ਵੀ ਪੜ੍ਹਦੇ ਹਾਂ ਤੇ ਫਿਰ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ। ਫੇਸਬੁੱਕ ਤੇ ਗੁਰਮੀਤ ਭੁੱਲਰ ਬਾਈ ਜੀ, ਜੋਰਾ ਸਿੰਘ ਸਿੱਧੂ, ਲਖਵਿੰਦਰ ਬਰਾੜ ਤੇ ਲੱਖਾ ਭੁੱਲਰ ਜੀ ਕਹਿੰਦੇ ਸਵੇਰ ਤੋਂ ਮੀਂਹ ਪੈ ਰਿਹਾ ਬਰਨਾਲੇ ਦੇ ਵਿਚ, ਚਰਨਜੀਤ ਸ਼ੈਲੀ, ਮਨਜੀਤ ਚਾਲ, ਮਨਦੀਪ ਚਾਲ, ਲਖਵਿੰਦਰ ਬਰਾੜ, ਮੇਰੇ ਪਿੰਡ ਕਹਿੰਦੇ ਕੱਚਾ ਰਾਹ ਹੈ 5 ਕਰਮ ਦਾ ਤੇ ਛੱਡਿਆ 2 ਕਰਮ ਦਾ। ਬਿਲਕੁਲ ਬਾਈ ਜੀ, ਪਤਾ ਹੈ ਪਿੱਛੇ ਅੱਧਿਓਂ ਵੱਧ ਰੂੜੀ ਖਾਲੀ ਪਈ ਹੁੰਦੀ ਬਰਾੜ ਸਾਹਿਬ, ਉਹਦੇ ਚ ਚਿੱਕੜ ਹੈ, ਉਹਦੇ ਚ ਮੱਛਰ ਪੈਦਾ ਹੁੰਦਾ, ਗੰਦਗੀ ਪੈਦਾ ਹੁੰਦੀ, ਤੇ ਸਾਡੇ ਜੱਟ ਭਰਾ ਜਾਂ ਪਿੰਡ ਵਾਲੇ ਸਾਰੇ, ਕਿਉਂਕਿ ਬਹੁਤੇ ਜੱਟ ਨੇ, ਟੋਕਰਾ ਸੜਕ ਤੇ ਸਿੱਟਿਆ ਹੁੰਦਾ। ਹਰ ਪਿੰਡ ਦੀ ਕਹਾਣੀ ਹੈ, ਮੈਨੂੰ ਦਿਖਾ ਦਿਓ ਜੇ ਕਿਸੇ ਪਿੰਡ ਚ ਰੂੜੀ ਪਿੱਛੇ ਲੱਗੀ ਹੋਵੇ, ਮੂਹਰੇ ਖਾਲੀ ਹੋਵੇ। ਸੜਕ ਦੇ ਉੱਤੇ ਆ ਸਾਡੇ ਨੇੜੇ ਝੱਲ ਪਿੰਡ ਹੈ, ਸੜਕ ਦੇ ਉੱਤੇ ਤੱਕ ਗੋਹਾ ਸਿੱਟਿਆ ਹੁੰਦਾ ਤੇ ਪਿੱਛੇ ਝੱਲ ਪਿੰਡ ਦੇ ਭਾਊ ਬੈਠੇ ਤਾਸ਼ ਖੇਡਦੇ ਹੁੰਦੇ ਆ ਸ਼ੈਡਾਂ ਥੱਲੇ, ਬਣਾਇਆ ਹੋਇਆ ਬਹੁਤ ਸੋਹਣਾ। ਮਤਲਬ ਪਿੱਛੇ 70% ਟੋਆ ਖਾਲੀ, ਪਿੱਛੇ ਪਾਣੀ ਖੜ ਜਾਂਦਾ, ਗੰਦਗੀ ਫੈਲਦੀ ਹੈ ਤੇ ਰੂੜੀ ਗਾਂਹ ਗਾਂਹ ਆਈ ਜਾਂਦੀ ਹੈ। 2 ਕਦਮ ਅੱਗੇ ਨਹੀਂ ਜਾਂਦੇ, ਨੱਕ ਚੋਂ ਕੱਢ ਕੇ ਬੁੱਲ੍ਹ ਨੂੰ ਲਾਉਂਦੇ ਆ ਲੋਕੀ, ਇਹ ਸੱਚ ਹੈ। ਮਨਦੀਪ ਸਿੰਘ ਜੱਸੀ, SDO ਜਗਦੀਸ਼ ਜੀ, ਅਜੀਤ ਸਿੰਘ ਗਿੱਲ, ਵੀਰ ਸਿੱਧੂ ਮੋਡੈਸਟੋ ਤੋਂ ਬਾਈ ਜੀ ਥੈਂਕ ਯੂ, ਅੱਜ ਨਹੀਂ ਦਿਨੀ ਪੰਜਾਬ ਨੇ ਸਿੱਧੂ ਸਾਹਿਬ। ਮਨਦੀਪ ਸਿੰਘ ਚਹਿਲ ਬਾਈ, ਖੇਤਾਂ ਚ ਛੱਪੜੀਆਂ ਹੁੰਦੀਆਂ ਸੀ, ਮੀਂਹ ਦਾ ਪਾਣੀ ਇਕੱਠਾ ਹੁੰਦਾ ਸੀ, ਸਾਰੇ ਖੇਤਾਂ ਨੂੰ ਪੀਣ ਵਾਲਾ ਪਾਣੀ ਛੱਪੜੀਆਂ ਤੋਂ ਲੈ ਕੇ ਆਉਂਦੇ ਸੀ, ਪਸ਼ੂ ਵੀ ਉੱਥੇ ਪਾਣੀ ਪੀਂਦੇ ਸੀ। ਬਿਲਕੁਲ, ਜੱਟ ਵੀ ਜ਼ਿਆਦਾ ਕੰਜੂਸ ਹੋ ਗਿਆ ਕਈ ਮਾਮਲਿਆਂ ਚ, ਛੱਡਦਾ ਹੀ ਨਹੀਂ ਕੁਛ। ਸਰਨਜੀਤ ਸ਼ੈਲੀ, ਸੁਰਿੰਦਰ ਵੀਰ, ਜੱਟਾਂ ਨੇ ਸੱਚ ਜ਼ਮੀਨ ਦੱਬੀ ਹੋਈ ਸੀ। ਲਓ ਜੀ, ਅੱਜ ਤਾਂ ਮੇਰੇ ਹੱਕ 'ਚ ਆਈਆਂ ਗੱਲਾਂ ਵੀ, ਸੁਰਿੰਦਰ ਜੀ ਥੋੜ੍ਹਾ ਜਿਹਾ ਕਹਿੰਦੇ ਸੀ ਸਾਰ ਨਹੀਂ ਹੈਗੀਆਂ, ਹੋ ਸਕਦਾ ਕਿਤੇ ਸੜਕ ਪੂਰੀ ਹੋਵੇ, ਲਿੰਕ ਸੜਕਾਂ, ਪਰ 5-5 ਕਰਮਾਂ ਦੇ ਪੈਸੇ ਹੁੰਦੇ ਸੀਗੇ, ਸਭ ਖਾ ਲਿਆ ਲੋਕਾਂ ਨੇ। ਚਰਨਜੀਤ ਸ਼ੈਲੀ ਤੇ ਗੁਰਵਿੰਦਰ ਢਿੱਲੋਂ, ਰਵਿੰਦਰ ਸਿੰਘ ਸਿੱਧੂ ਜੀ ਥੈਂਕ ਯੂ, ਪ੍ਰਗਟ ਸਿੰਘ ਬਲ, ਹਰਪਿੰਦਰ ਸਿੰਘ, ਕਰਮਜੀਤ ਗਿੱਲ, ਮਨਦੀਪ ਚਾਲ, ਗੁਰਪ੍ਰੀਤ ਬੰਟੂ ਸੇਖੋਂ, ਕਰਮਵੀਰ ਗਿੱਲ ਤੇ ਬਲਵੀਰ ਸਿੰਘ ਸਿੱਧੂ ਥੈਂਕ ਯੂ, ਹਰਜੀਤ ਸਿੰਘ ਹੇੜੀਆਂ ਬਾਈ ਜੀ ਥੈਂਕ ਯੂ, ਰਘਵੀਰ ਸਿੰਘ ਸੰਧੂ ਸਾਹਿਬ ਸਬਸਕ੍ਰਾਈਬਰ, ਗੁਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਤੋਂ, ਗੁਰਮੁਖ ਸਿੰਘ, ਜਗਦੀਸ਼ ਐਸਟੀ ਸਾਹਿਬ, ਸ਼ਾਹਮੁਖੀ ਲਿਖੀ, ਸਿਕੰਦਰ ਔਜਲਾ, ਬਲਜੀਤ ਸਿੰਘ ਸੰਧੂ, ਸੁਖਚੈਨ ਸਿੰਘ ਤੇ ਝੀਂਡੇ ਨੂੰ ਪ੍ਰਧਾਨ ਬਣਾਤਾ ਜੀ, 33 ਮੈਂਬਰਾਂ ਨੇ ਸਾਹਿਬ, ਮਾਰਾਂ ਤਾਂ ਝੀਂਡੇ ਹੋਰਾਂ ਨੇ ਮਾਰੀਆਂ, ਦਾਦੂ ਵਾਲ ਤਾਂ ਉਈ ਦਾਲ ਆ ਰਿਹਾ। ਗੁਰਦੀਪ ਸਿੰਘ ਟਵਾਣਾ ਥੈਂਕ ਯੂ ਵੀਰ, ਰਜਿੰਦਰ ਮਜੀਠਵਾਲ, ਲਾਲੀ ਟੋੜਾ, ਰਜਿੰਦਰ ਜੀ ਤੇ ਜਗਦੀਪ ਸਿੰਘ, ਪਿਆਰਾ ਸਿੰਘ ਤੇ ਇਸ ਦੇ ਨਾਲ ਨਾਲ ਜਸਕਰਨ ਸਿੰਘ ਤੇ ਜਗਸੀਰ ਸਿੰਘ ਸੰਧੂ ਕਹਿੰਦੇ ਤੇਲੀ ਵੀ ਕੀਤਾ, ਰੁੱਖਾ ਵੀ ਖਾਧਾ, ਕਹਿੰਦੇ ਦਾਦੂਵਾਲ ਸਾਹਿਬ ਨਾਲ ਤਾਂ ਇਹੀ ਹਰਿਆਣੇ 'ਚ ਹੋਇਆ। ਨਹੀਂ ਭਾਈ, ਥੰਦਾ ਵੀ ਖਾ ਲਿਆ ਤੇ ਦਾਦੂਵਾਲ ਸਾਹਿਬ ਨੇ, ਇੰਨੀ ਦੇਰ ਕਿੰਨੀ ਦੇਰ ਤਾਂ ਉਹ ਵੀ ਚਲਾਉਂਦੇ ਹਨ। ਸਿੰਘ ਹਰਵਿੰਦਰ, ਰਮਨਜੀਤ ਸਿੰਘ ਥੈਂਕ ਯੂ,
ਤੇ ਰਣਜੀਤ ਸਿੰਘ ਦੁੱਲੇ ਕਹਿੰਦੇ ਮਿਊਨਿਕ ਦੇ ਵਿੱਚ ਵੀ ਦੋ ਗੁਰਦੁਆਰਿਆਂ ਤੋਂ ਇੱਕ ਹੋਇਆ। ਚੰਗੀ ਗੱਲ ਹੈ। ਲਓ ਦੋਸਤੋ ਹੁਣ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਗੱਪ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਟਿਵਾਣਾ ਰੇਡੀਓ ਦੇ ਇਸ ਮੰਚ ਤੋਂ। ਤੇ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ ਆਪਣੇ ਨਾਲ ਤੇ ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਤੇ ਤੁਸੀਂ ਖ਼ਬਰਾਂ ਵੀ ਪੜ੍ਹ ਸਕਦੇ ਹੋ। ਉੱਥੇ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਫੇਸਬੁੱਕ ਤੇ ਯੂਟਿਊਬ ਤੇ ਆਪਾਂ ਲਾਈਵ ਹੁੰਦੇ ਹਾਂ। ਟਿਵਾਣਾ ਰੇਡੀਓ ਦਾ ਲਾਈਕ ਕਰ ਦਿਓ, ਬੈੱਲ ਆਈਕਨ ਦਵਾ ਦਿਓ। ਯੂਟਿਊਬ ਦਾ ਲਿੰਕ ਟਿਵਾਣਾ ਰੇਡੀਓ ਦਾ ਆਪਣੇ ਵਟਸਐਪ ਨੰਬਰ ਤੇ ਮੰਗਾਉਣਾ ਤਾਂ ਆਪਣਾ ਵਟਸਐਪ ਗਰੁੱਪ ਨੰਬਰ ਹੈ 9876309655। ਜਿਸ ਪ੍ਰੋਗਰਾਮ ਨੂੰ ਤੁਸੀਂ ਸੁਣਨਾ ਹੈ ਅਮਰੀਕਾ ਦੇ ਵਿੱਚ ਰੇਡੀਓ ਨੂੰ ਫੋਨ ਦੇ ਰਾਹੀਂ ਤਾਂ ਆਪਣਾ ਕਾਲ ਟੂ ਲਿਸਨ ਨੰਬਰ ਅਮਰੀਕਾ ਦਾ 6769309660। ਲਓ ਦੋਸਤੋ ਗੱਪ ਕਹਾਣੀ ਤੋਂ ਤੁਹਾਨੂੰ ਸੁਣਾਉਂਦੇ ਹਾਂ। ਕਹਿੰਦੇ ਲਾਹੌਰ ਦਾ ਇੱਕ ਪਹਿਲਵਾਨ ਤੇ ਦਿੱਲੀ ਦਾ ਪਹਿਲਵਾਨ ਘੁਲਣ ਗਿਆ। ਉਹਨਾਂ ਨੇ ਲਾਹੌਰ ਦੇ ਪਹਿਲਵਾਨ ਨੇ ਦਿੱਲੀ ਪਹੁੰਚ ਕੇ ਦਿੱਲੀ ਵਾਲੇ ਪਹਿਲਵਾਨ ਦਾ ਦਰਵਾਜ਼ਾ ਖੜਕਾਇਆ ਤਾਂ ਦਿੱਲੀ ਵਾਲੇ ਪਹਿਲਵਾਨ ਦੀ ਭੈਣ ਬਾਹਰ ਆਈ ਤਾਂ ਲਾਹੌਰ ਵਾਲੇ ਪਹਿਲਵਾਨ ਨੇ ਪੁੱਛਿਆ ਬੀਬੀ ਤੁਹਾਡਾ ਭਰਾ ਕਿੱਥੇ ਹੈ? ਤੇ ਕੁਝ ਸਮੇਂ ਬਾਅਦ ਉਸਨੇ ਕਿਹਾ ਕਿ ਉਹ ਗੱਡੀ ਲੈਣ ਗਿਆ। ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਿਆ ਕਿ ਦਿੱਲੀ ਵਾਲਾ ਪਹਿਲਵਾਨ ਅੰਬਾਲੇ ਗਿਆ ਹੋਇਆ ਸੀ ਕਿ ਉਹ ਅੰਬਾਲੇ ਤੋਂ ਗੱਡੀ ਖਿੱਚ ਕੇ ਲਿਆਵੇਗਾ, ਰੇਲ ਗੱਡੀ। ਇਹ ਸੁਣ ਕੇ ਲਾਹੌਰ ਵਾਲਾ ਪਹਿਲਵਾਨ ਅੰਬਾਲੇ ਵਾਲੀ ਲਾਈਨ ਤੇ ਚੱਲ ਪਿਆ। ਉਸ ਨੂੰ ਦਿੱਲੀ ਵਾਲਾ ਪਹਿਲਵਾਨ ਰਾਹ ਦੇ ਵਿੱਚ ਗੱਡੀ ਲਈ ਆਉਂਦਾ ਮਿਲਿਆ ਤੇ ਜਦੋਂ ਦਿੱਲੀ ਵਾਲਾ ਪਹਿਲਵਾਨ ਗੱਡੀ ਲੈ ਕੇ ਲਾਹੌਰ ਵਾਲੇ ਪਹਿਲਵਾਨ ਕੋਲੋਂ ਲੰਘਣ ਲੱਗਾ, ਰੇਲ ਗੱਡੀ ਖਿੱਚੀ ਜਾਂਦਾ ਸੀ ਜਿਹੜੇ ਦਿੱਲੀ ਵਾਲਾ ਪਹਿਲਵਾਨ, ਤਾਂ ਲਾਹੌਰ ਵਾਲੇ ਪਹਿਲਵਾਨ ਨੇ ਆਪਣੀ ਲੱਤ ਰੇਲ ਦੇ ਮਗਰਲੇ ਪਹੀਏ ਦੇ ਵਿੱਚ ਚੜਾ ਦਿੱਤੀ ਤੇ ਗੱਡੀ ਖੜ ਗਈ। ਇਹ ਵੈਸੇ ਸਿਆਸੀ ਸਟਾਇਰ ਹੈ ਮੇਰੇ ਖਿਆਲ 'ਚ, ਮੈਂ ਪੜ੍ਹਿਆ ਨਹੀਂ ਕਦੇ, ਤੁਹਾਡੇ 'ਚੋਂ ਕਿਸੇ ਨੇ ਸੁਣੀ ਹੋਵੇ ਤਾਂ ਮੈਨੂੰ ਦੱਸਿਓ। ਸੋ ਦਿੱਲੀ ਵਾਲਾ ਪਹਿਲਵਾਨ ਅੰਬਾਲੇ ਤੋਂ ਖੜੀ ਰੇਲ ਗੱਡੀ ਨੂੰ ਖਿੱਚ ਕੇ ਦਿੱਲੀ ਲਿਆ ਰਿਹਾ ਸੀ ਤੇ ਲਾਹੌਰ ਵਾਲੇ ਨੇ ਫਿਰ ਉਹਦੀ ਲੱਤ 'ਚ ਪਹੀਆ ਅੜਾ ਦਿੱਤਾ ਅਤੇ ਖੜਾ ਲਈ ਤੇ ਦਿੱਲੀ ਵਾਲੇ ਪਹਿਲਵਾਨ ਨੇ ਗੱਡੀ ਦੇ ਅੱਗੋਂ ਹਟ ਕੇ ਸਾਰੇ ਜਦੋਂ ਡੱਬੇ ਵੇਖੇ ਕਿ ਖੜ ਕਿਉਂ ਗਈ ਤੇ ਜਦੋਂ ਅਖੀਰਲੇ ਡੱਬੇ ਤੇ ਪੁੱਜਾ ਤਾਂ ਉਸਨੇ ਵੇਖਿਆ ਕਿ ਲਾਹੌਰ ਦਾ ਪਹਿਲਵਾਨ ਰੇਲ ਦੇ ਪਹੀਏ 'ਚ ਲੱਤ ਫਸਾਈ ਖੜਾ, ਇਸ ਕਰਕੇ ਗੱਡੀ ਰੋਕੀ। ਉਸਨੇ ਲਾਹੌਰੀ ਪਹਿਲਵਾਨ ਨੂੰ ਪੁੱਛਿਆ ਭਰਾਵਾ ਕੀ ਗੱਲ ਹੈ, ਗੱਡੀ ਕਿਉਂ ਰੋਕੀ ਹੈ? ਲਾਹੌਰ ਵਾਲਾ ਪਹਿਲਵਾਨ ਕਹਿੰਦਾ ਮੈਂ ਤਾਂ ਤੇਰੇ ਨਾਲ ਘੁਲਣਾ ਹੈ ਤੇ ਉਹ ਕਹਿਣ ਲੱਗਾ ਮੇਰੇ ਪਿੰਡ ਚੱਲ ਉੱਥੇ ਘੁਲਾਂਗੇ, ਇੱਥੇ ਜੇ ਮੈਂ ਢਹਿ ਗਿਆ ਤਾਂ ਮੈਂ ਮੰਨਣਾ ਨਹੀਂ, ਜੇ ਤੂੰ ਢਹਿ ਗਿਆ ਤਾਂ ਤੂੰ ਨਹੀਂ ਮੰਨਣਾ, ਆਪਾਂ ਪਿੰਡ 'ਚ ਲੋਕਾਂ ਦੇ ਸਾਹਮਣੇ ਘੁਲਾਂਗੇ, ਇੱਥੇ ਇਕੱਲੇ ਜਿਹੜਾ ਅਗਰ ਘੁਲਾਂਗੇ ਤਾਂ ਜਿਹੜਾ ਜਿੱਤ ਗਿਆ ਉਹਦਾ ਵੀ ਕੋਈ ਫਾਇਦਾ ਨਹੀਂ, ਹਾਰ ਗਿਆ ਦਾ ਕੋਈ ਵੀ ਫਾਇਦਾ ਨਹੀਂ, ਆਪਾਂ ਪਿੰਡ 'ਚ ਚੱਲਦੇ ਹਾਂ, ਲੋਕਾਂ ਦੇ ਸਾਹਮਣੇ ਘੁਲਾਂਗੇ, ਪਤਾ ਲੱਗ ਜੂ ਜ਼ੋਰ ਕਿਹਦੇ 'ਚ ਜ਼ਿਆਦਾ। ਉਹੀ ਮਤਲਬ ਭਾਰਤ ਪਾਕਿਸਤਾਨ ਵਾਲੀ ਬੇਵਕੂਫੀ ਜਿਹੜੀ ਅੱਜ ਅਸੀਂ ਕਰਦੇ ਹਾਂ ਲੜਾਈ ਦੀ। ਤੇ ਉਹਨਾਂ ਨੇ ਵੇਖਿਆ ਕਿ ਇੱਕ ਬੁੱਢੀ ਮਾਂ ਤੁਰੀ ਜਾਂਦੀ ਸੀ ਤੇ ਉਹਨਾਂ ਨੇ ਉਸ ਮਾਈ ਨੂੰ ਕੋਲ ਬੁਲਾ ਲਿਆ, ਕਹਿੰਦੇ ਮਾਤਾ ਅਸੀਂ ਦੋਨੇ ਘੁਲਣ ਲੱਗੇ ਹਾਂ, ਤੂੰ ਫੈਸਲਾ ਕਰੀ ਕਿ ਸਾਡੇ ਦੋਹਾਂ 'ਚੋਂ ਕੌਣ ਜਿੱਤ ਹਾਰ ਗਿਆ ਜਾਂ ਕੌਣ ਢਹਿ ਗਿਆ। ਤੇ ਮਾਈ ਕਹਿੰਦੀ ਮੈਂ ਬਹੁਤੀ ਦੇਰ ਨਹੀਂ ਠਹਿ ਸਕਦੀ, ਪੁੱਤ ਮੇਰਾ ਊਠ ਚਰਦਾ, ਉਹ ਭੁੱਖਾ ਹੋਵੇਗਾ, ਮੈਂ ਜਾ ਕੇ ਉਸਨੂੰ ਰੋਟੀ ਖਵਾਉਣੀ ਹੈ। ਤੇ ਦੋਵੇਂ ਮਾਈ ਦੇ ਖੜੇ ਪੈ ਗਏ ਤਾਂ ਉਹਨਾਂ ਆਖਿਆ ਕਿ ਮੇਰਾ ਠਹਿਰਨਾ ਮੁਸ਼ਕਲ ਹੈ, ਮੈਂ ਆਪਣੀ ਥੇਲੀ ਤੇ ਖਾੜੇ ਦੇ ਨਾਲ ਖਾੜੇ ਜਿੰਨਾ ਥਾਂ ਚੁੱਕ ਲੈਣੀ ਆ, ਤੁਸੀਂ ਘੁਲੀ ਜਾਓ, ਮੈਂ ਘੁਲਦੀ ਜਾਵਾਂਗੀ। ਜਾਣੀ ਬੇਬੇ ਉੱਦਾਂ ਦੀ ਕਾਂ ਨਿਕਲੀ, ਕਹਿੰਦੀ ਜਾਣੀ ਜਿੰਨੇ ਕੁ ਉਹਦੇ 'ਚ ਖਾੜੇ 'ਚ ਤੁਸੀਂ ਪਿੱਚ 'ਤੇ ਘੁਲਣਾ ਨਾ, ਉਨੀ ਕੁ ਧਰਤੀ ਤਾਂ ਮੈਂ ਆਪਣੀ ਥੇਲੀ 'ਤੇ ਚੱਕ ਲੈਣੀ ਹੈ ਅਤੇ ਉਹ ਧਰਤੀ ਮੈਂ ਹੱਥ 'ਤੇ ਚੱਕ ਲਾਂਗੀ, ਤੁਸੀਂ ਮੇਰੀ ਥੇਲੀ 'ਤੇ ਘੁਲਦੇ ਜਾਇਓ। ਕਹਿੰਦੀ ਮੈਂ ਤਾਂ ਆਪਣੇ ਊਠ ਨੂੰ ਰੋਟੀ ਖਵਾਉਣੀ ਹਾਂ। ਅਤੇ ਉਹ ਦੋਵੇਂ ਫਿਰ ਮਾਈ ਦੀ ਹਥੇਲੀ 'ਤੇ ਰੱਖੀ ਅਖਾੜੇ ਜਿੰਨੀ ਜ਼ਮੀਨ 'ਤੇ ਘੁਲਦੇ ਗਏ ਅਤੇ ਮਾਈ ਟੁਰਦੀ ਗਈ ਅਤੇ ਜਦੋਂ ਮਾਈ ਆਪਣੇ ਖੇਤਾਂ 'ਚ ਆਪਣੇ ਪੁੱਤ ਦੇ ਕੋਲ ਖੇਤਾਂ 'ਚ ਪੁੱਜੀ ਤਾਂ ਉਸਦਾ ਪੁੱਤ ਇਹ ਸਾਰਾ ਕੁਝ ਵੇਖ ਕੇ ਡਰ ਗਿਆ ਕਿ ਹੋਵੇ ਨਾ ਹੋਵੇ ਤਾਂ ਕੋਈ ਬਲਾ ਆਇਆ, ਅਤੇ ਉਸਨੇ ਛੇਤੀ ਆਪਣੇ ਸਾਰਿਆਂ ਊਠਾਂ ਦੀ ਪੰਡ ਬੰਨ੍ਹੀ ਅਤੇ ਸਿਰ 'ਤੇ ਆਪਣੇ ਊਠਾਂ ਦੀ ਪੰਡ ਰੱਖ ਕੇ ਉਹ ਅੱਗੇ ਅੱਗੇ ਦੌੜ ਪਿਆ। ਅਤੇ ਦੌੜਦੇ ਦੌੜਦੇ ਉਸ ਬੁੱਢੀ ਮਾਈ ਦਾ ਮੁੰਡਾ ਇੱਕ ਥਾਂ 'ਤੇ ਠੇਢਾ ਖਾ ਕੇ ਡਿੱਗ ਪਿਆ ਅਤੇ ਉਸਦੇ ਸਿਰ ਤੋਂ ਊਠਾਂ ਦੀ ਪੰਡ ਜ਼ਮੀਨ 'ਤੇ ਡਿੱਗੀ ਅਤੇ ਉੱਤੋਂ ਇੱਕ ਇੱਲ ਉੱਡੀ ਜਾਂਦੀ ਸੀ ਤਾਂ ਉਸਨੇ ਵੇਖਿਆ ਉਹ ਇੱਲ ਹੇਠਾਂ ਆਈ ਅਤੇ ਉਸਨੇ ਉਹ ਊਠਾਂ ਵਾਲੀ ਪੰਡ ਜਿਹਦੇ 'ਚ 10-20 ਊਠ ਬੰਨੇ ਹੋਏ ਸੀ ਉਸ ਇੱਲ ਨੇ ਉਹ ਪੰਡ ਪੈਰਾਂ 'ਚ ਫਸਾ ਲਈ ਅਤੇ ਉਹਨਾਂ ਨੂੰ ਚੁੱਕ ਕੇ ਤਾਂ ਲੈ ਗਈ। ਇੱਲ ਉੱਡੀ ਜਾਂਦੀ ਸੀ ਅਤੇ ਬੜੀ ਦੂਰ ਜਾ ਕੇ ਉਹਦੇ ਪੈਰਾਂ 'ਚੋਂ ਉਹ ਜਿਹੜੀ ਊਠਾਂ ਵਾਲੀ ਪੰਡ ਨਿਕਲ ਗਈ ਅਤੇ ਫਿਰ ਉਹ ਇੱਕ ਹੋਰ ਮਾਈ ਦੀਆਂ ਅੱਖਾਂ 'ਚ ਪੈ ਗਈ ਅਤੇ ਉਸਨੇ ਸਮਝਿਆ ਕਿ ਅੱਖਾਂ ਦੇ ਵਿੱਚ ਕੋਈ ਕੱਖ ਪੈ ਗਿਆ ਅਤੇ ਜਦੋਂ ਉਸਨੇ ਅੱਖਾਂ 'ਚੋਂ ਕੱਖ ਕੱਢ ਕੇ ਵੇਖਿਆ ਤਾਂ ਉਸਨੇ ਵੇਖਿਆ ਕਿ ਉਹ ਤਾਂ ਊਠਾਂ ਦੀ ਪੰਡ ਹੈ ਮੇਰੇ ਅੱਖਾਂ 'ਚ ਪੈ ਗਈ। ਸੋ ਉਸਨੇ ਉਹ ਮਤਲਬ ਅੱਖ 'ਚੋਂ ਕੱਢ ਕੇ ਊਠਾਂ ਦੀ ਪੰਡ ਵਿਹੜੇ 'ਚ ਰੱਖ ਦਿੱਤੀ। ਉੱਥੇ ਇੱਕ ਅਮਲੀਆਂ ਦਾ ਘਰ ਸੀ, ਉਹਨਾਂ 'ਚੋਂ ਘਰ ਦਾ ਇੱਕ ਅਮਲੀ ਉੱਠਿਆ ਅਤੇ ਜਿਹਨੇ ਕਈ ਸਿਰ ਡੋਡੇ ਪੀਤੇ ਹੋਏ ਸਨ ਅਤੇ ਜਦੋਂ ਅਮਲੀ ਪੀਣਕ ਦੇ ਵਿੱਚ ਆ ਕੇ ਵਿਹੜੇ ਦੇ ਵਿੱਚ ਆ ਕੇ ਹਾਜ਼ਤ ਕਰਨ ਲੱਗਿਆ, ਆਪਣਾ ਪਿਸ਼ਾਬ ਕਰਨ ਲੱਗਿਆ ਅਤੇ ਉਸਦੀ ਪਿਣਕ ਲੱਗ ਪਈ,
ਉਹ ਪਿਸ਼ਾਬ ਕਰਨ ਲੱਗਿਆ ਹਟਿਆ ਹੀ ਨਾ ਤੇ ਉਸਨੂੰ ਪਿਸ਼ਾਬ ਕਰਦਿਆਂ ਕਰਦਿਆਂ ਫਿਰ ਉਸ ਪਿਸ਼ਾਬ ਦੇ ਵਿੱਚ ਊਠਾਂ ਵਾਲੀ ਪੰਡ ਰੁੜ ਕੇ ਛੱਪੜ 'ਚ ਚਲੀ ਗਈ ਤੇ ਜਦੋਂ ਸਵੇਰੇ ਲੋਕਾਂ ਨੇ ਵੇਖਿਆ ਕਿ ਊਠ ਤਾਂ ਛੱਪੜ ਦੇ ਵਿੱਚ ਤੈਰਦੇ ਫਿਰਦੇ ਨੇ ਊਠ ਹੀ ਊਠ ਨੇ ਇਹ ਕੌਣ ਆ ਗਏ ਫਿਰ ਕਹਿੰਦਾ ਦੱਸੋ ਸਭ ਤੋਂ ਤਕੜਾ ਕੌਣ ਨਿਕਲਿਆ ਤਾਂ ਫਿਰ ਸਭ ਤੋਂ ਤਕੜਾ ਤਾਂ ਕਹਿੰਦੇ ਅਮਲੀ ਉਹ ਨਿਕਲਿਆ ਹੋਰ ਕੌਣ ਨਿਕਲਿਆ ਸੋ ਇਹ ਹੈ ਇੱਦਾਂ ਦੀਆਂ ਹਸਾਉਣੀਆਂ ਗੱਪਾਂ ਆਉਂਦੀਆਂ ਸੀ ਸੋ ਇੱਦਾਂ ਦੀਆਂ ਗੱਪਾਂ ਭਾਈ ਸਾਡੇ ਸਿਆਸਤਦਾਨ ਮਾਰਦੇ ਨੇ ਕੀ ਸਿਆਸਤਦਾਨ ਬੀਬੀ ਲੈ ਲਓ ਕੀ ਸਿਆਸਤਦਾਨ ਬੰਦਾ ਲੈ ਲਓ ਸਿਰੇ ਹੀ ਨੇ ਸਾਰੇ ਹਨਾ ਤੇ ਅਮਲੀਆਂ ਨੂੰ ਵੀ ਮਾਤ ਪਾ ਗਏ ਨੇ ਸੋ ਅਮਲੀਆਂ ਦੇ ਗੱਪ ਵੀ ਛੋਟੇ ਪੈ ਗਏ ਨੇ ਇਹਨਾਂ ਗੱਪੀਆਂ ਦੇ ਅੱਗੇ ਸੋ ਇਹ ਗੱਪ ਸੀਗੇ ਜੀ ਭਾਰਤ ਪਾਕਿਸਤਾਨ ਦੇ ਪੁਰਾਣੇ ਗੱਪ ਜਿਹੜੇ ਅੱਜ ਵੀ ਛੱਡੀ ਜਾਂਦੇ ਆ ਲਓ ਦੋਸਤੋ ਧੰਨਵਾਦ ਤੁਹਾਡਾ ਕਰਨ ਸਿੰਘ ਰਮਨ ਭਾਰਦਵਾਜ ਜੁੜੇ ਨੇ ਹਰਵਿੰਦਰ ਸਿੰਘ ਜੁੜੇ ਨੇ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਵੀਡੀਓ ਸ਼ੁਰੂ ਕਰਾਂਗੇ ਅੱਧੇ ਅੱਧੇ ਘੰਟੇ ਦੀ ਵੀਡੀਓ ਬਣਾਇਆ ਕਰਾਂਗੇ ਵੱਖ ਵੱਖ ਪ੍ਰੋਗਰਾਮਾਂ ਤੇ ਉਹ ਲਾਈਵ ਸ਼ੁਰੂ ਤਾਂ ਨਹੀਂ ਕਰਾਂਗੇ ਤੇ ਤੁਹਾਨੂੰ ਆਪਣੇ ਪ੍ਰੋਗਰਾਮਾਂ ਦੀ ਹੋਰ ਰੰਗਤ ਵੇਖਣ ਨੂੰ ਮਿਲੇਗੀ ਤੁਹਾਡਾ ਸਾਥ ਉਮੀਦ ਕਰਦੇ ਹਾਂ ਇੱਦਾਂ ਹੀ ਬਣਿਆ ਰਹੇ ਤੇ ਧੰਨਵਾਦ ਹੀ ਆ ਸਾਡੇ ਸਪੋਂਸਰ ਸਾਹਿਬ ਦੇ ਜਿਨ੍ਹਾਂ ਨੇ ਇਸ ਲੰਘੇ ਅਗਸਤ ਮਹੀਨੇ ਦੇ ਦੌਰਾਨ ਸਾਨੂੰ ਸਪੋਰਟ ਕੀਤਾ ਬਾਈ ਜੀ ਸੁਖਵੀਰ ਸਿੰਘ ਗੁਰਪ੍ਰੀਤ ਸਿੰਘ ਮੰਝ ਹਰਿੰਦਰ ਸਿੰਘ ਸਰਾਂ ਓਂਕਾਰ ਸਿੰਘ ਰਘਵੀਰ ਸਿੰਘ ਸੰਧੂ ਨਾ ਰਾਜਵੀਰ ਸਿੰਘ ਤੇ ਯਾਦਵਿੰਦਰ ਸਿੰਘ ਜਗਦੇਵ ਸਿੰਘ ਸੰਧੂ ਸਾਹਿਬ ਵਾਸ਼ਿੰਗਟਨ ਫੇਰ ਸਰਵਿਸ ਵਾਲੇ ਗੁਰਦੀਪ ਔਲਖ ਨਿਊਜ਼ੀਲੈਂਡ ਤੋਂ ਅਜੇਪਾਲ ਸਿੰਘ ਹਰਮੀਤ ਸਿੰਘ ਹਰਮੀਤ ਸੋਤਾ ਜੀ ਕੁਲਜਿੰਦਰ ਸਿੰਘ ਬਲੱਗਣ ਸਮਰਾਲਾ ਸਿਡਨੀ ਵਾਲੇ ਤੇ ਨਵਜੀਤ ਸਿੰਘ ਸੋਰੀ ਮਨਜੀਤ ਸਿੰਘ ਰੇਸ਼ਮ ਸਿੰਘ ਬਰਾੜ ਐਡਮਿੰਟਨ ਤੋਂ ਹਰਪ੍ਰੀਤ ਸਿੱਧੂ ਗੁਰਦੇਵ ਸਿੰਘ ਆਸਟ੍ਰੇਲੀਆ ਤੋਂ ਇੰਦਰਪ੍ਰੀਤ ਟਵਾਣਾ ਗ੍ਰਾਈਮੀਰਾ ਸਿਕੰਦਰ ਸਿੰਘ ਔਜਲਾ ਤੇ ਨਰਿੰਦਰ ਸਿੰਘ ਥੈਂਕ ਯੂ ਇਹਨਾਂ ਨੇ ਜਿਹਨਾਂ ਸੱਜਣਾਂ ਨੇ ਮੰਥਲੀ ਸਪੋਰਟ ਭੇਜੀ ਇਹਨਾਂ ਦਾ ਧੰਨਵਾਦ ਤੇ ਕੁਛ ਵੀਰਾਂ ਨੇ ਸਪੋਰਟ ਇਕੱਠੀ ਭੇਜੀ ਹੁੰਦੀ ਹੈ ਤੇ ਉਹਨਾਂ ਦਾ ਵੀ ਧੰਨਵਾਦ ਇਸ ਮਹੀਨੇ ਆਪਾਂ ਨੂੰ ਸਪੋਰਟ ਕੀਤਾ ਰਾਜ ਸ਼ਰਮਾ ਹੋਰਾਂ ਨੇ ਨਿਊਜ਼ੀਲੈਂਡ ਤੋਂ ਮੋਗੇ ਵਾਲਿਆਂ ਨੇ ਉਹਨਾਂ ਬਾਈ ਜੀ ਦਾ ਵੀ ਧੰਨਵਾਦ ਬੜੇ ਪੁਰਾਣੇ ਸੋਤੇ ਨੇ ਵੀ ਉਹਨਾਂ ਦਾ ਵੀ ਧੰਨਵਾਦ ਸੋ ਮਿਹਰਬਾਨੀ ਸਾਡੇ ਸਬਸਕ੍ਰਾਈਬਰ ਦੀ ਸਾਡੇ ਸਪੋਂਸਰ ਦੀ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਨੇ ਸੋ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਵਾ ਗਿਆ ਸਤਨਾਮ ਜੀ ਥੈਂਕ ਯੂ ਹਰਿੰਦਰਪਾਲ ਜੀ ਥੈਂਕ ਯੂ ਤੇ ਸਵੇਰੇ ਫਿਰ ਹੁੰਦੀ ਹੈ ਮੁਲਾਕਾਤ ਪ੍ਰੋਫੈਸਰ ਜਸਵੰਤ ਸਿੰਘ ਯੂਐਸ ਤੋਂ ਸਬਸਕ੍ਰਾਈਬਰ ਨੇ ਆਪਣੇ ਧੰਨਵਾਦ ਤੇ ਸਵੇਰੇ ਨਹੀਂ ਸੋਰੀ ਸੋਮਵਾਰ ਮਿਲਾਂਗੇ ਤੇ ਕੱਲ੍ਹ ਤੁਹਾਨੂੰ ਕੋਈ ਨਾ ਕੋਈ ਵੀਡੀਓ ਜ਼ਰੂਰ ਪਾਵਾਂਗੇ ਕੋਸ਼ਿਸ਼ ਕਰਾਂਗੇ ਕਿ ਪੋਲੀਟੀਕਲ ਜਾਂ ਹੋਰ ਡਿਸਕਸ਼ਨ ਸੁਰਿੰਦਰ ਜੀ ਹੋਰਾਂ ਨੂੰ ਰੈਡੀ ਕੀਤਾ ਤੇ ਜਲਦੀ ਵੀਡੀਓ ਸ਼ੁਰੂ ਕਰਾਂਗੇ ਕੋਸ਼ਿਸ਼ ਕਰਾਂਗੇ ਕੱਲ੍ਹ ਵੀਕਐਂਡ ਹੈ ਤੁਹਾਡੇ ਲਈ ਕੋਈ ਵੀਡੀਓ ਕੱਲ੍ਹ ਪਾ ਸਕੀ ਤੇ ਉਹ ਲਿੰਕ ਤੁਹਾਨੂੰ ਯੂਟਿਊਬ ਦਾ ਆਪਣਾ ਵਟਸਐਪ ਗਰੁੱਪ ਦੇ ਵਿੱਚ ਭੇਜ ਦਿੱਤਾ ਜਾਵੇਗਾ ਤੇ ਵਟਸਐਪ ਗਰੁੱਪ ਨਾਲ ਤੁਸੀਂ ਜੁੜੇ ਰਹੋ ਤੇ ਇਸ ਕਰਕੇ ਵਟਸਐਪ ਤੇ ਤੁਹਾਨੂੰ ਹੁਣ ਲਾਈਵ ਲਿੰਕ ਨਹੀਂ ਹੋਇਆ ਕਰੇਗਾ ਯੂਟਿਊਬ ਦਾ ਰਿਕਾਰਡਡ ਲਿੰਕ ਭੇਜਿਆ ਕਰਾਂਗੇ ਤੇ ਇਸ ਕਰਕੇ ਬੇਨਤੀ ਹੈ ਕਿ ਆਪਣੇ 9876300955 ਵਟਸਐਪ ਗਰੁੱਪ ਨਾਲ ਆਪ ਜੁੜ ਜਾਓ ਆਪਣਾ ਨਾਮ ਪਤਾ ਪਿੰਡ ਦਾ ਗ੍ਰਾਂ ਦਾ ਸੈਂਡ ਕਰ ਦਿਓ ਆਪਣੇ ਸ਼ਹਿਰ ਦਾ ਮੁਲਕ ਦਾ ਤੇ ਕਿਉਂਕਿ ਫਿਰ ਉਹ ਕਈ ਵਾਰੀ ਇੱਕੋ ਹੀ ਨੰਬਰ ਹੋ ਜਾਂਦੇ ਆ ਤੇ ਤੁਹਾਨੂੰ ਗਰੁੱਪ 'ਚ ਸ਼ਾਮਲ ਕਰਕੇ ਉਹ ਲਿੰਕ ਤੁਹਾਡੇ ਤੱਕ ਪੁੱਜਦਾ ਹੋ ਜਾਏਗਾ ਇਸ ਦੇ ਨਾਲ ਹੀ ਹੁਣ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆ ਗਿਆ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ